ਕੇਵਲ ਲੋਕੀ ਜਾਂ ਜਿੱਤਾਂ ਹੀ ਮਾਨਯੋਗ ਹੁੰਦੀਆਂ ਹਨ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੜ੍ਹੇ ਲਿਖੇ ਵਿਅਕਤੀ ਵਪਾਰਚ ਲੱਗੇ ਜਾਂ ਆਪਣਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ ਇਹ ਪ੍ਰਵਿਰਤੀ ਕੇਵਲ ਗਰੀਬ ਦੇਸ਼ਾਂ ਵਿੱਚ ਹੀ ਹੈ ਤੇ ਇਸ ਪ੍ਰਵਿਰਤੀ ਕਾਰਨ ਇਹ ਦੇਸ਼ ਗਰੀਬ ਹਨ ਇਹ ਵੀ ਗਰੀਬ ਦੇਸ਼ਾਂ ਵਿੱਚ ਹੀ ਹੈ ਕਿ ਥਿਨਕੀਆਂ ਨਿਕੀਆਂ ਸਰਕਾਰੀ ਨੌਕਰੀਆਂ ਤੇ ਲੱਗੇ ਵਿਅਕਤੀ ਦੌਲਤ ਉਪਜਾਉਣ ਵਾਲੇ ਵਪਾਰੀਆਂ ਉਦਯੋਪਕ ਪਤੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਇਹ ਸਾਡਾ ਦੁਰਪਾਗ ਹੈ ਕਿ ਇਥੇ ਉਦਯੋਗਪਤੀਆਂ ਦੀ ਉਪਜਾਈ ਦੌਲਤ ਦਾ ਸੁਖ ਮੰਨਣ ਵਾਲੇ ਦੌਲਤ ਉਪਜਾਉਣ ਵਾਲਿਆਂ ਨੂੰ ਮੁਸ਼ਕਲਾਂ ਚ ਪਾਉਂਦੇ ਹਨ ਜਿਸ ਦੇਸ਼ ਚ ਦੌਲਤ ਉਪਜਾਉਣ ਵਾਲਿਆਂ ਦਾ ਮਹੱਤਵ ਉਜਾਗਰ ਨਹੀਂ ਹੁੰਦਾ ਉਹ ਦੇਸ਼ ਦੀ ਆਰਥਿਕ ਸਥਿਤੀ ਬਦਲਣ ਦੀ ਸੰਭਾਵਨਾ ਵੀ ਨਹੀਂ ਹੋਏਗੀ ਜਿਹੜੇ ਦੌਲਤਮੰਦ ਹੁੰਦੇ ਹਨ ਉਹਨਾਂ ਨੇ ਕਿਤਾਬੀ ਜਾਂ ਸਿਧਾਂਤਕ ਗਿਆਨ ਦੀ ਥਾਂ ਵਿਹਾਰਕ ਕੇ ਹਨ ਤਰਜੀਹ ਦਿੱਤੀ ਹੁੰਦੀ ਹੈ ਉਹਨਾਂ ਦੀ ਸੰਤਾਨ ਨੂੰ ਚੇਰੀ ਵਿੱਦਿਆ ਦੇ ਮਹੱਤਵ ਨੂੰ ਸਮਝਦੀ ਹੈ ਪਰ ਉਹਦੇ ਸ਼ੀਨ ਪ੍ਰਾਪਤ ਕੀਤੀ ਵਿੱਦਿਆ ਦਾ ਉਹਨਾਂ ਲਈ ਕੋਈ ਮਹੱਤਵ ਨਹੀਂ ਹੁੰਦਾ ਉਹ ਲੰਮੀਆਂ ਬੈਸਾਂ 'ਚ ਨਹੀਂ ਪੈਂਦੇ ਉਹ ਫੈਸਲੇ ਸੋਚ ਸਮਝ ਕੇ ਕਰਦੇ ਹਨ ਪਰ ਫੈਸਲੇ ਕਰਕੇ ਫਿਰ ਨਹੀਂ ਸੋਚਦੇ ਜਦੋਂ ਕਿ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲਿਆਂ ਵਿੱਚ ਵਿੱਦਿਆ ਪ੍ਰਾਪਤ ਕਰਦਿਆਂ ਕਰਦਿਆਂ ਹਰ ਚੀਜ਼ ਲਈ ਉਤਸ਼ਾਹ ਤੇ ਜੋਸ਼ ਮੱਠਾ ਪੈ ਜਾਂਦਾ ਤੇ ਉਚੇਰੀ ਵਿੱਦਿਆ ਵਾਲਿਆਂ ਨੂੰ ਸੰਭਾਵਨਾਵਾਂ ਨਾਲੋਂ ਸੀਮਾਵਾਂ ਮਿਲਣ ਵਾਲੇ ਲਾਭਾਂ ਨਾਲੋਂ ਪੈਣ ਵਾਲੇ ਘਾਟੇ ਵਧੇਰੇ ਵਿਖਾਈ ਦੇਣ ਲੱਗ ਪੈਂਦੇ ਹਨ ਪਰ ਜੋਖਮ ਕਰਨਾ ਜਾਂ ਜੋਖਮ ਵਾਲਾ ਫੈਸਲਾ ਕਰਨਾ ਉਹਨਾਂ ਦੇ ਵੱਸ 'ਚ ਨਹੀਂ ਰਹਿੰਦਾ ਨਿਰਸੰਦੇਹ ਦੌਲਤ ਅਤੇ ਸਿਧਾਂਤਕ ਵਿੱਦਿਆ ਵਿਚਕਾਰ ਰਿਸ਼ਤਾ ਵਿਸੰਗਤੀ ਤੇ ਵਿਰੋਧ ਵਾਲਾ ਹੈ ਬਹੁਤ অধিক ਵਿੱਦਿਆ ਪ੍ਰਾਪਤ ਵਿਅਕਤੀ ਇਸ ਕਰਕੇ ਧਨવાન ਨਹੀਂ ਹੁੰਦੇ ਕਿਉਂਕਿ ਉਹ ਧਨવાન ਬਣਨ ਵਾਲੀ ਉਮਰ ਤੇ ਫੈਸਲੇ ਕਰਨ ਦਾ ਸਮਾਂ ਇਮਤਿਆਨਾਂ ਤੇ ਡਿਗਰੀਆਂ ਦੀ ਭੇਟ ਚੜਾ ਦਿੰਦੇ ਹਨ ਗਰੀਬ ਦੇਸ਼ਾਂ ਵਿੱਚ ਛੁੱਟੀਆਂ ਵਧੇਰੇ ਹੁੰਦੀਆਂ ਹਨ ਤੇ ਛੁੱਟੀਆਂ ਵਧੇਰੇ ਹੋਣ ਕਰਕੇ ਇਹ ਦੇਸ਼ ਗਰੀਬ ਹੀ ਰਹਿੰਦੇ ਹਨ ਪਿੱਛੇ ਜੇ ਇੱਕ ਲੇਖਕ ਨੇ ਕਰੋੜਪਤੀ ਕਿਵੇਂ ਬਣਿਆ ਇਸੇ ਲੇਖ ਵਾਲੀ ਪੁਸਤਕ ਲਿਖੀ ਤੇ ਆਪਣੀ ਪੁਸਤਕ ਦੇ ਪ੍ਰਚਾਰ ਲਈ ਕਈ ਥਾਈਂ ਭਾਸ਼ਣ ਦਿੱਤੇ ਉਹਨੂੰ ਅਕਸਰ ਪੁੱਛਿਆ ਗਿਆ ਕਿ ਤੁਸੀਂ ਦੂਜਿਆਂ ਨੂੰ ਕਰੋੜਪਤੀ ਬਣਨ ਦੇ ਢੰਗ ਤਰੀਕੇ ਤਾਂ ਦੱਸਦੇ ਹੋ ਪਰ ਤੁਸੀਂ ਆਪ ਕਰੋੜਪਤੀ ਕਿਉਂ ਨਹੀਂ ਬਣੇ ਉਹਦਾ ਉੱਤਰ ਇਹ ਸੀ ਕਿ ਉਹਨੇ ਗਲਤੀ ਇਹ ਕੀਤੀ ਕਿ ਉਹਨੇ ਜੀਵਨ ਦੇ ਚਾਰ ਦਿਹਾਕੇ ਪ੍ਰੀਖਿਆਵਾਂ ਪਾਸ ਕਰਨ ਵਿੱਚ ਹੀ ਲਗਾ ਦਿੱਤੇ ਤੇ ਐਵੇਂ ਕਮਾਉਣ ਵਾਲੇ ਵੀ ਕੀਮਤੀ ਵਰੇ ਗਵਾ ਦਿੱਤੇ ਦੌਲਤ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਇਸ ਦੇ ਮਾਲਕ ਅਨਪੜ ਹਨ ਜਾਂ ਪੜੇ ਲਿਖੇ ਭਾਰਤ ਦੇ ਵਾਸੀ ਹਨ ਜਾਂ ਅਮਰੀਕਾ ਦੇ ਵਾਸੀ ਉਪਰੋਕਤ ਚਰਚਾ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਉਚੇਰੀ ਵਿਦਿਆ ਨਹੀਂ ਲੈਣੀ ਚਾਹੀਦੀ ਪਰ ਯਾਦ ਰੱਖਣਾ ਜ਼ਰੂਰੀ ਹੈ ਕਿ ਅਮਲ ਵੀ ਹੋਣੀ ਉਚੇਰੀ ਵਿਦਿਆ ਤੁਹਾਨੂੰ ਅਪੰਗ ਬਣਾ ਕੇ ਕੇਵਲ ਨੌਕਰੀ ਜੋਗਾ ਕਰ ਦੇਗੀ ਪਰ ਨੌਕਰੀ ਮਿਲੇਗੀ ਨਹੀਂ ਜੇ ਤੁਸੀਂ ਆਪਣਾ ਕੰਮ ਕਰਨਾ ਹੈ ਜਾਂ ਵਪਾਰ ਜਾਂ ਉਤਪਾਦਨ ਦੇ ਖੇਤਰ ਚ ਜਾਣਾ ਹੈ ਤਾਂ ਉਹੀ ਵਿਦਿਆ ਚੰਗੀ ਹੈ ਜਿਹੜੀ ਤੁਹਾਡੇ ਵਿੱਚ ਵਿਉਂਤੇ ਹੋਏ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਨੂੰ ਵਧਾਵੇ ਨਹੀਂ ਤਾਂ ਵਿਦਿਆ ਹੀ ਤੁਹਾਡੇ ਰਾਹ ਦੀ ਰੁਕਾਵਟ ਬਣ ਜਾਏਗੀ ਸਾਡੇ ਸਮਾਜ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਨੁਮਾਈਸ਼ੀ ਅਮੀਰੀ ਨੂੰ ਸਮਾਜ ਪਰਵਾਨਗੀ ਦੀ ਨਜ਼ਰ ਨਾਲ ਨਹੀਂ ਵੇਖਦਾ ਜਾ ਮੁਕਦਾਰ ਮਹਿੰਗੇ ਕੱਪੜਿਆਂ ਵਾਲੇ ਪ੍ਰੋਫੈਸਰ ਜਾਂ ਹੀਰੇ ਦੀਆਂ ਮੁੰਦਰੀਆਂ ਵਾਲੇ ਡਾਕਟਰ ਆਦ ਨੂੰ ਆਪਣੇ ਕਿਤੇ ਵਿੱਚ ਮਾਰ ਨਹੀਂ ਸਮਝਿਆ ਜਾਂਦਾ ਸਮਾਜ ਆਸ ਕਰਦਾ ਹੈ ਕਿ ਉਹ ਸਾਦੇ ਰਹਿਣ ਤੇ ਆਪਣੀ ਧਨ ਦੀ ਨਮਾਇਸ਼ ਨਾ ਲਵਾ ਜਦੋਂ ਕਿ ਸਮਾਜ ਇਹਨਾਂ ਨੂੰ ਆਰਥਿਕ ਚਿੰਤਾਵਾਂ ਤੋਂ ਮੁਕਤ ਹੋਣ ਦੀ ਪਰਵਾਹ ਨਹੀਂ ਖੜੇ ਮੱਥੇ ਦਿੰਦਾ ਜੇ ਤੁਸੀਂ ਆਰਥਿਕ ਪੱਖੋਂ ਸੁਤੰਤਰ ਨਹੀਂ ਤਾਂ ਤੁਹਾਨੂੰ ਆਪਣਾ ਢੇਰ ਸਾਰਾ ਸਮਾਂ ਸ਼ਕਤੀ ਤੇ ਸੋਚ ਇਸ ਪੱਖ ਪ੍ਰਤੀ ਚਿੰਤਾ ਕਰਦਿਆਂ گزارਣੀ ਪੈਗੀ ਇਸ ਚਿੰਤਾ ਦਾ ਇਲਾਜ ਆਮਦਨ ਖਰਚ ਦਾ ਬਜਟ ਬਣਾਉਣਾ ਹੈ ਪਰੇਸ਼ਾਨ ਲੋਕ ਬਜਟ ਬਣਾਏ ਜਾਂ ਆਮਦਨ ਖਰਚ ਵੇਨਤੇ ਬਿਨਾ ਜੀਵਨ ਗੁਜ਼ਾਰਦੇ ਹਨ ਇਸੇ ਲਈ ਪਰੇਸ਼ਾਨ ਰਹਿੰਦੇ ਹਨ ਜਿਸ ਖੇਡ ਦੇ ਨਿਯਮ ਨਹੀਂ ਹਨ ਉਹ ਖੇਡ ਖੇਡਣ ਦੇ ਕੋਈ ਅਰਥ ਵੀ ਨਹੀਂ ਹੋਣਗੇ ਕਈ ਲੋਕ ਸਫਲਤਾ ਨੂੰ ਕਿਸਮਤ ਨਾਲ ਜੋੜਦੇ ਹਨ ਇਹ ਆਦਤ ਕੇਵਲ ਅਸਫਲ ਲੋਕਾਂ ਚ ਹੁੰਦੀ ਹੈ ਤਾਸ਼ ਦੇ ਪੱਤੇ ਵੰਡ ਦਿੱਤੇ ਜਾਂਦੇ ਹਨ ਪੱਤੇ ਨਹੀਂ ਬਦਲੇ ਜਾ ਸਕਦੇ ਔਰ ਆਪਣੇ ਅਨੁਭਵ ਤੇ ਤਜਰਬੇ ਨਾਲ ਅਸੀਂ ਆਪਣੀ ਦੁੱਖੀ ਨਾਲ ਦੁੱਖੀ ਦੇ ਕੀ ਕੱਕੇ ਨੂੰ maat ਪਾ ਸਕਦੇ ਹਾਂ ਤਾਸ਼ ਦੇ ਮਿਲੇ ਪੱਤੇ ਸਾਡੀ ਕਿਸਮਤ ਹੁੰਦੇ ਹਨ ਅਸੀਂ ਖੇਡਦੇ ਕਿਵੇਂ ਹ ਇਹ ਸਾਡੀ ਯੋਗਤਾ ਹੋਏਗੀ ਜੇ ਸ਼ਤਰੰਜ ਖੇਡਣੀ ਆਉਂਦੀ ਹੋਵੇ ਤਾਂ ਕਈ ਵਾਰ ਪਿਆਦਾ ਵੀ ਬਾਦਸ਼ਾ ਨੂੰ ਖੇਰ ਲੈਂਦਾ ਹੈ ਕਈ ਵਿਅਕਤੀ ਸਮਝਦੇ ਹਨ ਕਿ ਉਹਨਾਂ ਦਾ ਨਿਸ਼ਾਨਾ ਸਪਸ਼ਟ ਹੋ ਗਿਆ ਹੈ ਸੋ ਉਹ ਨਿਸ਼ਚਿੰਤ ਹੋ ਕੇ ਸੌ ਜਾਂਦੇ ਹਨ ਤੇ ਸੁੱਤੇ ਰਹਿੰਦੇ ਹਨ ਦੌਲਤਮੰਦ ਵਿਅਕਤੀ ਕੰਜੂਸ ਨਹੀਂ ਹੁੰਦੇ ਸੰਜਮੀ ਹੁੰਦੇ ਹਨ ਵੇਖਿਆ ਗਿਆ ਕਿ ਜਦੋਂ ਤੁਸੀਂ ਅਚਾਨਕ ਮਿਲੇ ਪੈਸਿਆਂ ਨਾਲ ਆਪਣੀ ਸਮਰੱਥਾ ਨਾਲੋਂ ਵਧੇਰੇ ਮਹਿੰਗੀ ਕੋਈ ਚੀਜ਼ ਖਰੀਦੋਗੇ ਤਾਂ ਤੁਹਾਨੂੰ ਲਗਾਤਾਰ ਕਈ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ ਨਹੀਂ ਤਾਂ ਪਹਿਲੀਆਂ ਖਰੀਦੀਆਂ ਮਹਿੰਗੀਆਂ ਚੀਜ਼ਾਂ ਬੜੀਆਂ ਅਜੀਬ ਲੱਗਣਗੀਆਂ ਆਪਣੇ ਪੈਸਿਆਂ ਨਾਲੋਂ ਦੂਜਿਆਂ ਦੇ ਪੈਸੇ ਖਰਚਣੇ ਸੌਕੇ ਹੁੰਦੇ ਹਨ ਆਪਣੇ ਬੱਚਿਆਂ ਨੂੰ ਤੁਸੀਂ ਜਿੰਨੇ ਵਧੇਰੇ ਪੈਸੇ ਦਿਓਗੇ ਉਹਨੇ ਘੱਟ ਬਚਾਉਣਗੇ ਜਿਨੇ ਕੱਟਦੇ ਹੋਗੇ ਓਨੇ ਵੱਧ ਬਚਾਉਣਗੇ ਆਪਣੀ ਸੰਤਾਨ ਨੂੰ ਬੱਚਤ ਰਾਹੀਂ ਆਰਥਿਕ ਪੱਖੋਂ ਸੁਤੰਤਰ ਹੁੰਦੀਆਂ ਆਤਾਂ ਜੇ ਬਚਪਨ ਵਿੱਚ ਨਹੀਂ ਪਾਉਗੇ ਤਾਂ ਇਹ ਆਤਾਂ ਕਦੇ ਵੀ ਨਹੀਂ ਪੈਣਗੀਆਂ ਜਦੋਂ ਤੁਸੀਂ ਜਦੋਂ ਅਸੀਂ ਆਪਣੇ ਕਮਾਈ ਪੈਸੇ ਖਰਚਦੇ ਹਾਂ ਤਾਂ ਸਾਡੇ ਨਿਰਣੇ ਦ੍ਰਿਸ਼ਟੀਕੋਣ ਤੇ ਫੈਸਲੇ ਵੱਖਰੀ ਭਾਂਦੇ ਹੁੰਦੇ ਹਨ ਜਦੋਂ ਤੱਕ ਕੋਈ ਵਿਅਕਤੀ ਆਪਣਾ ਕਮਾਇਆ ਪੈਸਾ ਖਰਚ ਨਹੀਂ ਕਰਦਾ ਉਦੋਂ ਤੱਕ ਉਹ ਬਚਪਨ ਵਿੱਚ ਹੀ ਵਿਚਰਦਾ ਹੈ ਜੋ ਕੁਝ ਮੇਰਾ ਹੈ ਤੇ ਜੋ ਕੁਝ ਮੇਰਾ ਨਹੀਂ ਇਹ ਜਾਣ ਲੈਣਾ ਬੜਾ ਜ਼ਰੂਰੀ ਹੀ ਨਹੀਂ ਬੜਾ ਲਾਭਕਾਰੀ ਵੀ ਹੁੰਦਾ ਹੈ ਦੌਲਤਮੰਦੀ ਦੂਜਿਆਂ ਲਈ ਰੋਜ਼ਗਾਰ ਪੈਦਾ ਕਰਨ ਦੀ ਯੋਗਤਾ ਹੁੰਦੀ ਹੈ ਜਿਹੜਾ ਸਮਾਜ ਅਗਲੀ ਰੀ ਪੀੜ੍ਹੀ ਲਈ ਠੁਕਵੇਂ ਰੋਜ਼ਗਾਰ ਨਹੀਂ ਇਹ ਪੁਜਾਉਂਦਾ ਉਸ ਸਮਾਜ ਸੁਖੀ ਤੇ ਖੁਸ਼ਹਾਲ ਵੀ ਨਹੀਂ ਹੁੰਦਾ ਸਮੱਸਿਆ ਸੰਸਾਰ ਨੂੰ ਸੁਧਾਰਨ ਦੀ ਨਹੀਂ ਆਪਣੇ ਆਪ ਨੂੰ ਸਾਰੂ ਕਾਰਜਾਂ ਵਿੱਚ ਲਾਉਣ ਦੀ ਹੈ ਹਾਰੀ ਹੋਈ ਲੋਕਾਂ ਦੇ ਹਨੇਰੀ ਵਿੱਚ ਸੂਰਜ ਚੜ੍ਹਨ ਦੀ ਹੈ ਕਲਪਨਾ ਨੂੰ ਸਿਰਜਣਾ ਵਿੱਚ ਬਦਲਣ ਦੀ ਹੈ ਵੇਲ ਨੂੰ ਦੌਲਤ ਵਿੱਚ ਪਲਟਾਉਣ ਦੀ ਹੈ ਬੈਠਿਆਂ ਨੂੰ ਦੌੜਨ ਦੀ ਹਿੰਮਤ ਦੇਣ ਦੀ ਹੈ ਨੌਕਰੀ ਲਈ ਤਰਲੇ ਮਿੰਤਾ ਕਰਨ ਵਾਲਿਆਂ ਵਿੱਚ ਮਾਲਕ ਬਣਨ ਦੀ ਪ੍ਰੇਰਣਾ ਤੇ ਉਤਸ਼ਾਹ ਭਜਾਉਣ ਦੀ ਹੈ ਤੇ ਜਾਗਦੀਆਂ ਅੱਖਾਂ ਨਾਲ ਸੁਪਨੇ ਵੇਖਣ ਦੀ ਹੈ ਧੰਨਵਾਦ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਦਾ ਰਸਤੇ ਦਾ ਦੂਸਰਾ ਲੇਖ ਹੈ ਔਰ ਰੁਕਣਾ ਮਨਾ ਹੈ ਉਖੜੇ ਹੋਏ ਛੰਡੇ ਜਾਂ ਡਿੱਗੇ ਹੋਏ ਤੰਬੂ ਜਾਂ ਮਪੂ ਜਿਹੀ ਹੋਏ ਚੁੱਲ੍ਹੇ ਜਾਂ ਹਾਰੀਆਂ ਹੋਈਆਂ ਫੌਜਾਂ ਕਿਸੇ ਦੀ ਤਰਵਾਸ ਨਹੀਂ ਬਣਦੀਆਂ ਜਦੋਂ ਤੱਕ ਅਸੀਂ ਕਿਸੇ ਦੀ ਤਰਵਾਸ ਨਹੀਂ ਬਣਦੇ ਜਾਂ ਕਿਸੇ ਦੀ ਜ਼ਿੰਦਗੀ ਦਾ ਸਿਰਲੇਖ ਨਹੀਂ ਬਣਦੇ ਜਾਂ ਕਿਸੇ ਨੂੰ ਆਪਣੀ ਜਿੰਦ ਦਾ ਸਿਰਨਾਵਾ ਨਹੀਂ ਬਣਾਉਂਦੇ ਜਾਂ ਇੱਕ ਦੂਜੇ ਦੇ ਜੀਵਨ ਦਾ ਮੌਸਮ ਨਹੀਂ ਬਣਦੇ ਉਦੋਂ ਤੱਕ ਸਾਡੇ ਵਿੱਚ ਉੱਚੇ ਇਰਾਦੇ ਜਾਂ ਬੁਲੰਦ ਹਿੰਮਤਾਂ ਵੀ ਨਹੀਂ ਉਪਜਦੀਆਂ ਹਾਰੀਆਂ ਹੋਈਆਂ ਹਿੰਮਤਾਂ ਸਰੀਰ ਵਿੱਚੋਂ ਜੀਵਨ ਰਸ ਤੇ ਜੀਵਨ ਤੰਗ ਚੂਸ ਲੈਂਦੀਆਂ ਹਨ ਸਾਡੀਆਂ ਸੀਮਾਵਾਂ ਸਾਡੇ ਸਵਾਰਥਾਂ ਦੀਆਂ ਸੀਮਾਵਾਂ ਹੁੰਦੀਆਂ ਹਨ ਨਿਰਸਵਾਰਥ ਮਨੁੱਖ ਸੀਮਾਵਾਂ ਤੋਂ ਮੁਕਤ ਹੋ ਕੇ ਸੰਭਾਵਨਾਵਾਂ ਦੇ ਰਾਹ ਪੈ ਜਾਂਦਾ ਹੈ ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਯੋਗਤਾਵਾਂ ਤੇ ਸੰਭਾਵਨਾਵਾਂ ਜਾਗ ਪੈਂਦੀਆਂ ਹਨ ਸਾਨੂੰ ਪ੍ਰਭਾਵਿਤ ਉਹੀ ਕਰਦੇ ਹਨ ਜਿਨ੍ਹਾਂ ਦੀ ਸੋਚ ਉਹਨਾਂ ਦੇ ਕਾਰਜਾਂ ਨਾਲ ਇੱਕ ਸੁਰ ਹੁੰਦੀ ਹੈ ਅਸੀਂ ਨਿੰਦਾ ਉਹਨਾਂ ਦੀ ਕਰਦੇ ਹਾਂ ਜਿਨ੍ਹਾਂ ਦੇ ਸਰੀਰ ਉਹਨਾਂ ਦੀ ਆਤਮਾ ਨਾਲ ਨਹੀਂ ਚੱਲਦੇ ਇੱਕ ਸੁਰਤਾ ਦੀ ਅਨਹੋਂਦ अनेका ਹਾਰਾਂ ਤੇ ਅਸਫਲਤਾਵਾਂ ਨੂੰ ਸਿਰਜਣ ਦਾ ਕਾਰਨ ਬਣਦੀ ਹੈ ਤਲਾਕ ਦਾ ਮੁਕੱਦਮਾ ਲੜਨ ਵਾਲੇ ਕਿਸੇ ਲਈ ਕੋਈ ਪ੍ਰੇਰਣਾਮਈ ਉਦਾਹਰਨ ਨਹੀਂ ਸਿਰਜ ਸਕਦੇ ਕਾਂ ਵੀ ਕਾਲਾ ਹੁੰਦਾ ਕੋਇਲ ਵੀ ਕਾਲੀ ਹੈ ਪਰ ਅੰਤਰ ਤਾਂ ਉਹਨਾਂ ਦੀ ਬੋਲੀ ਤੇ ਕਾਰਜ ਕਰਗੁਜ਼ਾਰੀ 'ਚ ਹੁੰਦਾ ਹੈ ਜਦੋਂ ਤੱਕ ਉਦੇਸ਼ ਤੇ ਆਦਰਸ਼ ਸਪਸ਼ਟ ਨਾ ਹੋ ਜਿੰਦਗੀ ਚੋਂਦੇ ਹੋਏ ਘੜੇ ਵਾਂਗ ਸਦਾ ਖਾਲੀ ਹੀ ਰਹੇਗੀ ਗੁਰੂ ਗੋਬਿੰਦ ਸਿੰਘ ਉੱਚੇ ਆਦਰਸ਼ਾਂ ਦਾ ਮੂਜਸਮਾ ਸਨ ਪੰਜ ਪਿਆਰੇ ਉਹਨਾਂ ਦੇ ਵਿਸ਼ਾਲ ਤੇ ਸਦੀਵੀ ਲਸ਼ਕਰ ਦਾ ਪ੍ਰਤੀਕ ਸਨ ਗੁਰੂ ਗੋਬਿੰਦ ਸਿੰਘ ਨੂੰ ਵੱਡੀਆਂ ਮੁਸੀਬਤਾਂ ਤੇ अनेका ਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਦੀ ਉਦਾਹਰਣ ਸਭਨੀ ਥਾਂ ਇੱਕ ਸਫਲ ਮਹਾਪੁਰਸ਼ ਵਜੋਂ ਹੀ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਮੁਸੀਬਤਾਂ ਤੇ ਮੁਸ਼ਕਲਾਂ 'ਚ ਘਿਰ ਜਾਓ ਤਾਂ ਸੋਚਣਾ ਕਿ ਕੀ ਤੁਹਾਡੀਆਂ ਮੁਸੀਬਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੁਸ਼ਕਲਾਂ ਨਾਲੋਂ ਵੀ ਵੱਡੇਰੀਆਂ ਹਨ ਗੁਰੂ ਗੋਬਿੰਦ ਸਿੰਘ ਦਾ ਮੂੰਹ ਸੂਰਜ ਵੱਲ ਨਹੀਂ ਸੀ ਉਹ ਆਪ ਸੂਰਜ ਸਨ ਉਹ ਦਰਿਆਵਾਂ ਨੂੰ ਨਹੀਂ ਸਨ ਵੇਖਦੇ ਦਰਿਆ ਉਹਨਾਂ ਨੂੰ ਵੇਖਦੇ ਸਨ ਉਹ ਜਾਗੀ ਹੋਈ ਹਿੰਮਤ ਦਾ ਪ੍ਰਤੀਕ ਸਨ ਜੇਕਰ ਆਪਣਾ ਮੂੰਹ ਸੂਰਜ ਵੱਲ ਰੱਖੋਗੇ ਤਾਂ ਸੰਸਿਆ ਦੇ ਪਰਛਾਵੇਂ ਵੀ ਵਿਖਾਈ ਨਹੀਂ ਦੇਣਗੇ ਜਦੋਂ ਜ਼ਿੰਦਗੀ ਸੰਸਿਆਵਾਂ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਸੰਭਾਵਨਾਵਾਂ ਦੇ ਰਾਹ ਪੈ ਜਾਂਦੀ ਹੈ ਸਫਲਤਾ ਮਿਹਨਤ ਵੱਲੋਂ ਜ਼ਿੰਦਗੀ ਨੂੰ ਦਿੱਤਾ ਹੰਗਾਰਾ ਹੁੰਦੀ ਹੈ ਆਪਣੇ ਵਿਚਾਰ ਬਦਲ ਲਓ ਤੁਹਾਡਾ ਸੰਸਾਰ ਬਦਲ ਜਾਏਗਾ ਉਸ ਸਾਰੂ ਵਿਚਾਰਾਂ ਨੂੰ ਹੰਗਾਰਾ ਦਿਓ ਤੁਹਾਡੇ ਵਿੱਚ ਹਿੰਮਤਾਂ ਜਾਗ ਪੈਣਗੀਆਂ ਸਰੀਰ ਨੇ ਤੁਹਾਡੇ ਮਨ ਦੇ ਚੱਲਦੇ ਚਲਾਇਆ ਚੱਲਣਾ ਇਸ ਤੋਂ ਹਿੰਮਤ ਮੰਗੋਗੇ ਇਹ ਹਿੰਮਤ ਉੱਭ ਜਾਏਗਾ ਇਸ ਤੋਂ ਆਲਸ ਮੰਗੋਗੇ ਇਹ ਆਲਸ ਉੱਭ ਜਾਏਗਾ ਮਨ ਹੀ ਮਨੁੱਖ ਦਾ ਸਭ ਤੋਂ ਵੱਡਾ ਸਾਥੀ ਹੈ ਮਨ ਹੀ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੈ ਮਨ ਵਿਅੰਤਾਂ ਸਿਰਜਦਾ ਹੈ ਸਰੀਰ ਉਹਨਾਂ ਵਿਅੰਤਾਂ ਨੂੰ ਅਮਲ 'ਚ ਲਿਆਉਂਦਾ ਹੈ ਸਰੀਰ ਮਨ ਦਾ ਸੇਵਾਦਾਰ ਹੈ ਕਰਮ ਤੋਂ ਬਿਨਾਂ ਸੰਸਾਰ ਦੇ ਸਾਰੇ ਸਿਧਾਂਤ ਨਿਰਾਰਥਕ ਹਨ ਕਰਮ ਤੋਂ ਬਿਨਾਂ ਸੱਚੀ ਪ੍ਰਸੰਤਾ ਨਹੀਂ ਉਪਜਦੀ ਤੇ ਇਮਾਨਦਾਰੀ ਤੋਂ ਬਿਨਾਂ ਜਾਂ ਚੰਗੇ ਬਣੇ ਬਿਨਾ ਪ੍ਰਸੰਨ ਹੋਣਾ ਸੰਭਵ ਨਹੀਂ ਹੁੰਦਾ ਕਿਉਂਕਿ ਪ੍ਰਸੰਤਾ ਸਦਾ ਹੀ ਚੰਗੇ ਕੰਮਾਂ ਦਾ ਨਤੀਜਾ ਹੁੰਦੀ ਹੈ ਜੇ ਸਫਲਤਾ ਜਾਂ ਪ੍ਰਸੰਤਾ ਗੁਬਾਰੇ ਫੈਲਾਉਣ ਵਾਂਗ ਸੌਖੀ ਹੋ ਜਾਏ ਤਾਂ ਜਈ ਸਫਲਤਾ ਜਾਂ ਪ੍ਰਸੰਤਾ ਗੁਬਾਰੇ ਜਿੰਨੀ ਹੀ ਹੰਡਣਸਾਰ ਹੋਏਗੀ ਇਸ ਸਫਲਤਾ ਦੀਆਂ ਜੜਾਂ ਡੂੰਘੀਆਂ ਨਹੀਂ ਹੋਣਗੀਆਂ ਜਿਵੇਂ ਡੂੰਘੀਆਂ ਜੜ੍ਹਾਂ ਵਾਲੇ ਰੁੱਖ ਜਲਦੀ ਨਹੀਂ ਮੁਰਝਾਉਂਦੇ ਓਵੇਂ ਡੂੰਘੀਆਂ ਸੋਚਾਂ ਵਾਲੇ ਵਿਅਕਤੀ ਛੇਤੀ ਨਹੀਂ ਘਬਰਾਉਂਦੇ ਸ਼ਕਤੀਸ਼ਾਲੀ ਰੁੱਖਾਂ ਵਾਂਗ ਉੱਚੇ ਇਰਾਦਿਆਂ ਵਾਲੇ ਮਨੁੱਖ ਵੀ ਪੜੇ ਪ੍ਰਭਾਵਾਂ ਤੋਂ ਬਚੇ ਰਹਿੰਦੇ ਹਨ 19ਵੇਂ ਨਸ਼ੇ 'ਚ ਨਹੀਂ ਉੱਚੀ ਖੁਮਾਰੀ 'ਚ ਰਹਿੰਦੇ ਹਨ ਨਸ਼ੇ ਦੇ ਲੋਰ ਵਿੱਚ ਮਨੁੱਖ ਵਿੱਚ ਭੈੜੇ ਵਿਚਾਰਾਂ ਤੋਂ ਬਚ ਸਕਣ ਦੀ ਸਮਰੱਥਾ ਨਹੀਂ ਰਹਿੰਦੀ ਭੈੜੇ ਵਿਚਾਰ ਜਾਂ ਭੈੜੇ ਵਿਹਾਰ ਦਾ ਕੇਵਲ ਵਿਰੋਧ ਕਰਕੇ ਹੀ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਉਹ ਸਾਰੂ ਤੇ ਸ਼ਕਤੀਸ਼ਾਲੀ ਵਿਚਾਰ ਉਸਾਰਨੇ ਪੈਣਗੇ ਕਿਉਂਕਿ ਆਪਣਾ ਬਹੁਤਾ ਜੀਵਨ ਅਸੀਂ ਆਪਣੇ ਆਪ ਨਾਲ ਗੁਜ਼ਾਰਨਾ ਹੁੰਦਾ ਸੋ ਜਦੋਂ ਤੱਕ ਸਾਡੀ ਆਪਣੀ ਆਪਬਾਰੇ ਰਾਈ ਚੰਗੀ ਨਹੀਂ ਬਣਦੀ ਉਦੋਂ ਤੱਕ ਕੋਈ ਉਲੇਖ ਯੋਗ ਪਰਿਵਰਤਨ ਵੀ ਨਹੀਂ ਵਾਪਰੇਗਾ ਜਦੋਂ ਅਸੀਂ ਕਿਸੇ ਦੂਜੇ ਵਿੱਚ ਦਿਲਚਸਪੀ ਲੈਂਦੇ ਵੀ ਹਾਂ ਤਾਂ ਉਹ ਵੀ ਥੋੜੇ ਜਿਹਾ ਸਮੇ ਲਈ ਹੀ ਹੁੰਦੀ ਹੈ ਤੇ ਇਸ ਸਮੇਂ ਦੌਰਾਨ ਵੀ ਅਸੀਂ ਇਹੀ ਸੋਚਦੇ ਹਾਂ ਕਿ ਉਹਦੀ ਦਿਲਚਸਪੀ ਮੇਰੇ ਵਿੱਚ ਹੈ ਕਿ ਨਹੀਂ ਉਹ ਮੇਰੀ ਪਹੁੰਚ ਵਿੱਚ ਹੈ ਕਿ ਨਹੀਂ ਉਹ ਮੇਰੇ ਲਈ ਲਵ ਕਰੀ ਹੈ ਕਿ ਨਹੀਂ ਪਰਿਵਾਰ ਤੇ ਸਮਾਜ ਸਾਨੂੰ ਸਖਤ ਮਿਹਨਤ ਕਰਨ ਦਾ ਅਵਸਰ ਹੀ ਦੇ ਸਕਦੇ ਹਨ ਇਸ ਤੋਂ ਵਧੇਰੇ ਲਾਭ ਦਾ ਇੱਕੋ ਨਾਲ ਕੋਲ ਸਾਨੂੰ ਦੇਣ ਲਈ ਕੁਝ ਨਹੀਂ ਹੁੰਦਾ। ਕੁਝ ਪ੍ਰਾਪਤ ਕਰਨ ਜਾਂ ਨਾ ਪ੍ਰਾਪਤ ਕਰਨ ਦਾ ਫੈਸਲਾ ਤੇ ਜ਼ਿੰਮੇਵਾਰੀ ਸਾਡੀ ਆਪਣੀ ਹੁੰਦੀ ਹੈ। ਚੰਗੀ ਸਿਹਤ ਲਈ ਪ੍ਰੀਖਿਆ ਦੀ ਤਿਆਰੀ ਲਈ ਵਿਆਹ ਵਿੱਚ ਵਫਾਦਾਰੀ ਲਈ ਜਾਂ ਕਿਸੇ ਉਦੇਸ਼ ਦੀ ਪੂਰਤੀ ਵਾਸਤੇ ਹਿੰਮਤ ਜਟਾਉਣ ਲਈ ਫੈਸਲਾ ਅਸੀਂ ਆਪ ਹੀ ਕਰਨਾ ਹੁੰਦਾ ਹੈ। ਦੂਜੇ ਲੋਕ ਸਾਡੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ। ਫੈਸਲੇ ਕਰਨੇ ਸੌਖੇ ਹੁੰਦੇ ਹਨ। ਉਹਨਾਂ ਤੇ ਅਮਲ ਕਰਨਾ ਹੀ ਔਖਾ ਹੁੰਦਾ ਹੈ। ਹਰ ਕਿਸੇ ਨੂੰ ਸੰਸਾਰ ਵਿੱਚ ਅਨੇਕਾਂ ਫੈਸਲੇ ਕਰਨ ਦਾ ਅਵਸਰ ਮਿਲਦਾ ਹੈ ਪਰ ਅਮਲ ਕਰਨ ਸਮੇਂ ਅਨੇਕਾਂ ਫੈਸਲੇ ਤੇ ਅਵਸਰ ਸਾਡੇ ਤੋਂ ਗੁਵਾਚ ਜਾਂਦੇ ਹਨ ਜਦੋਂ ਅਸੀਂ ਕਿਸੇ ਅਜਿਹੀ ਚੀਜ਼ ਦੀ ਇੱਛਾ ਕਰਦੇ ਹਾਂ ਜਿਸ ਦੀ ਸਾਨੂੰ ਸਮਝ ਨਹੀਂ ਹੁੰਦੀ ਜਾਂ ਜਿਸ ਦੇ ਅਸੀਂ ਯੋਗ ਨਹੀਂ ਹੁੰਦੇ ਉਹ ਚੀਜ਼ ਪ੍ਰਾਪਤ ਹੋ ਕੇ ਵੀ ਸਾਡੇ ਤੋਂ ਖੁੱਸ ਜਾਂਦੀ ਹੈ ਉਹ ਸਾਰੂ ਦ੍ਰਿਸ਼ਟੀਕੋਣ ਜਾਂ ਉੱਚੇ ਰਿਸਵਾਰਥ ਤੋਂ ਬਿਨਾਂ ਸਾਡੀ ਮਿਹਨਤ ਵੀ ਕਿਸੇ ਲੇਖੇ ਨਹੀਂ ਲੱਗਦੀ ਸਵਾਰਥ ਦੀ ਉੱਚੀ ਰੀ ਤੇ ਪਵਿੱਤਰ ਵਸਥਾ ਨੂੰ ਹੀ ਆਦਰਸ਼ ਕਹਿੰਦੇ ਹਨ ਆਪਣੇ ਚੰਗੇ ਸਵਾਰਥ ਨਾਲ ਜਦੋਂ ਅਸੀਂ ਸੱਚੀ ਮਿਹਨਤ ਜੋੜ ਦਿੰਦੇ ਹਾਂ ਤਾਂ ਉਹ ਅਦਰਸ਼ ਬਣ ਜਾਂਦਾ ਹੈ ਇਹ ਅਦਰਸ਼ ਸਾਡੀ ਸਰੀਰਕ ਸ਼ਕਤੀ ਨੂੰ اخلاقی ਤਾਕਤ ਵਿੱਚ ਬਦਲ ਦਿੰਦਾ ਹੈ اخلاਕੀ ਆਧਾਰ ਤੋਂ ਬਿਨਾ ਮਨ ਵਿੱਚੋਂ ਵਿਕਾਰ ਹੀ ਉਪਜਦੇ ਹਨ ਤੇ ਸਰੀਰਕ ਸ਼ਕਤੀ ਵਿੱਚੋਂ ਵਿਪਚਾਰ ਹੀ ਉੱਭਰਦਾ ਹੈ ਨਿਰੋਲ ਸਰੀਰਾਂ ਦੇ ਜੰਗਲ ਵਿੱਚੋਂ ਰੂਹਾਂ ਨਹੀਂ ਲੱਭਦੀਆਂ ਰੱਦੀ ਵਿੱਚੋਂ ਮੁੱਲਵਾਨ ਪੁਸਤਕਾਂ ਨਹੀਂ ਮਿਲਦੀਆਂ ਲਾਟਰੀ ਪਾ ਕੇ ਜਾਂ ਜੂਆ ਖੇਡ ਕੇ ਕੋਈ ਅਮੀਰ ਨਹੀਂ ਹੋਇਆ ਨਸ਼ੇ ਦੇ ਲੋਰ ਵਾਲਾ ਸਵਰਗਸ ਦੀ ਵੀ ਨਹੀਂ ਹੁੰਦਾ ਨਕਲ ਮਾਰ ਕੇ ਪਾਸ ਕੀਤੀ ਪ੍ਰੀਖਿਆ ਸਾਨੂੰ ਗਿਆਨਵਾਨ ਨਹੀਂ ਬਣਾਉਂਦੀ ਹਿੰਮਤ ਕੀਤੇ ਬਿਨਾ ਹਿੰਮਤ ਨਹੀਂ ਜਾਗਦੀ ਤੇ ਯਤਨ ਕੀਤੇ ਬਿਨਾ ਸਫਲਤਾ ਨਹੀਂ ਮਿਲਦੀ ਜਿੱਥੇ ਸਾਨੂੰ ਵੱਡਾ ਹੌਸਲਾ ਉੱਚਾ ਇਰਾਦਾ ਤੇ ਅੰਮ੍ਰਣ ਵੀ ਹਿੰਮਤ ਦੀ ਲੋੜ ਹੁੰਦੀ ਹੈ ਉਥੇ ਅਮੁਕਤੀ ਰਜਵੀ ਜ਼ਰੂਰੀ ਹੈ ਕੰਮ ਬੜੇ ਜੋਸ਼ ਨਾਲ ਅਰੰਭੇ ਜਾਂਦੇ ਹਨ ਪਰ ਬਹੁਤੇ ਕੰਮ ਆਰੰਭ ਤੋਂ ਅੱਗੇ ਚੱਲਦੇ ਨਹੀਂ ਸਮੁੰਦਰੀ ਜਹਾਜ਼ ਦੇ ਸਾਰੇ ਵੱਖਰੇ ਵੱਖਰੇ ਭਾਗ ਭਾਗ ਇਕੱਲਿਆਂ ਡੁੱਬ ਜਾਂਦੇ ਹਨ ਇੰਜਣ ਇਕੱਲਾ ਡੁੱਬ ਜਾਏਗਾ ਅਗਲਾ ਹਿੱਸਾ ਪਿਛਲੇ ਹਿੱਸੇ ਨਾਲੋਂ ਨਖੇੜ ਦੇ ਉਹ ਤੋਂ ਮੈਂ ਡੁੱਬ ਜਾਣਗੇ ਪਰ ਜਦੋਂ ਉਹਨਾਂ ਨੂੰ ਬੰਨ ਦਿੱਤਾ ਜਾਂਦਾ ਹੈ ਤਾਂ ਉਹ ਤੈਰਨ ਲੱਗ ਪੈਂਦੇ ਹਨ ਐਵੇਂ ਜਦੋਂ ਤੱਕ ਤਨ ਜਦੋਂ ਤੱਕ ਮਨ ਬੁੱਧੀ ਤੇ ਸਰੀਰ ਇੱਕ ਦੂਜੇ ਨਾਲ ਨਹੀਂ ਵੱਜਦੇ ਅਸੀਂ ਸੰਸਿਆ ਤੇ ਸਮੱਸਿਆਵਾਂ ਵਿੱਚ ਘਰੇ ਰਹਿੰਦੇ ਹਾਂ ਜਿੱਤਣ ਦੇ ਇਰਾਦੇ ਤੋਂ ਬਿਨਾਂ ਤੇ ਜਿੱਤਣ ਦੀ ਹਿੰਮਤ ਤੋਂ ਬਿਨਾਂ ਕੋਈ ਮੁਹਿੰਮ ਛੇੜਨੀ ਬੜਾ ਮਹਿੰਗਾ ਤੇ ਖਤਰਨਾਕ ਕਾਰਜ ਹੁੰਦਾ ਹੈ। ਐਵੇਂ ਕਿਸੇ ਕੰਮ ਨੂੰ ਸਿਰੇ ਚੜਾਏ ਬਿਨਾ ਤਿਆਗ ਦੇਣਾ ਬੜੀ ਖਰਚੀਲੀ ਆਦਤ ਹੈ। ਮਨੁੱਖ ਨੂੰ ਸਭ ਤੋਂ ਵੱਧ ਥਕਾਵਟ ਅਧੂਰੇ ਪਏ ਕਾਰਜਾਂ ਤੋਂ ਹੁੰਦੀ ਹੈ। ਅਧੂਰਾ ਕਾਰਜ ਸੰਪੂਰਨ ਨਾ ਹੋਣ ਤੱਕ ਕੋਈ ਨਵਾਂ ਕਾਰਜ ਆਰੰਭਣ ਦੀ ਹਿੰਮਤ ਨਹੀਂ ਜਗਦੀ। ਆਲੇ-ਦੁਆਲੇ ਵਿੱਚ ਬਹੁਤੀ ਨਿਰਾਸ਼ਾ ਤੇ ਉਦਾਸੀ ਕੰਮਾਂ ਦੇ ਅਧੂਰੇ ਪਏ ਹੋਣ ਕਾਰਨ ਹੁੰਦੀ ਹੈ। ਅੰਤ ਵਿੱਚ ਅਸੀਂ ਆਪਣੇ ਪੈਰਾਂ ਤੇ ਖਲੋਣਾ ਹੁੰਦਾ ਹੈ ਆਪਣੇ ਪੈਰਾਂ ਤੇ ਖਲੋਤਾ ਹੋਇਆ ਇੱਕ ਮੰਗਤਾ ਵੀ ਆਪਣੇ ਗੋਡਿਆਂ ਤੇ ਝੁਕੇ ਹੋਏ ਇੱਕ ਬਾਦਸ਼ਾਹ ਨਾਲੋਂ ਵੀ ਉੱਚਾ ਨਜ਼ਰ ਆਉਂਦਾ ਹੈ ਕੰਮ ਨੂੰ ਚੰਗੀ ਤਰ੍ਹਾਂ ਕਰਨ ਤੇ ਮੁਕਾਉਣ ਵਿੱਚ ਮਿਲਣ ਵਾਲੀ ਤਸੱਲੀ ਉਸ ਕੰਮ ਦਾ ਇਨਾਮ ਹੁੰਦੀ ਹੈ ਅਨੇਕਾਂ ਲੋਕ ਅਫਸਰ ਨਾ ਮਿਲਣ ਦੀ ਸ਼ਿਕਾਇਤ ਕਰਦੇ ਹਨ ਪਰ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਹ ਵੀ ਤਾਂ ਇੱਕ ਅਫਸਰ ਹੈ ਇਸ ਮਿਲੇ ਹੋਏ ਅਫਸਰ ਨੂੰ ਤੁਸੀਂ ਕਿਵੇਂ ਵਰਤ ਰਹੇ ਹੋ ਤੁਹਾਡੀ ਵਰਤਮਾਨ ਸਥਿਤੀ ਵੀ ਇੱਕ ਅਫਸਰ ਹੈ ਤੁਹਾਨੂੰ ਅਵਸਰ ਕਿਸੇ ਨੇ ਨਹੀਂ ਦੇਣਾ ਭਾਵੇਂ 100 ਇਨក្លਬ ਆਪਰ ਜਾਣ ਵਿਸ਼ੇਸ਼ ਅਵਸਰਾਂ ਦਾ ਕੋਈ ਵजूद ਹੈ ਹੀ ਨਹੀਂ ਮਿਲੀਆਂ ਹੋਈਆਂ ਸਧਾਰਨ ਸਥਿਤੀਆਂ ਨੂੰ ਹੀ ਵਿਸ਼ੇਸ਼ ਅਵਸਰ ਸਮਝਣਾ ਪਏਗਾ ਕਿ ਤੁਹਾਨੂੰ ਮਿਹਨਤ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਤੁਹਾਨੂੰ ਚੰਗੇ ਮਨੁੱਖ ਬਣਨ ਦਾ ਅਵਸਰ ਨਹੀਂ ਮਿਲਿਆ ਕਿ ਤੁਹਾਨੂੰ ਆਪਣੇ ਆਪਣਾ ਕੰਮ ਚੰਗੇ ਢੰਗ ਨਾਲ ਕਰਨ ਤੋਂ ਕਿਸੇ ਨੇ ਰੋਕੇ ਹੈ ਕਿ ਤੁਹਾਡੇ ਚੰਗਾ ਤੇ ਮਿਹਨਤੀ ਇਨਸਾਨ ਬਣਨ ਵਿੱਚ ਸਮਾਜ ਨੇ ਰੁਕਾਵਟਾਂ ਪਾਈਆਂ ਹਨ ਕਿ ਤੁਹਾਡੇ ਮਾਪਿਆਂ ਨੇ ਤੁਹਾਨੂੰ ਸਵੇਕ ਤੇ ਜਾਗਣ ਤੋਂ ਵਰਜਿਆ ਕਿ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਚੰਗੀਆਂ ਪੁਸਤਕਾਂ ਪੜ੍ਹਨ ਤੋਂ ਮਨਾ ਕੀਤਾ। ਪੁੱਛੇ ਹੋਏ ਬਿਨਾਂ ਲੰਮੇ ਹੋਣ ਦੇ ਕੋਈ ਅਰਥ ਨਹੀਂ ਹੁੰਦੇ। ਬਹੁਤੇ ਲੋਕ ਲੰਮੇ ਹੋਣ ਦਾ ਯਤਨ ਕਰਦੇ ਹਨ। ਲੋੜ ਉੱਚੀ ਹੋਣ ਦੀ ਹੁੰਦੀ ਹੈ। ਸਾਰੇ ਵਿਅਕਤੀ ਲਗਭਗ ਇੱਕੋ ਜਿਹੇ ਹੁੰਦੇ ਹਨ। ਅੰਤਰ ਹਿੰਮਤ ਦਾ ਹੁੰਦਾ ਹੈ। ਜਾਨਵਰਾਂ ਵਿੱਚ ਪੰਛੀਆਂ ਵਿੱਚ ਵੀ ਔਰ ਅੰਤਰ ਹਿੰਮਤ ਦਾ ਹੁੰਦਾ ਹੈ। ਹਿੰਮਤ ਵੀ ਹੋਣੀ ਵਿਅਕਤੀ ਕਿਸਮਤ ਦੀਆਂ ਗੱਲਾਂ ਕਰਦੇ ਹਨ। ਕਿਸੇ ਵੀ ਮਹਾਨ ਵਿਅਕਤੀ ਦੀ ਜ਼ਿੰਦਗੀ ਵਿੱਚ ਕਿਸਮਤ ਨੇ ਕੋਈ ਰੋਲ ਨਹੀਂ ਨਿਭਾਇਆ ਨਿਰਸੰਦੇਸ਼ ਸਫਲ ਹੋਣਾ ਬੜਾ ਦੁਖਦਾਈ ਹੁੰਦਾ ਹੈ ਪਰ ਸਫਲ ਹੋਣ ਲਈ ਯਤਨ ਹੀ ਨਾ ਕਰਨਾ ਸਫਲ ਹੋਣ ਨਾਲੋਂ ਵੀ ਵਧੇਰੇ ਦੁਖਦਾਈ ਹੁੰਦਾ ਹੈ ਸਫਲ ਵਿਅਕਤੀਆਂ ਕੋਲ ਹਿੰਮਤ ਉਦੇਸ਼ ਤੇ ਆਦਰਸ਼ ਹੁੰਦੇ ਹਨ ਜਦੋਂ ਕਿ ਹਾਰੇ ਹੋਏ ਵਿਅਕਤੀਆਂ ਕੋਲ ਬਹਾਨੇ ਸ਼ਿਕਾਇਤਾਂ ਤੇ ਸਾੜੇ ਹੁੰਦੇ ਹਨ ਕੰਡਿਆਂ ਤੋਂ ਬਿਨਾ ਗੁਲਾਬ ਕੇਵਲ ਕਲਪਨਾ ਵਿੱਚ ਹੀ ਸੰਭਵ ਹੁੰਦੇ ਹਨ ਜੀਵਨ ਚਾਨਣੀ ਤੇ ਹਨੇਰੇ ਪੱਖਾਂ ਦਾ ਸੁਮੇਲ ਪ੍ਰੇਮੀ ਕੇਵਲ ਪ੍ਰਾਪਤੀ ਦੇ ਪੱਖ ਤੋਂ ਸੋਚਦੇ ਹਨ ਜਦੋਂ ਕਿ ਪ੍ਰੇਮ ਆਪਣਾ ਸਭ ਕੁਝ ਕੁਰਬਾਨ ਕਰਨ ਦੀ ਯਾਤਰਾ ਹੈ ਉਹ ਪਿਆਰ ਦਾ ਕੇਵਲ ਚਾਨਣਾ ਜਾਂ ਮਾਨਣ ਵਾਲਾ ਪੱਖ ਹੀ ਵੇਖਦੇ ਹਨ ਜਦੋਂ ਕਿ ਪਿਆਰ ਦੀਆਂ ਦੁਸ਼ਵਾਰੀਆਂ, ਪੀੜਾਂ, ਬੇਵਸੀਆਂ ਤੇ ਹਕੀਕਤਾਂ ਨਹੀਂ ਵੇਖਦੇ ਜਿਹੜੇ ਇਹਨਾਂ ਬੇਵਸੀਆਂ, ਹਾਰਾਂ ਤੇ ਅਸਫਲਤਾਵਾਂ ਨੂੰ ਜਰ ਲੈਂਦੇ ਹਨ ਉਹੀ ਕਲਾ ਸਿਰਜਦੇ ਤੇ ਕਵਿਤਾ ਰਚਦੇ ਹਨ ਕਹਿੰਦੇ ਹਨ ਸਫਲ ਪ੍ਰੇਮ ਵਿੱਚ ਉਹ ਕਵਿਤਾ ਨਹੀਂ ਉਪਜਦੀ ਕਈ ਆਪਣਾ ਸਮਾਰਦਾਸਾਂ ਕਰਨ ਚਲਾ ਦਿੰਦੇ ਹਨ ਉਹ ਨਹੀਂ ਜਾਣਦੇ ਕਿ ਪਰਿਵਰਤਨ ਕਰਮ ਨਾਲ ਆਪਰਦਾ ਕੁਝ ਕਰਨ ਦੀ ਜਾਂਚ ਉਸ ਨੂੰ ਕਰਨ ਨਾਲ ਹੀ ਆਉਂਦੀ ਹੈ ਮੰਜ਼ਿਲ ਤੇ ਉਹੀ ਪਹੁੰਚਦੇ ਹਨ ਜਿਹੜੇ ਸੋ ਵਕਤ ਤੇ ਰਵਾਨਾ ਹੁੰਦੇ ਹਨ ਜਿਨ੍ਹਾਂ ਦੇ ਪੈਰਾਂ ਨਾਲ ਰਸਤੇ ਵਿਆਹ ਹੁੰਦੇ ਹਨ ਖਿੰਡੀਆਂ ਹੋਈਆਂ ਬਿਰਤੀਆਂ ਜਾਂ ਬੇਕਾਬੂ ਹੋਈਆਂ ਭਾਵਨਾਵਾਂ ਸਾਨੂੰ ਆਪਣੇ ਨਿਸ਼ਾਨੇ ਤੋਂ ਦੂਰ ਲੈ ਜਾਂਦੀਆਂ ਹਨ ਜਦੋਂ ਤੁਹਾਡੀ ਟੇਕ ਕਿਸੇ ਨਿਸ਼ਾਨੇ ਤੇ ਲੱਗੀ ਹੋਈਗੀ ਉਦੋਂ ਤੁਹਾਡੀ ਆਪਣੀ ਹਿੰਮਤ ਦੇ ਨਾਲ ਦੂਜਿਆਂ ਦੀਆਂ ਹਿੰਮਤਾਂ ਵੀ ਜੁੜ ਜਾਣਗੀਆਂ ਕਾਫਲੇ ਐਵੇਂ ਹੀ ਬਣਦੇ ਹਨ ਇਨਕਲਾਬ ਐਵੇਂ ਹੀ ਵਾਪਰਦੇ ਹਨ ਤੁਹਾਡੇ ਵੱਲੋਂ ਦੂਜਿਆਂ ਵਿੱਚ ਦਿਲਚਸਪੀ ਲੈਣੀ ਨਾ ਕੇਵਲ ਦੂਜਿਆਂ ਨੂੰ ਚੰਗੀ ਲੱਗੇਗੀ ਸਗੋਂ ਤੁਹਾਨੂੰ ਵੀ ਉਹਨਾਂ ਨੂੰ ਸਮਝਣ ਵਿੱਚ ਸ਼ੌਕ ਹੋਏਗੀ ਇਸ ਸਮਝ ਵਿੱਚੋਂ ਆਪਣਾ ਜਿਹੜਾ ਵਿਹਾਰ ਤੁਸੀਂ ਸਿਰਜੋਗੇ ਉਹ ਘੱਟ ਖਰਚੀਲਾ ਤੇ ਵਧੇਰੇ ਉਪਯੋਗੀ ਹੋਏਗਾ ਐਵੇਂ ਤੁਹਾਡੇ ਉਦੇਸ਼ ਸਪਸ਼ਟ ਹੋ ਜਾਣਗੇ ਜੇ ਅਦਰਸ਼ ਸਪਸ਼ਟ ਹੋ ਜਾਣਗੇ ਤਾਂ ਨੀਵੀਆਂ ਬਿਰਤੀਆਂ ਤੇ ਸੰਸੇ ਆਪਣੇ ਆਪ ਲੋਪ ਹੋ ਜਾਣਗੇ ਉਦਾਸੀ ਤੇ ਮਾਇੂਸੀ ਜਿਹੇ ਰੋਗਾਂ ਦਾ ਇਲਾਜ ਇਹ ਹੈ ਕਿ ਕਿਸੇ ਨਿਰਸਵਾਰਥ ਕਾਰਜ ਵਿੱਚ ਰੁੱਝ ਜਾਓ ਆਪਣੇ ਤੋਂ ਨੀਵੀਆਂ ਨੂੰ ਉਤਸ਼ਾਹ ਦਿਓ ਉਹਨਾਂ ਵਿੱਚ ਹਿੰਮਤ ਉਪਜਾਓ ਤੁਹਾਡੀ ਆਪਣੀ ਹਿੰਮਤ ਵੀ ਜਾਗ ਪਏਗੀ ਜੇ ਇਕੱਲੇ ਹੋ ਤਾਂ ਆਪਣੇ ਅੰਦਰਲੇ ਸਰੋਤਾਂ ਨਾਲ ਦੋਸਤੀ ਪਾਓ ਕੁਦਰਤ ਤੇ ਟੇਕ ਰੱਖੋ ਜੇ ਤੁਹਾਡਾ ਕੋਈ ਸਾਥੀ ਨਹੀਂ ਤਾਂ ਰੱਬ ਤਾਂ ਹੈ ਹੀ ਇਸ ਸੋਚ ਕੇ ਕਾਰਜ ਕਰੋ ਕਿ ਤੁਸੀਂ ਰੱਬ ਲਈ ਕਰ ਰਹੇ ਹੋ ਆਪਣੇ ਆਪ ਨੂੰ ਇੱਕ ਵਿਅਕਤੀ ਨਹੀਂ ਇੱਕ ਫੌਜ ਸਮਝੋ ਜਦੋਂ ਮਨੁੱਖ ਕੋਲ ਮਾਨ ਕਰਨ ਲਈ ਕੁਝ ਨਹੀਂ ਹੁੰਦਾ ਤਾਂ ਵੀ ਉਸ ਕੋਲ ਆਪਣਾ ਆਸਰਾ ਤਾਂ ਹੁੰਦਾ ਹੀ ਹੈ ਜਦੋਂ ਬਾਹਰੋਂ ਕੋਈ ਸਹਾਰਾ ਨਾ ਤਰੇ ਸਹਾਰਾ ਨਾ ਰਹੇ ਧਰੂਵਾਂਗ ਮਾਂ ਤੋਂ ਵਿਛੋੜ ਦਿੱਤਾ ਜਾਏ ਪਿਤਾ ਪਿਆਰ ਤੋਂ ਤੋੜ ਦਿੱਤਾ ਜਾਏ ਤਾਂ ਮਨੁੱਖ ਧਰੂਵਾਂਗ ਰੱਬ ਨੂੰ ਅੰਦਰੋਂ ਲੱਭਦਾ ਹੈ ਜਦੋਂ ਧਰੂ ਨੇ ਅੰਦਰਲੇ ਦੀ ਬੋਲੀ ਬੋਲੀ ਅੰਦਰਲਾ ਬੋਲ ਪਿਆ ਜਦੋਂ ਅੰਦਰ ਵੱਲ ਪਰਤੇ ਆਤਾ ਉਸ ਵਿੱਚ ਅੰਦਰ ਦੀ ਸਿਆਣਤ ਤੇ ਹਿੰਮਤ ਵੀ ਜਾਗ ਪਈ ਜਦੋਂ ਕੋਈ ਗੱਲ ਸਮਝ ਆ ਜਾਏ ਤਾਂ ਰਾਹ ਖੁੱਲ ਖੁੱਲ ਜਾਂਦਾ ਹੈ ਜਿਹੜਾ ਗਿਆਨ ਸਾਨੂੰ ਖੋਲਦਾ ਨਹੀਂ ਉਸ ਵਿੱਚ ਜ਼ਰੂਰ ਕੋਈ ਘਾਟ ਹੈ ਗਿਆਨ ਸਾਨੂੰ ਹਿੰਮਤ ਦਿੰਦਾ ਹੈ ਸਾਡਾ ਰਾਹ ਖੋਲਦਾ ਹੈ ਭਾਵੇਂ ਰੱਬ ਇੱਕ ਭੁਲੇਖਾ ਹੀ ਹੈ ਪਰ ਇੱਕ ਬੜਾ ਉਸਾਰੂਪ ਲਿਖ ਹੈ ਕਿਉਂਕਿ ਇਸ ਭੁਲੇਖੇ ਵਿੱਚ ਉਹ ਸਭ ਕੁਝ ਹੈ ਜਿੱਦੀ ਸਾਨੂੰ ਲੋੜ ਹੁੰਦੀ ਹੈ ਜ਼ਿੰਦਗੀ ਤੁਹਾਨੂੰ ਉਹੀ ਕੁਝ ਦੇਗੀ ਜੋ ਲੈਣ ਦੇ ਆਪਣੇ ਆਪ ਨੂੰ ਤੁਸੀਂ ਯੋਗ ਸਮਝੋਗੇ। ਅਨੰਤ ਸਮੇ ਦੇ ਸਾਹਮਣੇ ਅਸੀਂ ਸਾਰੇ ਇਕੱਲੇ ਹਾਂ। ਜਿਉਣ ਦੀ ਸਾਡੇ ਸਭ ਦੀ ਦਿਸ਼ਾ ਤੇ ਦਿਸ਼ਾ ਵੱਖਰੀ ਹੈ। ਪਹੁੰਚ ਤੇ ਰਫ਼ਤਾਰ ਵੱਖਰੀ ਹੈ ਪਰ ਉਹੀ ਤੈਰਦੇ ਹਨ ਜਿਹੜੇ ਡੁੱਬਣ ਤੋਂ ਡਰਦੇ ਨਹੀਂ। ਉਹੀ ਪਹੁੰਚਦੇ ਹਨ ਜਿਹੜੇ ਚੱਲਦੇ ਹਨ। ਸ਼ਿਕਾਇਤਾਂ ਜੱਗੇ ਲਈ ਸਿੱਖ ਵੀ ਕੁਝ ਵੀ ਚੰਗਾ ਸੋਹਣਾ ਤੇ ਉਸਾਰੂ ਕਰਨ ਦੀ ਹਿੰਮਤ ਨਹੀਂ ਰਹਿਣ ਦਿੰਦੇ। ਮਨੁੱਖ ਦਾ ਦੁੱਖਾਂ ਤੇ ਹੈ ਕਿ ਸਾਰੀਆਂ ਰਿਸ਼ਤੇਦਾਰੀਆਂ ਦੋਸਤੀਆਂ ਦੇ ਬਾਵਜੂਦ ਉਹ ਤੁਰੰਦਰੋਂ ਇਕੱਲਾ ਮਹਿਸੂਸ ਕਰਦਾ ਹੈ ਇਹ ਵੀ ਸੱਚ ਹੈ ਕਿ ਸੰਸਾਰ 'ਚ ਕੋਈ ਵੀ ਚੀਜ਼ ਇੱਕ ਵਾਰੀ ਨਹੀਂ ਵਾਪਰਦੀ ਇਹ ਨੇ ਚੰਗੀਆਂ ਤੇ ਮਾੜੀਆਂ ਦੋਵੇਂ ਚੀਜ਼ਾਂ ਤੇ ਲਾਗੂ ਹੁੰਦਾ ਹੈ ਹਿੰਮਤ ਵਾਲੇ ਰੱਬ ਦਾ ਅਧੂਰਾ ਕਾਰਜ ਪੂਰਾ ਕਰਦੇ ਹਨ ਇਹ ਸੱਚ ਸਦੀਆਂ ਪੁਰਾਣਾ ਹੈ ਇਹ ਸੱਚ ਸਦੀਆਂ ਨਮਾ ਰਹੇਗਾ ਜਿਨ੍ਹਾਂ ਨੇ ਸਦੀਆਂ ਤੱਕ ਜਿਉਂਦੇ ਰਹਿਣਾ ਹੁੰਦਾ ਹੈ ਤੇ ਸਦੀਆਂ ਤੱਕ ਜਿਉਣ ਵਾਲਾ ਇਸ ਸੰਸਾਰ ਨੂੰ ਕੁਝ ਦੇਣਾ ਹੁੰਦਾ ਹੈ ਉਹਨਾਂ ਨਾਲ ਵਾਪਰਦੇ ਦੁੱਖ ਵੀ ਬੇਮਿਸਾਲ ਹੁੰਦੇ ਹਨ ਉਹ ਸੰਸਾਰ ਨੂੰ ਜੋ ਕੁਝ ਦੇ ਜਾਂਦੇ ਹਨ ਉਹ ਚੰਬਾ ਵੀ ਬੇਮਿਸਾਲ ਹੁੰਦਾ ਹੈ ਦੂਜੇ ਪਾਸੇ ਨਿਗੂਣੇ ਅਹਿਸਾਸਾਂ ਨੂੰ ਹਾਰੇ ਹੋਏ ਵਿਚਾਰਾਂ ਤੇ ਵਾਪਰੀ ਹੋਈ ਦੁੱਖਾਂਤਾਂ ਨੂੰ ਸਾਹਮਦੇ ਸਾਹਮਦੇ ਕਈ ਵਿਅਕਤੀ ਰੇਗਿਸਤਾਨ ਬਣ ਜਾਂਦੇ ਹਨ ਪੈਰ ਸਾਰਿਆਂ ਕੋਲ ਹੁੰਦੇ ਹਨ ਮੰਜ਼ਿਲ ਸਾਰਿਆਂ ਕੋਲ ਨਹੀਂ ਹੁੰਦੀ ਬੁੱਧ ਕੋਲ ਪੈਰ ਵੀ ਸਨ ਮੰਜ਼ਿਲ ਵੀ ਸੀ ਨਾਨਕ ਕੋਲ ਮੰਜ਼ਲ ਵੀ ਸੀ ਪੈਰ ਵੀ ਸਨ ਉਹ ਭੁਲੇਖਿਆਂ ਤੋਂ ਮੁਕਤ ਸਨ ਮਨੁੱਖ ਨੂੰ ਵਾਸਤਵਿਕ ਦੇਖਾਂ ਪਰਮਾਂ ਜਾਂ ਪ੍ਰਾਂਤੀਆਂ ਤਸਵੀਰਾਂ ਜਾਂ ਫਿਲਮਾਂ ਆਦਿ ਦੇਖਣ ਵਿੱਚੋਂ ਵਧੇਰੇ ਆਨੰਦ ਮਿਲਦਾ ਹੈ ਪ੍ਰਾਂਤੀਆਂ ਨਾਲ ਹਿੰਮਤਾਂ ਸੌਂ ਜਾਂਦੀਆਂ ਹਨ ਤੇ ਮਨੁੱਖ ਬੁਝੇ ਹੋਏ ਦੀਵੇ ਜਾਂ ਉਤਾਰ ਕੇ ਰੱਖੇ ਗਏ ਕੱਪੜਿਆਂ ਵਾਂਗ ਪ੍ਰਤੀਤ ਹੋਣ ਲੱਗ ਪੈਂਦਾ ਹੈ ਬਹੁਤੇ ਲੋਕ ਲਾਇਕ ਨਹੀਂ ਹੁੰਦੇ ਹਿੰਮਤੀ ਤੇ ਮਿਹਨਤੀ ਹੁੰਦੇ ਹਨ ਇਕੱਠੀ ਹੋਈ ਮਿਹਨਤ ਹੀ ਲਿਆਕਤ ਬਣ ਜਾਂਦੀ ਹੈ ਸਾਰਾ ਕੁਝ ਜਾਣਨਾ ਹੀ ਸਿਆਣਪ ਨਹੀਂ ਹੁੰਦਾ ਭੈੜੀਆਂ ਗੱਲਾਂ ਦੀ ਅਗਿਆਨਤਾ ਵੀ ਗਿਆਨ ਦੀ ਇੱਕ ਕਿਸਮ ਹੁੰਦੀ ਹੈ ਜਿਨ੍ਹਾਂ ਪ੍ਰਤੀ ਅਸੀਂ ਜ਼ਿੰਮੇਵਾਰ ਹੁੰਦੇ ਹਾਂ ਉਹਨਾਂ ਦੀ ਸ਼ਾਬਾਸ਼ੀ ਸਾਡੇ ਲਈ ਅਰਥ ਰੱਖਦੀ ਹੈ ਦੂਜਿਆਂ ਦੀਆਂ ਤਾੜੀਆਂ ਵਿੱਚ ਖੜਾਕ ਹੁੰਦਾ ਹੈ ਖੁਸ਼ੀ ਦਾ ਪ੍ਰਗਟਾਵਾ ਨਹੀਂ ਹੁੰਦਾ ਇੱਕ ਵਾਰੀ ਵਪਾਰੀਆਂ ਦੇ ਇੱਕ ਪਰਿਵਾਰ ਵਿੱਚੋਂ ਇੱਕ ਵਿਅਕਤੀ ਰਾਜਸਥਾਨ ਵਿੱਚ ਪਾਣੀ ਦੀ ਥੋੜ੍ਹ ਵਾਲੇ ਇਲਾਕੇ 'ਚ ਅਧਿਆਪਕ ਜਾਣ ਲੱਗਿਆ ਉਥੇ ਪਾਣੀ ਦੀ ਘਾਟ ਸੀ ਪਰ ਬੱਚਿਆਂ ਵਿੱਚ ਕੁਝ ਸਿੱਖਣ ਦੀ تھی ਵਰਤਾਤੇ ਕੁਝ ਜਾਣਨ ਦੀ ਬੇਪਲਤਾ ਦਾ ਸਮੁੰਦਰ ਠਾਠਾ ਮਾਰਦਾ ਸੀ ਇੱਕ ਦਿਨ ਉਹ ਸਧਿਆਪਕ ਨੇ ਪਾਣੀ ਦੀ ਥੋੜ੍ਹ ਤੋਂ ਤੰਗ ਆ ਕੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਗਲੀ ਸਵੇਰ ਨੂੰ ਵਾਪਸੀ ਦੇ ਸਫ਼ਰ ਲਈ ਉਹਨੇ ਗੱਡੀ ਚੜ੍ਹਨਾ ਸੀ ਬੱਚਿਆਂ ਦੀਆਂ ਮਾਵਾਂ ਨੂੰ ਚਿੰਤਾ ਹੋ ਗਈ ਕਿ ਉਹਨਾਂ ਦੇ ਬੱਚਿਆਂ ਦਾ ਰਹਿਬਰ ਕਿਉਂ ਜਾ ਰਿਹਾ ਸੀ ਸਕੂਲ ਦੇ ਸਾਰੇ ਲਗਭਗ 200 ਬੱਚੇ ਜਿਸ ਨੂੰ ਜੋੜ ਜੁੜਿਆ ਕੋਲੀ ਗਲਾਸ ਗੱਡੀ ਡੱਬਾ ਕਰਮੰਡਲ ਆਪਣੇ ਘਰੋਂ ਜਿੰਨਾ ਪਾਣੀ ਵੀ ਸੀ ਸਾਰਾ ਲੈ ਕੇ ਸਟੇਸ਼ਨ ਤੇ ਪਹੁੰਚ ਗਏ। ਮਾਵਾਂ ਬੱਚਿਆਂ ਦੇ ਪਿੱਛੇ ਖਲੋਤੀਆਂ ਸਨ। ਜਦੋਂ ਉਸ ਅਧਿਆਪਕ ਨੇ ਨਜ਼ਾਰਾ ਵੇਖਿਆ ਤਾਂ ਉਹਦੀਆਂ ਅੱਖਾਂ ਛਲਕ ਪਈਆਂ। ਗੱਡੀ ਨੇ ਚੱਲਣਾ ਸੀ, ਚੱਲੀ ਤੇ ਚਲੀ ਗਈ। ਉਹ ਅਧਿਆਪਕ ਨਹੀਂ ਗਿਆ। ਉਹਨੂੰ ਆਪਣੇ ਜੀਵਨ ਦਾ ਆਦਰਸ਼ ਮਿਲ ਗਿਆ ਤੇ ਉਹਨੇ ਆਪਣਾ ਸਾਰਾ ਜੀਵਨ ਰਾਜਸਥਾਨ ਵਿੱਚ ਵਿਦਿਆ ਦੇ ਵਿਸਤਾਰ ਲਈ ਲਾਇਆ। ਕਈ ਕਟਨਾਵਾਂ ਤੇ ਕਈ ਹਾਦਸੇ ਸਾਡੇ ਮਨ ਦੇ ਸਦੀ ਵੀ ਪ੍ਰਭਾਵ ਛੱਡ ਜਾਂਦੇ ਹਨ ਹਰ ਸੁਨਹਿਰੀ ਯੁੱਗ ਤੋਂ ਪਹਿਲਾਂ ਅਨੇਕਾਂ ਹਾਦਸੇ ਵਾਪਰਦੇ ਹਨ ਤੇ ਹਰ ਵਿਅਕਤੀ ਤੇ ਸਮਾਜ ਨੂੰ ਸਖਤ ਮਿਹਨਤ ਵਿੱਚੋਂ ਲੰਘਣਾ ਪੈਂਦਾ ਹੈ ਜਿਹੜੇ ਵਿਅਕਤੀ ਪਰਿਵਾਰ ਤੇ ਸਮਾਜ ਮਿਹਨਤ ਵਿੱਚੋਂ ਨਹੀਂ ਲੰਘਦੇ ਉਹਨਾਂ ਦੀ ਪਛਾਣ ਨਹੀਂ ਉਪਜਦੀ ਉਹ ਪ੍ਰਭਾਵਿਤ ਨਹੀਂ ਕਰਦੇ ਜਿਹੜੇ ਵਿਅਕਤੀ ਜਾਂ ਸਮਾਜ ਸਾਨੂੰ ਚੰਗੇ ਲੱਗਦੇ ਹਨ ਅਸੀਂ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ ਸਭ ਨੂੰ ਨੰਤ ਉੱਪਰ ਬਲਤ ਹੋਣ ਦਾ ਉਪਰਾਲਾ ਕਰਦੇ ਹਾਂ ਚੰਗੇ ਬੰਦੇ ਆਪਣੇ ਆਪ ਨੂੰ ਮਹਾਨ ਸਮਝਣ ਦੇ ਧੋਖੇ ਤੋਂ ਬਚੇ ਰਹਿੰਦੇ ਹਨ ਆਪਣੀ ਪ੍ਰਸ਼ੰਸਾ ਵਿੱਚ ਸਿਰ ਨਾ ਹਿਲਾਉਣਾ ਮੁਸ਼ਕਿਲ ਬੜਾ ਹੈ ਪਰ ਇਸ ਭਰਮ ਜਾਲ ਵਿੱਚੋਂ ਨਿਕਲਣਾ ਵੀ ਬੜਾ ਮੁਸ਼ਕਿਲ ਹੈ ਜਿਹੜੇ ਆਪਣੀ ਪ੍ਰਸ਼ੰਸਾ ਸੁਣਨ ਬਹਿ ਜਾਂਦੇ ਹਨ ਜਾਂ ਆਪਣਾ ਗੁਣ ਗਾਇਨਾ ਆਪ ਹੀ ਕਰਨ ਲੱਗ ਪੈਂਦੇ ਹਨ ਇਤਿਹਾਸ ਉਹਨਾਂ ਨੂੰ ਸ਼ਰਨਾਰਥੀ ਬਣਾ ਕੇ ਰੱਖ ਦਿੰਦਾ ਹੈ ਜਿਹੜੇ ਲੋਕ ਆਪਣੇ ਘਰਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਜਾਣਨਾ ਚਾਹੀਦਾ ਹੈ ਕਿਸਨਾਰਥੀ ਕਿਵੇਂ ਸੋਚਦਾ ਹੈ ਗੁਆਚਿਆ ਹੋਇਆ ਬੱਚਾ ਕਿਵੇਂ ਮਹਿਸੂਸ ਕਰਦਾ ਹੈ ਹਾਰਿਆ ਹੋਇਆ ਵਿਅਕਤੀ ਕਿੰਨਾ ਉਦਾਸ ਹੁੰਦਾ ਹੈ ਤਿਆਗੀ ਹੋਈ ਨੂੰ ਕਿਵੇਂ ਵਿਚਰਦੀ ਹੈ ਜੇ ਤੁਹਾਡੇ ਚ ਸਹਾਰਾ ਦੇਣ ਤੇ ਤਰਵਾਸ ਬਣਨ ਦੀ ਹਿੰਮਤ ਹੈ ਤਾਂ ਉੱصر ਲੱਭਣੇ ਨਹੀਂ ਪੈਂਗੇ ਭੁੱਖ ਮਨੁੱਖ ਨੂੰ ਮਾਰ ਦਿੰਦੀ ਹੈ ਪਰ ਜੇ ਕੋਈ ਭੁੱਖ ਤੋਂ ਬਚਣ ਲਈ ਮੰਗਤਾ ਬਣ ਜਾਂਦਾ ਤਾਂ ਉਹ ਤਬਾਹ ਹੋ ਜਾਂਦਾ ਜਦੋਂ ਕਿਸੇ ਕਲਾਕਾਰ ਕੋਲ ਕੁਝ ਨਵਾਂ ਸਿੱਖਣ ਦੀ ਹਿੰਮਤ ਨਹੀਂ ਰਹਿੰਦੀ ਤਾਂ ਉਹਦੀ ਮੌਤ ਦਾ ਆਵਾਜ਼ ਹੁੰਦਾ ਹੈ ਜੇ ਕਿਸਮਤੀ ਸਭ ਕੁਝ ਹੈ ਤਾਂ ਪ੍ਰੇਰਣਾ ਯਤਨ ਤੇ ਮਿਹਨਤ ਦੀ ਕੋਈ ਅਰਥ ਨਹੀਂ ਰਹਿੰਦੇ ਇੱਕ ਇਨਾਮ ਵੰਡ ਸਮਾਰੋਹ ਵਿੱਚ ਇੱਕ ਛੋਟੇ ਜਿਹੇ ਲੜਕੇ ਨੂੰ ਲੰਮਿਆਂ ਦੇ ਮੁਕਾਬਲੇ ਵਿੱਚ ਦੌੜ ਵਿੱਚ ਉਹ ਅੱਵਲ ਆਉਣ ਦਾ ਇਨਾਮ ਮਿਲਣ ਉਪਰੰਤ ਜਦੋਂ ਉਹਨੂੰ ਉਹਦੀ ਸਫਲਤਾ ਦਾ ਕਾਰਨ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਉਹਨੇ ਰੱਬ ਨੂੰ ਧਿਆ ਕੇ ਕਿਹਾ ਸੀ ਰੱਬ ਜੀ ਮੈਂ ਹਿੰਮਤ ਕਰਾਂਗਾ ਤੁਸੀਂ ਮਦਦ ਕਰਨੀ ਮੈਂ ਪੈਰ ਰੱਖਦਾ ਜਾਵਾਂਗਾ ਤੁਸੀਂ ਪੈਰ ਚੁੱਕਦੇ ਜਾਣਾ ਮੈਂ ਆਪਣਾ ਕੰਮ ਕਰਦਾ ਗਿਆ ਰੱਬ ਜੀ ਆਪਣਾ ਕੰਮ ਕਰਦੇ ਗਏ ਮੈਂ ਰੱਬ ਨੂੰ ਹਾਰਮ ਥੋੜੀ ਦੇਣਾ ਸੀ ਸੰਸਾਰ 'ਚ ਕੇਵਲ 2% ਲੋਕ ਹੀ ਆਪਣੀ ਪਸੰਦ ਦਾ ਕੰਮ ਕਰਦੇ ਹਨ ਬਹੁਤ ਘੱਟ ਲੋਕਾਂ ਨੂੰ ਆਪਣੇ ਕੰਮ ਵਿੱਚ ਦਿਲਚਸਪੀ ਹੁੰਦੀ ਹੈ ਦਿਲਚਸਪੀ ਦੇ ਇਸ ਘਾਟ ਕਰਨੀ ਉਹ ਥੱਕਦੇ ਹਨ ਥਕਾਵਟ ਉਤਸੁਕਤਾ ਨੂੰ ਮਾਰ ਦਿੰਦੀ ਹੈ ਉਤਸੁਕਤਾ ਦੀ ਭਾਵਨਾ ਹੀ ਜਵਾਨੀ ਨੂੰ ਬੁਟਾਪੇ ਨਾਲ ਨਿਖੇੜਦੀ ਹੈ ਇਸ ਉਤਸੁਕਤਾ ਦੀ ਅਣਹੋਂਦ ਕਾਰਨ ਹੀ ਲੋਕ ਜਵਾਨੀ ਵਿੱਚ ਹੀ ਸੰਕੀ ਸ਼ੰਕਾ ਲੋ ਤੇ ਸਫਲਤਾ ਦੇ ਵਿਰੁੱਧ ਹੀ ਹੋ ਨਿਬੜਦੇ ਹਨ ਉਤਸੁਕਤਾ ਆਸ ਤੇ ਉਮੀਦ ਤੋਂ ਬਿਨਾ ਮਨੁੱਖ ਛੱਪੜ ਦੇ ਪਾਣੀ ਵਾਂਗ ਸੁੱਕ ਜਾਂਦਾ ਹੈ ਚੱਕਰਾਂ 'ਚ ਘੁੰਮਦੇ ਮਨ ਨਾਲ ਸਿੱਧਾ ਸੋਚਣਾ ਸੰਭਵ ਨਹੀਂ ਹੁੰਦਾ ਜਦੋਂ ਮਨ ਬਹਿ ਜਾਵੇ ਤੇ ਸਰੀਰ ਇਨਕਾਰੀ ਹੋ ਜਾਏ ਉਦੋਂ ਆਪਣੇ ਪੈਰਾਂ ਤੇ ਖੜੇ ਹੋਣਾ ਸੰਭਵ ਨਹੀਂ ਹੁੰਦਾ ਸਮੱਸਿਆਵਾਂ ਦੀ ਕੋਈ ਨਿਰਪੱਖ ਹੋਣ ਨਹੀਂ ਹੁੰਦੀ ਇਹ ਸਦਾ ਸਾਪੇਖ ਹੁੰਦੀਆਂ ਹਨ ਇਹਨਾਂ ਨੂੰ ਸਹੀ ਆਪ ਹੀ ਸਮਝਣਾ ਤੇ ਸੁਲਝਣਾ ਹੁੰਦਾ ਹੈ। ਐਵੇਂ ਬਾਹਰ ਬਾਹਰ ਨਾ ਦੁੱਖ ਹੈ ਨਾ ਸੁਖ ਇਹ ਸਾਡੇ ਆਪਣੇ ਮਨ ਦੀਆਂ ਵਕ ਵਕ ਅਵਸਥਾਵਾਂ ਹਨ। ਕਿਸੇ ਡੂੰਗੀ ਸੱਟ ਜਾਂ ਵੱਡੇ ਘਾਟੇ ਤੋਂ ਬਿਨਾ ਡੂੰਗੀ ਸੋਜੀ ਨਹੀਂ ਮਿਲਦੀ। ਬੜੀ ਦੇਰ ਮਗਰੋਂ ਪਤਾ ਲੱਗਦਾ ਹੈ ਕਿ ਦੁਸ਼ਮਣ ਨੂੰ ਹਰਾਇਆ ਤਾਂ ਜਾ ਸਕਦਾ ਹੈ ਜਿੱਤਿਆ ਨਹੀਂ ਜਾ ਸਕਦਾ। ਹਰ ਗਿਆਨ ਦੋ ਤਾਰਾਂ ਖੰਡਾ ਹੁੰਦਾ ਹੈ। ਇਹ ਨਵੇਂ ਨੂੰ ਸਿਰਜਦਾ ਹੈ ਪੁਰਾਣੇ ਨੂੰ ਵਿਸਾਰਦਾ ਹੈ। ਬੜੀ ਧੀਰ ਮਗਰੋਂ ਸਮਝ ਆਉਂਦੀ ਹੈ ਕਿ ਜਦੋਂ ਤੁਸੀਂ ਕਿਸੇ ਚੰਗੀ ਚੀਜ਼ ਦਾ ਵਿਰੋਧ ਕਰਦੇ ਹੋ ਤਾਂ ਹੋਰ ਸ਼ਕਤੀਸ਼ਾਲੀ ਬਣ ਜਾਂਦੀ ਹੈ ਜਦੋਂ ਤੁਸੀਂ ਭੈੜੀ ਚੀਜ਼ ਦਾ ਵਿਰੋਧ ਕਰਦੇ ਹੋ ਤਾਂ ਵਿਰੋਧ ਸ਼ਕਤੀਸ਼ਾਲੀ ਹੁੰਦਾ ਜਾਂਦਾ ਹੈ ਜਦੋਂ ਤੁਸੀਂ ਲੋਕਾਂ ਦੀ ਤਾਕਤ ਬਣਦੇ ਹੋ ਲੋਕ ਤੁਹਾਡੀ ਤਾਕਤ ਬਣ ਜਾਂਦੇ ਹਨ ਐਵੇਂ ਹਿੰਮਤ ਨੂੰ ਹਿੰਮਤ ਦੀ ਜਾਗ ਲੱਗਦੀ ਹੈ ਜਦੋਂ ਕਦਮ ਨਾਲ ਕਦਮ ਮਿਲਦੇ ਹਨ ਤਾਂ ਧਮਕ ਪੈਣ ਲੱਗ ਪੈਂਦੀ ਹੈ ਤੇ ਭੀੜ ਫੌਜ ਦਾ ਰੂਪ ਧਾਰ ਲੈਂਦੀ ਹੈ ਖਲੋਤੇ ਕਦਮਾਂ ਨਾਲ ਕੋਈ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ ਸਦਕ ਤੇ ਜ਼ਿੱਦ 'ਚ ਬੜਾ ਵੱਡਾ ਅੰਤਰ ਹੁੰਦਾ ਹੈ ਮਾਤਮੀ ਜਲੂਸਾਂ ਤੇ ਇਨਕਲਾਬੀ ਵਹੀਰਾਂ 'ਚ ਸਭ ਕੁਝ ਵੱਖਰਾ ਹੁੰਦਾ ਹੈ ਅੰਤਰ ਰਫ਼ਤਾਰ ਤੇ ਨਿਸ਼ਾਨੇ ਦਾ ਹੁੰਦਾ ਹੈ ਆਪਣੇ ਨਿਸ਼ਾਨੇ ਨੂੰ ਸਿੱਧਾ ਰੱਖਣ ਲਈ ਵਿਸ਼ਵ ਕਰਮਾਂ ਵਾਲੀ ਉਸਾਰੂ ਤੇ ਨਿਰਮਾਣਕਾਰੀ ਦ੍ਰਿਸ਼ਟੀ ਉਸਾਰਨ ਲਈ ਸਾਨੂੰ ਮਹਾਪੁਰਸ਼ਾਂ ਮਹਾਨ ਵਿਅਕਤੀਆਂ ਤੇ ਮਹਾਨ ਪੁਸਤਕਾਂ ਤੋਂ ਪ੍ਰੇਰਣਾ ਲੈਣੀ ਪਵੇਗੀ ਮਹਾਨ ਰਚਨਾਵਾਂ ਸਾਨੂੰ ਸੰਸਿਆ ਦੇ ਜੰਗਲ ਵਿੱਚੋਂ ਬਾਹਰ ਲੈ ਜਾਂਦੀਆਂ ਹਨ ਇਹ ਸਾਡੇ ਜੀਵਨ ਵਿੱਚ ਉਵੇਂ ਹੀ ਰਸ ਭਰ ਦਿੰਦੀਆਂ ਹਨ ਜਿਵੇਂ ਸੰਗੀਤ ਨਾਲ ਗੀਤ ਦੀ ਰੌਣਕ ਰੌਚਕਤਾ ਤੇ ਰੋਸ਼ਨੀ ਵੱਜ ਜਾਂਦੀ ਹੈ ਸਫਲਤਾ ਵੀ ਇੱਕ ਤੀਰਥ ਯਾਤਰਾ ਹੈ ਤੀਰਥ ਉਸ ਸਥਾਨ ਨੂੰ ਕਹਿੰਦੇ ਹਨ ਜਿਹੜਾ ਹਿੰਮਤ ਨਾਲ ਪਹਾੜ ਤੇ ਨਦੀ ਪਾਰ ਕਰਕੇ ਆਉਂਦਾ ਹੈ ਜਿੱਥੇ ਆਪਣੇ ਆਪ ਤੋਂ ਪਾਰ ਜਾਣਾ ਹੁੰਦਾ ਹੈ ਆਪਣੇ ਆਪ ਨੂੰ ਹਿੰਮਤ ਦਾ ਤੋਹਫ਼ਾ ਦਿਓ ਅੱਗੇ ਹੀ ਬੜੀ ਧੀਰ ਹੋ ਚੁੱਕੀ ਹੈ ਸਫ਼ਰ ਬੜਾ ਲੰਮਾ ਹੈ ਹੋਰ ਰੁਕਣਾ ਮਨਾ ਹੈ ਤਨਵਾਦ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਰਾਹ ਰਸਤੇ ਦਾ ਅਗਲਾ ਲੇਖ ਹੈ ਜੇ ਕੁਝ ਗੁਆਣਾ ਹੈ ਤਾਂ ਆ ਜਾਣਾ ਅਜੂਕੇ ਮਨੁੱਖ ਵਿੱਚੋਂ ਪ੍ਰੇਮ ਦੇ ਛਰਨੇ ਸੁੱਕ ਗਏ ਹਨ ਇਸੇ ਕਾਰਨ ਉਹ ਪਰੇਸ਼ਾਨ ਤੇ ਦੁਖੀ ਹੈ ਸੰਸਾਰ ਵਿੱਚ ਸੰਸਾਰ ਦੇ ਭਲੇ ਲਈ ਜੋ ਸਰਬੋਤਮ ਗੱਲਾਂ ਜਾਣੀਆਂ ਜਾਂ ਕਈਆਂ ਗਈਆਂ ਹਨ ਉਹਨਾਂ ਤੋਂ ਜਾਣੂ ਹੋਣਾ ਹੀ ਮਨੁੱਖਤਾ ਧਰਮ ਹੈ ਧਰਮ ਦੀ ਪ੍ਰੀਖਿਆ ਸੰਸਾਰ ਵਿੱਚ ਰਹਿ ਕੇ ਦਿੱਤੀ ਜਾ ਸਕਦੀ ਹੈ ਇਸ ਜੀਵਨ ਵਿੱਚ ਉਹੀ ਕੁਝ ਤੁਹਾਡਾ ਹੈ ਜਿਸ ਨੂੰ ਤੁਸੀਂ ਆਪਣੇ ਯਤਨ ਨਾਲ ਜਾਣ ਲਿਆ ਤੇ ਆਪਣੇ ਅਨੁਭਵ ਨਾਲ ਪਰਖ ਲਿਆ ਹੈ ਅਨੁਭਵ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਇਹੀ ਰਹਾ ਸੁਆਦੀ ਬੁਨਿਆਦ ਹੈ। ਇਹੀ ਧਰਮ ਦਾ ਮੂਲ ਹੈ। ਅਸੀਂ ਚਮਕਦੇ ਸੂਰਜ ਨੂੰ ਸਿੱਧਿਆਂ ਨਹੀਂ ਵੇਖ ਸਕਦੇ। ਉਸ ਦੀ ਰੌਸ਼ਨੀ ਨੂੰ ਸਭ ਨਹੀਂ ਥਾਂ ਵੇਖ ਸਕਦੇ ਆ। ਇਵੇਂ ਅਸੀਂ ਪਰਮਾਤਮਾ ਨੂੰ ਨਹੀਂ ਵੇਖ ਸਕਦੇ ਪਰ ਅਸੀਂ ਉਸ ਦੀ ਕੁਦਰਤ ਨੂੰ ਹਰ ਥਾਂ ਵੇਖ ਸਕਦੇ ਆ। ਜਿੱਥੇ ਪ੍ਰੇਮ ਦੀ ਗੱਲ ਹੋਏਗੀ ਉੱਥੇ ਰੱਬ ਦਾ ਜ਼ਿਕਰ ਵੀ ਹੋਵੇਗਾ। ਜਿਸ ਨੂੰ ਅਸੀਂ ਰੱਬ ਦਾ ਹੁਕਮ ਕਹਿੰਦੇ ਆ, ਵਾਸਤਵ ਵਿੱਚ ਉਹ ਸਾਡੀ ਆਪਣੀ ਹੀ ਆਤਮਾ ਦੀ ਆਵਾਜ਼ ਹੁੰਦੀ ਹੈ। ਫ੍ਰੇਮ ਅੰਦਰ ਪ੍ਰਕਾਸ਼ਮਾਨ ਹੋਣ ਦੀ ਕਿਰਿਆ ਹੈ ਧਰਮ ਆਪਣਾ ਸੂਰਜ ਆਪ ਬਣਨ ਦਾ ਕਰਜ ਹੈ ਹੋ ਸਕਦਾ ਹੈ ਕੁਝ ਲੋਕਾਂ ਨੂੰ ਪ੍ਰਮਾਤਮਾ ਨੂੰ ਸਵੀਕਾਰ ਕਰਨ 'ਚ ਪਰੇਸ਼ਾਨੀ ਜਾਂ ਝਿਜਕ ਹੋਵੇ ਪਰ ਆਤਮਾ ਨੂੰ ਸਵੀਕਾਰਨ ਵਿੱਚ ਉਹਨਾਂ ਨੂੰ ਵੀ ਕੋਈ ਮੁਸ਼ਕਿਲ ਨਹੀਂ ਹੁੰਦੀ ਪ੍ਰਮਾਤਮਾ ਉਹਨਾਂ ਲਈ ਹੈ ਜਿਹੜੇ ਆਪਣੀ ਆਤਮਾ ਪ੍ਰਤੀ ਸੁੱਚੇ ਥਾਤ ਜਿਹੜਾ ਪ੍ਰਮਾਤਮਾ ਦੀ ਛੋਹ ਚਾਹੁੰਦਾ ਹੈ ਉਸ ਲਈ ਪ੍ਰਮਾਤਮਾ ਸাকার ਹੈ ਬੁੱਧਨਾਸਤਕ ਇਸ ਲਈ ਕਹੀ ਗਏ ਹਨ ਕਿਉਂਕਿ ਉਹ ਵੇਦਾਂ ਨੂੰ ਨਹੀਂ ਮੰਨਦੇ ਸਨ ਉਹਨਾਂ ਦਾ ਸੰਦੇਸ਼ ਸੀ ਕਿ ਕਿਸੇ ਨੂੰ ਨਾ ਮੰਨੋ ਆਪਣੇ ਅਨੁਭਵ ਨਾਲ ਜਾਣੋ ਉਹਨਾਂ ਨੇ ਕਿਹਾ ਸੀ ਕਿ ਜੀਵਤ ਪ੍ਰਾਣੀ ਕੋਮਲ ਨਰਮ ਤੇ ਗਰਮ ਹੁੰਦਾ ਹੈ ਜਦਕਿ ਮਰਤਕ ਦੇਹ ਕਠੋਰ ਤੇ ਠੰਡੀ ਹੁੰਦੀ ਹੈ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਈ ਤਾਂ ਵਿਖਾਈ ਦੇਗਾ ਕਿ ਮਨੁੱਖ ਕੁਦਰਤ ਦਾ ਹੀ ਹਿੱਸਾ ਹੈ ਕੁਦਰਤ ਨਾਲ ਮਨੁੱਖ ਭਾਵੇਂ ਕਿੰਨਾ ਹੀ ਸੰਘਰਸ਼ ਕਰ ਲਏ ਉਹਦੀ ਕੁਦਰਤ ਉਤੇ ਜਿੱਤ ਦੀ ਇੱਛਾ ਇੱਕ ਭਰਮ ਹੀ ਰਹੇਗੀ ਧਰਮ ਦਾ ਜਨਮ ਪ੍ਰਕਿਰਤੀ ਦੇ ਹੱਸਾਂ ਵਿੱਚੋਂ ਹੋਇਆ ਹੈ ਧਰਮ ਮਨੁੱਖ ਨੂੰ ਜੋੜਦਾ ਹੈ ਰਾਜਨੀਤੀ ਮਨੁੱਖ ਨੂੰ ਨਿਖੇੜਦੀ ਹੈ ਜਦੋਂ ਅਸੀਂ ਅਗਿਆਨਤਾ ਵਸ ਕਹਿੰਦੇ ਹਾਂ ਕਿ ਧਰਮ ਕਈ ਜੰਗਾਂ ਯੁੱਧਾਂ ਦਾ ਕਾਰਨ ਬਣਿਆ ਹੈ ਉਸ ਸਮੇਂ ਅਸੀਂ ਧਰਮ ਦੀ ਮੂਲ ਭਾਵਨਾ ਤੋਂ ਬੇਬੁਖ ਹੋ ਰਹੇ ਹੁੰਦੇ ਹਾਂ ਕਿਉਂਕਿ ਅਸੀਂ ਧਰਮ ਤੇ ਰਾਜਨੀਤੀ ਨੂੰ ਇੱਕ ਹੀ ਵਰਤਾਰਾ ਸਮਝ ਰਹੇ ਹੁੰਦੇ ਹਾਂ ਧਰਮ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਵਕ ਵਕ ਧਰਮ ਵਕ ਵਕ ਪੂਗੋਲਕ ਸਥਿਤੀਆਂ ਦੇ ਸਿਰਜੀ ਵਿਭਿੰਨ ਰੂਪ ਹਨ ਜਗਿਆਸਾ ਧਰਮ ਦੀ ਬੁਨਿਆਦ ਹੈ ਮਨੁੱਖ ਕਿਸੇ ਦਾ ਆਸਰਾ ਲੈ ਕੇ ਨਿਸ਼ਚਿੰਤ ਹੋ ਜਾਣਾ ਚਾਹੁੰਦਾ ਹੈ ਇਸੇ ਭਾਵਨਾ ਵਿੱਚੋਂ ਪਰਮਾਤਮਾ ਦਾ ਸੰਕਲਪ ਉਪਜਿਆ ਹੈ ਧਰਮ ਕੇ ਅੰਦਰ ਉਸ ਦਾ ਆਸਰਾ ਲਾਓ ਜਿਸ ਨੂੰ ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ ਕਹਿੰਦੇ ਹਨ ਕਿ ਇੱਕ ਵਾਰੀ ਤਾਨਸੈਨ ਨੇ ਜਦੋਂ ਅਕਬਰ ਸਾਹਮਣੇ ਗਾਇਆ ਤਾਂ ਪ੍ਰਭਾਵਤ ਹੋ ਕੇ ਬਾਦਸ਼ਾਹ ਨੇ ਸੋਚਿਆ ਕਿ ਜੇ ਸ਼ਗਿਰਦ ਅਜਿਆ ਤੇ ਉਸਤਾਦ ਕਿਉਂ ਜਾ ਹੋਏਗਾ ਜਦੋਂ ਅਕਬਰ ਤਾਨਸੈਨ ਦੇ ਉਸਤਾਦ ਹਰੀਦਾਸ ਕੋਲ ਗਿਆ ਤਾਂ ਉਸਤਾਦ ਨੇ ਜਦੋਂ ਭਗਵਾਨ ਦੀ ਉਸਤਤ ਵਿੱਚ ਗਾਇਆ ਤਾਂ ਜਾਦੂ ਹੋ ਗਿਆ ਅਕਬਰ ਨੇ ਤਾਨਸੈਨ ਨੂੰ ਪੁੱਛਿਆ ਤੇਰਾ ਸੰਗੀਤ ਇਸ ਉਚਾਈ ਤੱਕ ਕਿਉਂ ਨਹੀਂ ਅਪੜਦਾ ਤਾਂ ਸਿਨੇ ਕੀਆ ਹਜ਼ੂਰ ਸਪਸ਼ਟ ਹੈ ਮੈਂ ਬਾਦਸ਼ਾਹੀ ਗਾਉਂਦਾ ਮੇਰਾ ਉਸਤਾਦ ਬਾਦਸ਼ਾਹਾਂ ਦੇ ਬਾਦਸ਼ਾਹੀ ਗਾਉਂਦਾ ਮੈਂ ਸਰੀਰ ਨਾਲ ਗਾਉਂਦਾ ਮੇਰਾ ਉਸਤਾਦ ਆਤਮਾ ਨਾਲ ਗਾਉਂਦਾ ਭਾਰਤੀ ਧਰਮਾਂ ਦਾ ਵਿਸ਼ਵਾਸ ਸਰੀਰ ਉਤੇ ਘਟ ਤੇ ਆਤਮਾ ਉਤੇ ਵਧੇ ਰਿਹਾ ਹੈ ਇਹਨਾਂ ਦਾ ਪ੍ਰਭਾਵ ਬਾਹਰਲੀ ਤੇ ਦਿਖਦੇ ਹੋਈ ਘਟ ਤੇ ਅੰਦਰਲੀ ਤੇ ਅਧਿਕ ਉਤੇ ਵਧੇ ਰਿਹਾ ਹੈ ਜਿਵੇਂ ਜੋਸ਼ ਨੂੰ ਕਾਬੂ ਰੱਖਣ ਦੀ ਯੁਗਤ ਨੂੰ ਕਲਾ ਕਹਿੰਦੇ ਹਨ ਇਵੇਂ ਹੀ ਆਪਣੀ ਰਚਨਾਤਮਕ ਸ਼ਕਤੀ ਨੂੰ ਉੱਪਰਲੇ ਮੰਡਲਾਂ ਵਿੱਚ ਪਹੁੰਚਾਉਣਾ ਧਰਮ ਅਖਵਾਉਂਦਾ ਹੈ। ਦੁੱਖ ਵਿੱਚ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹੀ ਹਾਂ ਪਰ ਜੇ ਸੁੱਖ ਵਿੱਚ ਵੀ ਉਹ ਯਾਦ ਰਹੇ ਤਾਂ ਇਸ ਵਰਤੀ ਨੂੰ ਇੰਤਰਮ ਕਹਿੰਦੇ ਹਨ। ਜਿੱਥੇ ਜੀਵਨ ਦਾ ਪੱਦਰ ਨੀਵਾ ਹੁੰਦਾ ਹੈ ਉਥੇ ਇੰਦਰੀਆਂ ਦਾ ਆਨੰਦ ਪਰਬਲ ਹੁੰਦਾ ਹੈ। ਪਸ਼ੂਆਂ ਤੇ ਪਸ਼ੂ ਬਿਰਤੀ ਵਾਲੇ ਮਨੁੱਖਾਂ ਦਾ ਸਾਰਾ ਆਨੰਦ ਉਹਨਾਂ ਦੀਆਂ ਇੰਦਰੀਆਂ 'ਚ ਹੁੰਦਾ ਹੈ। ਜਦੋਂ ਕਿ ਸભ્યਕ ਲੋਕਾਂ ਦੇ ਆਨੰਦ ਦਾ ਆਧਾਰ ਵਿਚਾਰ ਗਿਆਨ ਤੇ ਕਲਾ ਹੁੰਦੇ ਹਨ ਅਜੋਕੇ ਮਨੁੱਖ ਦਾ ਜੀਵਨ ਇੱਛਾਵਾਂ ਦੀ ਬੇਚੈਨੀ ਨਾਲ ਭਰਿਆ ਪਿਆ ਜਿੱਥੇ ਧਰਮ ਹੋਏਗਾ ਉੱਥੇ ਪ੍ਰੇਮ ਹੋਵੇਗਾ ਉੱਥੇ ਬਹਿਸ ਨਹੀਂ ਸਹਿਮਤੀ ਹੋਵੇਗੀ ਉੱਥੇ ਮੁਕਾਬਲਾ ਨਹੀਂ ਸਹਿਯੋਗ ਤੇ ਸਨੇਹ ਹੋਵੇਗਾ ਅਸੀਂ ਧਾਰਮਿਕ ਸਥਾਨ ਤੇ ਬੈਸਣ ਜਾਂ ਜਿੱਤਣ ਲਈ ਨਹੀਂ ਜਾਂਦੇ ਚੁੱਕਣ ਲਈ ਸਮਰਪਣ ਲਈ ਜਾਂਦੇ ਹਨ ਜਿੱਥੇ ਪ੍ਰੇਮ ਤੇ ਸਮਰਪਣ ਹੋਏਗਾ ਉਹ ਥਾਂ ਹਿੰਸਾ ਤੋਂ ਵੀ ਮੁਕਤ ਹੋਏਗੀ ਸੱਚੀ ਅਹਿੰਸਾ ਭੈ ਵਿੱਚੋਂ ਨਹੀਂ ਪ੍ਰੇਮ ਵਿੱਚੋਂ ਉਪਜਦੀ ਹੈ ਬੇਵੱਸੀ ਵਿੱਚੋਂ ਨਹੀਂ ਸਮਰੱਥਾ ਵਿੱਚੋਂ ਉਪਜਦੀ ਹੈ ਵੇਖਿਆ ਗਿਆ ਕਿ ਜਦੋਂ ਤੱਕ ਵਿਭਿੰਨ ਸਮਾਜਾਂ ਉੱਤੇ ਧਰਮ ਦਾ ਪ੍ਰਭਾਵ ਰਿਹਾ ਉਹਨਾਂ ਸਮਾਜਾਂ ਵਿੱਚ ਗਰੀਬੀ ਅਨਪੜਤਾ ਤੇ ਅੰਧ ਵਿਸ਼ਵਾਸਾਂ ਦੇ ਬਾਵਜੂਦ ਅੱਜ ਦੇ ਮੁਕਾਬਲੇ ਵਧੇਰੇ ਸ਼ਾਂਤੀ ਤੇ ਵਧੇਰੇ ਸਦਭਾਵਨਾ ਰਹੀ। ਜਿਉਂ-ਜਿਉਂ ਹਉਮੈ ਪਰੇ ਗਿਆਨ ਦਾ ਘੇਰਾ ਵਧਿਆ ਹੈ, ਧਰਮ ਦਾ ਅਨਾਦਰ ਹੋਇਆ ਹੈ। ਇਸੇ ਕਰਕੇ ਅਜੋਕੇ ਯੁੱਗ ਵਿੱਚ ਮਨੁੱਖ ਦਾ ਇੱਕੋ ਹੀ ਉਦੇਸ਼ ਧਾਨ ਇਕੱਤਰ ਕਰਨਾ ਹੋ ਗਿਆ ਹੈ। ਮਨੁੱਖ ਆਪਣੇ ਅੰਦਰ ਵੇਖਣ ਤੋਂ ਇਨਕਾਰੀ ਹੋ ਗਿਆ ਹੈ। ਅੰਦਰ ਵੇਖਣ ਦੇ ਯਤਨ ਨੂੰ ਸਮਾਧੀ ਕਹਿੰਦੇ ਹਨ। ਸਮਾਧੀ ਵਿੱਚ ਅਸੀਂ ਦੁੱਖਾਂ ਦਾ ਸੁੱਖ ਭੋਗਦੇ ਹਾਂ ਸਮਾਧੀ ਉਸ ਅਵਸਥਾ ਨੂੰ ਕਹਿੰਦੇ ਹਨ ਜਦੋਂ ਪਲਕਾਂ ਬੰਦ ਹੁੰਦੀਆਂ ਹਨ ਪਰ ਆਤਮਾ ਜਾਗ੍ਰੀ ਹੁੰਦੀ ਹੈ ਸਮਾਧੀ ਸਮਰਪਣ ਤੇ ਤਿਆਗ ਦੀ ਡੂੰਗੀ ਸਿਖਰ ਹੁੰਦੀ ਹੈ ਸਮਾਧੀ ਛੋਲੀ-ਹੋਲੀ ਮਨੁੱਖ ਨੂੰ ਆਪਣੀ ਵੀ ਲੋੜ ਨਹੀਂ ਰਹਿੰਦੀ ਉਹ ਨਿਰੋਲ ਸਰਦਾ ਹੋ ਜਾਂਦਾ ਹੈ ਸਰਧਾਲੂ ਉਸਨੂੰ ਕਹਿੰਦੇ ਹਨ ਜਿਹੜਾ ਚੁੱਕਣ ਲਈ ਤਿਆਰ ਹੈ ਤਿਆਗ ਬਿਨਾ ਆਨੰਦ ਸੰਭਵ ਨਹੀਂ ਤਿਆਗ ਆਨੰਦ ਦੀ ਕੀਮਤ ਹੈ ਜਿੰਨਾ ਵੱਡਾ ਤਿਆਗ ਉਨਾ ਵੱਡਾ ਆਨੰਦ ਆਨੰਦ ਦੀ ਅਵਸਥਾ ਵਿੱਚ ਇੱਛਾਵਾਂ ਹੀ ਨਹੀਂ ਲੋੜਾਂ ਵੀ ਮੁੱਕ ਜਾਂਦੀਆਂ ਹਨ ਆਨੰਦ ਦਾ ਅਭਿਲਾਸ਼ੀ ਕਿਸੇ ਨਾਲ ਵੈਰ ਕਰ ਹੀ ਨਹੀਂ ਸਕਦਾ ਕਿਉਂਕਿ ਉਹਨੂੰ ਕੋਈ ਦੁਬਿਧਾ ਹੁੰਦੀ ਹੀ ਨਹੀਂ ਆਨੰਦ ਦੀ ਖੋਜ ਆਤਮਾ ਦੀ ਖੋਜ ਹੈ ਜਿਹੜਾ ਜਿਹੜੀ ਵਿਸ਼ਾਲ ਹੋ ਕੇ ਪਰਮਾਤਮਾ ਦੀ ਖੋਜ ਬਣ ਜਾਂਦੀ ਹੈ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਉਸ ਕੋਲ ਜੋ ਕੁਝ ਵੀ ਹੈ ਉਹ ਪਰਮਾਤਮਾ ਦੀ ਦਾਤ ਹੈ ਤੇ ਉਸ ਕੋਲ ਕੁਝ ਵੀ ਨਹੀਂ ਜੋ ਪਰਮਾਤਮਾ ਨੂੰ ਦਿੱਤਾ ਜਾ ਸਕੇ ਜੀਵਨ ਵਿੱਚ ਸਾਨੂੰ ਉਹਨਾਂ ਚੀਜ਼ਾਂ ਦੇ ਹੀ ਗਵਾਚਣ ਦਾ ਕੋਈ ਡਰ ਹੁੰਦਾ ਹੈ ਜਿਹੜੀਆਂ ਅਸੀਂ ਆਪ ਦੂਜਿਆਂ ਤੋਂ ਖੋਈਆਂ ਹੁੰਦੀਆਂ ਹਨ ਆਤਮਾ ਦੇ ਗਵਾਚਣ ਦਾ ਡਰ ਨਹੀਂ ਹੁੰਦਾ ਜਦੋਂ ਮਨੁੱਖ ਆਪਣੇ ਆਲੇ ਦੁਆਲੇ ਰਿਸ਼ਤਿਆਂ, ਬਸਤਾਂ, ਸਮੱਸਿਆਵਾਂ, ਰੁਝੇਵਿਆਂ ਦਾ ਜਾਲ ਬੁਣ ਲੈਂਦਾ ਹੈ ਉਸੇ ਵੇਲੇ ਉਈ ਨਾ ਤੋਂ ਮੁਕਤ ਹੋਣ ਦੀ ਅਸੰਭਵ ਇੱਛਾ ਵੀ ਕਰਨ ਲੱਗ ਪੈਂਦਾ ਹੈ। ਟੋਰਨਵੇਲੇ ਜਦੋਂ ਤੱਕ ਪੈਰ ਹੀਟਲੀ ਜ਼ਮੀਨ त्यागी ਨਾ ਜਾਵੇ ਅਗਲਾ ਕਦਮ ਨਹੀਂ ਪੁੱਟਿਆ ਜਾ ਸਕਦਾ ਪਰ ਸਾਰਾ ਜੀਵਨ ਕੁਝ ਤਿਆਗਣ ਦੀ ਥਾਂ ਅਸੀਂ ਹੋਰ ਵਧੇਰੇ ਪਕੜਨ ਵਿੱਚ ਰੁੱਝੇ ਰਹਿੰਦੇ ਹਾਂ ਜਿਨ੍ਹਾਂ ਕੋਲ ਜਿੰਨਾ ਵਧੇਰੇ ਹੈ ਉਹ ਉਹਨਾਂ ਹੋਰ ਵਧੇਰੇ ਪਕੜਨ ਲਈ ਤਤਪਰ ਹਨ। ਏਵੇਂ ਧਨ ਜਾਇਦਾਦ ਵਧਦੀ ਜਾਂਦੀ ਹੈ ਤੇ ਨਾਲ ਹੀ ਦੁੱਖ ਵਧ ਹੀ ਜਾਂਦੇ ਹਨ। ਦੁੱਖਾਂ ਨੇ ਸਾਨੂੰ ਨਹੀਂ ਫੜਿਆ ਹੋਇਆ ਅਸੀਂ ਦੁੱਖਾਂ ਨੂੰ ਫੜਿਆ ਹੋਇਆ ਹੈ ਸਾਨੂੰ ਦੁਖੀ ਕਰਨ ਦੀ ਕਿਸੇ ਕੋਲ ਵੀਲ ਨਹੀਂ ਆਪਣੇ ਆਪ ਨੂੰ ਦੁਖੀ ਕਰਨ ਲਈ ਅਸੀਂ ਆਪ ਹੀ بڑے ਸਮਰਾਤਾ ਝੂਠੀਆਂ ਆਸਾਂ ਤੇ ਇੱਛਾਵਾਂ ਦੂਜਿਆਂ ਦੀ ਨਕਲ ਕਰਨ ਦਾ ਕਾਰਨ ਬਣਦੀਆਂ ਹਨ ਤੇ ਨਕਲੀ ਵਿੱਚੋਂ ਅਸਲੀ ਆਨੰਦ ਮਿਲਣਾ ਸੰਭਵ ਹੁੰਦਾ ਹੈ ਜਦੋਂ ਤੁਸੀਂ ਇਹ ਧਾਰ ਲਓ ਕਿ ਕਿਸੇ ਦਾ ਦਿਲ ਨਹੀਂ ਦੁਖਾਣਾ ਤੁਹਾਡੀ ਸ਼ਬਦਾਵਲੀ ਦ੍ਰਿਸ਼ਟੀ ਸੋਚ ਤੇ ਵਿਹਾਰ ਬਦਲ ਜਾਏਗਾ ਜੇ ਅਸੀਂ ਆਪਣੇ ਆਪ ਬਾਰੇ ਦੂਜਿਆਂ ਦੀ ਤੁਲਨਾ ਵਿੱਚ ਸੋਚਣਾ ਬੰਦ ਕਰ ਦਈਏ ਤਾਂ ਸਾਡੀਆਂ ਸਾਰੀਆਂ ਇੱਛਾਵਾਂ ਫਿੱਕੀਆਂ ਪੈ ਜਾਣਗੀਆਂ ਇੱਛਾਵਾਂ ਭਵਿੱਖ ਸਬੰਧੀ ਹੁੰਦੀਆਂ ਹਨ ਇੱਛਾਵਾਂ ਦੇ ਅਰਥ ਹੀ ਭਵਿੱਖ ਤੋਂ ਹਨ ਜੇ ਇੱਛਾ ਨਾ ਹੋਵੇ ਤਾਂ ਭਵਿੱਖ ਦੇ ਕੋਈ ਅਰਥ ਨਹੀਂ ਨਿਕਲਦੇ ਅਸੀਂ ਸਾਰਾ ਜੀਵਨ ਭਵਿੱਖ ਵਿੱਚ ਜਿਉਣ ਦੀ ਤਿਆਰੀ ਕਰਦਿਆਂ ਗੁਜ਼ਾਰ ਦਿੰਦੇ ਹਾਂ ਹਰ ਕੋਈ ਸੋਚਦਾ ਹੈ ਡਿਗਰੀ ਲੈ ਲਵਾਂ ਫਿਰ ਮौज ਕਰਾਂਗਾ ਡਿਗਰੀ ਲੈ ਕੇ ਸੋਚਦਾ ਨੌਕਰੀ ਲੱਗ ਜਾਵੇ ਫਿਰ ਸਭ ਸਮੱਸਿਆਵਾਂ ਹੱਲ ਹੋ ਜਾਣਗੀਆਂ ਨੌਕਰੀ ਲੱਭ ਕੇ ਸੋਚਦਾ ਵਿਆਹ ਕਰਵਾ ਲਵਾਂ ਫਿਰ ਸਭ ਰੁਕਾਵਟਾਂ हट ਜਾਣਗੀਆਂ ਫਿਰ ਸੋਚਦਾ ਮਕਾਨ ਪਾ ਲਵਾਂ ਸਾਰੇ ਝੰਜਟ ਮੁੱਕ ਜਾਣਗੇ ਤਰੱਕੀ ਹੋ ਜਾਵੇ ਬੱਚੇ ਵਿਆਹ ਲਵਾਂ ਇਵੇਂ ਸਾਰਾ ਜੀਵਨ ਹੱਥਾਂ ਚੋਂ ਨਿਕਲ ਜਾਂਦਾ ਹੈ ਹੁਣੇ ਇਸੇ ਵੇਲੇ ਪ੍ਰਸੰਨ ਹੋਣ ਵਿੱਚ ਕੀ ਰੁਕਾਵਟ ਹੈ ਵਾਸਤ ਵਿੱਚ ਅਸੀਂ ਦੁਖੀ ਹੋਣ ਚ ਇੰਨੇ ਮਾਹਿਰ ਹੋ ਗਏ ਹਾਂ ਕਿ ਅਸੀਂ ਸੁਖੀ ਹੋਣਾ ਹੀ ਭੁੱਲ ਗਏ ਹਾਂ ਜੀਵਨ 'ਚ ਕੋਈ ਦੁੱਖ ਨਹੀਂ ਹੈ। ਦੁੱਖ ਇੱਛਾਵਾਂ ਵਿੱਚ ਹੈ। ਪੂਰੀਆਂ ਹੋਣ ਵਾਲੀਆਂ ਤੇ ਅਪੂਰਤ ਇੱਛਾਵਾਂ ਸਾਰੀਆਂ ਸਾਨੂੰ ਦੁਖੀ ਕਰਦੀਆਂ ਹਨ। ਅਸੀਂ ਸੋਚਦੇ ਹਾਂ ਕਿ ਜਿੱਥੇ ਅਸੀਂ ਨਹੀਂ ਆ ਉੱਥੇ ਸੁੱਖ ਹੈ। ਜੋ ਚੀਜ਼ ਸਾਡੇ ਕੋਲ ਨਹੀਂ ਹੈ ਉਸ ਵਿੱਚ ਹੀ ਆਨੰਦ ਹੈ। ਪਰ ਉਹ ਵਸਤ ਜਾਂ ਉਹ ਸੁੱਖ ਮਿਲਦਿਆਂ ਹੀ ਦੁੱਖ ਹੋ ਜਾਂਦਾ ਹੈ। ਕਿਉਂਕਿ ਦੁੱਖ ਤਾਂ ਸਾਡੇ ਅੰਦਰ ਹੀ ਥਾਂ, ਸ਼ਹਿਰ, ਦੇਸ਼ ਕੋਈ ਹੋਵੇ ਅਸੀਂ ਦੁਖੀ ਹੋਣਾ ਹੈ। ਇੱਛਾ ਘਾਟ ਵਿੱਚੋਂ ਜਨਮ ਲੈਂਦੀ ਹੈ। ਜਿੱਥੇ ਇੱਛਾ ਹੈ ਉਥੇ ਘਾਟ ਹੈ ਥੋੜਾ ਤੇ ਥੁੜ ਘਰ ਨਾਂ ਸ਼ਾਂਤੀ ਹੈ ਲੋੜਾਂ ਤੇ ਇੱਛਾਵਾਂ ਵਿਚ ਅੰਤਰ ਸਮਝਣ ਦੀ ਲੋੜ ਹੈ ਲੋੜਾਂ ਦੁਖੀ ਨਹੀਂ ਕਰਦੀਆਂ ਦੁਖੀ ਤਾਂ ਇੱਛਾਵਾਂ ਵਾਧੂ ਚੀਜ਼ਾਂ ਦੀ ਭੁੱਖ ਫਜ਼ੂਲ ਚੀਜ਼ਾਂ ਦੀਆਂ ਲਾਲਸਾਵਾਂ ਕਰਦੀਆਂ ਹਨ ਇੱਛਾਵਾਂ ਵਸਤਾਂ ਦੀਆਂ ਹੀ ਨਹੀਂ ਹੁੰਦੀਆਂ ਇਹ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਤੇ ਇਹਨਾਂ ਦਾ ਘੇਰਾ ਨਿਤ ਫੈਲਦਾ ਰਹਿੰਦਾ ਹੈ ਤੁਹਾਡਾ ਗਵੰਡੀ ਜਦੋਂ ਕਿਸੇ ਕਾਰਜ ਲਈ ਦਾਨ ਦਿੰਦਾ ਹੈ ਤਾਂ ਹਮੇ ਤੁਹਾਨੂੰ ਉਸ ਤੋਂ ਵਧੇਰੇ ਦੇਣ ਲਈ ਉਕਸਾਉਂਦੀ ਹੈ ਇਹ ਵੀ ਇੱਛਾ ਦਾ ਇੱਕ ਰੂਪ ਹੈ ਕਿਉਂਕਿ ਤੁਸੀਂ ਆਪਣੀ ਹੰਕਾਰ ਨੂੰ ਆਪਣੇ ਗਵੰਢੀ ਦੀ ਹੰਕਾਰ ਤੋਂ ਛੋਟਾ ਸਵੀਕਾਰ ਨਹੀਂ ਕਰ ਸਕਦੇ ਇਵੇਂ ਸਮੇਂ ਦੇ ਬੀਤਰ ਨਾਲ ਨਵੀਆਂ ਲਾਲਸਾਵਾਂ ਕਰਨ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਕਿਉਂ ਦੁਖੀ ਹਾਂ ਜ਼ੰਜੀਰਾਂ ਪਹਿਨਦੇ ਪਹਿਨਦੇ ਅਸੀਂ ਉਹਨਾਂ ਨੂੰ ਗਹਿਣੇ ਕਹਿਣ ਲੱਗ ਪੈਂਦੇ ਹਾਂ ਤੇ ਆਪਣੇ ਵਾਲੇ ਦੁਆਲੇ ਦੇ ਖਿਲਾੜੀ ਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਲੱਗ ਪੈਂਦੇ ਆ ਸਾਰੇ ਗਹਿਣੇ ਸਰੀਰ ਨੂੰ ਘੁੱਟਦੇ ਹਨ ਤੰਗ ਕਰਦੇ ਹਨ ਕੱਸਦੇ ਹਨ ਪਰ ਫਿਰ ਵੀ ਅਸੀਂ ਪਰਸੰਨਾ ਇਵੇਂ ਅਸੀਂ ਇਸ ਦੁੱਖ ਵਿੱਚੋਂ ਸੁੱਖ ਮਹਿਸੂਸ ਕਰਨ ਦਾ ਧੋਖਾ ਖਾਣ ਲੱਗ ਪੈਂਦੇ ਆ ਵਾਸਤਵ ਵਿੱਚ ਸੁੱਖ ਆਪਣੇ ਆਪ ਵਿੱਚ ਕੁਝ ਵੀ ਨਹੀਂ ਦੁੱਖ ਤੋਂ ਮੁਕਤ ਹੋ ਜਾਣ ਦੀ ਅਵਸਥਾ ਹੈ ਸੁੱਖ ਹੈ ਦੁੱਖਾਂ ਤੇ ਸੁੱਖਾਂ ਦੀ ਇੱਛਾਵਾਂ ਤੇ ਲਾਲਸਾਵਾਂ ਦੀ ਜਿੰਨੀ ਵਿਸ਼ਾਲ ਚਰਚਾ ਬੁੱਧ ਨੇ ਕੀਤੀ ਹੈ ਉਨੀ ਹੋਰ ਕਿਸੇ ਨੇ ਨਹੀਂ ਕੀਤੀ ਹਰ ਧਰਮ ਵਿੱਚ ਚਰਚਾ ਨਿਰਾਸ਼ਾ ਦੀ ਹੋਈ ਹੈ ਪਰ ਪਰਵਾਹਾ ਵਾਸ਼ਾ ਵਾਲਾ ਹੈ ਵਿਚਾਰ ਦੁੱਖ ਦਾ ਹੋਇਆ ਪਰ ਪ੍ਰਾਪਤੀ ਸੁੱਖ ਦੀ ਹੁੰਦੀ ਹੈ ਨਿਰਾਸ਼ਾ ਤੋਂ ਵੱਡੀ ਕੋਈ ਕੈਦ ਨਹੀਂ ਹੁੰਦੀ ਨਿਰਾਸ਼ਾ ਆਤਮਾ ਨੂੰ ਵੀ ਬੰਨ੍ਹ ਲੈਂਦੀ ਹੈ ਸੁਤੰਤਰ ਰਹਿਣਾ ਆਤਮਾ ਦਾ ਸੁਭਾ ਹੈ ਆਪਣੇ ਆਪ ਤੋਂ ਨਸ ਕੀ ਅਸੀਂ ਕਿਧਰੇ ਨਹੀਂ ਜਾ ਸਕਦੇ ਬੁੱਧ ਸੁਤੰਤਰ ਵਿਚਾਰ ਦੀ ਰਾਖੀ ਕਰਦਾ ਹੈ ਜਿਹੜਾ ਵਿਚਾਰ ਸੁਤੰਤਰ ਨਾ ਹੋਵੇ ਉਹ ਵਿਚਾਰ ਹੀ ਨਹੀਂ ਹੁੰਦਾ ਵਿਚਾਰ ਨਹੀਂ ਸੁਤੰਤਰ ਵਿਚਾਰ ਮਨੁੱਖਾਂ ਨੂੰ ਜਾਨਵਰਾਂ ਤੋਂ ਵੱਖਰੇ ਆਉਂਦੇ ਹਨ ਵਿਸ਼ਵਾਸ ਤੋਂ ਵਿਵੇਕ ਵੱਲ ਦੀ ਯਾਤਰਾ ਨੂੰ ਵਿਗਿਆਨ ਕਹਿੰਦੇ ਹਨ ਜਦੋਂ ਕਿ ਵਿਵੇਕ ਤੋਂ ਵਿਸ਼ਵਾਸ ਵੱਲ ਵਧਨ ਨੂੰ ਤਰਮ ਕਹਿੰਦੇ ਹਨ ਵਿਗਿਆਨ ਤੇ ਧਰਮ ਸਾਡੇ ਅਨੁਭਵ ਦੇ ਦੋ ਸਿਰੇ ਹਨ ਵਿਗਿਆਨ ਦਾ ਸਬੰਧ ਪਦਾਰਥ ਨਾਲ ਸਾਡੇ ਸਰੀਰ ਨਾਲ ਹੈ ਧਰਮ ਦਾ ਸਬੰਧ ਸਾਡੀ ਆਤਮਾ ਨਾਲ ਸਾਡੇ ਅਨੁਭਵ ਨਾਲ ਹੈ ਇਸ ਪਦਾਰਥਕ ਸੰਸਾਰ ਵਿੱਚ ਕੇਵਲ ਆਤਮਾ ਹੈ ਜੋ ਪਦਾਰਥ ਨਹੀਂ ਹੈ ਵਿਗਿਆਨ ਸੁਖ ਸੁਹੂਲਤਾਂ ਦੇ ਸਕਦਾ ਹੈ ਸੰਤੋਖ ਤੇ ਆਨੰਦ ਨਹੀਂ ਪਿਆਰ ਸਨੇਹ ਕਰुणा ਹਮਦਰਦੀ ਆਤਮਪੰਦਿ ਪ੍ਰਗਟਾਵੇ ਹਨ ਇੱਕ ਵਿਗਿਆਨ ਕਿਸੇ ਦੂਜੇ ਵਿਗਿਆਨ ਦਾ ਵਿਰੋਧ ਨਹੀਂ ਕਰਦਾ ਕਿਉਂਕਿ ਇਹ ਸੁਤੰਤਰ ਸੋਚ ਦੀ ਖੁੱਲ੍ਹ ਦਿੰਦਾ ਹੈ ਜਦੋਂ ਧਰਮ ਸੁਤੰਤਰ ਸੋਚ ਦੀ ਖੁੱਲ੍ਹ ਖੋਲ੍ਹ ਲੈਂਦਾ ਹੈ ਉਹ ਧਰਮ ਨਾ ਰਹਿ ਕੇ ਰਾਜਨੀਤੀ ਹੋ ਨਿਪੜਦਾ ਹੈ ਇਸੇ ਕਰਕੇ ਧਰਮਾਂ ਵਿੱਚਕਾਰ ਵਿਰੋਧਤਾ ਹੈ ਧਾਰਮਿਕ ਵਿਰੋਧਾਂ ਦਾ ਕਾਰਨ ਇਹ ਵੀ ਹੈ ਕਿ ਅਸੀਂ ਆਪਣੀਆਂ માનਤਾਵਾਂ ਬੱਚਿਆਂ ਦੇ ਮਨ ਵਿੱਚ ਉਦੋਂ ਪਾ ਦਿੰਦੇ ਹਾਂ ਜਦੋਂ ਉਹਨਾਂ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ ਲਗਾਤਾਰ ਦੁਹਰਾਣ ਤੇ ਪ੍ਰਚਾਰਨ ਕਾਰਨ ਇਹ માનਤਾਵਾਂ ਸਾਡੀਆਂ ਅਚੇਤਨ ਪਰਤਾਂ ਵਿੱਚ ਖੁੱਬ ਜਾਂਦੀਆਂ ਹਨ ਤੇ ਜੇ ਆ ਵਿਅਕਤੀ ਨਿਰਪੱਖ ਸੁਤੰਤਰ ਸੋਚਣੀ ਦੇ ਪੱਖੋਂ ਅਪੰਗ ਹੋ ਜਾਂਦਾ ਹੈ ਤੇ ਉਸ ਵਿੱਚ ਸਹਿਨਸ਼ੀਲਤਾ ਦੀ ਥਾਂ ਹਿੰਸਾ ਜਾਗ ਪੈਂਦੀ ਹੈ। ਐਵੇਂ ਮਨੁੱਖ ਧਾਰਮਿਕ ਜੀਵ ਤੋਂ ਰਾਜਨੀਤਿਕ ਜੀਵ ਬਣ ਜਾਂਦਾ ਹੈ ਤੇ ਉਹ ਲਾਲਸਾਵਾਂ ਦੇ ਇੰਨੇ ਰਸਤਿਆਂ ਉੱਤੇ ਦੌੜਨ ਲੱਗ ਪੈਂਦਾ ਹੈ। ਜਿੱਥੇ ਦੌੜ ਹੁੰਦੀ ਹੈ ਉੱਥੇ ਹੰਕਾਰ ਹੁੰਦਾ ਹੈ। ਦੇਤੇ ਹੰਕਾਰ ਹੁੰਦਾ ਹੈ ਉਥੇ ਅਗਿਆਨਤਾ ਹੁੰਦੀ ਹੈ ਇਵੇਂ ਦਵਾਈਆਂ ਹੀ ਨਵੇਂ ਰੋਗਾਂ ਦੇ ਉਪਚਨ ਦਾ ਕਾਰਨ ਬਣਨ ਲੱਗ ਪੈਂਦੀਆਂ ਹਨ ਨਸ਼ੇ ਸਰੀਰਕ ਹੀ ਨਹੀਂ ਹੁੰਦੇ ਬੌਧਿਕ ਵੀ ਹੁੰਦੇ ਹਨ ਮਨੁੱਖ ਕੋਲ ਨਸ਼ੇ ਦੀ ਸ਼ਕਤੀ ਆ ਗਈ ਹੈ ਸ਼ਾਂਤੀ ਨਹੀਂ ਆਈ ਤ੍ਰੇਮ ਵੀ ਹੋਣਾ ਵਿਅਕਤੀ ਹਿੰਸਾ ਪਜਾਂਦਾ ਹੈ ਪਵਿੱਖ ਦਾ ਧਰਮ ਅੰਧ ਵਿਸ਼ਵਾਸਾਂ ਉੱਤੇ ਨਹੀਂ ਵਿਵੇਕ ਉੱਤੇ ਅਧਾਰਤ ਹੋਵੇਗਾ ਸ਼ਰਧਾ ਨਹੀਂ ਗਿਆਨ ਉਸ ਦਾ ਆਧਾਰ ਹੋਏਗਾ ਜਦੋਂ ਇਹ ਵਾਪਰ ਜਾਏਗਾ ਤਾਂ ਵਿਸ਼ਵਾਸ ਤੇ ਵਿਵੇਕ ਗਿਆਨ ਤੇ ਸ਼ਰਧਾ ਵਿਚਾਰ ਲਈ ਖਾਈ ਵੀ ਮਿਟ ਜਾਏਗੀ ਮਹਾਵੀਰ ਬੁੱਧ ਜਾਂ ਨਾਨਕ ਦੇ ਅਨੁਭਵ ਵਿੱਚ ਗਿਆਨ ਨਹੀਂ ਤੇ ਸ਼ਰਧਾ ਸਿਖਰ ਸੀ ਵਿਗਿਆਨ ਅੰਧਵਿਸ਼ਵਾਸਾਂ ਨੂੰ ਮਿਟਾ ਰਿਹਾ ਹੈ ਇਹ ਅਸਲੀ ਧਰਮ ਦੇ ਹਿੱਤ ਵਿੱਚ ਹੈ ਧਰਮ ਨੂੰ ਉਦੋਂ ਹਰ ਕੋਈ ਖੇੜੇ ਮੱਥੇ ਆਪਣਾਏਗਾ ਜਦੋਂ ਇਹ ਵਿਸ਼ਵਾਸਾਂ ਤੋਂ ਮੁਕਤ ਹੋ ਜਾਏਗਾ ਉਦੋਂ ਸਭ ਕੁਝ ਤੇ ਹਰ ਜੀਵ ਇੱਕ ਦੂਜੇ ਨਾਲ ਜੁੜਿਆ ਹੋਇਆ ਹੀ ਦੇਨ ਲੱਗ ਪਾਏਗਾ ਜਿਹੜਾ ਇਸ ਸੰਸਾਰ 'ਚ ਜ਼ਿੰਦਗੀ ਨੂੰ ਸਹੀ ਢੰਗ ਨਾਲ ਜੀਣ ਵਿੱਚ ਸਫਲ ਹੋ ਜਾਂਦਾ ਉਸ ਨੂੰ ਪਰਲੋਕ ਦੀ ਇੱਛਾ ਹੀ ਨਹੀਂ ਰਹਿੰਦੀ ਅਸੀਂ ਸੋਚ ਵੀ ਨਹੀਂ ਸਕਦੇ ਕਿ ਜੇ ঈਸਾ ਜਾਂ حضرت ਮੁਹੰਮਦ ਦੁਬਾਰਾ ਜਨਮ ਲੈਂਦੇ ਤਾਂ ਉਹਨਾਂ ਨੇ ਅਜੇ ਆ ਕੀ ਕਰਨਾ ਸੀ ਜੋ ਉਹਨਾਂ ਵੱਲੋਂ ਕਰਨਾ ਰਹਿ ਗਿਆ ਸੀ ਪਰਲੋਕ ਇਸ ਲੋਕ ਦੀ ਅਸੰਤੁਸ਼ਟਤਾ ਵਿੱਚੋਂ ਜਨਮ ਲੈਂਦਾ ਹੈ ਅੰਦਰ ਦੀ ਗਰੀਬੀ ਹੀ ਧਨ ਦੀ ਪ੍ਰਾਪਤੀ ਲਈ ਤੰਗਦੀ ਹੈ ਸਿਕੰਦਰ ਹੀ ਨਹੀਂ ਸੀ ਪਟਕਿਆ ਸਾਰੇ ਸਿਕੰਦਰ ਪਟਕਦੇ ਹਨ ਜਦੋਂ ਮਨੁੱਖ ਆਪਣੇ ਆਪ ਨੂੰ ਪਾਰ ਕਰ ਲੈਂਦਾ ਹੈ ਉਹ ਆਪ ਪ੍ਰਭੂ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਜਦੋਂ ਅਨੁਭਵ ਡੂੰਗਾ ਹੋ ਜਾਂਦਾ ਹੈ ਤਾਂ ਵਿਅਕਤੀ ਕਿਸੇ ਵਿਸ਼ੇਸ਼ ਨੂੰ ਪ੍ਰੇਮ ਨਹੀਂ ਕਰਦਾ ਉਹ ਸਭ ਨੂੰ ਪ੍ਰੇਮ ਕਰਦਾ ਹੈ ਉਹ ਪ੍ਰੇਮ ਪੂਰਨ ਹੋ ਜਾਂਦਾ ਹੈ ਪ੍ਰੇਮ ਪੂਰਨ ਅਵਸਥਾ ਵਿੱਚ ਉਹ ਵਿਅਕਤੀ ਅਤ ਕੋਮਲ ਧੀਰਜवान ਤੇ ਸਹਿਨਸ਼ੀਲ ਹੋ ਜਾਂਦਾ ਹੈ ਉਸਤੇ ਬੋਲਾਂ ਵਿੱਚੋਂ ਡੂੰਗੀ ਗੂੰਜ ਉਪਜ ਪੈਂਦੀ ਹੈ ਬੁੱਧ ਇਸ ਅਵਸਥਾ ਨੂੰ ਪਹੁੰਚੇ ਸਨ ਗਾਂਧੀ ਪ੍ਰਾਪਤੀ ਉਪਰੰਤ ਜਦੋਂ ਯਸ਼ੋਧਰਾ ਦੇ ਸਨਮੁਖ ਹੋਣ ਤੇ ਬੁੱਧ ਨੇ ਕਿਹਾ ਉਸ ਰਾਤ ਜਦੋਂ ਮੈਂ ਘਰੋਂ ਟੁਰਿਆ ਸੀ ਤੂੰ ਸੌ ਰਹੀ ਸੀ ਉਸ ਰਾਤ ਦੀ ਅਣਕਹੀ ਵਿਦਾ ਅੱਜਾਕੀ ਮੈਨੂੰ ਪੂਰਾ ਮੁਕਤ ਕਰਦੇ ਮੇਰੀਆਂ ਅੱਖਾਂ ਵਿੱਚੋਂ ਸਰਦ ਦੀ اٹਕੀ ਹੋਈ ਨੀਂਦਰ ਘਟ ਲੈ ਤੇ ਮੇਰਾ ਕਾਸਾ ਤਿਆਗ ਨਾਲ ਭਰ ਦੇ ਯਸ਼ੋਧਰਾ ਨੂੰ ਪਤਾ ਸੀ ਕਿ ਜੋ ਗਿਆ ਸੀ ਉਹ ਸਿਦਾਰਥ ਸੀ ਜੋ ਆਇਆ ਸੀ ਉਹ ਬੁੱਧ ਸੀ ਸੋਨੇ ਕਿਹਾ ਮੈਂ ਤਾਂ ਉਸੇ ਰਾਤ ਆਪਣ ਨੂੰ ਵਿਦਾ ਕਰ ਦਿੱਤਾ ਸੀ ਮੈਂ ਉਦੋਂ ਜਾਗਦੀ ਸੀ ਜਦੋਂ ਤੁਸੀਂ ਜਾਗਣ ਦੀ ਤਲਾਸ਼ ਵਿੱਚ ਘਰ ਪਰਿਵਾਰ ਯਾਗ ਰਹੀ ਸੀ ਨਾਰੀ ਨੂੰ ਕਈ ਵਾਰ ਪਲਕਾਂ ਬੰਦ ਕਰਕੇ ਜਾਗਣਾ ਪੈਂਦਾ ਹੈ ਮੇਰੀਆਂ ਬਾਹਾਂ ਵਿੱਚ ਉਦੋਂ ਰਾਹੁਲ ਸੌ ਰਿਹਾ ਸੀ ਜਿਨ੍ਹਾਂ ਚਰਮਾਂ ਦੀਆਂ ਬਾਹਾਂ ਵਿੱਚ ਬੱਚਾ ਹੁੰਦਾ ਮਾਂ ਜਾਗਦੀ ਰਹਿੰਦੀ ਹੈ ਆਪ ਉਸੇ ਰਾਤ ਤੋਂ ਮੁਕਤ ਹੋ ਜੋ ਮੁਕਤ ਹੋ ਚੁੱਕਾ ਹੈ ਉਹਨੂੰ ਮੈਂ ਕਿਵੇਂ ਮੁਕਤ ਕਰਾਂ ਜੋ ਜਾ ਚੁੱਕਾ ਹੈ ਉਹਨੂੰ ਕਿਵੇਂ ਵਿਦਾ ਕਰਾਂ ਮੈਂ ਗੌਤਮ ਨੂੰ ਵਿਦਾ ਕਰ ਸਕਦੀ ਹਾਂ ਬੁੱਧ ਨੂੰ ਕਿਵੇਂ ਵਿਦਾ ਕਰਾਂ ਤੁਸੀਂ ਮੇਰੇ ਤੋਂ ਵਿਦਾ ਹੋਣ ਲਈ ਨਹੀਂ ਆਏ ਆਪਣੇ ਆਪ ਵਿੱਚੋਂ ਮੈਨੂੰ ਵਿਦਾ ਕਰਨ ਲਈ ਆਏ ਹੋ ਇਸ ਸੰਸਾਰ 'ਚ ਜੋ ਕੁਝ ਵੀ ਚੰਗਾ ਤੇ ਸੁੰਦਰ ਹੈ ਉਹ ਪ੍ਰੇਮ ਵਿੱਚੋਂ ਜਨਮਿਆ ਹੈ ਹਾਲਾਤ ਕਿੰਨੇ ਵੀ ਵਿਰੋਧੀ ਤੇ ਮੁਸ਼ਕਿਲ ਹੋਣ ਉਹ ਕਦੇ ਵੀ ਇੰਨੇ ਮੁਸ਼ਕਿਲ ਨਹੀਂ ਹੋ ਸਕਦੇ ਕਿ ਪਰਮਾਤਮਾ ਦੇ ਰਾਹ 'ਚ ਰੁਕਾਵਟ ਬਣ ਜਾਵੇ ਸਾਡੀ ਨਿਰਾਸ਼ਾ ਤੋਂ ਇਲਾਵਾ ਸਾਡੇ ਤੇ ਪਰਮਾਤਮਾ ਵਿਚਕਾਰ ਕੋਈ ਰੁਕਾਵਟ ਨਹੀਂ ਹੈ। ਵਾਸਤਵ ਵਿੱਚ ਅਸੀਂ ਆਪ ਹੀ ਰੁਕਾਵਟ। ਪ੍ਰਭੂ ਦੇ ਰਾਹ ਤੇ ਹਰ ਕੋਈ ਸਫਲ ਹੁੰਦਾ ਹੈ। ਉਸ ਰਾਹ ਤੇ ਸੁੱਤੇ ਹੋਏ ਵੀ ਜਾਗ ਪੈਂਦੇ ਹਨ। ਪ੍ਰਕਾਸ਼ ਦਾ ਸੋਮਾ ਸੂਰਜ ਹੈ। ਹਨੇਰੇ ਦਾ ਸੋਮਾ ਕੀ ਹੈ? ਮਨੁੱਖ ਦੀਆਂ ਅੱਖਾਂ ਬਾਹਰਲੀਆਂ ਤੇ ਅੰਦਰਲੀਆਂ ਆਦਤਨ ਹੀ ਹਨੇਰੇ ਵੱਲੋਂ ਚਾਨਣੇ ਵੱਲ ਜਾਣ ਵਾਸਤੇ ਤੰਗਦੀਆਂ ਹਨ। ਜਦੋਂ ਅੰਦਰਲੀਆਂ ਅੱਖਾਂ ਖੁੱਲ ਜਾਂਦੀਆਂ ਹਨ ਉਦੋਂ ਮੈਂ ਮੁੱਕ ਜਾਂਦੀ ਹੈ ਜਿਸ ਦੀ ਖਾਤਰ ਕੋਈ ਆਪਣੀ ਮੈਂ ਤਿਆਗ ਦਿੰਦਾ ਹੈ ਲੋਕ ਉਹਨੂੰ ਪ੍ਰੇਮੀ ਜਾਂ ਸ਼ੱਕਿਆਨ ਲੱਗ ਪੈਂਦੇ ਹਨ ਜਿਹੜਾ ਸਰਬ ਲਈ ਆਪਣੀ ਮੈਂ ਤਿਆਗ ਦਿੰਦਾ ਹੈ ਉਸ ਨੂੰ ਸੰਤ ਜਾਂ ਦਰवेश ਕਿਹਾ ਜਾਂਦਾ ਹੈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਾਮ પ્રેમ ਦਾ ਭੁਲੇਖਾ ਹੈ ਜਿੰਨਾ ਪ੍ਰੇਮ ਵਿਕਸਿਤ ਹੁੰਦਾ ਹੈ ਕਾਮ ਉਹਨਾਂ ਹੀ ਢਲਪ ਹੁੰਦਾ ਜਾਂਦਾ ਹੈ ਪ੍ਰੇਮ ਕਾਮ ਸ਼ਕਤੀ ਦਾ ਉੱਚਾ ਉੱਠਣਾ ਹੈ ਬੂੰਦ ਬੂੰਦ ਰਹਿ ਕੇ ਸਾਗਰ ਨਹੀਂ ਹੋ ਸਕਦੀ ਉਹਦੀ ਬੂੰਦ ਬਣੀ ਰਹਿਣ ਦੀ ਜ਼ਿੱਦ ਹੀ ਉਹਦੇ ਸਾਗਰ ਹੋਣ ਵਿੱਚ ਰੁਕਾवट ਹੈ ਮਨੁੱਖ ਦੀ ਵੀ ਇਹੀ ਦੁਬਧ ਹੈ ਉਹ ਸਰੀਰ ਦੇ ਮਿੱਟੀ ਘੇਰੇ ਵਿੱਚ ਅਤੇ ਆਤਮਾ ਆਤਮ ਠੱਗੀ ਦੀ ਕੈਦ ਵਿੱਚੋਂ ਬਾਹਰ ਹੀ ਨਹੀਂ ਨਿਕਲਦਾ ਕਿਸੇ ਨੇ ਪੁੱਛਿਆ ਮੈਂ ਪਾਪ ਤੋਂ ਕਿਵੇਂ ਬਚਾਂ ਉੱਤਰ ਮਿਲਿਆ ਪ੍ਰੇਮ ਕਰੋ ਪ੍ਰੇਮ ਚ ਪਾਪ ਸੰਭਵ ਹੀ ਨਹੀਂ ਹੈ ਪ੍ਰੇਮ ਤਾਂ ਹੀ ਹੋਏਗਾ ਜੇ ਅੰਦਰ ਆਨੰਦ ਹੋਏਗਾ ਪ੍ਰੇਮ ਕਰਨਾ ਉਚੇਚ ਨਹੀਂ ਮਨੁੱਖ ਦਾ ਸੁਭਾਵਕ ਵਿਹਾਰ ਹੋਣਾ ਚਾਹੀਦਾ ਹੈ ਪ੍ਰੇਮ ਦਾ ਜੀਵਨ ਬੇਸ਼ਰਤ ਜੀਵਨ ਹੈ ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ ਉਹ ਸਾਡੇ ਵੱਲ ਖੁੱਲਦਾ ਚਲਾ ਜਾਂਦਾ ਹੈ ਪ੍ਰੇਮ ਦੇ ਅਰਥ ਜਾਣਨੇ ਹਨ ਜਾਣਣ ਤੋਂ ਹਨ ਹਉਮੈ ਸਵਾਰਥ ਲਾਲਸਾ ਤੋਂ ਮੁਕਤ ਹੋ ਕੇ ਮਨੁੱਖ ਸੂਝਵਾਨ ਬਣ ਜਾਂਦਾ ਹੈ ਪ੍ਰਸ਼ਨ ਉਠਦਾ ਹੈ ਕਿ ਜੇ ਮਨੁੱਖ ਵਿੱਚ ਆਤਮਾ ਹੈ ਤਾਂ ਮਨੁੱਖ ਭਟਕਦਾ ਕਿਉਂ ਹੈ? ਵਾਸਤਵਿਕ ਚੇਤਨਾ ਤੇ ਆਤਮਾ ਦੀ ਸੁਤੰਤਰਤਾਮ ਵਿੱਚ ਭਟਕਣ ਦੀ, ਕੁਰਾਹੀ ਪੈਣ ਦੀ, ਪਾਪ ਕਰਨ ਦੀ ਸੁਤੰਤਰਤਾ ਵੀ ਹੁੰਦੀ ਹੈ। ਜੇ ਗਲਤੀਆਂ ਕਰਨ ਦੀ ਖੁੱਲ ਨਹੀਂ ਤਾਂ ਸੁਤੰਤਰਤਾ ਦੇ ਕੋਈ ਅਰਥ ਨਹੀਂ ਰਹਿੰਦੇ। ਆਤਮਾ ਵੱਲੋਂ ਵਿਅਕਤੀ ਨੂੰ ਚੰਗਾ ਜਾਂ ਬੁਰਾ, ਬੇਈਮਾਨ ਜਾਂ ਇਮਾਨਦਾਰ ਬਣਨ ਦੀ ਖੁੱਲ ਹੈ। ਜਦੋਂ ਸੀ ਕਹਿੰਦੀ ਆ ਕਿ ਉਹ ਇਮਾਨਦਾਰ ਹੈ ਤਾਂ ਭਾਵੇਂ ਹੀ ਹੁੰਦਾ ਹੈ ਕਿ ਜੇ ਉਹ ਚਾਹੁੰਦਾ ਤਾਂ ਬੇਈਮਾਨ ਵੀ ਹੋ ਸਕਦਾ ਸੀ ਪਰ ਉਹਨੇ ਇਮਾਨਦਾਰ ਹੋਣ ਦੀ ਚੋਣ ਕੀਤੀ ਪਾਪੀ ਜਾਂ ਪਰਉਪਕਾਰੀ ਹੋਣ ਦੀ ਚੋਣ ਅਸੀਂ ਆਪ ਕਰਨੀ ਹੈ ਹਰ ਕਿਸੇ ਨੇ ਆਪਣਾ ਧਰਮ ਆਪ ਸਿਰਜਣਾ ਹੈ ਇਸੇ ਕਰਕੇ ਕਹਿੰਦੇ ਹਨ ਕਿ ਧਰਮ ਮਨੁੱਖ ਦਾ ਸਿਖਰਲਾ ਤੌਖਲਾ ਹੈ ਧਰਮ ਦਾ ਅਨੁਭਵ ਪਾਪ ਦੇ ਅਨੁਭਵ ਤੋਂ ਬਿਨਾ ਸੰਭਵ ਹੀ ਨਹੀਂ ਪਾਪ ਵਿੱਚੋਂ ਗੁਜ਼ਰੇ ਬਿਨਾ ਪੁੰਨ ਨਹੀਂ ਕੀਤਾ ਜਾ ਸਕਦਾ। ਰਾਮ ਰਾਵਣ ਕਰਕੇ ਹੀ ਭੂਜਣ ਯੋਗ ਹਨ। ਪੁੰਨ ਤੇ ਪਾਪ ਤੇ ਰਾਮ ਤੇ ਰਾਵਣ ਅੰਦਰੋਂ ਜੁੜੇ ਹੋਏ ਹਨ। ਸਾਡੇ ਵਿੱਚੋਂ ਹੀ ਸ਼ੈਤਾਨ ਤੇ ਸਾਉ ਦੋਵੇਂ ਬਣਦੀਆਂ ਸੰਭਾਵਨਾਵਾਂ ਹਰ ਵੇਲੇ ਮੌਜੂਦ ਰਹਿੰਦੀਆਂ ਹਨ। ਇਹ ਜੋੜ ਧਾਰਮਿਕ ਵਿਅਕਤੀ ਨੂੰ ਹੀ ਵਿਖਾਈ ਦਿੰਦਾ ਹੈ। ਅਧਾਰਮਿਕ ਉਹ ਹੈ ਜਿਹੜਾ ਆਪਣਾ ਵੈਰੀ ਆਪ ਹੈ। ਦਿਖਾਵੇ ਦੇ ਹਾਰ ਅੱਕੜੇ ਹੋਏ ਸਿਰਾਂ ਨੂੰ ਹੀ ਪਾਏ ਜਾਂਦੇ ਹਨ ਝੁਕਿਆ ਹੋਇਆ ਸਿਰ ਆਪਣਾ ਸ਼ਿੰਗਾਰ ਆਪ ਹੁੰਦਾ ਹੈ ਝੁਕਿਆ ਹੋਇਆ ਹਿਰਦਾ ਬੁਰਾ ਨਹੀਂ ਸੋਚ ਸਕਦਾ ਪਿਆਰ ਵਿੱਚ ਅਸੀਂ ਆਪਣੇ ਆਪ ਨੂੰ ਲੋਹਾ ਤੇ ਦੂਜੀ ਧਿਰ ਨੂੰ ਪਾਰਸ ਸਮਝਣ ਲੱਗ ਪੈਂਦੇ ਆ ਆਤਮਾ ਤੇ ਪਰਮਾਤਮਾ ਵਿਚਕਾਰ ਵੀ ਅਜਿਹਾ ਹੀ ਸੰਬੰਧ ਉਜਾਗਰ ਹੋ ਜਾਂਦਾ ਹੈ ਅਸੀਂ ਇਹ ਜੋ ਕੇ ਸੰਸਾਰ ਨੂੰ ਜਿਉਂਤੀਵੇਂ ਰਿਹਾ ਹੈ ਕਿ ਚੰਗੀ ਮਨੁੱਖ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ ਸਾਡੇ ਨਾਟਕ ਨਾਵਲ ਫਿਲਮਾਂ ਚੰਗੇ ਵਿਅਕਤੀਆਂ ਨੂੰ ਪੇਸ਼ ਨਹੀਂ ਕਰਦੇ ਸਧਾਰਨ ਸਾਵੇਂ ਰਿਸ਼ਤਿਆਂ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਸਾਹਿਤ ਵਿੱਚ ਅਕਸਰ ਨਜਾਇਜ਼ ਰਿਸ਼ਤਿਆਂ ਦੀ ਹੀ ਪੇਸ਼ਕਾਰੀ ਹੋ ਰਹੀ ਹੈ ਜੀਵਨ ਵਿੱਚ ਦੁੱਖ ਨਹੀਂ ਹੈ ਦੁੱਖ ਜੀਵਨ ਜਿਉਣ ਦੇ ਢੰਗ ਵਿੱਚ ਹੈ ਸਾਡੀਆਂ ਇਮਾਰਤਾਂ ਉੱਚੀਆਂ ਹੋ ਗਈਆਂ ਹਨ ਸਾਡੇ ਇਰਾਦੇ ਨੀਵੇਂ ਹੋ ਗਏ ਹਨ ਸੜਕਾਂ ਚੌੜੀਆਂ ਹੋ ਗਈਆਂ ਹਨ ਸਾਡੀਆਂ ਸੋਚਾਂ ਸੌੜੀਆਂ ਹੋ ਗਈਆਂ ਹਨ ਡਿਗਰੀਆਂ ਵੱਡੀਆਂ ਹੋ ਗਈਆਂ ਹਨ ਬੁੱਧੀ ਛੋਟੀ ਹੋ ਗਈ ਹੈ ਵਿਸ਼ੇਸ਼ਕ ਉਪਜ ਰਹੇ ਹਨ ਹਲ ਲੋਪ ਹੋ ਗਈ ਹਨ ਦਵਾਈਆਂ ਵਧ ਗਈਆਂ ਹਨ ਤੰਦਰੁਸਤ ਹੋਣ ਦਾ ਅਹਿਸਾਸ ਗੁੰਮ ਗਿਆ ਹੈ ਅਸੀਂ ਬੋਲਦੇ ਵਧੇਰੇ ਹਾਂ ਸੁਣਦੇ ਘੱਟ ਹਾਂ ਅਸੀਂ ਦੂਰ ਗ੍ਰਹਿ ਤੇ ਅੱਪੜ ਗਏ ਹਾਂ ਪਰ ਗੁਆਂਢੀ ਨਾਲ ਮਿਲਣਾ ਭੁੱਲ ਗਏ ਹਾਂ ਅਸੀਂ ਫੁਲਾੜ ਜਿੱਤ ਲਿਆ ਪਰ ਅੰਦਰੋਂ ਹਾਰ ਗਏ ਹਾਂ ਆਮਦਨ ਵਧ ਗਈਆਂ ਹਨ ਇਖਲਾਕ ਘਟ ਗਿਆ ਹੈ ਕਦ ਲੰਮੇ ਹੋ ਗਏ ਹਨ ਚਰਿੱਤਰ ਸੁੰਗੜ ਗਿਆ ਹੈ ਬਟੂਏ ਭਰ ਗਏ ਹਨ ਪਰਿਸ਼ਤੇ ਖੋਖਲੇ ਹੋ ਗਏ ਹਨ ਮਕਾਨ ਪੱਕੇ ਬਣਨ ਲੱਗ ਪਏ ਹਨ ਪਰ ਘਰ ਤੇ ਪਰਿਵਾਰ ਟੁੱਟਣ ਲੱਗ ਪਏ ਹਨ ਅਸੀਂ ਕੱਪੜੇ ਵਧਾ ਲਈ ਹਨ ਪਰ ਰਿਵਾਜ ਨੰਗੇ ਹੋਣ ਦਾ ਅਪਣਾ ਲਿਆ ਹੈ ਗੱਲਾਂ ਸੇਵਾ ਦੀਆਂ ਕਰਦੇ ਹਾਂ ਪਰ ਸੋਚਦੇ ਲੁੱਟਣ ਬਾਰੇ ਹਾਂ ਜਿੰਨੀਆਂ ਅਸੀਂ ਕਸਮਾਂ ਵਧੇਰੇ ਖਾਂਦੇ ਆਂ ਉਹਨਾਂ ਹੀ ਅਸੀਂ ਝੂਠ ਵਧੇਰੇ ਬੋਲਦੇ ਆਂ ਅਸੀਂ ਭੁੱਲ ਜਾਂਦੇ ਆਂ ਕਿ ਇਸ ਉਲਟੇ ਸੰਸਾਰ ਵਿੱਚ ਬੁਰੇ ਭੈੜੇ ਨੀਚ ਵਿਅਕਤੀਆਂ ਤੋਂ ਦੂਰ ਨਹੀਂ ਰਿਹਾ ਜਾ ਸਕਦਾ ਕਿਉਂਕਿ ਸਾਰੇ ਸਾਡੇ ਹੀ ਰੂਪ ਹਨ ਲੋੜ ਆਪਣੇ ਆਪ ਨੂੰ ਪਛਾਣਨ ਤੇ ਸ਼ਰਮਸਾਰ ਹੋਣ ਦੀ ਹੈ ਦੁਸ਼ਟ ਪਾਪੀ ਜਾਂ ਦੁਰਾਚਾਰੀ ਨਰਕ ਵਿੱਚ ਨਹੀਂ ਜਾਂਦਾ ਸਗੋਂ ਨਰਕ ਹੀ ਉਸ ਵਿੱਚ ਆ ਜਾਂਦਾ ਮਨੁੱਖ ਆਪਣੇ ਆਪ ਨਾਲ ਹੀ ਛਲ ਕਪਟ ਕਰਨ ਵਿੱਚ ਮਾਹਿਰ ਹੋ ਗਿਆ ਹੈ ਤੇ ਕਿਸੇ ਨੂੰ ਵੀ ਪ੍ਰੇਮ ਕਰਨਾ ਭੁੱਲ ਗਿਆ ਹੈ। ਪ੍ਰੇਮ ਦੀ ਅਵਸਥਾ ਚ ਅਸੀਂ ਆਪਣੇ ਆਪ ਨੂੰ ਦਾਨ ਕਰ ਦਿੰਦੇ ਹਾਂ। ਜੰਗ ਯੁੱਧ ਵਿੱਚ ਸਮਰਪਣ ਦੇ ਅਰਥ ਹਾਰ ਤੋਂ ਹਨ ਪਰ ਧਰਮ ਵਿੱਚ ਇਸੇ ਅਰਥ ਹਾਰ ਜਿੱਤ ਤੋਂ ਉੱਪਰ ਉੱਠ ਜਾਂਦੇ ਹਨ। ਸੱਚਾ ਧਰਮ ਕਹਿੰਦਾ ਹੈ ਕਿ ਇਸ ਸੰਸਾਰ ਵਿੱਚ ਜੋ ਅਸੀਂ ਲੈਂਦੇ ਹਾਂ ਉਹ ਨਹੀਂ ਸਗੋਂ ਜੋ ਅਸੀਂ ਸੰਸਾਰ ਨੂੰ ਆਪਣੇ ਕੋਲੋਂ ਦਿੰਨੇ ਹਾਂ ਉਹ ਸਾਨੂੰ ਧਨਵਾਨ ਤੇ ਖੁਸ਼ਹਾਲ ਬਣਾਉਂਦਾ ਹੈ ਇਹ ਜਾਣਨ ਵਾਸਤੇ ਕਿ ਅਸੀਂ ਕੁਝ ਨਹੀਂ ਜਾਣਦੇ ਸਾਨੂੰ ਬਹੁਤ ਕੁਝ ਜਾਨਣਾ ਪੈਂਦਾ ਹੈ ਤਿਆਗਣ ਨਾਲ ਹੀ ਪਤਾ ਲੱਗਦਾ ਹੈ ਕਿ ਸਾਡਾ ਕੀ ਹੈ ਸਮੁੰਦਰ ਦੇ ਕੋਲ ਜਾ ਕੇ ਨਦੀ ਦੇ ਕੰਢੇ ਗੁਆਚ ਜਾਂਦੇ ਹਨ ਨਦੀ ਫੈਲ ਜਾਂਦੀ ਹੈ ਸਮੁੰਦਰ ਨੂੰ ਗਲ ਬੱਕੜੀ ਪਾ ਕੇ ਉਹ ਸਾਗਰ ਬਣ ਜਾਂਦੀ ਹੈ ਜਦੋਂ ਤੁਹਾਡੇ ਵਿੱਚੋਂ ਕ੍ਰੋਧ ਵਿਦਾ ਹੋ ਜਾਏਗਾ ਤੁਹਾਨੂੰ ਲੱਗੇਗਾ ਸਾਰਾ ਸੰਸਾਰ ਸ਼ਾਂਤ ਹੋ ਗਿਆ ਹੈ ਜਦੋਂ ਤੁਹਾਡੇ ਵਿੱਚੋਂ ਵਿਰੋਧ ਗਵਾਚ ਜਾਏਗਾ ਤੁਹਾਨੂੰ ਲੱਗੇਗਾ ਸਾਰਾ ਸੰਸਾਰ ਤੁਹਾਨੂੰ ਪ੍ਰੇਮ ਕਰਨ ਲਈ ਤੰਗ ਰਿਹਾ ਹੈ ਜਦੋਂ ਤੁਹਾਡੇ ਵਿੱਚੋਂ ਤਿਆਗ ਤੇ ਪ੍ਰੇਮ ਜਾਗ ਪਏਗਾ ਤੁਹਾਨੂੰ ਸਾਰੇ ਆਪਣੇ ਪ੍ਰਤੀਤ ਹੋਣ ਲੱਗ ਪੈਣਗੇ ਨਿਰਵਾਣ ਉਪਰੰਤ ਬੁੱਧ ਨੂੰ ਇੱਕ ਭਿਕਸ਼ੂ ਨੇ ਪੁੱਛਿਆ ਸਾਨੂੰ ਦੱਸੋ ਤੁਹਾਨੂੰ ਕੀ ਮਿਲਿਆ ਬੁੱਧ ਨੇ ਕਿਹਾ ਮਿਲਿਆ ਕੁਝ ਵੀ ਨਹੀਂ ਗੁਆਚਿਆ ਸਭ ਕੁਝ ਹੈ ਜੋ ਮਿਲਿਆ ਹੈ ਉਹ ਤਾਂ ਪਹਿਲੇ ਹੀ ਮਿਲਿਆ ਹੋਇਆ ਸੀ ਆਪਣਾ ਆਪ ਗਵਾਇਆ ਅ ਗਿਆਨ ਗਵਾਇਆ ਕ੍ਰੋਧ ਗਵਾਇਆ ਵਿਰੋਧ ਗਵਾਇਆ ਹੰਕਾਰ ਹੰਮੇ ਇੱਛਾਵਾਂ ਸਭ ਗਵਾਈਆਂ ਗੁਆਚਣ ਦਾ ਆਨੰਦ ਮਿਲਿਆ ਜੋ ਮਿਲਿਆ ਉਹ ਤਾਂ ਪਹਿਲਾਂ ਹੀ ਮੇਰੇ ਕੋਲ ਸੀ ਸ਼ਾਂਤ ਤੇ ਸਹਿਜ ਅਵਸਥਾ 'ਚ ਬੈਠੇ ਬੁੱਧ ਸਾਨੂੰ ਵੀ ਕਹਿ ਰਹੇ ਹਨ ਜੇ ਕੁਝ ਗਵਾਣਾ ਹੈ ਤਾਂ ਆ ਜਾਣਾ ਧੰਨਵਾਦ ਡਾਕਟਰ ਨਰਿੰਦਰ ਸਿੰਘਪੁਰ ਦੀ ਪੁਸਤਕ ਰਾਹ ਰਸਤੇ ਦਾ ਅਗਲਾ ਲੇਖ ਹੈ ਜਿਹੜੇ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ ਡਾਕੀਏ ਦਾ ਆਉਣਾ ਘਰ ਪਰਿਵਾਰ ਦੀ ਵਸਤੇ ਹੋਣ ਦੀ ਨਿਸ਼ਾਨੀ ਹੁੰਦਾ ਹੈ ਮੋਇਆਂ ਦੇ ਨਾਂ ਕਿਸੇ ਦਾ ਕੋਈ ਖੱਤ ਨਹੀਂ ਆਉਂਦਾ ਕੁਝ ਕੀਤੇयां ਹੀ ਕੁਝ ਹੁੰਦਾ ਹੈ ਬਿਨਾ ਕੀਤੇयां ਕੁਝ ਨਹੀਂ ਵਾਪਰਦਾ ਖਤ ਦੀ ਉਡੀਕ ਤਾਂ ਹੀ ਕਰਨੀ ਚਾਹੀਦੀ ਹੈ ਜੇ ਪਹਿਲਾਂ ਖਤ ਪਾਇਆ ਜਾਵੇ ਕੋਈ ਵੀ ਡੰਡੀ ਕੋ ਦਿੰਚ ਸ਼ਾਰਾ ਨਹੀਂ ਬਣਦੀ ਕਿਸੇ ਤਾਰੇ ਦੇ ਟੁੱਟਣ ਵਰਗਾ ਇੱਕ ਉਦਾਸ ਖਤ ਮਿਲਿਆ ਕਿਸੇ ਨੇ ਆਪਣੇ ਆਪ ਨੂੰ ਮੇਰੀ ਭੈਣ ਹੋਣ ਦਾ ਹੱਕ ਜਿਤਲਾ ਕੀ ਧਰਤੀ ਦੇ ਦੂਜੇ ਪਾਸੇ ਤੋਂ ਜ਼ਿੰਦਗੀ ਦੇ ਲੰਘ ਚੁੱਕੇ ਕਾਫਲੇ ਦੀਆਂ ਗੱਲਾਂ ਕੀਤੀਆਂ ਹਨ ਉਹਨੇ ਲਿਖਿਆ ਦਿਲ ਦਾ ਦੀਵਾ ਕਈ ਵਾਰ ਬਾਲਿਆ ਪਰ ਰੱਖਣ ਲਈ ਕੋਈ ਬਨੇਰਾ ਨਹੀਂ ਮਿਲਿਆ ਮੇਰਾ ਹਾਲ ਉਸ ਸਵਾਰੀ ਵਾਲਾ ਜਿਹੜੀ ਲੰਘ ਗਈ ਉਹ ਗੱਡੀ ਨੂੰ ਡੀਕ ਰਹੀ ਐ ਉਹਦੇ ਗਲੇ 'ਚ ਇੱਕ ਚੀਖ ਰੁਕੀ ਹੋਈ ਐ ਉਹ ਕਹਿੰਦੀ ਐ ਜ਼ਿੰਦਗੀ 'ਚ ਖੁਦਾ ਕਈ ਮਿਲੇ ਬੰਦਾ ਇੱਕ ਵੀ ਨਹੀਂ ਮਿਲਿਆ ਪਤਾ ਨਹੀਂ ਸੀ ਕਿ ਰੱਬ ਵੀ ਇੰਨਾ ਗਿਆ ਗੁਜ਼ਰਿਆ ਹੋਏਗਾ ਉਹਨੇ ਲਿਖਿਆ ਮੈਂ ਬਹੁਤ ਚਿੱਠੀਆਂ ਲਿਖੀਆਂ ਹਨ ਲਿਖਦੀ ਵੀ ਹਾਂ ਪਰ ਕਿਸੇ ਦਾ ਜਵਾਬ ਨਹੀਂ ਆਉਂਦਾ ਕੋਈ ਜਵਾਬ ਨਹੀਂ ਦਿੰਦਾ ਮੇਰੇ ਪਰਿਵਾਰ 'ਚ ਕੁਝ ਮੁਸ਼ਕਲਾਂ ਹਨ ਇਹਦੇ ਵਿੱਚ ਮੇਰਾ ਕੋਈ ਮੇਰਾ ਕਸੂਰ ਤਾਂ ਕੋਈ ਨਹੀਂ ਪਰ ਸਜ਼ਾ ਤੋਕਦ ਰਹੀ ਹੈ ਮੇਰੇ ਵਰਗੇ ਬਦਕਿਸਮਤ ਹੋਰ ਵੀ ਹੋਣਗੇ ਜਿਹੜੇ ਚਿੱਠੀਆਂ ਲਿਖਦੇ ਹਨ ਪਰ ਜਵਾਬ ਪੜਨਾ ਉਹਨਾਂ ਦੇ ਨਸੀਬਾਂ 'ਚ ਨਹੀਂ ਹੁੰਦਾ ਉਹਨਾਂ ਨੂੰ ਕੁਝ ਤਾਂ ਕਹੋ ਤੇ ਪੁੱਛੋ ਕਿ ਉਹ ਜਵਾਬ ਕਿਉਂ ਨਹੀਂ ਲਿਖਦੇ ਮੈਂ ਉਸ ਭੈਣ ਨੂੰ ਜਾਣਦਾ ਨਹੀਂ ਪਰ ਖੱਤ ਲਿਖ ਕੇ ਸ਼ਿਕਾਇਤ ਦੂਰ ਕਰਨ ਦਾ ਯਤਨ ਕਰਾਂਗਾ ਤੇ ਉਹਨੂੰ ਮੈਨੂੰ ਲਿਖੇ ਖੱਤ ਦਾ ਜਵਾਬ ਜ਼ਰੂਰ ਮਿਲੇਗਾ ਇਹ ਨਿੱਕੇ ਨਿੱਕੇ ਖਿਆਲ ਉਹਦੇ ਖੱਤ ਦਾ ਜਵਾਬ ਹੀ ਹਨ ਗੱਲ ਜਲਦੀ ਜਲਦੀ ਬਹੁਤ ਦੂਰ ਨਿਕਲ ਜਾਏਗੀ ਜੇ ਮੌਤ ਮੰਗਿਆ ਮੌਤ ਨਹੀਂ ਮਿਲਦੀ ਤਾਂ ਜ਼ਿੰਦਗੀ ਮੰਗਿਆ ਜ਼ਿੰਦਗੀ ਵੀ ਨਹੀਂ ਮਿਲਦੀ ਮੰਗਣ ਨਾਲ ਕਦੇ ਕੁਝ ਨਹੀਂ ਮਿਲਦਾ ਕੇਵਲ ਝਾਂਜਰਾ ਪਾਉਣ ਨਾਲ ਕਿਸੇ ਨੂੰ ਨੱਚਣਾ ਨਹੀਂ ਆ ਜਾਂਦਾ ਜੋ ਅਸੀਂ ਕਰਦੇ ਹਾਂ ਉਹ ਸਾਡੇ ਵਸਤ ਹੁੰਦਾ ਹੈ ਜੋ ਦੂਜੇ ਕਰਦੇ ਹਨ ਉਹ ਉਹਨਾਂ ਦਾ ਫੈਸਲਾ ਹੁੰਦਾ ਹੈ ਇਹ ਉਹਨਾਂ ਦੀ ਮਰਜ਼ੀ ਹੁੰਦੀ ਹੈ ਦੂਜਿਆਂ 'ਚ ਦਿਲਚਸਪੀ ਲਾਏ ਬਿਨਾਂ ਖਤ ਨਹੀਂ ਲਿਖਿਆ ਜਾ ਸਕਦਾ ਤੇ ਗੱਲਬਾਤ ਬਿਨਾਂ ਤੇ ਖਤ ਲਿਖੇ ਬਿਨਾ ਕੋਈ ਰਿਸ਼ਤਾ ਨਹੀਂ ਉਸਰਦਾ ਸੋਚਣਾ ਮਨੁੱਖ ਦਾ ਲੱਛਣ ਹੈ ਖਤ ਲਿਖਣ ਤੋਂ ਪਹਿਲਾਂ ਸੋਚਿਆ ਜਾਂਦਾ ਹੈ ਸੋਚੋਈ ਸਕਦੇ ਹਨ ਜਿਨ੍ਹਾਂ ਦੇ ਮੋਢਿਆਂ ਤੇ ਸਿਰ ਹੋਵੇ ਤੇ ਆਪਣੇ ਤੋਂ ਉੱਪਰ ਹੀ ਵੇਖਣ ਦੀ ਹਿੰਮਤ ਹੋਵੇ ਟੁਰੋਈ ਸਕਦੇ ਹਨ ਜਿਨ੍ਹਾਂ ਕੋਲ ਪੈਰ ਵੀ ਹੋਣ ਤੇ ਰਸਤਾ ਵੀ ਹੋਵੇ ਸੋਚਦਾ ਸੋਚਦਾ ਮਨੁੱਖ ਤਾਰਿਆਂ ਨੂੰ ਵੇਖਣ ਦੇ ਯੋਗ ਹੋ ਜਾਂਦਾ ਹੈ ਸੋਚਣ ਦਾ ਅਰਥ ਤਾਂ ਤਾਂ ਹੀ ਹੈ ਜੇ ਕਿਸੇ ਹੋਰ ਨੂੰ ਆਪਣੀ ਸੋਚ ਤੋਂ ਜਾਣੂ ਕਰਵਾਇਆ ਜਾਵੇ ਸੋਚਣ ਦਾ ਸਬੰਧ ਭਵੇਖ ਨਾਲ ਹੁੰਦਾ ਹੈ ਅਤੀਤ ਸਬੰਧੀ ਸੋਚਣ ਦੀ ਲੋੜ ਨਹੀਂ ਪੈਂਦੀ ਸਾਡੇ ਇਤਿਹਾਸ ਤਬਾਈਆਂ ਬੇਵਸੀਆਂ ਧੋਖਿਆਂ ਤੇ ਬੇਵਫਾਈਆਂ ਦੇ ਵੇਰਵਿਆਂ ਨਾਲ ਭਰੇ ਪਏ ਹਨ ਮਨੁੱਖ ਦੀਆਂ ਉਹ ਸਾਰੀਆਂ ਕੁਰਬਾਨੀਆਂ ਤੇ ਪ੍ਰਾਪਤੀਆਂ ਦਾ ਇਤਿਹਾਸ ਤੇ ਅਜੇ ਲਿਖਿਆ ਜਾਣਾ ਹੈ ਇਹ ਇਤਿਹਾਸ ਲਿਖਣ ਦੀ ਜ਼ਿੰਮੇਵਾਰੀ ਆਮ ਸਧਾਰਨ ਲੋਕਾਂ ਦੀ ਹੈ ਇਹ ਜ਼ਿੰਮੇਵਾਰੀ ਸਾਡੀ ਹੈ ਇਹ ਨਵੇਂ ਇਤਿਹਾਸ ਨਵੀਂ ਸੋਚ ਨਾਲ ਲਿਖੇ ਜਾਣਗੇ ਇਸ ਸੋਚ ਨੂੰ ਜਨਮ ਅਸੀ ਦੇਣਾ ਵਿਸ਼ਾਲ ਇਰਾਦਿਆਂ ਨਾਲ ਸਿਰਜੀ ਨਵੀਂ ਸੋਚ ਜੀਵਨ ਨੂੰ ਨਵੀਂ ਸੇਧ ਦੇਗੀ ਨਵੀਆਂ ਮੰਜ਼ਲਾਂ ਨਵੇਂ ਅਹਿਸਾਸ ਸਿਰਜਣਗੀਆਂ ਤੇ ਨਵੇਂ ਦਮੇਲ ਉਸਰਣਗੇ ਤੇ ਉਹਨਾਂ ਦੀ ਨਵੀਂ ਆਵਾਜ਼ ਤੇ ਨਵੇਕਲੀ ਗੂੰਜ ਹੋਏਗੀ ਜਿਹੜੇ ਪੇੜ ਚ ਲੁਕ ਜਾਂਦੇ ਹਨ ਉਹਨਾਂ ਦੇ ਨਾਂ ਸਿਰ ਹੁੰਦੇ ਹਨ ਨਾ ਹੀ ਪੈਰ ਉਹਨਾਂ ਦੀ ਆਵਾਜ਼ ਵੀ ਕੋਈ ਨਹੀਂ ਹੁੰਦੀ ਉਹਨਾਂ ਕੋਲ ਬੇਵਸੀਆਂ ਦਾ ਉਪਜਾਇਆ ਇੱਕ ਸ਼ੋਰ ਹੁੰਦਾ ਹੈ ਸੋਚਣ ਦੀ ਯੋਗਤਾ ਤੋਂ ਬਿਨਾਂ ਬੇਮੁਹਾਰੀ ਪੇੜ ਇਤਿਹਾਸ ਦੇ ਮਾਰੂਥਲਾਂ ਚ ਗਵਾਚ ਜਾਂਦੀ ਹੈ ਜਿਵੇਂ ਕਬਰਾਂ ਵਾਲੀ ਚੁੱਪ ਹੁੰਦੀ ਹੈ ਕਬਰਾਂ ਵਿੱਚ ਜਿਉਂਦੇ ਬੰਦੇ ਨਹੀਂ ਲੱਭਦੇ ਪਰ ਛਾਵਿਆਂ ਦੀ ਕੋਈ ਪੈੜ ਨਹੀਂ ਹੁੰਦੀ ਨਵੇਂ ਪਾਣੀਆਂ ਦੇ ਵਹਿਣ ਕਬਰਾਂ ਜਾਂ ਸਮਾਧਾਂ ਤੇ ਨਹੀਂ ਰੁਕਦੇ ਖੱਤ ਹਮੇਸ਼ਾ ਜਿਉਂਦੇ ਬੰਦੇ ਲਿਖਦੇ ਹਨ ਜਵਾਬ ਤਾਂ ਹੀ ਆਉਣਗੇ ਜੇ ਇਹ ਜਿਉਂਦੇ ਤੇ ਜਾਗਦੇ ਬੰਦਿਆਂ ਨੂੰ ਲਿਖੇ ਜਾਣ ਜ਼ਿੰਦਗੀ ਦੇ ਪਾਣੀਆਂ ਨਾਲ ਉੱਛਲਦੀ ਕੋਈ ਵੀ ਨਦੀ ਮਾਰੂਥਲਾਂ ਵੱਲ ਮੂੰਹ ਨਹੀਂ ਕਰਦੇ ਉਜੜੇ ਘਰਾਂ ਨੂੰ ਕੋਈ ਖੱਤ ਨਹੀਂ ਲਿਖਦਾ ਦੇਸ਼ ਚਾਂਸ ਸਮਾਜ ਕੋਈ ਹੋਵੇ ਖੁਦਗਰਜ਼ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਲੈਣਾ ਹੀ ਜਾਣਦੇ ਹਨ ਕੁਝ ਦੇਣ ਦੀ ਉਦਾਰਤਾ ਉਹਨਾਂ 'ਚ ਨਹੀਂ ਹੁੰਦੀ ਅਜਿਹੇ ਲੋਕ ਨਾ ਖੱਤ ਲਿਖਦੇ ਹਨ ਨਾ ਹੀ ਕਿਸੇ ਦੇ ਖੱਤ ਦਾ ਜਵਾਬ ਦਿੰਦੇ ਹਨ ਇਹ ਮਿਹਰਬਾਨੀ ਤੋਂ ਘੱਟ ਨਹੀਂ ਕਿ ਕੋਈ ਸਾਨੂੰ ਖੱਤ ਲਿਖੇ ਹਰ ਖੱਤ ਵਿੱਚ ਇੱਕ ਸੁਨੇਹਾ ਹੁੰਦਾ ਹੈ ਸੁਨੇਹੇ ਨੂੰ ਹੀ ਖੱਤ ਕਿਹਾ ਜਾਂਦਾ ਹੈ ਸੌ ਸਲੀਕੇ ਵਾਲੇ ਵਿਅਕਤੀ ਖੱਤ ਪੜਦਾ ਹੀ ਨਹੀਂ ਉਹਦਾ ਜਵਾਬ ਵੀ ਨਹੀਂ ਦਿੰਦਾ ਤੇ ਜਦੋਂ ਤੱਕ ਉਹ ਜਵਾਬ ਨਾ ਲਿਖਿਓ ਬੇਚੈਨ ਰਹਿੰਦਾ ਹੈ ਚੰਗੇ ਬੰਦੇ ਹਰ ਖੱਤ ਦਾ ਜਵਾਬ ਦਿੰਦੇ ਹਨ ਵੇਲਿਆਂ ਕੋਲ ਸਮਾਂ ਨਹੀਂ ਹੁੰਦਾ ਸਮਾਂ ਹਮੇਸ਼ਾ ਰੁਝੇ ਹੋਆਂ ਕੋਲ ਹੁੰਦਾ ਹੈ ਜਿਨ੍ਹਾਂ ਕੋਲ ਸੋਚ ਹੁੰਦੀ ਹੈ ਉਹਨਾਂ ਕੋਲ ਆਪਣੀ ਗੱਲ ਕਹਿਣ ਦਾ ਅੰਦਾਜ਼ ਵੀ ਹੁੰਦਾ ਹੈ ਇਸੇ ਕਰਕੇ ਹਰ ਖੱਤ ਦਾ ਇੱਕ ਵੱਖਰਾ ਅੰਦਾਜ਼ ਹੁੰਦਾ ਹੈ ਵੱਖਰੀ ਤਾਸੀਰ ਹੁੰਦੀ ਹੈ ਤੇ ਵੱਖਰਾ ਸਵਾਦ ਹੁੰਦਾ ਹੈ ਜਦੋਂ ਮਨੁੱਖ ਨੇ ਅਜੇ ਲਿਖਣ ਦਾ ਹੁਨਰ ਨਹੀਂ ਸਿੱਖਿਆ ਸੀ ਉਸ ਸਮੇਂ ਸੁਨੇਹਾ ਦੇਣ ਵਾਲੇ ਤੇ ਸੁਨੇਹਾ ਲੈਣ ਵਾਲੇ ਦਾ ਆਮੋ ਸਾਹਮਣੇ ਹੋਣਾ ਲਾਜ਼ਮੀ ਹੁੰਦਾ ਸੀ ਲਿਖਣ ਦੀ ਕਲਾ ਨੇ ਆਮੋ ਸਾਹਮਣੇ ਹੋਣ ਦੀ ਮਜਬੂਰੀ ਤੋਂ ਮਨੁੱਖ ਨੂੰ ਮੁਕਤ ਕਰ ਦਿੱਤਾ ਪਹਿਲਾਂ ਖੱਤ ਕਿਸੇ ਜਾਣੂ ਰਹੀ ਭੇਜਿਆ ਜਾਂਦਾ ਸੀ ਪਰ ਡਾਕਖਾਨੇ ਦੀ ਕਾਰਨ ਕਿਸੇ ਜਾਣੂ ਰਹੀ ਖੱਤ ਭੇਜਣ ਦੀ ਮਜਬੂਰੀ ਵੀ ਮੁਕਾ ਦਿੱਤੀ ਪਹਿਲਾਂ ਇੱਕ ਥਾਂ ਤੋਂ ਦੂਜੀ ਥਾਂ ਖੱਤ ਭੇਜਣ ਵਿੱਚ ਕਈ ਦਿਨ ਲੱਗਦੇ ਸਨ ਗੱਡੀ ਤੇ ਜਹਾਜ਼ ਦੀ ਸਹੂਲਤ ਕਾਰਨ ਹੁਣ ਕੁਝ ਘੰਟੇ ਹੀ ਲੱਗਦੇ ਹਨ 19ਵੀਂ ਸਦੀ ਵਿੱਚ ਯੂਰਪ ਤੋਂ ਭਾਰਤ ਪਹੁੰਚਣ ਵਿੱਚ ਖੱਤ ਨੂੰ 8-9 ਮਹੀਨੇ ਲੱਗਦੇ ਸਨ ਹੁਣ ਕੇਵਲ 4 ਦਿਨ ਲੱਗਦੇ ਹਨ ਤੇ ਕੰਪਿਊਟਰ ਨੇ ਉਸੇ ਪਲ ਖੱਤ ਨੂੰ ਪਹੁੰਚਾਣ ਦੀ ਵਿਵਸਥਾ ਕਰ ਦਿੱਤੀ ਹੈ ਇਹਨਾਂ ਸਹੂਲਤਾਂ ਨੇ ਮਨੁੱਖ ਦੇ ਮਾਨਸਿਕ, ਬੌਧਿਕ, ਆਰਥਿਕ ਤੇ ਭਾਵਕ ਵਿਕਾਸ ਤੋਂ ਬੜਾ ਵੱਡਾ ਯੋਗਦਾਨ ਪਾਇਆ ਹੈ ਅਜੋਕੇ ਯੁੱਗ ਵਿੱਚ ਜਿਸ ਨੂੰ ਜਿੰਨੇ ਵਧੇਰੇ ਖੱਤ ਆਉਂਦੇ ਹਨ ਉਸ ਨੂੰ ਉਹਨਾਂ ਵਧੇਰੇ ਮਹੱਤਵਪੂਰਨ ਸਮਝਿਆ ਜਾਂਦਾ ਹੈ ਕਿਸੇ ਦਾ ਖਤ ਆਉਣਾ ਸਾਡੇ ਵਿੱਚ ਸਵੈ ਵਿਸ਼ਵਾਸ ਬਣਾਉਂਦਾ ਹੈ ਜੇ ਬੁਆ ਤੇ ਖਤਾਂ ਦੀ ਦਸਤਕ ਹੁੰਦੀ ਰਹੇ ਤਾਂ ਘਰਾਂ ਵਿੱਚ ਰੌਣਕ ਤੇ ਵਪਾਰਕ ادارਿਆਂ ਵਿੱਚ ਚਹਲ ਪੈਲ ਬਣੀ ਰਹਿੰਦੀ ਹੈ ਖਤ ਤਾਂ ਹੀ ਆਉਣਗੇ ਜੇ ਅਸੀਂ ਕਾਰਜਸ਼ੀਲ ਰਹਾਂਗੇ ਕਿਸੇ ਕਾਰਜ ਵਿੱਚ ਰੁੱਝੇ ਰਹਾਂਗੇ ਆਪੇ ਕੁਝ ਵੀ ਨਹੀਂ ਬਦਲਦਾ ਜਦੋਂ ਤੱਕ ਅਸੀਂ ਆਪ ਬਦਲਣ ਦਾ ਯਤਨ ਨਹੀਂ ਕਰਦੇ ਕੁਝ ਨਹੀਂ ਬਦਲੇਗਾ ਕਿਨਕਾ ਕਿਨਕਾ ਜੁੜਨ ਨਾਲ ਪର୍ਬਤ ਬਣ ਜਾਂਦੇ ਹਨ ਕਿਨਕਾ ਕਿਨਕਾ ਵਿਖਰਨ ਨਾਲ ਰੇਗਿਸਤਾਨ ਬਣਦੇ ਹਨ ਪਰਬਤ ਜਿੰਦਗੀ ਨਾਲ ਭਰੇ ਦਰਿਆਵਾਂ ਨੂੰ ਜਨਮ ਦਿੰਦੇ ਹਨ ਜਦੋਂ ਕਿ ਮਾਰੂਥਲ ਸਦਾ ਪਿਆਸੇ ਰਹਿੰਦੇ ਹਨ ਜ਼ਿੰਦਗੀ 'ਚ ਖਤ ਹਰ ਕਿਸੇ ਨੂੰ ਅਨੇਕਾਂ ਹੁੰਦੇ ਹਨ ਪਰ ਟਿਕਟ ਲਾਉਣ ਯੋਗ ਕੋਈ 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 ਖਤ ਹੁੰਦਾ ਹੈ ਖਤ ਪੜਿਆ ਜਾਂਦਾ ਹੈ ਵਿਸਾਰ ਦਿੱਤਾ ਜਾਂਦਾ ਹੈ ਸੰਭਲ ਯੋਗ ਖਤ ਕੋਈ ਕੋਈ ਹੁੰਦਾ ਹੈ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਨਿੱਜੀ ਖਤ ਲਿਖਦੀਆਂ ਹਨ ਉਹਨਾਂ ਦੇ ਖਤ ਨਿੱਗੇ ਤੇ ਲੰਮੇਰੇ ਹੁੰਦੇ ਹਨ ਪੁਰਸ਼ਾਂ ਦੇ ਖੱਤ ਘੱਟ ਹੀ ਹੁੰਦੇ ਸੰਖੇਪ ਵੀ ਹੁੰਦੇ ਹਨ ਠੰਡੇ ਵੀ ਇਸਤਰੀ ਅਕਸਰ ਉਸ ਪੁਰਸ਼ ਨੂੰ ਖੱਤ ਲਿਖਣਾ ਪਸੰਦ ਕਰਦੀ ਹੈ ਜਿਸ ਵਿੱਚ ਸਵੈ ਵਿਸ਼ਵਾਸ ਹੋਵੇ ਜ਼ਿੰਦਗੀ ਦੀ ਸਮਝ ਹੋਵੇ ਫੈਸਲੇ ਕਰਨ ਦੀ ਹਿੰਮਤ ਹੋਵੇ ਕੀਤੇ ਵਾਅਦੇ ਨਿਭਾਉਣ ਦੀ ਦਲੇਰੀ ਹੋਵੇ ਇਹ ਸਭ ਕੁਝ ਤਾਂ ਜ਼ਰੂਰ ਹੋਵੇ ਇਸ ਤੋਂ ਵੱਧ ਕੇ ਵੀ ਕੁਝ ਹੋਵੇ ਉਹਦਾ ਕੋਈ ਸ਼ੌਕ ਹੋਵੇ ਉਹ ਕਿਸੇ ਕਾਰਜ ਦਾ ਮਾਹਰ ਹੋਵੇ ਉਹਦੀ ਆਪਣੇ ਤੋਂ ਪਰੇ ਦੇ ਸੰਸਾਰ ਨੂੰ ਵੇਖਣ ਲਈ ਦਿਲਚਸਪੀ ਹੋਵੇ ਰੁਸਣਾ ਜਾਂ ਗੁੱਸੇ ਹੋਣਾ ਉਹਦਾ ਸ਼ੌਕ ਹੀ ਹੋਵੇ ਆਦਤ ਨਾ ਹੋਵੇ ਜੇ ਗੁੱਸੇ ਵਿੱਚ ਹੋ ਤਾਂ ਖਤ ਨਾ ਲਿਖੋ ਤੇ ਜਵਾਬ ਦੇਣਾ ਮੁਲਤਵੀ ਕਰੋ ਅਜਿਹੀ ਹਾਲਤ ਵਿੱਚ ਖਤ ਲਿਖ ਭਾਵੇਂ ਲਓ ਪਰ ਡਾਕ ਚ ਨਾ ਪਾਓ ਤੁਹਾਨੂੰ ਅਕਸਰ ਮਹਿਸੂਸ ਹੋਏਗਾ ਕਿ ਖਤ ਵਿੱਚ ਤੁਸੀਂ ਲੋੜ ਨਾਲੋਂ ਬਧੇਰੇ ਸਖਤੀ ਵਰਤੀ ਹੈ ਗੁੱਸੇ ਨਾਲ ਲਿਖੇ ਖਤ ਨੂੰ ਪਾਉਣ ਦਾ ਹਮੇਸ਼ਾ ਪਛਤਾਵਾ ਹੁੰਦਾ ਹੈ ਖਤ ਦਾ ਉਦੇਸ਼ ਸਮੱਸਿਆ ਉਪਜਾਉਣਾ ਨਹੀਂ ਹੁੰਦਾ ਸੁਲਝਾਉਣਾ ਹੁੰਦਾ ਹੈ ਸ਼ਰਾਰਤ ਨਾਲ ਕੋਈ ਖਤ ਨਹੀਂ ਲਿਖਣਾ ਚਾਹੀਦਾ ਗੈਰ ਜ਼ਿੰਮੇਵਾਰੀ ਨਾਲ ਲਿਖੇ ਖਤ ਮੁਸੀਬਤ ਬਣ ਜਾਂਦੇ ਹਨ ਗੁੰਮਨਾਮ ਖਤ ਹਮੇਸ਼ਾ ਕਮਜ਼ੋਰ ਤੇ ਮਾੜੇ ਰਾਦਿਆਂ ਵਾਲੇ ਲੋਕ ਲਿਖਦੇ ਹਨ ਸ਼ਿਕਾਇਤੀ ਖਤ ਤਾਂ ਹੀ ਅਸਰ ਕਰੇਗਾ ਜੇ ਉਸ ਲਿਖੇ ਨਾਲ ਲਿਖਿਆ ਜਾਵੇ ਜ਼ਿੰਮੇਵਾਰੀ ਨਾਲ ਲਿਖੇ ਖਤ ਦਾ ਅਸਰ ਜਲਦੀ ਹੁੰਦਾ ਹੈ ਨਿੱਜੀ ਖਤ ਦਫ਼ਤਰੀ ਬੋਲੀ 'ਚ ਨਹੀਂ ਲਿਖਣੇ ਚਾਹੀਦੇ ਇਹ ਘਰ ਦੇ ਪਤੇ ਤੇ ਹੀ ਪਾਉਣੇ ਚਾਹੀਦੇ ਹਨ ਘਰ ਉਸ ਨੂੰ ਕਹਿੰਦੇ ਹਨ ਜਿੱਥੇ ਸਾਡੇ ਪਿਆਰੇ ਵੀ ਆਉਣ ਤੇ ਪਿਆਰਿਆਂ ਦੇ ਸੁਖ ਸੁਨੇਹੇ ਵੀ ਆਉਣ ਜਿੱਥੇ ਖਾਤ ਆਉਂਦੇ ਰਹਿਣ ਜਿਸ ਘਰ ਚ ਡਾਕਿਆ ਨਹੀਂ ਆਉਂਦਾ ਉਥੇ ਸੱਭਿਆਚਾਰ ਤੇ ਸੌਂ ਬਿਹਾਰ ਦੀ ਰੌਸ਼ਨੀ ਤੇ ਰੌਣਕ ਵੀ ਨਹੀਂ ਹੁੰਦੀ ਅਜੇ ਘਰਾਂ ਦੇ ਦੀਵਿਆਂ ਦਾ ਤੇਲ ਜਲਦੀ ਮੁੱਕ ਜਾਂਦਾ ਹੈ ਵਿਸ਼ਾਲ ਤੇ ਖੁੱਲਾ ਅਸਮਾਨ ਹੈ ਹੀ ਇਸ ਲਈ ਤਾਂ ਕਿ ਮਨੁੱਖ ਆਪਣੀ ਨਜ਼ਰ ਸਭ ਪਾਸੇ ਸੌਖ ਨਾਲ ਕੁਮਾ ਸਕੇ ਰੁਮਾਲ ਉਂਝ ਤਾਂ ਦੋ ਗਿੱਟ ਕੱਪੜਾ ਹੀ ਹੁੰਦਾ ਹੈ ਪਰ ਮਹਿਬੂਬ ਦੇ ਸਾਹਾਂ ਦੀ ਖੁਸ਼ਬੂ ਨੂੰ ਪਿਆਰ ਨਿਸ਼ਾਨੀ ਬਣਾ ਦਿੰਦੀ ਹੈ। ਐਵੇਂ ਪ੍ਰੇਮ ਪੱਤਰ 'ਚ ਸਾਦੇ ਜੇ ਸ਼ਬਦ ਵਿਸ਼ੇਸ਼ ਅਰਥਾ ਵਾਲੇ ਹੋ ਨਿਬੜਦੇ ਹਨ ਤੇ ਨਿੱਗਾ ਖਤ ਮੋਮਬਤੀਆਂ ਦਾ ਮੇਲਾ ਹੋ ਨਿਬੜਦਾ ਹੈ। ਰਿਸ਼ਤੇ ਲੱਭਦੇ ਆ ਨਹੀਂ ਲੱਭਦੇ, ਇਹ ਸਿਰਜਣੇ ਪੈਂਦੇ ਹਨ। ਜਦੋਂ ਸਾਨੂੰ ਖਤ ਆਉਣੇ ਬੰਦ ਹੋ ਜਾਂਦੇ ਹਨ ਉਦੋਂ ਸਾਡੀ ਜ਼ਿੰਦਗੀ ਦੀ ਰੌਣਕ ਤੇ ਉਹਦਾ ਚਾਂ ਵੀ ਘਟਣ ਲੱਗ ਪੈਂਦਾ ਹੈ। ਹਰ ਧਿਰ ਨੂੰ ਇੱਕ ਭੁਲੇਖਾ ਹੁੰਦਾ ਹੈ ਕਿ ਦੂਜਿਆਂ ਲਈ ਚੰਗਾ ਕਰਦੀ ਹੈ ਪਰ ਦੂਜੇ ਉਸ ਨਾਲ ਚੰਗਾ ਨਹੀਂ ਕਰਦੇ। ਚੰਗਾ ਕਰਨਾ ਉਚੇਚ ਨਹੀਂ ਹੋਣਾ ਚਾਹੀਦਾ ਸੁਭਾਵਕ ਵਿਹਾਰ ਹੋਣਾ ਚਾਹੀਦਾ ਖਤ ਵਿੱਚ ਵੀ ਉਚੇਚ ਕਰਕੇ ਨਹੀਂ ਲਿਖਣਾ ਚਾਹੀਦਾ ਸੁਭਾਵਕ ਢੰਗ ਨਾਲ ਹੀ ਲਿਖਿਆ ਖਤ ਪ੍ਰਭਾਵਸ਼ਾਲੀ ਬਣੇਗਾ ਤੇ ਆਨੰਦ ਦੇਵੇਗਾ ਤੇ ਜਵਾਬ ਦੀ ਤੰਗ ਉਪਜਾਏਗਾ ਆਨੰਦ ਦੀ ਪ੍ਰਾਪਤੀ ਆਨੰਦ ਦੇਣ ਨਾਲ ਹੀ ਹੁੰਦੀ ਹੈ ਖਤ ਲਿਖੇ ਬਿਨਾ ਖਤ ਦਾ ਕਦੇ ਜਵਾਬ ਨਹੀਂ ਆਉਂਦਾ ਮਿੱਤਰ ਪਿਆਰਿਆਂ ਨੂੰ ਮਾਪਿਆਂ ਨੂੰ ਖਤ ਲਿਖ ਕੇ ਖਤ ਲਿਖਣ ਦਾ ਅਭਿਆਸ ਕਰਨਾ ਚਾਹੀਦਾ ਬਾਤਲੋ ਕਿਸ ਕਰਕੇ ਖਤ ਨਹੀਂ ਲਿਖਦੇ ਜਾਂ ਖਤ ਦਾ ਜਵਾਬ ਨਹੀਂ ਦਿੰਦੇ ਕਿਉਂਕਿ ਖਤ ਰਹੀਂ ਖਤ ਲਿਖਣ ਵਾਲੇ ਦਾ ਮਾਨਸਿਕ ਪੱਧਰ ਉਹ ਸੁਣੋਂ ਜ਼ਿੰਦਗੀ ਵਿੱਚ ਵੇਖਿਆ ਸਮਝਿਆ ਪੜਿਆ ਤੇ ਪਰਖਿਆ ਸਭ ਕੁਝ ਸਾਹਮਣੇ ਆ ਜਾਂਦਾ ਹੈ ਬਹੁਤੇ ਲੋਕ ਅਜਿਹੀ ਪਰਖ ਤੋਂ ਘਰਾਉਂਦੇ ਹਨ ਤੇ ਖਤ ਨਾ ਲਿਖਣ ਜਾਂ ਜਵਾਬ ਨਾ ਦੇਣ ਦੇ ਬੜੇ ਅਜੀਬ ਬਹਾਨੇ ਲਾਉਂਦੇ ਹਨ ਬਹਾਨੇ ਬਹਾਨੇ ਹੁੰਦੇ ਹਨ ਤੇ ਬਹਾਨੇ ਹੀ ਰਹਿੰਦੇ ਹਨ ਖਤ ਲਿਖਣ ਦਾ ਕਾਰਜ ਉਹ ਹੀ ਕਰਦੇ ਹਨ ਜਿਨ੍ਹਾਂ ਨੂੰ ਆਪਣੇ ਸਮੇਂ ਦੀ ਸਹੀ ਵਰਤੋਂ ਕਰਨ ਦੀ ਜਾਚ ਹੁੰਦੀ ਹੈ ਜਿਹੜੇ ਹਰ ਖੇਤਰ ਵਿੱਚ ਸਮੇਂ ਦੇ ਪੱਕੋਂ ਪਛੜੇ ਹੁੰਦੇ ਹਨ ਉਹਨਾਂ ਵਿੱਚ ਖੱਤ ਲਿਖਣ ਜਾਂ ਆਈ ਖੱਤ ਦਾ ਜਵਾਬ ਲਿਖਣ ਦੀ ਸਮਰੱਥਾ ਹੀ ਨਹੀਂ ਹੁੰਦੀ ਕਈ ਲੋਕ ਖੱਤ ਦਾ ਜਵਾਬ ਲਿਖਣ ਤੋਂ ਇਸ ਹੱਦ ਤੱਕ ਘਬਰਾਉਂਦੇ ਹਨ ਕਿ ਉਹ ਆਪ ਮਿਲਣਾ ਚਾਹੁੰਦੇ ਹਨ ਪਰ ਖੱਤ ਲਿਖਣ ਦਾ ਸਾਹਸ ਨਹੀਂ ਕਰਦੇ ਖੱਤ ਲਿਖਣ ਦਾ ਮੁੱਢਲਾ ਅਭਿਆਸ ਸਕੂਲ ਵਿੱਚ ਹੀ ਕਰਨਾ ਚਾਹੀਦਾ ਹੈ ਰਿਆਸਤੋ ਬਿਨਾਂ ਕੋਈ ਸੰਗੀਤਕਾਰ ਨਹੀਂ ਬਣਦਾ ਖਤ ਲਿਖਣ ਮਾਫੀ ਮੰਗਣ ਤੇ ਮਾਫ ਕਰਨ ਨਾਲ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਜੋੜਨ ਦੀ ਜਾਚ ਆ ਜਾਂਦੀ ਹੈ ਜੇ ਸਾਡੇ ਵਿੱਚ ਕਿਸੇ ਦੇ ਰਾਹ ਦੀ ਰੌਣਕ ਬਣਨ ਦੀ ਹਿੰਮਤ ਨਹੀਂ ਹੁੰਦੀ ਤਾਂ ਉਹ ਸਾਡੇ ਰਾਹ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਸੂਈ ਉਹੀ ਰਹਿੰਦੀ ਹੈ ਧਾਗੇ ਬਦਲ ਜਾਂਦੇ ਹਨ ਸਾਜ਼ ਉਹੀ ਰਹਿੰਦਾ ਰਾਗ ਬਦਲ ਜਾਂਦੇ ਹਨ ਲੰਗਰ ਵਿੱਚ ਦਾਲ ਉਹੀ ਰਹਿੰਦੀ ਹੈ ਪੰਗਤ ਬਦਲ ਜਾਂਦੀ ਹੈ ਗਿਲੇ ਸ਼ਿਕਵੇ ਉਹੀ ਰਹਿੰਦੇ ਹਨ ਸੰਦਰ ਬਦਲ ਜਾਂਦੇ ਹਨ ਘਰ ਉਹੀ ਰਹਿੰਦੇ ਹਨ ਵਸਣ ਵਾਲੇ ਬਦਲ ਜਾਂਦੇ ਹਨ ਖਤ ਦੇ ਸ਼ਬਦ ਉਹੀ ਰਹਿੰਦੇ ਹਨ ਲਿਖਣ ਪੜਨ ਵਾਲੇ ਬਦਲ ਜਾਂਦੇ ਹਨ ਜਦੋਂ ਅਸੀਂ ਪ੍ਰਸੰਨ ਹੁੰਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਭੁਲੇਖਾ ਹੁੰਦਾ ਹੈ ਕਿ ਹੁਣ ਅਸੀਂ ਜ਼ਿੰਦਗੀ 'ਚ ਕਦੇ ਉਦਾਸ ਨਹੀਂ ਹੋਣਾ ਤੇ ਹੁਣ ਸਾਡੇ ਨਾਲ ਕਦੀ ਕੋਈ ਦੁਰਘਟਨਾ ਨਹੀਂ ਵਾਪਰਨੀ ਇਹ ਭੁਲੇਖਾ ਹੀ ਹੁੰਦਾ ਹੈ ਸਾਨੂੰ ਹਮਦਰਦੀ ਦੇ ਸਰੋਤਾਂ ਪ੍ਰਤੀ ਕਦੀ ਬੇਮੁਖ ਨਹੀਂ ਹੋਣਾ ਚਾਹੀਦਾ ਸਾਡੇ ਦੁੱਖਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਅਕਸਰ ਦੂਜਿਆਂ ਦੀ ਖੁਸ਼ੀ ਵਧਾ ਚੜਾ ਕੇ ਵੇਖਦੇ ਹਾਂ ਅਸੀਂ ਜਿੰਨੇ ਉਦਾਸ ਹੁੰਦੇ ਆ ਉਹਨੇ ਉਦਾਸ ਤੇ ਨਿਆਸਰੇ ਹੋਣ ਦਾ ਕੋਈ ਯੋਗ ਕਰਨ ਨਹੀਂ ਹੁੰਦਾ ਹੌਕਾ ਹਾਰ ਤੇ ਨਿਆਸਰੇਪਣ ਦਾ ਪ੍ਰਗਟਾਵਾ ਹੁੰਦਾ ਹੈ ਹਾਰੇ ਹੋਏ ਜੈਕਾਰੇ ਕੋਈ ਪੰਥ ਨਹੀਂ ਸਿਰਜਦੇ ਜੇਕਰ ਅਸੀਂ ਹਰ ਵੇਲੇ ਦਿਮਾਗ ਸੋਜੀ ਤੇ ਬੁੱਧੀ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਤਾਂ ਨਾ ਸਾਡਾ ਕਿਸੇ ਨਾਲ ਪਿਆਰ ਪੈਣਾ ਸੀ ਨਾ ਹੀ ਕਿਸੇ ਨਾਲ ਦੋਸਤੀ ਹੋਣੀ ਸੀ ਤੇ ਨਾ ਹੀ ਅਸੀਂ ਕਿਸੇ ਨੂੰ ਖਤ ਲਿਖਣਾ ਸੀ ਮਿਹਰਬਾਨੀ ਦੇ ਜਾਦੂ ਤੋਂ ਕੋਈ ਬਚ ਨਹੀਂ ਸਕਦਾ ਕਿਸੇ ਦੀ ਸੁੱਖ ਸਾਂ ਦਾ ਸੁਨੇਹਾ ਇੰਜ ਹੁੰਦਾ ਹੈ ਕਬਰ ਵਿੱਚ ਸੁੱਤੇ ਨੂੰ ਜਿਵੇਂ ਜ਼ਿੰਦਗੀ ਦਾ ਖਤ ਮਿਲੇ ਜਿਵੇਂ ਸੁਪਨੇ ਵਿੱਚ ਮਾਰੂਥਲ ਨੂੰ ਸਾਗਰ ਮਿਲੇ ਕਿਸੇ ਵੀ ਨਜ਼ਮ ਅੰਦਰ ਸਾਰੇ ਸ਼ੇਅਰ ਕਮਾਲ ਦੇ ਨਹੀਂ ਹੁੰਦੇ ਸਾਰੇ ਖਤ ਪ੍ਰੇਮ ਪੱਤਰ ਨਹੀਂ ਹੁੰਦੇ ਸਾਰੇ ਖਤ ਸਾਂਭਣ ਯੋਗ ਵੀ ਨਹੀਂ ਹੁੰਦੇ ਹਰ ਪੀੜੀ ਦਾ ਖਤ ਲਿਖਣ ਪਿਆਰ ਕਰਨ ਤੇ ਪਿਆਰ ਵਿੱਚ ਧੋਖਾ ਦੇਣ ਦਾ ਤੇ ਧੋਖਾ ਖਾਣ ਦਾ ਢੰਗ ਵੱਖਰਾ ਹੁੰਦਾ ਹੈ ਕਿਸੇ ਪਿਆਰੇ ਤੋਂ ਵਿਛੜ ਕੇ ਇਕੱਲਿਆਂ ਜਿਉਂਦੇ ਰਹਿਣਾ ਮਜਬੂਰੀ ਨਹੀਂ ਜਦੋਂ ਜੈ ਤੇ ਹੌਸਲਾ ਵੀ ਹੁੰਦਾ ਮਜਬੂਰੀਆਂ ਤੇ ਮਾਇੂਸੀਆਂ ਸਾਨੂੰ ਤੋੜ ਦਿੰਦੀਆਂ ਹਨ ਹੌਸਲਾ ਉਡੀਕ ਤੇ ਉਮੀਦ ਸਾਨੂੰ ਡਿੱਗਣ ਨਹੀਂ ਦਿੰਦੇ ਖਤ ਉਮੀਦ ਦਾ ਸੁਨਿਆ ਹੁੰਦੇ ਹਨ ਵਗਦੇ ਸਾਹਾਂ ਦਾ ਨਾਂ ਜ਼ਿੰਦਗੀ ਹੈ ਜਗ ਜਗਦਿਆਂ ਦਾ ਨਾਂ ਦੀਵੇ ਖਤ ਆਉਂਦੇ ਰਹਿਣ ਜ਼ਿੰਦਗੀ ਟੁਰਦੀ ਰਹਿੰਦੀ ਹੈ ਮੀ ਪੈਂਦੇ ਰਹਿਣ ਦਰਿਆ ਵਗਦੇ ਰਹਿੰਦੇ ਹਨ ਮਿਲਣੀਆਂ ਵਿੱਚ ਦੋਸਤੀ ਦੀ ਸ਼ਬਨਮ ਹੁੰਦੀ ਹੈ ਖਤ ਅੱਧੇ ਮਿਲਨੀ ਹੁੰਦੇ ਹਨ ਖਤ ਲਿਖਣ ਨਾਲ ਪਰਪਨ ਬੜਿਆ ਰਹਿੰਦਾ ਹੈ ਜੇ ਮਨ ਨਾਲ ਜੁੜਨ ਅੱਖਾਂ ਨਾਲ ਦੇਖਣ ਤਾਂ ਸੁੱਚੇ ਪਿਆਰ ਦਾ ਆਨੰਦ ਨਹੀਂ ਆਉਂਦਾ ਖਤਾਂ ਰਹੀ ਆਨੰਦ ਕਿਦਰੀ ਮਨ ਜੋੜਨ ਨਾਲ ਹੀ ਮਿਲਦਾ ਹੈ ਜਦੋਂ ਦ੍ਰਿਸ਼ਟੀ ਵਪਾਰੀ ਹੋ ਜਾਏ ਤਾਂ ਸਭ ਕੁਝ ਵਿਕਾਊ ਹੋ ਜਾਂਦਾ ਹੈ ਵਪਾਰੀ ਅਕਸਰ ਸਭ ਕੁਝ ਖਰੀਦਣ ਵੇਚਣ ਨੂੰ ਦੀ ਦ੍ਰਿਸ਼ਟੀ ਨਾਲ ਵੇਖਦੀ ਹੈ ਉਹ ਘੱਟ ਦੇਣ ਤੇ ਵੱਧ ਵਸੂਲਣ ਚ ਰੁੱਝ ਜਾਂਦੀ ਹੈ ਅਜੋਕੇ ਯੁੱਗ ਵਿੱਚ ਵਪਾਰੀ ਬਿਰਤੇ ਭਾਰੂ ਹੋਣ ਕਾਰਨ ਖਤ ਲਿਖਣ ਦੀ ਆਦਤ ਲੋਪ ਹੁੰਦੇ ਜਾ ਰਹੀ ਹੈ ਜਦੋਂ ਮਨ ਵਪਾਰੀ ਹੋ ਜਾਏ ਤਾਂ ਮੁਕਤੀ ਵੀ ਇੱਕ ਸੌਦਾ ਬਣ ਜਾਂਦੀ ਹੈ ਅਜਿਹੇ ਵਿਅਕਤੀ ਦਾ ਖਤ ਵੀ ਕੁਝ ਪ੍ਰਾਪਤ ਕਰਨ ਦੀ ਸਵਾਰਥੀ ਇੱਛਾ ਦੇਨ ਹੁੰਦਾ ਹੈ ਆਪਣੀ ਜ਼ਿੰਦਗੀ ਆਪ ਜਿਓ ਆਪਣੇ ਠੇਡੇ ਆਪ ਖਾਓ ਆਪਣੇ ਖਾਤ ਆਪ ਲਿਖੋ ਆਪਣੀਆਂ ਸਫਲਤਾਵਾਂ ਆਪ ਸਿਰਜੋ ਠੇਡੇ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਚੱਲਦੇ ਹਨ ਰੁਕੀ ਹੋਈ ਚੀਜ਼ ਨੂੰ ਠੇਡਾ ਨਹੀਂ ਲੱਗਦਾ ਖਤਾ ਨਾਲ ਰਿਸ਼ਤਾ ਚੱਲਦਾ ਰਹਿੰਦਾ ਹੈ ਕਿਸੇ ਦਾ ਉਤਾਰ ਨਹੀਂ ਪਾਉਣਾ ਚਾਹੀਦਾ ਭਾਵੇਂ ਉਹ ਰੇਸ਼ਮ ਹੀ ਹੋਵੇ ਜੇ ਹਿੰਮਤ ਹੈ ਤਾਂ ਕਿਸੇ ਦੀ ਜ਼ਿੰਦਗੀ ਦਾ ਸਿਰ ਲੇਖ ਬਣੋ ਜਿਨ੍ਹਾਂ ਨੇ ਪਿਆਰ ਕੀਤਾ ਹੁੰਦਾ ਉਹਦੇ ਰਿਸ ਸਬਰ ਵਿਖਾਉਂਦੇ ਹਨ ਉਹਦੇ ਰ ਸਫਲ ਹੁੰਦੇ ਹਨ ਕਿਉਂਕਿ ਪਿਆਰ ਦੌਰਾਨ ਉਹਨਾਂ ਨੂੰ ਵੱਡੇ ਖਤਰੇ ਸਹਿਣ ਉਡੀ ਕਰਨ ਤੇ ਹਾਰਾਂ ਸਹਿਣ ਦੀ ਆਦਤ ਪੈ ਜਾਂਦੀ ਹੈ ਜੇ ਖਤ ਨਾ ਲਿਖੇ ਜਾਣ ਤਾਂ ਪਿਆਰ ਦੀਆਂ ਯਾਦਾਂ ਨਹੀਂ ਉੱਤਰਦੀਆਂ ਖਤ ਉਹਨਾਂ ਨੂੰ ਹੀ ਲਿਖੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਨੇੜੇ ਸਮਝਦੇ ਹਾਂ ਚਾਹੇ ਇਹਨਾਂ ਨੂੰ ਨੇੜੇ ਜਿਨ੍ਹਾਂ ਦੇ ਨੇੜੇ ਅਸੀਂ ਹੋਣਾ ਚਾਹੁੰਦੇ ਹਾਂ ਕਈ ਲੋਕ ਉਦਾਸ ਤੇ ਮਾਇੂਸ ਹੋਣ ਦਾ ਨਿਤ ਕੋਈ ਨਵਾਂ ਬਹਾਨਾ ਲੱਭ ਲੈਂਦੇ ਹਨ ਅਜੇ ਲੋਕਾਂ ਦੇ ਖਤ ਵੀ ਉਦਾਸ ਕਰਦੇ ਹਨ ਪਰ ਜਵਾਬ ਅਜੇ ਖਤਾਂ ਦਾ ਵੀ ਦੇਣਾ ਚਾਹੀਦਾ ਹੈ ਖਤ ਆਉਣ ਦੀ ਆਸ ਜ਼ਿੰਦਗੀ ਨੂੰ ਬਹਾਲ ਤੇ ਬਰਕਰਾਰ ਰੱਖਦੀ ਹੈ ਸ਼ਹਿਨਾਈ ਵੱਜਦੀ ਹੋਵੇ ਤਾਂ ਵੈਣ ਨਹੀਂ ਪਾਈਦਾ ਖਤ ਵਿੱਚ ਖੁਸ਼ਖਬਰੀਆਂ ਹੋਣੀਆਂ ਚਾਹੀਦੀਆਂ ਹਨ ਸ਼ਿਕਵੇ ਸ਼ਿਕਾਇਤਾਂ ਨਹੀਂ ਜ਼ਿੰਦਗੀ ਦੀਆਂ ਸੁਹਾਵਣੀਆਂ ਘੜੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਕੋਈ ਵਿਉਂਤ ਨਹੀਂ ਬਣਾਈ ਹੁੰਦੀ ਵਿਉਂਤ ਬਣਾ ਕੇ ਪਰਸੰਨ ਨਹੀਂ ਹੋਇਆ ਜਾ ਸਕਦਾ ਕਈਆਂ ਨੂੰ ਮੁੱਲ ਤਾਂ ਹਰ ਚੀਜ਼ ਦਾ ਪਤਾ ਹੁੰਦਾ ਹੈ ਕਦਰ ਕੀਮਤ ਕਿਸੇ ਚੀਜ਼ ਦੀ ਪਤਾ ਨਹੀਂ ਹੁੰਦੀ ਖਤ ਲਿਖ ਕੇ ਅਸੀਂ ਜ਼ਿੰਦਗੀ ਦੀ ਕੀਮਤ ਉੱਚੀ ਕਰਦੇ ਹਾਂ ਅੱਗ ਸਭ ਤੋਂ ਵੱਧ ਉਦੋਂ ਚੰਗੀ ਲੱਗਦੀ ਹੈ ਜਦੋਂ ਘਰ ਦੇ ਬਾਹਰ ਬਰਫ਼ ਪੈ ਰਹੀ ਹੋਵੇ ਖਤ ਉਦੋਂ ਚੰਗੇ ਲੱਗਦੇ ਹਨ ਕਦੋਂ ਸੀ ਇਕੱਲੇ ਮਹਿਸੂਸ ਕਰਦੇ ਆ ਜ਼ਿੰਦਗੀ ਤੋਂ ਡਰਨ ਜਾਂ ਨਿਰਾਸ਼ ਹੋਣ ਦੀ ਲੋੜ ਨਹੀਂ ਇਸ ਨੂੰ ਜਿਉਣ ਯੋਗ ਸਮਝੋ ਇਸ ਸਮਝ ਹੀ ਜ਼ਿੰਦਗੀ ਨੂੰ ਜਿਉਣ ਯੋਗ ਬਣਾ ਦੇਗੀ ਜੇ ਤੁਹਾਡਾ ਸੰਸਾਰ ਨਾਲ ਵਿਰੋਧ ਹੋ ਜਾਏ ਤਾਂ ਵੀ ਸਾਥ ਸੰਸਾਰ ਦਾ ਹੀ ਦੇਣਾ ਕਿਉਂਕਿ ਲੜਨ ਦਾ ਇਹ ਵੀ ਇੱਕ ਟੰਗ ਹੁੰਦਾ ਹੈ ਜੇ ਆਪਣੀ ਪਰਾਏ ਹੋਣ ਦਾ ਨਾਟਕ ਰਚਣ ਲੱਗ ਪੈਣ ਤਾਂ ਅਜੇ ਆਪਣੇਆਂ ਨੂੰ ਸਬਰ ਨਾਲ ਸਹਿਣ ਦੀ ਲੋੜ ਹੈ ਭਾਵੇਂ ਜਵਾਬ ਨਾ ਵੀ ਆਵੇ ਤਾਂ ਵੀ ਖੱਤ ਲਿਖੋ ਇੱਕ ਦਿਨ ਜ਼ਰੂਰ ਜਵਾਬ ਆਏਗਾ ਆਸ਼ਾਵਾਦੀ ਬਣੋ ਆਸ਼ਾਵਾਦੀ ਨੂੰ ਪਰੇਸ਼ਾਨ ਕਰਨਾ ਸੌਖਾ ਨਹੀਂ ਹੁੰਦਾ ਹੌਕੇ ਨਾਲੋਂ ਮੁਸਕਰਾਟ ਦੀ ਤਾਕਤ ਵਧੇਰੇ ਹੁੰਦੀ ਹੈ ਜੋ ਕੁਝ ਸਿੱਖਣ ਤੋਂ ਅਸੀਂ ਇਨਕਾਰੀ ਹੋ ਜਾਂਦੇ ਹਾਂ ਉਹ ਕੁਝ ਸਿਖਾਉਣ ਲਈ ਢੰਗ ਤਰੀਕਾ ਜ਼ਿੰਦਗੀ ਆਪੇ ਲੱਭ ਲੈਂਦੀ ਹੈ ਜਿਹੜੇ ਲੋਕ ਖੱਤ ਦਾ ਜਵਾਬ ਨਹੀਂ ਦਿੰਦੇ ਉਹ ਖੱਤ ਲਿਖਣ ਵਾਲਿਆਂ ਨਾਲੋਂ ਵਧੇਰੇ ਥੱਕੇ ਹੋਏ ਤੇ ਵਧੇਰੇ ਪਰੇਸ਼ਾਨ ਹੁੰਦੇ ਹਨ ਜੀ ਜ਼ਿੰਦਗੀ ਨੂੰ ਪਿਆਰਿਆਂ ਦੇ ਖਤਾਂ ਦਾ ਹੁੰਗਾਰਾ ਮਿਲਦਾ ਰਹੇ ਤਾਂ ਮਨੁੱਖ ਥੱਕਦਾ ਨਹੀਂ ਆਪਣੀ ਦੁਨੀਆ ਇੰਨੀ ਛੋਟੀ ਤੇ ਤੰਗ ਨਾ ਬਣਾ ਲਓ ਕਿ ਹਰ ਕੋਈ ਖਾਤਰਾ ਹੀ ਤੁਹਾਨੂੰ ਦੁਖੀ ਕਰ ਜਾਏ ਵੇਖਿਆ ਗਿਆ ਕਿ ਘਰਾਂ ਤੋਂ ਤਾਂ ਸਾਰੇ ਟੁਰ ਪੈਂਦੇ ਹਨ ਪਰ ਬਹੁਤੇ ਚੁਰਸਤੇ ਤੇ ਜੁੜੀ ਭੀੜ ਵਿੱਚ ਗਵਾਚ ਜਾਂਦੇ ਹਨ ਇਸ ਭੀੜ ਵਿੱਚ ਗਵਾਚ ਜਾਣ ਦੇ ਡਰ ਕਾਰਨ ਕਈ ਵਾਪਸ ਚਲੇ ਜਾਂਦੇ ਹਨ ਤੇ ਜੀਵਨ ਭਰ ਉਹਨਾਂ ਲੜਾਈਆਂ ਨੂੰ ਜਿੱਤਣ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ ਜਿਹੜੀਆਂ ਕਦੇ ਲੜੀਆਂ ਹੀ ਨਹੀਂ ਗਈਆਂ ਹੁੰਦੀਆਂ ਜੇ ਖਤ ਲਿਖਦੇ ਰਹੀਏ ਤਾਂ ਦੁਜੀ ਸਾਡੀ ਧੀਰ ਤੇ ਸਾਡੀ ਤਾਕਤ ਬਣ ਜਾਂਦੇ ਹਨ ਲੰਗ ਗਈਆਂ ਗੱਡੀਆਂ ਨੂੰ ਡੀਕਣਾ ਗਵਾਚ ਗਏ ਮੌਕਿਆਂ ਤੇ ਰੁਦਨ ਕਰਨਾ ਕਿਸੇ ਲੇਖੇ ਨਹੀਂ ਲੱਗਦਾ ਖਤਾਂ ਵਿੱਚ ਚੰਗੇਰੀ ਭਵਿੱਖ ਦਾ ਸੁਨੇਹਾ ਹੋਣਾ ਚਾਹੀਦਾ ਹੈ ਗੱਲ ਚਲਦੀ ਚਲਦੀ ਬੜੀ ਦੂਰ ਨਿਕਲ ਗਈ ਹੈ ਮੰਨਣ ਨੂੰ ਮਨ ਨਹੀਂ ਕਰਦਾ ਕਿ ਕਈ ਇੰਨੇ ਗਰੀਬ ਹੁੰਦੇ ਹਨ ਕਿ ਉਹਨਾਂ ਤੋਂ ਕਿਸੇ ਦੇ ਖਤ ਦਾ ਜਵਾਬ ਵੀ ਨਹੀਂ ਝੜਦਾ ਜਿਹੜਾ ਪਿਆਰ ਕਰੇਗਾ ਉਹ ਲਿਖੇਗਾ ਪਣੇ ਸਾਰੇ ਗਲੇਸ਼ ਸ਼ਿਕਵੇ ਮੇਰੀ ਝੋਲੀ ਪਾ ਦਿਓ ਆਪ ਸੁਰਖਰੂ ਹੋ ਜਾਓ ਖਤਾਂ ਰਈ ਨਿਉਟਿਆਂ ਦੀ ਔੜ ਤੇ ਨਿਆਸਰਿਆਂ ਦਾ ਆਸਰਾ ਬਣਨ ਵਿੱਚ ਇੱਕ ਰੋਹਾਨੀ ਲੁਤਫ ਹੁੰਦਾ ਹੈ ਪੈਸੇ ਦੀ ਗਰੀਬੀ ਨੂੰ ਦਿਲ ਦੀ ਅਮੀਰੀ ਨਾਲ ਧੋਤਾ ਜਾ ਸਕਦਾ ਹੈ ਇਰਾਦਿਆਂ ਤੇ ਭਾਵਨਾਵਾਂ ਦੇ ਪੱਖੋਂ ਸਾਨੂੰ ਹਰ ਕਿਸੇ ਨਾਲ ਉਦਾਰ ਹੋਣਾ ਚਾਹੀਦਾ ਹੈ ਖਤ ਦਾ ਜਵਾਬ ਦੇਣ ਵਾਸਤੇ ਬਹੁਤ ਅਮੀਰ ਹੋਣ ਦੀ ਲੋੜ ਨਹੀਂ ਸੁਹਿਰਦ ਹੋਣ ਦੀ ਲੋੜ ਹੈ ਖਤ ਲਿਖੋ ਖੱਤ ਲਿਖਣ ਨਾਲ ਅਸੀਂ ਫੈਲਦੇ ਹਾਂ ਖੱਤ ਦਾ ਜਵਾਬ ਦਿਓ ਜਵਾਬ ਦੇਣ ਨਾਲ ਅਸੀਂ ਵਿਸ਼ਾਲ ਤੇ ਖੁਸ਼ਹਾਲ ਹੁੰਦੇ ਹਾਂ ਧੰਨਵਾਦ ਅਗਲਾ ਲੇਖ ਹੈ ਸਲੀਕੇ ਦੀ ਕਾਟ ਕਰਨ ਜੁਗਨੂ ਵੀ ਇੱਕ ਕੀੜਾ ਹੀ ਹੁੰਦਾ ਹੈ ਪਰ ਉਸ ਕੋਲ ਸਲੀਕੇ ਪਰ ਇੱਕ ਸੁਨੇਹਾ ਹੁੰਦਾ ਹੈ ਅਜੇ ਤੱਕ ਕਿਸੇ شریف ਵਿਅਕਤੀ ਦੀ ਇੱਛਾ ਨਹੀਂ ਹੋਈ ਕਿ ਉਹ ਬਦਮਾਸ਼ ਨਜ਼ਰ ਆਵੇ ਸਲੀਕੇ ਸ਼ਰਾਫਤ ਹੁੰਦੀ ਹੈ ਸਲੀਕੇ ਵਾਲਾ ਵਿਅਕਤੀ ਜਦੋਂ ਇਕੱਲਾ ਵੀ ਹੁੰਦਾ ਹੈ ਤਾਂ ਵੀ ਉਹ ਬੜਾ ਪ੍ਰਸੰਨ ਹੁੰਦਾ ਹੈ ਛੋਟੇ ਰਸਤਿਆਂ ਤੋਂ ਨਿਸ਼ਾਨੇ ਤੇ ਪਹੁੰਚਣ ਦੀ ਕਾਲੀ ਨਾ ਕਰੋ ਇਹਵੇਂ ਤੁਰਨ ਦਾ ਸਲੀਕਾ ਤੇ ਜ਼ਿੰਦਗੀ ਦੀ ਮਾਲ ਰੂਟ ਗੁਆਚ ਜਾਏਗੀ ਨਿਰਸੰਦੇਹ ਮਨੁੱਖ ਦੀਆਂ ਸੀਮਾਵਾਂ ਹਨ ਪਰ ਮਨੁੱਖ ਦੀਆਂ ਸੰਭਾਵਨਾਵਾਂ ਵੀ ਘੱਟ ਨਹੀਂ ਮਨੁੱਖ ਚ ਔਗਣ ਹਨ ਪਰ ਗੁਣ ਵੀ ਅਨੇਕਾ ਹਨ ਸਿਮਾਵਾਂ ਤੇ ਸੰਭਾਵਨਾਵਾਂ ਵਿਚਕਾਰ ਮਨੁੱਖ ਨਿਰੰਤਰ ਘਟਦਾ ਵੱਧਦਾ ਰਹਿੰਦਾ ਹੈ। ਜ਼ਿੰਦਗੀ ਦੇ ਵੱਡੇ ਘਾਟੇ ਸਹਿਣ ਤੇ ਲੰਮੇ ਸਬਕ ਸਿੱਖਣ ਉਪਰੰਤ ਹੀ ਪਤਾ ਲੱਗਦਾ ਹੈ ਕਿ ਛੱਜ ਨਾਲ ਕੀਤਾ ਉਹ ਥੋੜਾ ਕੰਮ ਵੀ ਬਹੁਤ ਹੁੰਦਾ ਹੈ। ਜਦੋਂ ਕਿ ਕੁਛ ਛੱਜ ਨਾਲ ਕੀਤਾ ਬਹੁਤਾ ਵੀ ਕੁਝ ਨਹੀਂ ਹੁੰਦਾ। ਦੇਖਿਆ ਗਿਆ ਹੈ ਕਿ ਸਾਡੀਆਂ ਨਿੱਕੀਆਂ ਸਮੱਸਿਆਵਾਂ ਤੇ ਪਰੇਸ਼ਾਨੀਆਂ ਆਦ ਸਲੀਕੇ ਦੀ ਘਾਟ ਕਾਰਨ ਜਨਮ ਲੈਂਦੀਆਂ ਹਨ ਤੇ ਜੇ ਅਸੀਂ ਦੂਜਿਆਂ ਦਾ ਧਿਆਨ ਰੱਖਣਾ ਜਾਣ ਜਾਈਏ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖ ਕੇ ਵਿਹਾਰ ਕਰੀਏ ਤਾਂ ਸਾਡੀਆਂ ਬਹੁਤੀਆਂ ਮੁਸੀਬਤਾਂ ਤੇ ਪਰੇਸ਼ਾਨੀਆਂ ਆਪ ਮੁਹਾਰੀ ਲੋਪ ਹੋ ਜਾਣਗੀਆਂ ਪੰਜਾਬੀਆਂ ਨੇ ਹਰ ਖੇਤਰ ਚ ਵਿਕਾਸ ਕੀਤਾ ਪਰ ਸਲੀਕੇ ਦੀ ਘਾਟ ਕਾਰਨ ਸਾਡੀਆਂ ਵੱਡੀਆਂ ਪ੍ਰਾਪਤੀਆਂ ਵੀ ਕਿਸੇ ਲੇਖੇ ਨਹੀਂ ਲੱਗਦੀਆਂ ਜਿਉਂ ਜਿਉ ਮਨੁੱਖ ਦੇ ਦਿਮਾਗ ਦਾ ਵਿਕਾਸ ਹੁੰਦਾ ਗਿਆ ਤਿਆਂ ਤਿਆਂ ਕਿ ਤੇਰੇ ਸਟੇਟ ਦੇ ਚਾਜ ਆਚਾਰ ਬਦਲਦੇ ਗਏ ਹਨ ਚਾਚਾ ਚਾਰਦੀਪਕੋਂ ਸਮਾਜ ਦੇ ਜਿਹੜੇ ਵਰਗ ਆਪਣੇ ਆਪ ਨੂੰ ਪ੍ਰਸਥਿਤੀਆਂ ਅਨੁਸਾਰ ਢਾਲਦੇ ਜਾਂਦੇ ਹਨ ਉਹ ਵਿਕਸਤ ਅਤੇ ਖੁਸ਼ਹਾਲ ਹੁੰਦੇ ਜਾਂਦੇ ਹਨ ਜਿਹੜੇ ਵਰਗ ਇਸ ਪੱਖ ਤੋਂ ਵਿਸਲੇ ਰਹਿੰਦੇ ਹਨ ਉਹਨਾਂ ਦੀ ਕਲਾਕਾਰੀ ਵੀ ਮਜ਼ਦੂਰੀ ਬਣ ਕੇ ਰਹਿ ਜਾਂਦੀ ਹੈ ਕੰਮ ਧੰਦੇ ਚੰਗੇ ਜਾਂ ਮਾੜੇ ਨਹੀਂ ਹੁੰਦੇ ਜਿਨ੍ਹਾਂ ਖੇਤਰਾਂ 'ਚ ਸਲੀਕੇ ਵਾਲੇ ਘਰਾਂ ਦੇ ਲੋਕ ਪ੍ਰਵੇਸ਼ ਕਰਦੇ ਹਨ ਉਹਨਾਂ ਖੇਤਰਾਂ ਦੀ ਸ਼ਕਤੀ ਤੇ ਪ੍ਰਭਾਵ ਵਧ ਜਾਂਦਾ ਹੈ ਸਿਲੀਕੇ ਦੀ ਕਾਟ ਕਰਨ ਪੈਣ ਵਾਲੀ ਵੱਡੀ ਘਾਟਾਂ ਦੀ ਸਮਝ ਅਜੇ ਤੱਕ ਸਾਨੂੰ ਨਹੀਂ ਆਈ ਤੇ ਜਦੋਂ ਤੱਕ ਇਹ ਸੋਝੀ ਆਉਂਦੀ ਨਹੀਂ ਇਹ ਘਾਟੇ ਨਿਰੰਤਰ ਪੈਂਦੇ ਰਹਿਣਗੇ ਅਤੇ ਅਸੀਂ ਪਛੜੇ ਹੀ ਰਹਾਂਗੇ ਸਿਲੀਕਾ ਜਾਂ ਚੱਜ ਆਚਾਰ ਜਾਂ ਸਾਊ ਵਿਹਾਰ ਇਸ ਸੰਕਲਪ ਉਤੇ ਉਸਰਿਆ ਹੋਇਆ ਕਿ ਦੂਜਿਆਂ ਨਾਲ ਅਜਿਹਾ ਵਿਹਾਰ ਕਰੋ ਜਿਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ ਅੱਜੋਕੇ ਯੁੱਗ 'ਚ ਹਰ ਵੇਲੇ ਹਰ ਵਿਅਕਤੀ ਜਾਂ ਕੁਝ ਵੇਚ ਰਿਹਾ ਹੁੰਦਾ ਹੈ ਜਾਂ ਕੁਝ ਪ੍ਰਾਪਤ ਕਰਨ ਦੀ ਇਤਨਚ ਹੁੰਦਾ ਹੈ। ਸਭ ਪ੍ਰਕਾਰ ਦੇ ਲੈਣ ਦੇਣ ਸਲੀਕੇ ਦੀ ਚਾਸ਼ਨੀ ਨਾਲ ਤੇ ਚਾਜਾਚਾਰ ਦੀ ਚਮਕ ਨਾਲ ਨਾ ਕੇਵਲ ਮਾਨਯੋਗ ਹੋ ਜਾਂਦੇ ਹਨ ਸਗੋਂ ਉਹਨਾਂ ਦੀ ਖਿੱਚ ਵੀ ਵੱਧ ਜਾਂਦੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਕੋਈ ਦੁਕਾਨਦਾਰ ਕੋਈ ਸੇਵਾ ਜਾਂ ਵਸਤ ਸਾਡੀ ਮੰਗ ਤੇ ਤਸੱਲੀ ਅਨੁਸਾਰ ਨਹੀਂ ਦਿੰਦਾ ਤਾਂਸੀਂ ਵੀ ਆਪਣੇ ਬਟੂਏ 'ਚੋਂ ਗੰਦੇ ਤੋਂ ਗੰਦਾ ਨੋਟ ਪੇਸ਼ ਕਰਦੇ ਆਂ। ਸਪਸ਼ਟ ਹੈ ਕਿ ਦੁਨੀਆਂ ਦੀ ਸਲੀਕੇ ਭਰੀ ਸੇਵਾ ਗਾਕਾਂ ਨੂੰ ਖਿੱਚਦੀ ਹੈ ਜਦੋਂ ਕਿ ਕੁਚੱਜਾ ਵਿਹਾਰ ਸਾਡੇ ਮਨ 'ਚ ਵਿਰੋਧ ਪਜਾਉਂਦਾ ਹੈ ਜੀਵਨ ਦੀਆਂ ਸਹੂਲਤਾਂ ਵੱਧ ਰਹੀਆਂ ਹਨ ਪਰ ਸਲੀਕੇ ਦੀ ਘਾਟ ਕਾਰਨ ਜੀਵਨ 'ਚੋਂ ਮਿਲਣ ਵਾਲੀ ਤਸੱਲੀ ਘਟ ਰਹੀ ਹੈ ਇਸ ਸਥਿਤੀ ਦਾ ਸਿੱਧਾ ਕਾਰਨ ਹੀ ਹੈ ਕਿ ਮਨੁੱਖ ਸੁਭਾਤੋਂ ਗਰੀਬ ਹੈ ਖੁਸ਼ਹਾਲੀ ਬੌਲਤਾ ਤੇ ਅਮੀਰੀ 'ਚ ਵਿਚਰਨਾ ਜਿਸ ਨੂੰ ਆਇਆ ਨਹੀਂ ਵਿਗਿਆਨ ਅਤੇ ਟੈਕਨੋਲੋਜੀ ਸਦਕਾ ਬਹੁਤ ਕੁਝ ਮਿਲ ਜਾਣ ਦੇ ਬਾਵਜੂਦ ਸਰੀਰਕ ਤੇ ਮਾਨਸਿਕ ਪੱਖੋਂ ਅਜੀ ਮਨੁੱਖ ਲੋੜਵੰਦ ਹੀ ਹੈ ਵਿਗਿਆਨ ਨੇ ਸਭ ਕੁਝ ਬਦਲ ਦਿੱਤਾ ਹੈ ਪਰ ਇਹ ਮਨੁੱਖ ਦੇ ਬੁਨਾ ਬੁਨਿਆਦੀ ਸੁਭਾਤੇ ਦੇ ਮਨ ਨੂੰ ਨਹੀਂ ਬਦਲ ਸਕਿਆ ਮਨੁੱਖ ਨੇ ਢੇਰ ਗਿਆਨ ਇਕੱਠਾ ਕਰ ਲਿਆ ਪਰ ਇਹ ਆਪਣੀ ਅਗਿਆਨਤਾ ਨਹੀਂ ਤਿਆਗ ਰਿਹਾ 20ਵੀਂ ਸਦੀ ਦੇ ਮੁੱਢ ਤੱਕ ਮਨੁੱਖ ਕੋਲ ਨਾ ਬਹੁਤੀ ਅਧਿਕਾਰ ਸਨ ਨਾ ਹੀ ਬਹੁਤੀਆਂ ਬਸਤਾਂ ਤੇ ਸਹੂਲਤਾਂ ਸਨ ਉਸ ਕੋਲ ਹਰ ਚੀਜ਼ ਦੀ ਥੋੜ੍ਹੀ ਪਰ ਇਹਨਾਂ ਥੋੜਾਂ ਦੇ ਬਾਵਜੂਦ ਉਸ ਨੂੰ ਆਪਣੇ ਆਪ ਤੇ ਵਿਸ਼ਵਾਸ ਸੀ ਤੇ ਹੋਰਨਾਂ ਦੀ ਚੰਗਿਆਈ ਤੇ ਭਰੋਸਾ ਸੀ ਹੁਣ ਇਹ ਦੋਵੇਂ ਗੁਣ ਮੁੱਕਦੇ ਜਾ ਰਹੇ ਹਨ ਹੁਣ ਹਰ ਚੀਜ਼ ਦੀ ਬਹੁਤ ਹੈ ਪਰ ਮਨ ਅਸੰਤੁਸ਼ਟ ਹਨ ਤੇ ਮਨ ਉਦਾਸ ਹੈ ਅਜੋਕਾ ਮਨੁੱਖ ਅੰਦਰੋਂ ਬਾਹਰੋਂ ਇਕੱਲਾ ਪਟਕ ਰਿਹਾ ਹੈ ਉਹ ਖੁਸ਼ ਹੋਣ ਦੇ ਹਰੇਕ ਯਤਨ ਤੋਂ ਹੋਰ ਇਕੱਲਾ ਤੇ ਉਦਾਸ ਹੁੰਦਾ ਜਾ ਰਿਹਾ ਹੈ ਇਕੱਲਿਆਂ ਖੁਸ਼ੀ ਮਨਾਉਣੀ ਵੀ ਉਦਾਸੀ ਦੀ ਇੱਕ ਕਿਸਮ ਹੁੰਦੀ ਹੈ प्यार दी काट ਕਰਨ ਜੋ ਕਮਨੁਖ ਨਿਰਾਸ਼ ਮਾਯੂਸ ਤੇ ਪਰੇਸ਼ਾਨ ਹੈ। ਪਿਆਰ ਕਰਨਾ ਸਲੀਕੇ ਭਰੀ ਸਿੱਖਿਆ ਹੈ। ਜਿਸਟ ਹਰ ਕਿਸੇ ਦਾ ਸਭ ਕੁਝ ਸੋਹਣਾ ਲੱਗਣ ਲੱਗ ਪੈਂਦਾ ਹੈ। ਜਦੋਂ ਕਿ ਨਫ਼ਰਤ ਕਿਸੇ ਇੱਕ ਚੀਜ਼ ਜਾਂ ਇੱਕ ਵਿਅਕਤੀ ਤੇ ਕੇਂਦਰਿਤ ਹੁੰਦੀ ਹੈ ਤੇ ਉਹਨੂੰ ਕ੍ਰੂਪ ਤੇ ਕੋਝਾ ਬਣਾ ਦਿੰਦੀ ਹੈ। ਸਲੀਕੇ ਦੇ ਪੱਖੋਂ ਫਰਾਂਸ ਸੰਸਾਰ ਚ ਮੋਰੀ ਹੈ। ਫਰਾਂਸ ਦੇ ਲੋਕ ਉਹਦਾਂ ਹੀ ਝੂਠ ਬੋਲਦੇ ਹਨ ਜਦੋਂ ਕਿਸੇ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰ ਰਹੇ ਹੁੰਦੇ ਹਨ। ਫਰਾਂਸੀਸੀ ਮੂਰਖਾਂ ਨਾਲ ਵੀ ਸਲੀਕੇ ਨਾਲ ਇੰਜ ਪੇਸ਼ ਆਉਂਦੇ ਹਨ ਕਿ ਮੂਰਖਾਂ ਨੂੰ ਮੂਰਖਤਾ ਕਰਨ ਦਾ ਚੇਤਾ ਹੀ ਨਹੀਂ ਰਹਿੰਦਾ ਮਨੁੱਖ ਸੁੰਦਰਤਾ ਵੱਲ ਰੁਚਿਤ ਹੈ ਇਹ ਉਹਦਾ ਸੁਭਾਅ ਹੈ ਪਰ ਸੁੰਦਰ ਬਸਤਾ ਨਾਸ਼ਵਾਨ ਹਨ ਇਹ ਮਨੁੱਖ ਨਾਲ ਵਾਪਰਨ ਵਾਲਾ ਇੱਕ ਵੱਡਾ ਵਿਅੰਗ ਹੈ ਇਸੇ ਕਰਕੇ ਮਨੁੱਖ ਸਰੀਰਕ ਸੁੰਦਰਤਾ ਤੋਂ ਅਗਲੇਰਾ ਪ੍ਰਗਟਾਵਾ ਆਪਣੇ ਕਾਰਜਾਂ ਰਹੀਂ ਕਰਦਾ ਹੈ ਤੁਹਾਡਾ ਕੰਮ ਤੁਹਾਡੇ ਨਾਲੋਂ ਵੀ ਵਿਧੇਰੇ ਮਹੱਤਵਪੂਰਨ ਹੁੰਦਾ ਹੈ ਜੇਕਰ ਤੁਸੀਂ ਕੁਝ ਉੱਚਾ ਕਰਨ ਦਾ ਮਨ ਬਣਾਇਆ ਹੋਇਆ ਹੈ ਤਾਂ ਇਹ ਜੀਵਨ ਤੁਹਾਡਾ ਆਪਣਾ ਨਹੀਂ ਉਸ ਉੱਚੇ ਨੂੰ ਕਰਨ ਦੀ ਮਹਲਤ ਹੈ ਕੁਝ ਉੱਚਾ ਕਰਨ ਲਈ ਤੁਸੀਂ ਆਮ ਸਧਾਰਨ ਵਿਅਕਤੀ ਵਾਲੀਆਂ ਖੁਸ਼ੀਆਂ ਤੇ ਸੁੱਖਾਂ ਨੂੰ ਨਹੀਂ ਮਾਨ ਸਕੋਗੇ ਆਪਣੇ ਆਪ ਨੂੰ ਨੀਵੀਆਂ ਖੁਸ਼ੀਆਂ ਤੋਂ ਵਿਰਵੀ ਕਰਨ ਦਾ ਜਿਗਰਾ ਉਪਜਾਏ ਬਿਨਾ ਉੱਚੀਆਂ ਉਡਾਣਾ ਨਹੀਂ ਭਰੀਆਂ ਜਾ ਸਕਦੀਆਂ ਸਧਾਰਨ ਪੱਦਰ ਦੀ ਖੁਸ਼ੀ ਜਾਂ ਪ੍ਰਸੰਤਾ ਦੀ ਪ੍ਰਾਪਤੀ ਆਮ ਸਧਾਰਨ ਵਿਅਕਤੀਆਂ ਦੇ ਆਦਰਸ਼ਨ ਆਦਰਸ਼ ਜਾਂ ਉਦੇਸ਼ ਹੁੰਦੇ ਹਨ ਇਹ ਅਨੁਭਵਾਂ ਦੀ ਪੌੜੀ ਦੇ ਵਿੱਚ ਕਾਰਜੇ ਪਹੁੰਚਣ ਦਾ ਅਹਿਸਾਸ ਹੁੰਦਾ ਹੈ ਅਜੇ ਯਤਨਾ ਨਾਲ ਕਰਮਾਤਾ ਜਾਂ ਇਨਕਲਾਬ ਨਹੀਂ ਵਾਪਰਦੀ ਨਾ ਹੀ ਅਜੇ ਯਤਨਾ ਨਾਲ ਕਿਸੇ ਲਈ ਉਦਾਹਰਨ ਬਣਿਆ ਜਾ ਸਕਦਾ ਹਰ ਧਰਮ ਤੇ ਸਮਾਜ ਦੀ ਧੁਰ ਅੰਦਰਲੀ ਪ੍ਰੇਰਣਾ ਮਨੁੱਖ ਨੂੰ ਸਾਉ ਸਖੀ ਤੇ ਸਹਿਯੋਗੀ ਬਣਾਉਂਦੀ ਹੈ ਚਾਚਾ ਚਾਰ ਸਲੀਕਾ ਸਦਾਚਾਰ ਨੀਮ ਕਾਨੂੰਨ ਆਤਮਨੁੱਖ ਨੇ ਉਸਾਰ ਲਏ ਹਨ ਪਰ ਇਹ ਮਨੁੱਖ ਦੇ ਜੀਵਨ ਦਾ ਸੁਭਾਵਿਕ ਭਾਗ ਨਹੀਂ ਬਣ ਸਕੇ ਇਹਨਾਂ ਦੀ ਉਲੰਘਣਾ ਹੁੰਦੀ ਰਹਿੰਦੀ ਹੈ ਸਜ਼ਾ ਮਿਲਦੀ ਰਹਿੰਦੀ ਹੈ ਸਜ਼ਾ ਦਾ ਡਰ ਸਮਾਜ ਚੋਂ ਛੇਕੇ ਜਾਣ ਦਾ ਭੈ ਤਾੜਨਾ અપਮਾਨ ਵਿਰੋਧੀ ਲੋਕ ਰਾਏ ਆਤ ਦਾ ਸੰਸਾ ਮਨੁੱਖ ਦੇ ਮਨ ਤੇ ਹਮੇਸ਼ਾ ਛਾਇਆ ਰਹਿੰਦਾ ਹੈ ਸਜ਼ਾ ਤੇ ਵਿਛੋੜੇ ਦਾ ਡਰ ਮਨੁੱਖ ਨੂੰ ਸਾਰੇ ਬੰਧਨ ਪਰਿਵਾਨ ਪਰਵਾਨ ਕਰਨ ਲਈ ਪ੍ਰੇਰਦਾ ਤੇ ਮਜਬੂਰ ਕਰਦਾ ਰਹਿੰਦਾ ਹੈ ਮਨੁੱਖ ਹੀ ਇਕੱਲਾ ਨਹੀਂ ਰਹਿ ਸਕਦਾ ਕਿਸੇ ਨਾਲ ਰਹਿਣਾ ਇਹਨੂੰ ਆਉਂਦਾ ਨਹੀਂ ਇਸ ਵਿਸੰਗਤੀ ਕਾਰਨ ਹੀ ਮਨੁੱਖ ਦੇ ਵਿਹਾਰ ਚ ਦੰਬ ਅਡੰਬਰ ਚਲਾਕੀ ਚਤੁਰਤਾ ਝੂਠ ਫਰੇਬ ਬਣਾਵਟਾ ਦਾ ਭੂਲਬਾਲਾ ਹੁੰਦਾ ਉਹ ਸੋਚਦਾ ਕੁਝ ਹੈ ਕਰਦਾ ਕੁਝ ਹੋਰ ਹੈ ਤੇ ਜੋ ਕੁਝ ਉਹ ਦੱਸਦਾ ਹੈ ਉਹ ਕੁਝ ਹੋਰ ਹੀ ਹੁੰਦਾ ਹੈ ਸਵਾਰਥੀ ਰਾਹਾਂ ਤੇ ਟੁਰਦਾ ਮਨੁੱਖ ਸਵਾਰਥਾਂ ਦੇ ਸਬੂਤ ਮਟਾਉਣ ਚ ਰੁੱਝ ਗਿਆ ਹੈ ਈਰਖਾ ਦਾ ਗ੍ਰਸਿਆ ਪਰ ਖੋਤੀ ਸਜਤ ਸਦਾਚਾਰ ਦਾ ਪੁਜਾਰੀ ਮਨੁੱਖ ਨਾ ਆਪ ਸ਼ਾਂਤ ਹੁੰਦਾ ਹੈ ਤੇ ਨਾ ਹੀ ਕਿਸੇ ਨੂੰ ਸ਼ਾਂਤ ਰਹਿਣ ਦਿੰਦਾ ਹੈ ਈਰਖਾ ਕਾਰਨ ਸਭ ਕੁਝ ਕੋਲ ਹੋਣ ਦੇ ਬਾਵਜੂਦ ਕੋਈ ਵੀ ਮਨੁੱਖ ਕਿਸੇ ਵੀ ਹਾਲਤ ਪ੍ਰਸੰਨ ਨਹੀਂ ਹੋ ਸਕਦਾ ਈਰਖਾ ਸਾਡੇ ਚ ਅਧੂਰੇਪਣ ਦਾ ਅਹਿਸਾਸ ਜਗਾਉਂਦੀ ਹੈ ਤੇ ਅਧੂਰੇਪਣ ਦਾ ਅਹਿਸਾਸ ਮਨੁੱਖ ਨੂੰ ਨਿਰੰਤਰ ਸਤਾਉਂਦਾ ਰਹਿੰਦਾ ਹੈ ਖਾਣ ਸਮੇ ਇਥੋਂ ਤੱਕ ਕਿ ਧਾਰਮਿਕ ਸਥਾਨ 'ਚ ਵਿਚਰਦਿਆਂ ਵੀ ਇਹ ਸੋਚਦਾ ਰਹਿੰਦਾ ਕਿ ਕਿਸ ਨੂੰ ਪਛਾੜਨਾ ਹੈ ਤੇ ਕਿਸ ਦਾਪਮਾਨ ਕਰਨਾ ਹੈ ਕਿਸ ਨੂੰ ਸਬਕ ਸਿਖਾਉਣਾ ਹੈ ਗਵੰਡੀ ਕੋਲ ਕੁਝ ਵੇਖ ਕੇ ਇਸ ਨੂੰ ਥੋੜਾ ਦਾ ਅਹਿਸਾਸ ਹੁੰਦਾ ਜਿਸ ਨਾਲ ਇਸ ਦੇ ਮਨ 'ਚ ਨਵੀਆਂ ਮੰਗਾਂ ਜਨਮ ਲੈਂਦੀਆਂ ਹਨ ਜਿਹੜੀਆਂ ਜੀਵਨ ਦੀ ਤਾਣੇ ਨੂੰ ਲਝਾਉਂਦੀਆਂ ਚਲੀਆਂ ਜਾਂਦੀਆਂ ਹਨ ਸਮਾਜ ਵਿੱਚ ਕਿਸੇ ਵੀ ਵਿਅਕਤੀ ਨੂੰ ਦਿੱਤੇ ਜਾਂ ਮਿਲੇ ਲਾਭ ਦੂਜਿਆਂ ਦੀਆਂ ਮੰਗਾਂ ਬਣ ਜਾਂਦੇ ਹਨ ਜਦੋਂ ਮਿਹਨਤ ਅਤੇ ਸਲੀਕੇ ਨੂੰ ਤਿਆਗ ਕੇ ਨਜਾਇਜ਼ ਟੰਗਾਂ ਨਾਲ ਧਨ ਕਮਾ ਲਿਆ ਜਾਂਦਾ ਹੈ ਤਤਾਂ ਇਕੱਠਾ ਕਰਨ ਉਪਰੰਤ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਇਕੱਠੇ ਕੀਤੇ ਧਨ ਤੋਂ ਖੁਸ਼ੀ ਜਾਂ ਤਸੱਲੀ ਨਹੀਂ ਮਿਲੀ ਜਿਸ ਦੀ ਉਹਨੂੰ ਉਮੀਦ ਸੀ ਇਹ ਧਨ ਕਿਸੇ ਅੰਦਰਲੀ ਸੁਪਨੇ ਦੀ ਪ੍ਰਾਪਤੀ ਪ੍ਰਤੀਤ ਨਹੀਂ ਹੁੰਦਾ ਬਹੁਤ ਦੇਰ ਮਗਰੋਂ ਮਨੁੱਖ ਨੂੰ ਸੋਝੀ ਹੁੰਦੀ ਹੈ ਕਿ ਸਮਾਜ ਦੀ ਪਰਵਾਨਗੀ ਦੇ ਮੁਕਾਬਲੇ ਅੰਦਰੋਂ ਮਿਲਣ ਵਾਲੀ ਤਸੱਲੀ ਵਧੇਰੇ ਭਰਪੂਰ ਹੁੰਦੀ ਹੈ ਦੌਲਤ ਪਰਵਾਨਗੀ ਤੇ ਪ੍ਰਸਿੱਧੀ ਆਮ ਕਰਕੇ ਸਫਲਤਾ ਦੇ ਪੈਮਾਨੇ ਮੰਨੇ ਜਾਂਦੇ ਹਨ ਕਰੰਦਰਲੀ ਤਸੱਲੀ ਤੋਂ ਬਿਨਾਂ ਹੀ ਪਰੇਸ਼ਾਨੀ ਹੀ ਪੁਜਾਉਂਦੇ ਹਨ ਕਹਿੰਦੇ ਹਨ ਕਿ ਪੈਸੇ ਨਾਲ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਪਰ ਜ਼ਿੰਦਗੀ ਦੀਆਂ ਮੁੱਲਵਾਨ ਚੀਜ਼ਾਂ ਸਲੀਕੇ ਨਾਲ ਵੀ ਪੁਜਾਈਆਂ ਜਾ ਸਕਦੀਆਂ ਹਨ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦੀਆਂ ਜਿਵੇਂ ਤੁਸੀਂ ਭੋਜਨ ਖਰੀਦ ਸਕਦੇ ਹੋ ਹਾਜ਼ਮਾ ਨਹੀਂ ਤੁਸੀਂ ਦਵਾਈਆਂ ਟੋਨਿਕ ਵਿਟਾਮਿਨ ਖਰੀਦ ਸਕਦੇ ਹੋ ਪਰ ਸਿਹਤ ਨਹੀਂ ਤੁਸੀਂ ਸੰਸਾਰ ਭਰ ਦੀਆਂ ਪੁਸਤਕਾਂ ਖਰੀਦ ਸਕਦੇ ਹੋ ਪਰ ਸਿਆਣਪ ਨਹੀਂ ਤੁਸੀਂ ਚਮਕ ਖਰੀਦ ਸਕਦੇ ਹੋ ਪਰ ਸੁੰਦਰਤਾ ਨਹੀਂ ਖਡਾਉਣੇ ਖਰੀਦੇ ਜਾ ਸਕਦੇ ਹਨ ਪਰ ਖੁਸ਼ੀ ਨਹੀਂ ਪੈਸੇ ਨਾਲ ਵਿਸ਼ਾਲ ਜਾਣ ਪਛਾਣ ਪੈਦਾ ਕੀਤੀ ਜਾ ਸਕਦੀ ਹੈ ਪਰ ਮਿੱਤਰਤਾ ਨਹੀਂ ਨੌਕਰ ਖਰੀਦੇ ਜਾ ਸਕਦੇ ਹਨ ਪਰ ਵਫਾਦਾਰੀ ਨਹੀਂ ਆਰਾਮ ਦੇ ਸਾਧਨ ਖਰੀਦੇ ਜਾ ਸਕਦੇ ਹਨ ਪਰ ਮਨ ਦੀ ਸ਼ਾਂਤੀ ਨਹੀਂ ਤੁਸੀਂ ਸੇਵਾਵਾਂ ਖਰੀਦ ਸਕਦੇ ਹੋ ਪਰ ਸਲੀਕਾ ਨਹੀਂ ਜਿਹੜੀਆਂ ਚੀਜ਼ਾਂ ਜੋ ਸਾਨੂੰ ਤਸੱਲੀ ਤੇ ਰੱਜ ਮਿਲਦਾ ਹੈ ਉਹ ਚੀਜ਼ਾਂ ਨਹੀਂ ਹੁੰਦੀਆਂ ਉਹ ਰਿਸ਼ਤਿਆਂ ਦਾ ਨਿਗਹ ਹੁੰਦਾ ਹੈ ਰਿਸ਼ਤਿਆਂ ਚ ਨਿਗਹ ਸਲੀਕੇ ਨਾਲ ਉਪਜਦਾ ਹੈ ਪਾਰਟੀਆਂ ਤੇ ਸਮਾਗਮ ਖਣ-ਪੀਣ ਦੀ ਬਹੁਤਾਤ ਨਾਲ ਨਹੀਂ ਸਲੀਕੇ ਭਰੇ ਵਿਹਾਰ ਤੇ ਉਤਸ਼ਾਹ ਭਰੇ ਵਾਤਾਵਰਨ ਨਾਲ ਯਾਦਗਾਰੀ ਬਣਦੇ ਹਨ ਸਹੂਲਤਾਂ ਜ਼ਿੰਦਗੀ ਨੂੰ ਮਾਨਣਯੋਗ ਬਣਾਉਂਦੀਆਂ ਹਨ ਪਰ ਜੇ ਜਿਉਣ ਦਾ ਸਲੀਕਾ ਤੇ ਉਤਸ਼ਾਹ ਨਾ ਹੋਵੇ ਤਾਂ ਜ਼ਿੰਦਗੀ ਬਿਮਾਣੀ ਨਹੀਂ ਜਾ ਸਕਦੀ ਕਿਸੇ ਸੋਹਣੇ ਚਿਹਰੇ ਦਾ ਮੇਕਅਪ ਮੁਸਕਰਾਟ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ ਇਸੇ ਕਾਰਨ ਕਹਿੰਦੇ ਹਨ ਕਿ ਮੁਸਕਰਾਓ ਬੁੱਲਾਂ ਦੇ ਨਾਲ ਚੰਗੇਰੀ ਵਰਤੋਂ ਨਹੀਂ ਕੀਤੀ ਜਾ ਸਕਦੀ ਕਈ ਸਧਾਰਨ ਕੱਪੜਿਆਂ 'ਚ ਵੀ ਬੜੇ ਫੱਪਦੇ ਹਨ। ਕਈ ਮਹਿੰਗੇ ਤੇ ਚਮਕੀਲੇ ਦੁਸ਼ਾਲੇ ਪਾ ਕੇ ਵੀ ਬਿਲਕੁਲ ਨਹੀਂ ਜੱਜਦੇ। ਸਲੀਕਾ ਕੇਵਲ ਮਨੁੱਖਾਂ 'ਚ ਹੀ ਨਹੀਂ ਹੁੰਦਾ। ਇਹ ਪੰਛੀਆਂ ਤੇ ਪਸ਼ੂਆਂ 'ਚ ਵੀ ਹੁੰਦਾ ਹੈ। ਜਿਨ੍ਹਾਂ ਨੇ ਪੰਛੀ ਜਾਂ ਜਾਨਵਰ ਪਾਲੇ ਹੁੰਦੇ ਹਨ, ਉਹ ਉਹਨਾਂ ਦੇ ਸੁਭਾਤ ਤੋਂ ਜਾਣੂ ਹੁੰਦੇ ਹਨ। ਕਈ ਪੰਛੀ ਤੇ ਪਸ਼ੂ ਇੰਨੇ ਸਾਊ ਤੇ ਸਲੀਕੇ ਵਾਲੇ ਹੁੰਦੇ ਹਨ ਕਿ ਅਸੀਂ ਉਹਨਾਂ ਦਾ ਨਾਂ ਆਪਣੇ ਰਾਸ਼ਨ ਕਾਰਡ ਤੇ ਦਰਜ ਕਰਵਾਉਣ ਬਾਰੇ ਸੋਚਣ ਲੱਗ ਪੈਂਦੇ ਹਾਂ। ਅੱਗੇ ਰਹਿਣ ਵਾਲਾ ਹਿੰਤੀ ਕਬੂਤਰ ਸਦਾ ਅੱਗੇ ਰਹੇਗਾ ਵਗ ਚ ਉਤਸ਼ਾਹ ਨਾਲ ਅੱਗੇ ਟਰਨ ਵਾਲੀ ਗਊ ਦੁੱਧ ਦੇਣ ਵੇਲੇ ਬਾਲਟੀ ਭਰ ਦਿੰਦੀ ਹੈ ਇਵੇਂ ਕਿਸੇ ਸਭਾ ਜਾਂ ਸਮਾਗਮ ਚ ਉਤਸ਼ਾਹ ਵਾਲੇ ਕੁਝ ਵਿਅਕਤੀ ਸੁਚੀ ਸਥਿਤੀ ਨੂੰ ਚਮਕੀਲਾ ਤੇ ਰਸੀਲਾ ਬਣਾ ਦਿੰਦੇ ਹਨ ਸਲੀਕੇ ਵਾਲੇ ਮਹਿਮਾਨਾਂ ਨੂੰ ਅਸੀਂ ਉਡੀਕਦੇ ਰਹਿੰਦੇ ਹਾਂ ਸਲੀਕੇ ਵਾਲੇ ਮਹਿਮਾਨ ਸਮੱਸਿਆਵਾਂ ਉਪਜਾਉਂਦੇ ਨਹੀਂ ਸੁਲਝਾਉਂਦੇ ਹਨ ਬਹੁਤੇ ਗਰੀਬ ਤੇ ਬਹੁਤੇ ਅਮੀਰ ਵਿਅਕਤੀ ਗਿਆਨ ਪ੍ਰਾਪਤੀ ਦੇ ਵਿਰੋਧ ਹੁੰਦੇ ਹਨ ਉਹਨਾਂ ਨੂੰ ਡੂੰਗੇ ਵਿਚਾਰਾਂ ਤੇ ਸਾਉ ਵਿਹਾਰ ਦੀ ਪਾਲ ਨਹੀਂ ਹੁੰਦੀ ਉਹ ਭੇਡ ਚ ਵਿਚਰਨ ਦੀ ਇੱਛਕ ਹੋਣ ਕਾਰਨ ਤੇ ਕਹਿਰੇ ਵਿਹਾਰ ਕਰਨ ਕੁਝ ਕੀਤੇ ਬਿਨਾਂ ਹੀ ਪ੍ਰਸੰਨ ਹੋ ਜਾਂਦੇ ਹਨ ਛੋਟਿਆਂ ਲਈ ਛੋਟੀਆਂ ਚੀਜ਼ਾਂ ਹੀ ਮਹਾਨ ਹੁੰਦੀਆਂ ਹਨ ਡੂੰਗੇ ਵਿਚਾਰ ਚੁੱਪ ਚੁਪ ਜਦੇ ਨਹੀਂ ਚੁੱਪ ਨੂੰ ਕੁਝਾਉਂਦੇ ਵੀ ਹਨ ਚੁੱਪ ਰਹਿਣ ਦੀ ਇਹ ਸਫਲਤਾ ਮਨੁੱਖ ਜਾਤੀ ਦੀਆਂ ਵੱਡੀਆਂ ਸਫਲਤਾਵਾਂ 'ਚੋਂ ਇੱਕ ਹੈ ਚੁੱਪ ਰਹਿਣ ਦਾ ਸਲੀਕਾ ਬੜਾ ਵੱਡਾ ਗੁਣ ਹੈ ਜਿਨ੍ਹਾਂ ਨੂੰ ਮੋਤੀਆਂ ਦੀ ਭਾਲ ਹੁੰਦੀ ਹੈ ਉਹਨਾਂ ਨੂੰ ਡੂੰਘੀਆਂ ਟੁਬੀਆਂ ਲਾਉਣੀਆਂ ਪੈਂਦੀਆਂ ਹਨ ਚੁੱਪ ਰਹਿਣਾ ਤੇ ਦੂਜਿਆਂ ਨੂੰ ਧਿਆਨ ਨਾਲ ਸੁਣਨਾ ਸਉ ਵਿਹਾਰ ਤੇ ਸਿਲੀਕੇ ਦੀ ਇੱਕ ਪਛਾਣ ਹੁੰਦੀ ਹੈ ਜਿਹੜੇ ਆਪਣੇ ਮੂੰਹ ਫਟ ਹੋਣ ਦਾ ਮਾਣ ਕਰਦੇ ਹਨ ਤੇ ਸਦਾ ਸੱਚ ਬੋਲਣ ਦਾ ਦਾਵਾ ਕਰਦੇ ਹਨ ਉਹਨਾਂ ਦਾ ਉਦੇਸ਼ ਕਦੇ ਵੀ ਸੱਚ ਬੋਲਣਾ ਨਹੀਂ ਹੁੰਦਾ ਦੂਜਿਆਂ ਦੇ ਮਨ ਨੂੰ ਠੇਸ ਪਹੁੰਚਾਉਣਾ ਹੁੰਦਾ ਜੇ ਸਾਰੇ ਮੂੰਹ ਫਟ ਹੋ ਜਾਣ ਤੇ ਸਾਰੇ ਸੱਚ ਬੋਲਣ ਲੱਗ ਪੈਣ ਤਨਾਂ ਤਾਂ ਕੋਈ ਗੱਲਬਾਤ ਹੋ ਸਕਦੀ ਹੈ ਤੇ ਨਾ ਹੀ ਕੋਈ ਰਿਸ਼ਤਾ ਉਸਰ ਸਕਦਾ ਹੈ ਕਿਸੇ ਹੋਰ ਤੋਂ ਚੰਗੇਰਾ ਬਣਨ ਤੋਂ ਪਹਿਲਾਂ ਆਪਣੇ ਆਪ ਤੋਂ ਚੰਗੇਰਾ ਬੰਨਾ ਪਏਗਾ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਆ ਤੇ ਇਸ ਤੋਂ ਚੰਗੇਰਾ ਕਿਵੇਂ ਬੜਿਆ ਜਾ ਸਕਦਾ ਹੈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਜੋ ਤੁਹਾਡੀਆਂ ਤਾਂਘਾਂ ਹਨ ਜੋ ਤੁਹਾਡੇ ਸੁਪਨੇ ਹਨ ਉਹੀ ਹੋਰਾਂ ਦੇ ਵੀ ਸੁਪਨੇ ਹਨ ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਕਿ ਉਹਨਾਂ ਦੇ ਵੀ ਹੱਕ ਹਨ ਤੁਸੀਂ ਪ੍ਰਸੰਨ ਨਹੀਂ ਹੋ ਸਕਦੇ ਦੂਜਿਆਂ ਦੇ ਹੱਕਾਂ ਪ੍ਰਤੀ ਸੁਚੇਤ ਹੋਣਾ ਤੇ ਉਹਨਾਂ ਦੇ ਸੁਪਨਿਆਂ ਨੂੰ ਸਮਝਣਾ ਸਲੀਕੇ ਦੀ ਇੱਕ ਕੜੀ ਹੈ। ਦੂਜੇ ਗਲਤ ਹੋ ਸਕਦੇ ਹਨ। ਜ਼ਰੂਰੀ ਨਹੀਂ ਕਿ ਹਰ ਕੋਈ ਸਾਡੇ ਵਾਂਗ ਵਾਂਗ ਹੀ ਸੋਚੇ। ਪਰ ਜੇ ਕਿਸੇ ਨੂੰ ਗਲਤੀ ਕਰਨ ਦੀ ਆਜ਼ਾਦੀ ਨਹੀਂ ਤਾਂ ਕਿਸੇ ਆਜ਼ਾਦੀ ਦੇ ਕੋਈ ਅਰਥ ਹੀ ਨਹੀਂ ਰਹਿੰਦੇ। ਪ੍ਰਸੰਨ ਹੋਣ ਤੇ ਦੁਖੀ ਹੋਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਪਰ ਅਕਸਰ ਪ੍ਰਸੰਨ ਹੋਣ ਵਾਸਤੇ ਘੱਟ ਮਿਹਨਤ ਕਰਨੀ ਪੈਂਦੀ ਹੈ। ਸੁਪਨੇ ਕਿੰਨੇ ਅਧੂਰੇ ਰਹਿ ਗਏ ਹੋਣ। ਕਿੰਨੀयांਇਆ ਸਫਲਤਾ ਮਨ ਤੁਹਾਡੇ ਰਾਹ ਮੱਲੇ ਹੋਣ ਪਰ ਇੱਕ ਚੰਗਾ ਸੌ ਸੁਚੱਜਾ ਤੇ ਸਲੀਕੇ ਭਰਿਆ ਇਨਸਾਨ ਬਣਨ ਦੀ ਯੋਗਤਾ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਸਲੀਕਾ ਉਪਜਾਉਣ ਚ ਕੋਈ ਖਰਚ ਵੀ ਨਹੀਂ ਹੁੰਦਾ ਸਾਰੇ ਖੇਤਰਾਂ ਚ ਅਸਫਲ ਹੋਣ ਉਪਰੰਤ ਹੀ ਇੱਕ ਅਜਿਹਾ ਖੇਤਰ ਹੈ ਜਿੱਥੇ ਤੁਸੀਂ ਨਿਸ਼ਚਿਤ ਹੀ ਸਫਲ ਹੋ ਸਕਦੇ ਹੋ ਇਹ ਹੈ ਤਾਂ ਬੜਾ ਮੁਸ਼ਕਿਲ ਪਰ ਅਸੰਭਵ ਬਿਲਕੁਲ ਨਹੀਂ ਆਪਣੀ ਸਥਿਤੀ ਨਾਲ ਪ੍ਰਸੰਨ ਹੋਣਾ ਸੰਤੁਸ਼ਟ ਹੋਣਾ ਸਲੀਕੇ ਤੋਂ ਬਿਨਾ ਸੰਭਵ ਨਹੀਂ ਹੁੰਦਾ ਜੋ ਕੁਝ ਤੁਹਾਡੇ ਕੋਲ ਹੈ ਉਹਨੂੰ ਪ੍ਰਾਪਤ ਕਰਨ ਲਈ ਲੱਖਾਂ ਲੋਕ ਯਤਨ ਕਰ ਰਹੇ ਹੁੰਦੇ ਹਨ ਥੋੜਾ ਜਿਹਾ ਧਿਆਨ ਕਰੋ ਕਿੰਨੇ ਵਿਅਕਤੀਆਂ ਨੇ ਆਪਣੀਆਂ ਕੁਰਬਾਨੀਆਂ ਤੇ ਯਤਨਾਂ ਨਾਲ ਤੁਸੀਂ ਵਰਤਮਾਨ ਸਥਿਤੀ ਤੇ ਆਪਰੇ ਹੋ ਦੂਜਿਆਂ ਦੇ ਯੋਗਦਾਨ ਪ੍ਰਤੀ ਧੰਨਵਾਦੀ ਹੋਣਾ ਸਲੀਕੇ ਦੀ ਬੁਨਿਆਦ ਹੈ ਦੂਜਿਆਂ ਦੇ ਸਹਿਯੋਗ ਤੋਂ ਬਿਨਾ ਮੈਂ ਕੁਝ ਵੀ ਨਹੀਂ ਜਦੋਂ ਇਹ ਅਵਸਥਾ ਆ ਜਾਏ ਤਾਂ ਸਾਰੇ ਹੰਕਾਰ ਡਿੱਗ ਪੈਂਦੇ ਹਨ ਤੇ ਮਨੁੱਖ ਸੌ ਕੋਮਲ ਤੇ ਨਿਮਰ ਹੋ ਜਾਂਦਾ ਹੈ ਜਦੋਂ ਜਵਾਨ ਬਜ਼ੁਰਗਾਂ ਨਾਲ ਜਦੋਂ ਪੁਰਸ਼ ਇਸਤਰੀਆਂ ਨਾਲ ਜਦੋਂ ਤਾਕਤਵਰ ਕਮਜ਼ੋਰਾਂ ਨਾਲ ਸਲੀਕੇ ਨਾਲ ਪੇਸ਼ ਹੋਣ ਲੱਗ ਪੈਣਗੇ ਉਸ ਸਾਡੀ ਸਮਾਜ ਦਾ ਸੁਨਹਿਰੀ ਯੁੱਗ ਹੋ ਨਿਪੜੇਗਾ ਚੰਗੀਆਂ ਸਰਕਾਰਾਂ ਸੰਗੀਤ ਦੀਆਂ ਸੁਰਾਂ ਵਾਂਗ ਲੋਕਾਂ ਦੇ ਜਜ਼ਬਿਆਂ ਨਾਲ ਇੱਕ ਸੁਰ ਹੋਈਆਂ ਹੁੰਦੀਆਂ ਹਨ ਇਹ ਸਾਡਾ ਦੁਰਭਾਗ ਹੈ ਕਿ ਅਸੀਂ ਬੱਚਿਆਂ ਨੂੰ ਉਦੋਂ ਹੀ ਸਮਝਣ ਦਾ ਯਤਨ ਕਰਦੇ ਹਾਂ ਜਦੋਂ ਉਹ ਬਗਾਵਤ ਕਰਦੇ ਹਨ ਸਰਕਾਰਾਂ ਵੀ ਉਦੋਂ ਹੀ ਸੁਣਦੀਆਂ ਹਨ ਜਦੋਂ ਵਿਰੋਧ ਉਪਜਦੇ ਹਨ ਤੇ ਜਦੋਂ ਸਰਕਾਰ ਦੀ ਹੋਂਦ ਨੂੰ ਖਤਰਾ ਉਪਜਦਾ ਹੈ ਸਰਕਾਰਾਂ ਤੇ ਲੋਕਾਂ ਦਾ ਆਪਸੀ ਮੇਲਜੋਲ ਨਹੀਂ ਰਿਹਾ ਲੋਕਾਂ ਦੀਆਂ ਸਮੱਸਿਆਵਾਂ ਇੰਨੀਆਂ ਗੁੰਝਲਦਾਰ ਹੋ ਗਈਆਂ ਹਨ ਕਿ ਸਰਕਾਰਾਂ ਉਹਨਾਂ ਨੂੰ ਸੁਲਝਾ ਨਹੀਂ ਸਕਦੀਆਂ ਸਰਕਾਰਾਂ ਇੰਨੀਆਂ ਸ਼ਕਤੀਸ਼ਾਲੀ ਹੋ ਗਈਆਂ ਹਨ ਕਿ ਲੋਕ ਬੇਵਸ ਹਨ ਅਜਈ ਵਿਵਸਥਾ ਚੋਂ ਹੀ ਬਗਾਵਤਾ ਉਪਜਦੀਆਂ ਹਨ ਪੰਛੀ ਪਾਣੀ ਅੰਦਰ ਨਹੀਂ ਰੱਖੇ ਜਾ ਸਕਦੇ ਮੱਛੀਆਂ ਹਵਾ ਚ ਨਹੀਂ ਰਹਿ ਸਕਦੀਆਂ ਫਿਲਾਸਫਰ ਨੂੰ ਨੱਚਦਿਆਂ ਨਹੀਂ ਕਿਐਸੀਆ ਜਾ ਸਕਦਾ ਏਵੇਂ ਜਿਨ੍ਹਾਂ ਚੀਜ਼ਾਂ ਦਾ ਮੇਲ ਨਹੀਂ ਉਹਨਾਂ ਨੂੰ ਮਿਲਾਉਣ ਦਾ ਯਤਨ ਕਰਨਾ ਸਮੇਂ ਤੇ ਸੋਮਿਆਂ ਦੀ ਕੁਵਰਤੋਂ ਹੋ ਨਿਬੜਦਾ ਹੈ ਆਪਣੀ ਯੋਗਤਾ ਦੇ ਸੰदर्भ ਵਿੱਚ ਜਾਣਨਾ ਬੜਾ ਜ਼ਰੂਰੀ ਹੈ ਕਿ ਕੀ ਮੇਰੀ ਪਹੁੰਚ 'ਚ ਹੈ ਤੇ ਕੀ ਮੇਰੀ ਪਹੁੰਚ 'ਚ ਕਦੇ ਨਹੀਂ ਆ ਸਕਦਾ ਇਸ ਸੋਜੀ ਉਪਰੰਤੀ ਅਸੀਂ ਆਪਣੇ ਯਤਨਾਂ ਨੂੰ ਯੋਗ ਸਹਿਤ ਪ੍ਰਦਾਨ ਕਰ ਸਕਦੇ ਹਾਂ ਯੋਗ ਤੇ ਚੰਗੇ ਬੰਦਿਆਂ ਦੀ ਸੰਗਤ 'ਚ ਚੰਗੀਆਂ ਪੁਸਤਕਾਂ ਦੇ ਸਾਥ 'ਚ ਅਸੀਂ ਛੋਟੇ ਹੋਣ ਦੇ ਬਾਵਜੂਦ ਵੱਡੇ ਸੁਪਨੇ ਵੇਖਣ ਲੱਗ ਪੈਂਦੇ ਹਾਂ ਜਦੋਂ ਕਿਸੇ ਵਿਦਿਆਰਥੀ ਨੂੰ ਆਪਣੇ ਪਸੰਦ ਦੇ ਅਧਿਆਪਕ ਤੋਂ ਸਾਰਿਆਂ ਦੇ ਸਾਹਮਣੇ ਸ਼ਾਬਾਸ਼ ਮਿਲਦੀ ਹੈ ਤਾਂ ਉਹਦਾ ਹੌਸਲਾ ਹੀ ਨਹੀਂ ਉਹਦੀ ਯੋਗਤਾ ਵੀ ਵੱਧ ਜਾਂਦੀ ਹੈ ਤੇ ਉਹਦਾ ਤੇ ਉਸ ਵਿੱਚ ਆਤਮ ਵਿਸ਼ਵਾਸ ਦਾ ਉਪਜਾਇਆ ਸਲੀਕਾ ਆ ਜਾਂਦਾ ਹੈ ਜੇ ਤੁਹਾਡੇ ਕੋਲ ਕਿਸੇ ਨੂੰ ਦੇਣ ਲਈ ਕੁਝ ਵੀ ਨਹੀਂ ਤਾਂ ਵੀ ਸ਼ਾਬਾਸ਼ਤਾ ਦਿੱਤੀ ਜਾ ਸਕਦੀ ਹੈ ਸਲੀਕਾ ਦੂਜਿਆਂ ਨਾਲ ਵਿਹਾਰ ਕਰਨ ਦਾ ਸਾਡਾ ਦ੍ਰਿਸ਼ਟੀਕੋਣ ਹੁੰਦਾ ਹੈ ਸਲੀਕੇ ਵਾਲੇ ਵਿਹਾਰ ਦਾ ਕੋਈ ਅੰਤਮ ਪੜਾ ਨਹੀਂ ਹੁੰਦਾ ਇਹ ਜੀਵਨ ਭਰ ਨਿਰੰਤਰ ਰੂਪ ਚ ਆਪਣੇ ਆਪ ਨੂੰ ਸੁਧਾਰਨ ਮਾਂਜਣ ਸਵਾਰਨ ਤੇ ਵਿਧੇਰੇ ਯੋਗ ਬਣਾਉਣ ਦਾ ਅਮਲ ਹੈ ਜਦੋਂ ਤੁਸੀਂ ਇੱਕ ਪਹਾੜੀ ਚੜਦੇ ਹੋ ਤਾਂ ਚੜ੍ਹ ਕੇ ਪਤਾ ਲੱਗਦਾ ਹੈ ਕਿ ਹੋਰ ਪਹਾੜੀਆਂ ਵੀ ਹਨ ਇਵੇਂ ਹੀ ਸਿਲੀਕੇ ਦੀਆਂ ਨੀਕਾਂ ਪਰਤਾਂ ਤੇ ਪੜਾਉ ਹੁੰਦੀਆਂ ਜਿਵੇਂ ਸੁਹਿਰਦਤਾ ਦੇ ਨਾਮ ਤੋਂ ਬਿਨਾ ਕੋਈ ਪ੍ਰੇਮ ਨਹੀਂ ਨਿਭ ਸਕਦਾ ਇਵੇਂ ਹੀ ਸਿਲੀਕੇ ਪਰ ਜ਼ਿੰਮੇਵਾਰੀ ਦੀ ਭਾਵਨਾ ਤੋਂ ਬਿਨਾ ਨਾ ਕੋਈ ਰਿਸ਼ਤਾ ਉੱਸਰਦਾ ਨਾ ਹੀ ਬਣਿਆ ਰਹਿੰਦਾ नरसन ਦੇ ਵਿਦਵਤਾ ਨਾਲੋਂ ਨਿਮਰਤਾ ਵਧੇਰੇ ਮਹੱਤਵਪੂਰਨ ਗੁਣ ਹੈ ਇਸ ਤੱਥ ਦੀ ਪਛਾਣ ਹੀ ਸਿਆਣਪ ਦਾ ਆਰੰਭ ਹੁੰਦੀ ਹੈ ਇਹ ਸਿਆਣਪ ਅਣਗਾਹੇ ਰਾਹਾਂ ਤੇ ਸਾਡੀ ਪ੍ਰੇਰਨਾ ਬਣਦੀ ਹੈ ਪਿਆਰ ਕਰਨਾ ਅਣਗਾਹੇ ਰਾਹਾਂ ਤੇ ਚੱਲਣ ਦੀ ਸਭ ਤੋਂ ਵਧੇਰੇ ਟੁਕਮੀ ਉਦਾਹਰਣ ਹੈ ਜੇ ਸਾਥ ਪ੍ਰੇਮ ਵਾਲਾ ਸਲੀਕੇ ਵਾਲਾ ਹੋਵੇ ਤਾਂ ਨਰਕ ਸਵਰਗ ਹੋ ਜਾਂਦਾ ਹੈ ਦੁੱਖ ਸੁੱਖ ਹੋ ਜਾਂਦਾ ਹੈ ਇਸ ਯਾਤਰਾ 'ਚ ਪੁਰਸ਼ ਕੋਮਲ ਨਿਮਰ ਤੇ ਇਸਤਰੀ ਉਦਾਰ ਤੇ ਦਲੇਰ ਹੋ ਜਾਂਦੀ ਹੈ। ਦੋਵੇਂ ਪਿਆਰ ਦੀ ਸਲੀਕੇ 'ਚ ਵੱਜ ਜਾਣ ਕਰਕੇ ਇੱਕ ਨਵੀਂ ਭਾਸ਼ਾ, ਸਰੀਰ ਕਰਕਤਾਂ ਦੀ ਭਾਸ਼ਾ ਭਾਸ਼ਾ ਦੇ ਪਿੱਛੇ ਛੁਪੀ ਹੋਈ ਇੱਕ ਹੋਰ ਭਾਸ਼ਾ ਸਿਰਜ ਲੈਂਦੇ ਹਨ। ਏਵੇਂ ਉਹ ਆਪਣੀ ਪਛਾਣ ਦੇ ਨਵੇਂ ਆਧਾਰ ਲੱਭ ਲੈਂਦੇ ਹਨ। ਸਲੀਕੇ ਨਾਲ ਸਾਡੀ ਸ਼ਖਸੀਅਤ ਦੇ ਸਾਰੇ ਪੱਖ ਤੇ ਸਾਰੇ ਰੰਗ ਉੱਗੜ ਪੈਂਦੇ ਹਨ। ਜਿਹੜੇ ਲੋਕ ਆਪਣੀ ਪਛਾਣ ਡਿਗਰੀਆਂ ਅਹੁਦਿਆਂ ਧਨ ਜਾਂ ਜਾਇਦਾਦ ਚ ਲੱਭਦੇ ਹਨ ਉਹ ਕੁਝ ਵੀ ਨਹੀਂ ਲੱਭ ਸਕਣਗੇ ਕੁਰਸੀ ਵਾਲੇ ਤੋਂ ਕੁਰਸੀ ਖੋ ਲਓ ਉਹ ਵਿਚਾਰਾ ਜੇ ਲੱਗਣ ਲੱਗ ਪਏਗਾ ਤੱਕੇ ਨਾਲ ਖੋਈਆਂ ਜਾਂ ਪ੍ਰਾਪਤ ਕੀਤੀਆਂ ਅਵਸਥਾਂ ਤੱਕੇ ਦੀ ਵਾਪਸੀ ਵੇਲੇ ਹੱਥੋਂ ਨਿਕਲ ਜਾਂਦੀਆਂ ਹਨ ਮਹਾਨ ਅਤੇ ਗੰਭੀਰ ਚੀਜ਼ਾਂ ਦਾ ਪਤਨ ਹੌਲੀ-ਹੌਲੀ ਹੁੰਦਾ ਹੈ ਪਰ ਖੋਖਲੀਆਂ ਚੀਜ਼ਾਂ ਦੇ ਰਿਵਾਜ ਜਲਦੀ ਬਦਲ ਜਾਂਦੇ ਹਨ ਸਲੀਕਾ ਵਿਰਸੇ ਵਿੱਚ ਮਿਲਣ ਵਾਲੀ ਕੋਈ ਜਾਇਦਾਦ ਨਹੀਂ ਹੁੰਦਾ ਇਹ ਆਪ ਕਮਾਉਣਾ ਪੈਂਦਾ ਹੈ ਬੁੱਧ ਹੋਇਆ ਸੀ ਉਹਦਾ ਪੁੱਤਰ ਬੁੱਧ ਨਹੀਂ ਹੋਇਆ ਨਾ ਹੀ ਬੁੱਧ ਦਾ ਕੋਈ ਚੇਲਾ ਬੁੱਧ ਹੋਇਆ ਆਪਣੇ ਆਪ ਨੂੰ ਸੁਧਾਰਨ ਦਾ ਨਿਸ਼ਾਨਾ ਬਣਾਏ ਬਿਨਾ ਕੋਈ ਹੰਦਰ ਅਸਾਰ ਪਰਿਵਰਤਨ ਜਾਂ ਸੁਧਾਰ ਨਹੀਂ ਵਾਪਰਦਾ ਸੁਧਾਰਕ ਬਣਨ ਤੋਂ ਪਹਿਲਾਂ ਪਿਆਰੇ ਬਣਨਾ ਜ਼ਰੂਰੀ ਹੈ RAM ਨੇ ਬੁੱਧ ਨੇ ਤੇ ਪਿਆਰੇ ਨਾਨਕ ਨੇ ਇਹੀ ਟੰਗ ਅਪਣਾਇਆ ਸੀ ਸਥਿਤੀ ਦਾ ਵਿਅੰਗ ਹੈ ਜਿਹਨਾਂ ਸਮਾਜਾਂ ਵਿੱਚ ਸੁਧਾਰ ਦੀ ਪਰਿਵਰਤਨ ਦੀ ਸਲੀਕੇ ਤੇ ਚੱਜ ਆਚਾਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉੱਥੇ ਇਹਨਾਂ ਦਾ ਸਭ ਤੋਂ ਵੱਧ ਵਿਰੋਧ ਤੇ ਇਹਨਾਂ ਪ੍ਰਤੀ ਅਣਗਹਿਲੀ ਹੁੰਦੀ ਹੈ ਸਾਂਝੇ ਯਤਨਾਂ ਤੋਂ ਬਿਨਾਂ ਕੋਈ ਸਦੀਵੀ ਤਬਦੀਲੀ ਨਹੀਂ ਆਪਰਦੀ ਅਜੋਕੇ ਸਮਾਜ ਦੀ ਸਮੁੱਚੀ ਸਥਿਤੀ ਮਹੱਤਵਪੂਰਨ ਨੂੰ ਨਿਰਾਰਥਕ ਤੇ ਮੁੱਲਵਾਨ ਨੂੰ ਮੁੱਲਹੀਨ ਬਣਾਉਣ ਵਾਲੀ ਹੈ ਪਰ ਕੋਈ ਵੀ ਸਥਿਤੀ ਸੰਪੂਰਨ ਰੂਪ ਵਿੱਚ ਨਿਰਾਸ਼ਾਜਨਕ ਨਹੀਂ ਹੁੰਦੀ ਹਰ ਸਥਿਤੀ ਨੂੰ ਸਾਰਥਕ ਤੇ ਸ਼ਕਤੀਸ਼ਾਲੀ ਯਤਨਾਂ ਨਾਲ ਮੋੜਾ ਦਿੱਤਾ ਜਾ ਸਕਦਾ ਹੈ। ਨਿਰਸੰਦੇਹ ਸਾਂਝੇ ਪਰਿਵਾਰਕ ਜੀਵਨ ਦੇ ਖੇਰੂ-ਖੇਰੂ ਹੋ ਜਾਣ ਨਾਲ ਸਾਡੇ ਵਿੱਚ ਦੂਜਿਆਂ ਦਾ ਧਿਆਨ ਰੱਖਣ ਦੀ ਯੋਗਤਾ ਘਟਦੀ ਜਾ ਰਹੀ ਹੈ ਤੇ ਮੁਕਾਬਲੇ ਦਾ ਯੁੱਗ ਹੋਣ ਕਾਰਨ ਹਰ ਕੋਈ ਤਿਲਕਣ ਵਾਲੀ ਅਵਸਥਾ ਦਾ ਸ਼ਿਕਾਰ ਹੈ। ਇਸੇ ਕਰਕੇ ਹਿੰਸਾ, ਸਫਲਤਾ ਤੇ ਆਤਮਕਾਤ ਵਧ ਰਹੀ ਹਨ। ਜ਼ਿੰਦਗੀ ਦੀ ਪਰਵਾਸ ਮੁਕ ਜਾਣ ਕਾਰਨ ਅਸੀਂ ਜਦੋਂ ਅਸੀਂ ਅਸਫਲ ਹੁੰਦੇ ਜਾਂ ਹਾਰ ਜਾਂਦੇ ਆ ਤਾਂ ਸਾਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਸਾਰਾ ਜ਼ਮਾਨਾ ਹੀ ਸਾਡਾ ਵਿਰੋਧੀ ਹੋ ਗਿਆ ਹੋਵੇ ਅਸਫਲਤਾਵਾਂ ਤੇ ਹਾਰਾਂ ਸਦਾ ਜ਼ਿੰਦਗੀ ਦਾ ਇੱਕ ਭਾਗ ਰਹਿਣਗੀਆਂ ਲੋੜ ਇਹਨਾਂ ਵਿੱਚ ਛੁਪੀ ਸਬਕਾਂ ਨੂੰ ਸਿੱਖਣ ਦੀ ਹੈ ਸਫਲ ਹੋਣ ਦੀ ਕਾੰਚ ਤੇ ਪਹਿਲੇ ਹੀ ਯਤਨ 'ਚ ਸਫਲ ਹੋਣ ਦੀ ਲਾਲਸਾ ਕਾਰਨ ਅਸੀਂ ਆਪਣੇ ਆਲੇ ਦੁਆਲੇ ਅਸਫਲਤਾ ਦਾ ਇੱਕ ਸੰਗਣਾ ਵਾਤਾਵਰਨ ਸਿਰਜ ਲੈਂਦੇ ਹਾਂ ਅਸੀਂ ਆਪ ਸਫਲ ਹੋਣਾ ਚਾਹੁੰਦੇ ਨਾਲ ਨਾਲ ਇਹ ਵੀ ਚਾਹੁੰਦੇ ਆ ਕਿ ਦੂਜੇ ਅਸਫਲ ਵੀ ਹੋਣ ਜਦੋਂ ਐਵੇਂ ਨਹੀਂ ਹੁੰਦਾ ਤਾਂ ਸਾਨੂੰ ਆਪਣੇ ਅਸਫਲ ਹੋਣ ਤੇ ਦੂਜਿਆਂ ਦੇ ਸਫਲ ਹੋਣ ਕਾਰਨ ਦੂਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੱਕ ਅਸੀਂ ਸਾਰਿਆਂ ਦੀ ਸਫਲਤਾ ਦਾ ਵਾਤਾਵਰਨ ਨਹੀਂ ਸਿਰਜਦੇ ਸਾਡੀ ਸਫਲਤਾ ਵੀ ਸੰਭਵ ਨਹੀਂ ਹੋਏਗੀ ਜਦੋਂ ਅਸੀਂ ਆਪਣੀਆਂ ਸਫਲਤਾ ਵਿੱਚ ਛੁਪਿਆ ਸਬਕ ਸਿੱਖ ਲੈਂਦੇ ਆ ਤਾਂ ਅਸੀਂ ਉਸ ਅਸਫਲਤਾ ਤੋਂ ਮੁਕਤ ਹੋ ਜਾਂਦੇ ਆ ਉਸ ਰਸਤੇ ਤੋਂ ਅਸੀਂ ਆਜ਼ਾਦ ਹੋ ਜਾਂਦੇ ਆ ਜਦੋਂ ਅਸੀਂ ਕਿਸੇ ਚੰਗੀ ਚੀਜ਼ ਦਾ ਵਿਰੋਧ ਕਰਦੇ ਆ ਤਾਂ ਅਸੀਂ ਉਸ ਚੀਜ਼ ਨੂੰ ਕਮਜ਼ੋਰ ਨਹੀਂ ਸਗੋਂ ਸ਼ਕਤੀਸ਼ਾਲੀ ਬਣਾ ਦਿੰਦੇ ਆ ਜਿਵੇਂ ਦਰਿਆ ਦੇ ਵਹਿਣ ਵਿੱਚ ਸੁੱਟਿਆ ਪੱਥਰ ਪਾਣੀ ਦਾ ਵੇਗ ਤੇ ਰਫ਼ਤਾਰ ਵਧਾ ਦਿੰਦਾ ਹੈ ਜਦੋਂ ਅਸੀਂ ਕਿਸੇ ਨਾਲ ਨਫ਼ਰਤ ਕਰਦੇ ਆ ਜਾਂ ਉਹਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਆ ਜਾਂ ਉਹਨੂੰ ਸਬਕ ਸਿਖਾਉਣ ਦੀ ਗੱਲ ਕਰਦੇ ਆ ਤਾਂ ਅਸੀਂ ਉਸ ਨਾਲ ਵੱਜ ਜਾਂਦੇ ਆ ਦੇ ਬੱਝੇ ਰਹਿੰਦੇ ਆ ਉਸ ਪ੍ਰਤੀ ਸਦ ਭਾਵਨਾ ਵਿਖਾ ਕੇ ਸਮੱਸਿਆ ਨੂੰ ਉਹਦੇ ਦ੍ਰਿਸ਼ਟੀਕੋਣ ਤੋਂ ਸੋਚ ਕੇ ਅਸੀਂ ਆਜ਼ਾਦ ਹੋ ਸਕਦੇ ਆ ਚੀਜ਼ਾਂ ਉਹਦੋਂ ਹੀ ਠੀਕ ਹੁੰਦੀਆਂ ਹਨ ਜਦੋਂ ਇਕੱਲੀਆਂ ਨਹੀਂ ਸਗੋ ਇਕੱਠੀਆਂ ਹਿਲਜੁਲ ਕਰਦੀਆਂ ਹਨ ਕਿਸੇ ਮਸ਼ੀਨ ਦੇ ਵੱਖ-ਵੱਖ ਪੁਰਜ਼ੇ ਸਰੀਰ ਦੇ ਵੱਖ-ਵੱਖ ਅੰਗ ਜਦੋਂ ਤੱਕ ਇੱਕ ਸੁਰਨਾ ਹੋ ਉਹ ਠੀਕ ਤੇ ਤੰਦਰੁਸਤ ਹੋਣ ਦਾ ਪ੍ਰਮਾਣ ਨਹੀਂ ਦਿੰਦੇ ਦੂਜਿਆਂ ਤੋਂ ਬਿਨਾਂ ਸਾਡਾ ਆਪਣਾ ਕੋਈ ਮਹੱਤਵ ਨਹੀਂ ਹੁੰਦਾ ਦੁਨੀਆ ਦੀਆਂ ਕਈਆਂ ਹੋਈਆਂ ਗੱਲਾਂ ਦੇ ਆਧਾਰ ਤੇ ਹੀ ਅਸੀਂ ਆਪਣੇ ਆਪ ਨੂੰ ਜਾਣਦੇ ਆ ਜਦੋਂ ਅਸੀਂ ਕਿਸੇ ਬਾਰੇ ਕੁਝ ਕਹਿੰਦੇ ਆ ਤਾਂ ਆਪਣੇ ਆਪ ਬਾਰੇ ਵੀ ਅਸੀਂ ਬੜਾ ਕੁਝ ਦੱਸ ਜਾਂਦੇ ਆ ਹਰੇਕ ਗੱਲ ਨੂੰ ਅਤ ਗੰਭੀਰਤਾ ਨਾਲ ਲੈਣਾ ਵੀ ਇੱਕ ਪ੍ਰਕਾਰ ਦਾ ਰੋਗ ਹੈ ਕਿਉਂਕਿ ਹਾਸਾ ਹੱਸਣਾ ਤੇ ਹਸੋਣਾ ਦੁਨੀਆ ਦੀਆਂ ਦੁਸ਼ਵਾਰੀਆਂ ਨੂੰ ਬਰਦਾਸ਼ਤ ਕਰਨ ਦੀਆਂ ਢਾਲਾਂ ਹਨ ਇਹਨਾਂ ਢਾਲਾਂ ਨੂੰ ਖੁੰਡਾ ਨਹੀਂ ਹੋਣ ਦੇਣਾ ਚਾਹੀਦਾ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੁੰਦਾ ਕਿ ਲੋਕ ਸਾਡੇ ਬਾਰੇ ਕੀ ਕਹਿੰਦੇ ਹਨ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਉਹ ਕਿਵੇਂ ਕਹਿੰਦੇ ਹਨ ਸੋ ਕਿਸੇ ਬਾਰੇ ਆਪਣੀ ਰਾਏ ਦੇਣ ਜਾਂ ਕਹਿਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਸਲੀਕੇ ਦੀ ਯਾਤਰਾ ਬੜੀ ਲੰਮੀ ਹੈ ਇਸ ਨੂੰ ਝਟਪਟ ਮੁਕਾਉਣ ਨਾਲ ਸਾਡਾ ਸਮੁੱਚਾ ਵਿਹਾਰ ਬਨਾਵਟੀ ਹੋ ਜਾਏਗਾ ਸਲੀਕੇ ਨੂੰ ਅਪਣਾਉਣ ਦੀ ਤੰਗ ਹੋਣੀ ਚਾਹੀਦੀ ਹੈ ਇਸ ਮੱਠੇ-ਮੱਠੇ ਸੇਕ ਨਾਲ ਇਹ ਮੱਠੇ-ਮੱਠੇ ਸੇਕ ਨਾਲ ਰਿੱਝਣ ਵਾਲਾ ਤਕਵਾਣਾ ਇਹ ਅਸੰਭਵ ਹੈ ਕਿ ਕੋਈ ਹਨੇਰੇ 'ਚ ਹੋਵੇ ਤੇ ਪ੍ਰਕਾਸ਼ ਦੀ ਤੰਗ ਨਾ ਕਰੇ ਇਹ ਵੀ ਅਸੰਭਵ ਹੈ ਕਿ ਕਿਸੇ ਨੂੰ ਭੁੱਖ ਲੱਗੀ ਹੋਵੇ ਤੇ ਭੋਜਨ ਦੀ ਇੱਛਾ ਨਾ ਕਰੇ ਇਹ ਤਾਂ ਹੀ ਇਹ ਤਾਂ ਹੈ ਹੀ ਅਸੰਭਵ ਕਿ ਕੋਈ ਚੰਗੀਰਾ ਇਨਸਾਨ ਬਣਨਾ ਚਾਹੇ ਤੇ ਉਹ ਸਲੀਕੇ ਤੇ ਚਾਜਾਚਾਰ ਪ੍ਰਤੀ ਸੁਚੇਤ ਨਾ ਹੋਵੇ ਸਕੂਲ ਚੰਗੇ ਮਾੜੇ ਨਹੀਂ ਹੁੰਦੇ ਜਿੱਥੇ ਸਲੀਕੇ ਵਾਲੇ ਵਿਦਿਆਰਥੀ ਪੜ੍ਹਦੇ ਹਨ ਉਹ ਸਕੂਲ ਚੰਗੇ ਖਵਾਉਣ ਲੱਗ ਪੈਂਦੇ ਹਨ ਇਵੇਂ ਸਮਾਜ ਚੰਗੇ ਮਾੜੇ ਜਾਂ ਅਮੀਰ ਗਰੀਬ ਨਹੀਂ ਹੁੰਦੇ ਸਲੀਕੇ ਵਾਲੇ ਸੰਤੁਸ਼ਟ ਮਿਹਨਤੀ ਤੇ ਗਿਆਨ ਨਾਲ ਪਰnai ਲੋਕਾਂ ਵਾਲੇ ਸਮਾਜ ਸੋਹਣੇ ਬਹਾਦਰ ਤੇ ਖੁਸ਼ਹਾਲ ਹੋਨੇ ਬੜਦੇ ਹਨ ਧੰਨਵਾਦ ਲੇਖ ਨਫ਼ਰਤ ਇਹ ਫੈਲਦੀ ਪਰਛਾਈ ਨਿੰਦਾ ਵਾਂਗ ਨਫ਼ਰਤ ਨੂੰ ਪਸੰਦ ਕੋਈ ਨਹੀਂ ਕਰਦਾ ਪਰ ਨਿੰਦਾ ਵਾਂਗੀ ਨਫ਼ਰਤ ਕਰਨ ਨੂੰ ਮਾਣਦੇ ਸਾਰੇ ਹਨ ਜਿਵੇਂ ਉਧਾਰ ਦਾ ਆਨੰਦ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਉਹ ਤਾਨ ਨਾ ਕੀਤਾ ਜਾਏ ਐਵੇਂ ਨਫ਼ਰਤ ਦਾ ਸਵਾਦ ਉਦੋਂ ਤੱਕ ਹੁੰਦਾ ਜਦੋਂ ਤੱਕ ਅਸੀਂ ਆਪ ਦੂਜਿਆਂ ਦੀ ਨਫ਼ਰਤ ਦਾ ਨਿਸ਼ਾਨਾ ਨਹੀਂ ਬਣ ਜਾਂਦੇ ਕਿਸੇ ਨੂੰ ਨਫ਼ਰਤ ਕਰਨਾ ਉਵੇਂ ਹੀ ਹੈ ਜਿਵੇਂ ਜ਼ਹਿਰ ਅਸੀਂ ਪੀ ਲਈਏ ਤੇ ਉਡੀਕ ਆਪਣੇ ਦੁਸ਼ਮਣ ਦੇ ਮਰਨ ਦੀ ਕਰੀਏ ਮਨੁੱਖ ਦੀ ਆਦਤ ਹੈ ਦੂਜਿਆਂ ਨੂੰ ਗੁਲਾਮ ਬਣਾਉਣਾ ਦੂਜਿਆਂ ਨੂੰ ਛੋਟਾ ਸਾਬਤ ਕਰਕੇ ਆਪਣੇ ਵੱਡੇ ਹੋਣ ਦਾ ਭਰਮ ਪਾਲਣਾ ਜਬਰ ਬਾਦਸ਼ਾਹ ਵਿਦੇਸ਼ੀ ਹਾਕਮ ਤੇ ਜ਼ਾਲਮ ਪਿਤਾ ਵਿੱਚ ਅੰਤਰ ਕੇਵਲ ਗੁਲਾਮਾਂ ਦੀ ਗਿਣਤੀ ਦਾ ਹੀ ਹੁੰਦਾ ਹੈ ਭਾਵੇਂ ਕੋਈ ਕਿੰਨਾ ਵੀ ਸਿਆਣਾ ਹੋਵੇ ਉਹ ਕਿਸੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ ਮੂਰਖ ਤੇ ਬੇਵਕੂਫ ਅਵਸ਼ੰਦਾ ਕੋਈ ਕਿੰਨਾ ਵੀ ਸਾਊ ਸਿੱਧਾ ਤੇ ਇਮਾਨਦਾਰ ਹੋਵੇ ਕੋਈ ਨਾ ਕੋਈ ਉਹਨੂੰ ਆਪਣੇ ਰਸਤੇ ਦੀ ਰੁਕਾਵਟ ਸਮਝਦਾ ਹੈ ਤੇ ਨਫ਼ਰਤ ਕਰਦਾ ਹੈ ਜਿਉਂ-ਜਿਉਂ ਮੁਕਾਬਲੇ ਦੀ ਬਿਰਤੀ ਵਧ ਰਹੀ ਹੈ ਤੇ ਹੌਲੀ-ਹੌਲੀ ਮਨੁੱਖੀ ਸਬੰਧਾਂ ਤੇ ਰਿਸ਼ਤਿਆਂ ਵਿੱਚੋਂ ਧੁੱਪ ਮਿਟਦੀ ਜਾ ਰਹੀ ਹੈ ਅਤੇ ਠੰਡ ਤਣਾ ਵਿਰੋਧ ਤੇ ਨਫ਼ਰਤ ਵਧ ਰਹੀ ਹੈ ਜੋ ਕੁਝ ਅਸੀਂ ਦੂਜਿਆਂ ਦੀ ਪਿੱਠ ਪਿੱਛੇ ਕਹਿਣ ਲੱਗ ਪਈਆਂ ਜੋ ਸਭ ਕੁਝ ਉਹਨਾਂ ਦੇ ਸਾਹਮਣੇ ਕਹਿਣ ਲੱਗ ਪਈਏ ਤਾਂ ਸਾਰੇ ਰਿਸ਼ਤੇਆਂ ਤੇ ਸਮਾਜ ਦੀ ਹੋਣ ਦੀ ਮਿੱਟ ਚਾਏਗੀ ਅਸੀਂ ਮੂੰਹ ਫੱਟ ਹੋ ਕੇ ਲੰਮੀ ਗੱਲਬਾਤ ਨਹੀਂ ਕਰ ਸਕਦੇ ਤੇ ਨਾ ਹੀ ਕਿਸੇ ਨਾਲ ਕੋਈ ਸੁਖਾਂਵਾਂ ਰਿਸ਼ਤਾ ਉਸਾਰ ਸਕਦੇ ਆ ਪੈ ਬੇਯਕੀਨੀ ਜ਼ਿੰਦਗੀ ਵਿੱਚ ਦਿਲਚਸਪੀ ਦੀ ਘਾਟ ਇਕਲਤਾ ਸਫਲਤਾ ਜੀਵਨ ਤੇ ਪਕੜਦਾ ਢਿੱਲਾ ਪੈਣਾ ਆਦ ਕਾਰਨ ਕਰਕੇ ਸਮਾਜ ਵਿੱਚ ਨਫ਼ਰਤ ਉਪਜਦੀ ਹੈ ਸਾਡੀ ਨਫ਼ਰਤ ਦਾ ਇੱਕ ਕਾਰਣੀ ਵੀ ਹੁੰਦਾ ਹੈ ਕਿ ਅਸੀਂ ਦੂਜਿਆਂ ਦੀਆਂ ਖੁਸ਼ੀਆਂ ਤੇ ਸੁੱਖਾਂ ਨੂੰ ਵਿਧਾ ਚੜਾ ਕੇ ਵੇਖਦੇ ਹਾਂ ਤੇ ਹਰ ਕੋਈ ਆਪਣੇ ਆਪਣੇ ਛੋਟੇਪਣ ਵਿੱਚ ਲੁਕਿਆ ਹੋਇਆ ਹੈ ਹਰ ਕੋਈ ਆਪਣੇ ਆਪਣੇ ਲਾਲਚ ਤੇ ਲੋਕ ਦੀਆਂ ਰस्सੀਆਂ ਨਾਲ ਕੱਸਿਆ ਗਿਆ ਹੈ ਅੰਧਵਿਸ਼ਵਾਸ ਪਰਮਪੁਲੀਖੇ ਪੱਖਪਾਤ ਅਤੇ ਨਫ਼ਰਤ ਦੇ ਜਜ਼ਬੇ ਤਰਕ ਤੇ ਆਧਾਰਤ ਨਹੀਂ ਹੁੰਦੇ ਇਸੇ ਲਈ ਤਰਕ ਨਾਲ ਨਾ ਇਹਨਾਂ ਨੂੰ ਸਮਝਿਆ ਜਾ ਸਕਦਾ ਹੈ ਨਾ ਹੀ ਤਰਕ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਪਿਆਰ ਸਵੀਕਾਰਨ ਵਾਲਾ ਰਸਤਾ ਹੈ ਨਫ਼ਰਤ ਨਕਰਨ ਵਾਲਾ ਰਸਤਾ ਹੈ ਦੋਵੇਂ ਰਸਤਿਆਂ ਦੀਆਂ ਦਿਸ਼ਾਵਾਂ ਵੱਖਰੀਆਂ ਹਨ ਜਿਉਣਾ ਇੱਕ ਉਸਾਰੂ ਕਰਮ ਹੈ ਨਫ਼ਰਤ ਵਿੱਚ ਜਿਉਂਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ ਇਸੇ ਨੂੰ ਲਗਾਤਾਰ ਨਕਾਰਦੇ ਰਹਿਣ ਲਈ ਇੰਨੀ ਸ਼ਕਤੀ ਲੁੜਿੰਦੀ ਹੈ ਕਿਉਂਕਿ ਇੱਕ ਭਾਰੀ ਮਜ਼ਬੂਤ ਲੱਕੜੀ ਲੰਮਾ عرصਸ ਧੁੱਕ ਸਕਦੀ ਹੈ ਨਫ਼ਰਤ ਮਨੁੱਖ ਦੀ ਵਿਨਾਸ਼ ਸ਼ਕਤੀ ਦਾ ਪ੍ਰਗਟਾਵਾ ਹੈ ਸਧਾਰਨ ਹਾਲਤਾਂ ਵਿੱਚ ਨਫ਼ਰਤ ਨਾਲ ਦ੍ਰਿਸ਼ਟੀ ਥਿੜਕ ਜਾਂਦੀ ਹੈ ਜਿਹੜੇ ਲੋਕ ਪੀੜੀ ਦਰ ਪੀੜੀ ਆਰਥਿਕ ਤੰਗੀਆਂ ਦਾ ਸ਼ਿਕਾਰ ਰਹਿੰਦੇ ਹਨ ਉਹ ਜੀਵਨ ਦੇ ਹਰ ਪੜਾ ਤੇ ਇੰਨੇ અપਮਾਨ ਤੇ ਜ਼ਲੀਲ ਹੋ ਚੁੱਕੇ ਹੁੰਦੇ ਹਨ ਕਿ ਉਹਨਾਂ ਵਿੱਚ ਕੋਮਲ ਭਾਵਨਾਵਾਂ ਮਰ ਜਾਂਦੀਆਂ ਹਨ ਉਹਨਾਂ ਦੇ ਮਨਾਂ 'ਚ ਇੰਨੀ ਨਫ਼ਰਤ ਹੁੰਦੀ ਹੈ ਕਿ ਉਹਨਾਂ ਦੀ ਬੋਲੀ ਬੜੀ ਕ੍ਰਕਤ ਹੋ ਜਾਂਦੀ ਹੈ ਉਹ ਕੋਈ ਵੀ ਭੈੜਾ ਕੰਮ ਬਿਨਾਂ ਕਿਸੇ ਤਨਾ ਜਾਂ ਬੂਝ ਦੇ ਕਰ ਸਕਦੇ ਹਨ ਇਸੇ ਲਈ ਸਾਡੇ ਸਮਾਜ ਵਿੱਚ ਹਿੰਸਾ ਦਾ ਕੰਮ ਅਜੇ ਲੋਕਾਂ ਤੋਂ ਹੀ ਕਰਵਾਇਆ ਜਾਂਦਾ ਹੈ ਧਰਮ ਨੇ ਅਮੀਰਾਂ ਨੂੰ ਇੰਨਾ ਅਪਮਾਨਿਤ ਹੋਏ ਗਰੀਬਾਂ ਦੇ ਹੱਥੋਂ ਮਾਰੇ ਜਾਣ ਤੋਂ ਬਚਾ ਹੀ ਰੱਖਿਆ ਹੈ ਦਰਮ ਨੇ ਅਮੀਰਾਂ ਨੂੰ ਇਹਨਾਂ અપਮਾਨਤ ਹੋਏ ਗਰੀਬਾਂ ਦੇ ਹੱਥੋਂ ਮਾਰੇ ਜਾਣ ਤੋਂ ਬਚਾਈ ਰੱਖਿਆ ਹੈ। ਨਫ਼ਰਤ ਕਾਰਨ ਮਨੁੱਖ ਬਦਲਾ ਲੈਣ ਦਾ ਨਿਰੰਤਰ ਯਤਨ ਕਰਦਾ ਰਹਿੰਦਾ ਹੈ। ਸੋ ਇੰਜ ਲੱਗਣ ਲੱਗ ਪੈਂਦਾ ਜਿਵੇਂ ਬਦਲਾ ਲੈਣਾ ਮਨੁੱਖੀ ਫਿਤਰਤ ਹੈ। ਇੱਥੇ ਵਸਨੀ ਬਦਲਾ ਲੈਣ ਨੂੰ ਮਨੁੱਖ ਨੇ ਮਰਦਾਨਗੀ ਦਾ ਪ੍ਰਮਾਣ ਬਣਾ ਲਿਆ ਹੈ। ਪਿਆਰ, ਸਤਿਕਾਰ, ਸਨੇਹ ਤੇ ਸਹਿਯੋਗ ਦੇ ਸੋਮੇ ਸੁਖ ਦੇ ਜਾ ਰਹੇ ਹਨ। ਇਹ ਹੀ ਕਾਰਨ ਹੈ ਕਿ ਹੁਣ ਸਾਡੇ ਜੀਵਨ ਵਿੱਚ ਕਿਸੇ ਦੀ ਪ੍ਰਸ਼ੰਸਾ ਕਰਨ ਦੇ ਅਵਸਰ ਤੇ ਸੰਭਾਵਨਾਵਾਂ ਸੁੰਗੜਦੀਆਂ ਜਾ ਰਹੀਆਂ ਹਨ ਹੁਣ ਸਾਡੇ ਜੀਵਨ ਵਿੱਚ ਮੇਹਰਾਂ ਦੀ ਬਰਸਾਤ ਨਹੀਂ ਹੁੰਦੀ ਸਾਡੀਆਂ ਕਮਾਈਆਂ 'ਚ ਹੁਣ ਬਰਕਤ ਨਹੀਂ ਰਹੀ ਹੁਣ ਤਾਂ ਦਰਖਤ ਪੰਛੀਆਂ ਤੋਂ ਆਲਣੇ ਦਾ ਕਿਰਾਇਆ ਮੰਗਣ ਲੱਗ ਪਏ ਹਨ ਹੁਣ ਹਰ ਕਿਸੇ ਕੋਲ ਨਫ਼ਰਤ ਕਰਨ ਲਈ ਅਨੇਕਾਂ ਵਿਅਕਤੀ ਹਨ ਕਈ ਹਨ ਜਿਨ੍ਹਾਂ ਦੀ ਯਾਦ ਹੁਣ ਘਰਾਂ ਦਾ ਘਰ ਦਾ ਕੂੜਾ ਕਰਕਟ ਸਾਫ਼ ਕਰਦਿਆਂ ਹੀ ਆਉਂਦੀ ਹੈ ਅਨੇਕਾਂ ਹਨ ਜਿਨ੍ਹਾਂ ਨੂੰ ਵੇਖਣ ਉਪਰੰਤ ਸਾਡੀਆਂ ਅੱਖਾਂ ਦੁਖਦੀਆਂ ਰਹਿੰਦੀਆਂ ਹਨ ਤੇ ਹੋਣਗੇ ਜਨਾਂ ਨਾਲ ਗੱਲਬਾਤ ਕਰਨ ਉਪਰੰਤ ਤੁਹਾਡੀ ਇੱਛਾ ਹੋਏਗੀ ਕਿ ਕਿਸੇ ਜਾਨਵਰ ਨੂੰ ਥਪਕੀ ਦੇਈਏ ਕਿਸੇ ਬਾਂਦਰ ਨਾਲ ਮੁਸਕਰਾਈਏ ਤੇ ਕਿਸੇ ਊਠ ਅੱਗੇ ਸਤਿਕਾਰ ਨਾਲ ਸਿਰ ਚੁਕਾਈਏ ਹੁਣ ਅਕਸਰ ਤੁਹਾਡੇ ਨਾਲ ਇਵੇਂ ਵਾਪਰੇਗਾ ਕਿ ਜਦੋਂ ਤੁਸੀਂ ਕਿਸੇ ਮੂਰਖ ਨੂੰ ਭੁੰਨਿਆ ਮੁਰਗਾ ਖਾਂਦੇ ਦੇਖੋਗੇ ਤਾਂ ਤੁਹਾਡੇ ਦਿਲ ਵਿੱਚੋਂ ચીਸ ਉੱਠੇਗੀ ਕਿ ਇੱਕ ਵਿਦਵਾਨ ਭੁੰਨਿਆ ਗਿਆ ਹੈ ਨਿਰਸੰਦੇ ਅਸੀਂ ਦੁਨੀਆ ਦੇ ਲੋਕਾਂ ਨੂੰ ਨਲਾਇਕ ਬੇਵਕੂਫ ਤੇ ਮੂਰਖ ਸਿੱਧ ਕਰਦੇ ਹਾਂ ਪਰ ਜਦੋਂ ਸਾਡੀ ਪ੍ਰਸ਼ੰਸਾ ਕਰਦੇ ਹਨ ਤਾਂ ਨਿਰਸੰਦੇ ਅਸੀਂ ਉਹਨਾਂ ਨੂੰ ਸਿਆਣੇ ਸਮਝਣ ਲੱਗ ਪੈਂਦੇ ਹਾਂ ਹੁਣ ਅਸੀਂ ਉਹਨਾਂ ਬਾਰੇ ਹੀ ਚੰਗੀ رائے ਬਣਾਉਂਦੇ ਹਾਂ ਜਿਹੜੀ ਹਰ ਥਾਂ ਤੇ ਹਰ ਹਾਲਤ ਵਿੱਚ ਸਾਡੇ ਨਾਲ ਸਹਿਮਤ ਹੋਣ ਨਫ਼ਰਤ ਵਿੱਚ ਹੰਕਾਰ ਦਾ ਰਸ ਹੁੰਦਾ ਹੈ ਨਫ਼ਰਤ ਤੇ ਹੰਕਾਰ ਨਾਲ ਪਰੇ ਹੋਈ ਲੋਕ ਦੂਜਿਆਂ ਦੇ ਸਵੈਮਾਨ ਨੂੰ ਨਫ਼ਰਤ ਨਾਲ ਘੂਰਦੇ ਜਿਵੇਂ ਸੰਤ ਕਿਸੇ ਦੂਜੇ ਸੰਤ ਦੀ ਮਹਿਮਾ ਨਹੀਂ ਸੁਣ ਸਕਦਾ ਜਿਵੇਂ ਇੱਕ ਰਾਜਸੀ ਆਗੂ ਕਿਸੇ ਹੋਰ ਰਾਜਸੀ ਆਗੂ ਦੇ ਗੁਣ ਨਹੀਂ ਚਿਤਲ ਸਕਦਾ ਓਵੇਂ ਇੱਕ ਨਫ਼ਰਤੀ ਵਰਤੀ ਵਾਲਾ ਵਿਅਕਤੀ ਇਹ ਕਦੀ ਨਹੀਂ ਸਹਾਰਦਾ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਫ਼ਰਤ ਕਰਨ ਵਿੱਚ ਕੋਈ ਹੋਰ ਉਸ ਤੋਂ ਅੱਗੇ ਲੰਘ ਜਾਏ ਦੁਸ਼ਮਣ ਦੀ লাশ ਵਿੱਚੋਂ ਬੂ ਨਹੀਂ ਆਉਂਦੀ ਜਿਸ ਵਿਅਕਤੀ ਨੂੰ ਜ਼ਿੰਦਗੀ ਦੀਆਂ ਸਧਾਰਨ ਤਸੱਲੀਆਂ ਤੇ ਖੁਸ਼ੀਆਂ ਨਹੀਂ ਮਿਲੀਆਂ ਹੁੰਦੀਆਂ ਉਹ ਦੂਜਿਆਂ ਨੂੰ ਆਪਣੀਆਂ ਘਾਟਾਂ ਦਾ ਦੋਸ਼ੀ ਮਿੱਥ ਕੇ ਨਫਰਤ ਕਰਨ ਦੀ ਤਸੱਲੀ ਲੱਭਣ ਲੱਗ ਪੈਂਦਾ ਹੈ। ਮਨੁੱਖ ਦਾ ਪ੍ਰਮੁੱਖ ਉਦੇਸ਼ ਪ੍ਰਸੰਨ ਹੋਣਾ ਹੁੰਦਾ ਹੈ ਪਰ ਉਹ ਇਹ ਵੀ ਸਹਿ ਨਹੀਂ ਕਰ ਸਕਦਾ ਕਿ ਕੋਈ ਹੋਰ ਉਸ ਤੋਂ ਵਧੇਰੇ ਪ੍ਰਸੰਨ ਹੋ ਜਾਵੇ। ਦੁਰਘਟਨਾ ਤੋਂ ਪ੍ਰਕਾਰ ਦੀ ਹੁੰਦੀ ਹੈ। ਤੁਹਾਡੇ ਨਾਲ ਵਾਪਰੀ ਮਾੜੀ ਘਟਨਾ ਤੇ ਤੁਹਾਡੇ ਗੁਆਂਢੀ ਨਾਲ ਵਾਪਰੀ ਚੰਗੀ ਘਟਨਾ। ਚੋਣਾ ਵਿੱਚ ਬਹੁਤਿਆਂ ਦਾ ਉਦੇਸ਼ ਆਪ ਜਿੱਤਣਾ ਨਹੀਂ ਹੁੰਦਾ ਦੂਜਿਆਂ ਨੂੰ ਹਰਾਉਣਾ ਹੁੰਦਾ। ਸਮਾਜਿਕ ਖੇਤਰ ਵਿੱਚ ਜਦੋਂ ਕਿਸੇ ਪੁਰਸ਼ ਦੇ ਕਿਸੇ ਇਸਤਰੀ ਨਾਲ ਸਬੰਧ ਸੁਖਾਵੇਂ ਨਾ ਰਹਿਣ ਤਾਂ ਉਹਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਇਹ ਤਾਂ ਬੁੱਢੀ ਹੁੰਦੀ ਜਾ ਰਹੀ ਹੈ ਜੇ ਇਸਤਰੀ ਸੋਚਦੀ ਹੈ ਕਿ ਚੰਗਾ ਹੋਇਆ ਕਿਹੜਾ ਛੁੱਟਿਆ ਨਹੀਂ ਤਾਂ ਜੀਵਨ ਭਰ ਦਾ ਰੋਗ ਲੱਗ ਜਾਣਾ ਸੀ ਨਿਰਸੰਦੇਹ ਨਫ਼ਰਤੀ ਦ੍ਰਿਸ਼ਟੀ ਹਰ ਚੀਜ਼ ਨੂੰ ਕ੍ਰੂਪ ਕੋਜੀ ਬਦਸੂਰਤਨੀਵੀਂ ਬਣਾਉਂਦੀ ਚਲੀ ਜਾਂਦੀ ਹੈ ਨਫ਼ਰਤ ਦੀ ਅੱਗ ਸੌਖਿਆ ਨਹੀਂ ਬੁਝਦੀ ਨਫ਼ਰਤ ਮਨੁੱਖ ਨੂੰ ਸੰਘੇੜਦੀ ਹੈ ਤੰਗ ਕਰਦੀ ਹੈ ਹੰਕਾਰ ਚ ਬੰਨ ਦਿੰਦੀ ਹੈ ਜਦੋਂ ਕਿ ਸ਼ਰਦਾ ਫੈਲਾਉਂਦੀ ਹੈ ਉੱਚਾ ਚੁੱਕਦੀ ਹੈ ਬੰਧਨ ਤੋੜਦੀ ਹੈ ਹਰ ਚੀਜ਼ ਨੂੰ ਦੂਜੀ ਨਾਲ ਜੋੜਦੀ ਹੈ ਸ਼ਰਦਾਵਾਨ ਲੋਕਾਂ ਲਈ ਧਰਤੀ ਸੂਰਜ ਦੁਆਲੇ ਸ਼ਰਦਾ ਨਾਲ ਪ੍ਰਕਰਮਾ ਕਰਦੀ ਪ੍ਰਤੀਤ ਹੁੰਦੀ ਹੈ ਪੰਛੀਆਂ ਦੀਆਂ ਆਵਾਜ਼ਾਂ ਵਿੱਚੋਂ ਕੀਰਤਨ ਸੁਣਾਈ ਦਿੰਦਾ ਪਰ ਨਫ਼ਰਤ ਵਾਲੇ ਵਿਅਕਤੀ ਨੂੰ ਪੰਛੀਆਂ ਦੀਆਂ ਆਵਾਜ਼ਾਂ ਚੀਕ ਚਿਹੜਾਈ ਪ੍ਰਤੀਤ ਹੁੰਦੀਆਂ ਹਨ ਫੁੱਲ ਲਗਾਉਣ ਵਾਲਿਆਂ ਦੀ ਗਿਣਤੀ ਸਦਾ ਹੀ ਘਟ ਤੇ ਤੋੜਨ ਵਾਲਿਆਂ ਦੀ ਸਦਾ ਵਧੇਰੀ ਹੁੰਦੀ ਹੈ ਜਪਾਨੀ ਬਾਗਾਂ 'ਚ ਲਿਖਿਆ ਹੁੰਦਾ ਹੈ ਫੁੱਲਾਂ ਨੂੰ ਤੁਹਾਡੀ ਉਡੀਕ ਰਹਿੰਦੀ ਹੈ ਫਰਾਂਸੀਸੀ ਬਾਗਾਂ 'ਚ ਲਿਖਿਆ ਮਿਲਦਾ ਹੈ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਹਨ ਉਹ ਫੁੱਲ ਨਹੀਂ ਤੋੜਦੇ ਅਫਗਾਨੀ ਬਾਗਾਂ 'ਚ ਬੋਰਡ ਲੱਗੇ ਹੁੰਦੇ ਹਨ ਇੱਥੇ ਫੁੱਲ ਉਗਾਉਣਾ ਮਨਾ ਹੈ ਬੜੀ ਅਜੀਬ ਗੱਲ ਹੈ ਕਿ ਸੰਸਾਰ ਵਿੱਚ ਨਫ਼ਰਤ ਕਰਨ ਵਾਲੇ ਹੀ ਜੀਵਨ ਵਿੱਚ ਪਿਆਰ ਦੀ ਘਾਟ ਦੀ ਦੁਹਾਈ ਦੇ ਰਹੇ ਹਨ ਅਜੋਕੇ ਯੁੱਗ 'ਚ ਗਰੀਬ ਉਹ ਹੈ ਜਿਸ ਨੂੰ ਕੋਈ ਨਫ਼ਰਤ ਨਹੀਂ ਕਰਦਾ ਕਿਸ ਦਾ ਕੋਈ ਦੁਸ਼ਮਣ ਨਹੀਂ ਤੇ ਜਿਹਨੂੰ ਚੋਰੀ ਜਾਂ ਲੁੱਟੇ ਜਾਣ ਦਾ ਕੋਈ ਸੰਸਾਰ ਤੇ ਭੈ ਨਹੀਂ ਕਈ ਲੋਕਾਂ ਨੂੰ ਪਤਨਾਲੇ ਵਿੱਚੋਂ ਅਸਮਾਨ ਵੇਖਣ ਦੀ ਆਦਤ ਹੁੰਦੀ ਹੈ ਅਜਿਹੇ ਲੋਕ ਹਰ ਚੀਜ਼ ਨੂੰ ਸੌੜਾ ਤੰਗ ਬੰਦ ਤੇ ਸੰਕਿਰਣ ਕਰ ਲੈਂਦੇ ਹਨ ਉਹ ਆਪ ਹੀ ਨਹੀਂ ਸੰਗੜਦੇ ਉਹਨਾਂ ਦਾ ਸੰਸਾਰ ਵੀ ਸੰਗੜ ਜਾਂਦਾ ਹੈ ਉਹਨਾਂ ਦੇ ਆਲੇ ਦੁਆਲੇ ਤੋਂ ਤੇਜ਼ਾਬ ਦੀ ਗੰਧ ਆਉਂਦੀ ਰਹਿੰਦੀ ਹੈ ਅਜਿਹੇ ਵਿਅਕਤੀ ਜੀਵਨ ਦੀਆਂ ਕੋਮਲ ਕਲਾਵਾਂ ਤੇ ਸੂਖਮ ਜਜ਼ਬਿਆਂ ਤੋਂ ਦੂਰ ਹੁੰਦੇ ਹਨ ਕਿ ਅੰਤ ਨੂੰ ਇਹਨੇ ਇਕੱਲੇ ਤੇ ਮੁਰਝਾ ਜਾਂਦੇ ਹਨ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਵੀ ਸਾੜਾ ਹੋਣ ਲੱਗ ਪੈਂਦਾ ਹੈ ਉਹ ਹਰ ਚੀਜ਼ ਨੂੰ ਡੇਗਣ ਭੰਨਣ ਤੇ ਤੋੜਨ ਦੀ ਬਰਤੀ ਨਾਲ ਵੇਖਦੇ ਹਨ ਨਫ਼ਰਤ ਨੂੰ ਪੁਜਾਉਣ ਤੇ ਫੈਲਾਉਣ ਦਾ ਕਾਰਜ ਮੁੱਖ ਤੌਰ ਤੇ ਰਾਜਨੀਤੀ ਜਾਂ ਮੁਕਾਬਲੇ ਦੀ ਭਾਵਨਾ ਕਰਦੀ ਹੈ ਜਿੱਥੇ ਵੀ ਮੁਕਾਬਲੇ ਦੀ ਸੰਭਾਵਨਾ ਹੋਏਗੀ ਉਥੇ ਰਾਜਨੀਤੀ ਜਾਂ ਰਾਜਨੀਤੀ ਦੇ ਪੈੰਥੜੇ ਵੀ ਹੋਣਗੇ ਨਫ਼ਰਤ ਦੀ ਭਾਵਨਾ ਤੇ ਉਸਰੇ ਉਸ ਲਈ ਹੋਣ ਕਾਰਨ ਰਾਜਨੀਤੀ ਦੀ ਮਜਬੂਰੀ ਹੈ ਕਿ ਕਿਸੇ ਇੱਕ ਪਾਰਟੀ ਧੜੇ ਜਾਂ ਜਥੇਬੰਦੀ 'ਚ ਰਹਿ ਕੇ ਸਮੁੱਚੀ ਮਨੁੱਖਤਾ ਬਾਰੇ ਨਹੀਂ ਸੋਚਿਆ ਜਾ ਸਕਦਾ। ਵਸਤਵਿਕਤਾ ਇਹ ਹੈ ਕਿ ਰਾਜਸੀ ਨੇਤਾ ਨਾ ਕਿਸੇ ਨੂੰ ਪਿਆਰ ਕਰਦੇ ਹਨ, ਨਾ ਹੀ ਕਿਸੇ ਦਾ ਹਿੱਤ ਪਾਲਦੇ ਹਨ। ਉਹ ਆਪਣੇ ਸਵਾਰਥ ਤੇ ਦੂਜਿਆਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਚਲਾਈ ਚੱਲਦੇ ਹਨ। ਉਹ ਸਾਰੇ ਇਹੀ ਸਿੱਧ ਕਰਦੇ ਹਨ ਕਿ ਉਹ ਹੀ ਦੇਸ਼ ਅਤੇ ਕੌਮ ਦੇ ਸਰਜਨਕ ਹਨ ਤੇ ਬਾਕੀ ਸਾਰੇ ਦੁਸ਼ਮਣ ਹਨ। ਰਾਜਨੀਤੀ ਤੇ ਧਰਮ ਕਈ ਪੱਖਾਂ ਤੋਂ ਇੱਕ ਦੂਜੇ ਨਾਲ ਮੇਲ ਖਾਂਦੇ ਹਨ। ਮਹਾਪੁਰਸ਼ਾਂ ਦਾ ਉਦੇਸ਼ ਪੇ ਦੇ ਪਾਪ ਨੂੰ ਖਤਮ ਕਰਨਾ ਹੁੰਦਾ ਹੈ ਪਰ ਅਨਿਵਾਈਆਂ ਦਾ ਇਹ ਉਦੇਸ਼ ਨਹੀਂ ਹੁੰਦਾ। ਜਦੋਂ ਧਰਮ ਜਥੇਬੰਦੀ ਦਾ ਰੂਪ ਧਾਰ ਲੈਂਦਾ ਹੈ ਤਾਂ ਇਹ ਰਾਜਨੀਤਿਕ ਲੀਹਾਂ ਦੇ ਟਲ ਜਾਂਦਾ ਹੈ। ਹਰ ਧਰਮ ਆਪਣੇ ਅਨੁਆਈਆਂ ਨੂੰ ਜਥੇਬੰਦ ਕਰਨ ਕਰਕੇ ਆਪਣੀ ਹੋਂਦ ਨੂੰ ਖਤਰਾ ਦੱਸ ਕੇ ਦੂਜਿਆਂ ਨੂੰ ਆਪਣੇ ਦੁਸ਼ਮਣ ਮਿੱਥ ਕੇ ਮੁਹਿਮਾਂ ਮੋਰਚੇ ਤੇ ਜਹਾਜ਼ ਛੇੜੰਦਾ ਕਾਰਜ ਕਰਕੇ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਦਿਰਾ ਪੈ ਜਾਂਦਾ ਹੈ ਚਾਹੀਦਾ ਤਾਂ ਇਹ ਸੀ ਕਿ ਧਰਮ ਦੇ ਉੱਚੇ ਅਸੂਲ ਰਾਜਨੀਤੀ ਨੂੰ ਪ੍ਰੇਰਨਾ ਦਿੰਦੇ ਪਰ ਇਹਵੇਂ ਹੋਇਆ ਨਹੀਂ ਜੋ ਨਹੀਂ ਸੀ ਹੋਣਾ ਚਾਹੀਦਾ ਉਹ ਇਹ ਹੈ ਕਿ ਰਾਜਨੀਤਿਕ ਕੇਵਲ ਧਰਮ ਵਿੱਚ ਹੀ ਨਹੀਂ ਸਗੋਂ ਹਰ ਖੇਤਰ ਦੇ ਹਰ ਵਰਤਾਰੇ ਵਿੱਚ ਪ੍ਰਵੇਸ਼ ਕਰ ਗਈ ਹੈ ਧੋਖਾ ਬੇਵਿਸ਼ਵਾਸੀ ਝੂਠ ਆਦਿ ਰਾਜਨੀਤਿਕ ਵਿਹਾਰ ਦੀ ਅਧਾਰ ਬਣ ਗਏ ਹਨ ਜਿਹੜੀ ਆਪਣੇ ਧਰਮ ਸੇਚ ਤੇ ਸਮਾਜ ਨੂੰ ਧੋਖਾ ਦੇ ਸਕਦੇ ਹਨ ਕੋਈ ਵੀ ਧੋਖਾ ਕੋਈ ਵੀ ਧੋਖਾ ਉਹਨਾਂ ਦੇ ਵਿੱਚੋਂ ਬਾਹਰ ਨਹੀਂ ਹੁੰਦਾ ਜੇਕਰ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਏ ਤਾਂ ਨਫ਼ਰਤ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਪ੍ਰਕਾਰ ਦੀ ਨਫ਼ਰਤ ਇੱਕ ਵਿਅਕਤੀ ਨੂੰ ਪਿਆਰ ਕੀਤਾ ਜਾਂਦਾ ਪਰ ਉਹਦੀਆਂ ਭੈੜੀਆਂ ਗੱਲਾਂ ਦਾ ਆਪਾਂ ਨੂੰ ਨਫ਼ਰਤ ਕੀਤੀ ਜਾਂਦੀ ਹੈ ਮਾਪੇ ਆਪਣੇ ਬੱਚਿਆਂ ਦੀਆਂ ਕੁਰੀਤੀਆਂ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਦੋਸ਼ਾਂ ਨੂੰ ਪਸੰਦ ਨਹੀਂ ਕਰਦੇ ਅਜੇ ਹੀ ਨਫਰਤ ਦਾ ਉਦੇਸ਼ ਬੱਚਿਆਂ ਦਾ ਵਿਦਿਆਰਥੀਆਂ ਨੂੰ ਸੁਧਾਰਨਾ ਤੇ ਸਵੱਛ ਬਿਰਤੀ ਵਾਲਾ ਬਣਾਉਣਾ ਹੁੰਦਾ ਹੈ। ਦੂਜੀ ਪ੍ਰਕਾਰ ਦੀ ਨਫਰਤ ਸਾੜੇ ਤੇ ਇਰਖਾ ਦੀ ਤੀਬਰ ਭਾਵਨਾ ਵਿੱਚੋਂ ਉਪਜਦੀ ਹੈ। ਦੂਜੀ ਧਿਰ ਨੂੰ ਅਸੀਂ ਆਪਣੇ ਵਿਕਾਸ ਤੇ ਉਦੇਸ਼ ਪ੍ਰਾਪਤੀ ਦੇ ਰਾਹ ਦੀ ਰੁਕਾਵਟ ਮੰਨ ਕੇ ਉਹਨੂੰ ਤੇ ਉਸ ਨਾਲ ਸੰਬੰਧਿਤ ਹਰ ਵਿਅਕਤੀ ਤੇ ਵਸਤੂ ਨੂੰ ਨਫਰਤ ਕਰਨ ਲੱਗ ਪੈਂਦੇ ਹਾਂ। ਨਫਰਤ ਦਾ ਉਦੇਸ਼ ਦੂਜੀ ਧਿਰ ਨੂੰ ਨੀਚ ਕਮੇਨਾ ਧੋਖੇਬਾਜ਼ ਆਦਿ ਸਿੱਧ ਕਰਕੇ ਆਪਣੇ ਆਪ ਨੂੰ ਪੀੜਾ ਤੇ ਧਿਰ ਸਿੱਧ ਕਰਨਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਨਫ਼ਰਤ ਝੂਠ ਬੋਲ ਕੇ ਕੀਤੀ ਜਾਵੇ ਇਹ ਸੱਚ ਨੂੰ ਵਿਗਾੜ ਕੇ ਵੀ ਕੀਤੀ ਜਾ ਸਕਦੀ ਹੈ ਆਮ ਕਰਕੇ ਸਾਡੀ ਨਫ਼ਰਤ ਦਾ ਨਿਸ਼ਾਨਾ ਕੋਈ ਇੱਕ ਵਿਅਕਤੀ ਇੱਕ ਪਰਿਵਾਰ ਜਾਂ ਇੱਕ ਵਰਗ ਹੁੰਦਾ ਹੈ ਸਮਾਜਿਕ ਖੇਤਰ ਵਿੱਚ ਨਫ਼ਰਤ ਅਨੇਕਾਂ ਪਧਰਾਂ ਤੇ ਪਲਦੀ ਤੇ ਫੈਲਦੀ ਹੈ ਅਮੀਰ ਗਰੀਬ ਨੂੰ ਨਫ਼ਰਤ ਕਰਦਾ ਹੈ ਕਿ ਇਹ ਮਿਹਨਤ ਘੱਟ ਕਰਦਾ ਹੈ ਤੇ ਉਜਰਤ ਵੱਧ ਮੰਗਦਾ ਹੈ ਗਰੀਬ ਅਮੀਰ ਨੂੰ ਨਫ਼ਰਤ ਕਰਦਾ ਹੈ ਕਿ ਉਹ ਦੇਖੂਨ ਪਸੀਨੇ ਨੂੰ ਨਿਚੋੜਦਾ ਹੈ ਹਿੰਦੂ ਮੁਸਲਮਾਨ ਨੂੰ ਮੁਸਲਮਾਨ ਇਸਾਈਆਂ ਨੂੰ ਪਾਕਿਸਤਾਨੀ ਭਾਰਤੀਆਂ ਨੂੰ ਤੇ ਭਾਰਤੀ ਚੀਨੀਆਂ ਨੂੰ ਆਪਣੇ ਲਈ ਖਤਰਾ ਜਾਣ ਕੇ ਨਫ਼ਰਤ ਕਰਦੇ ਹਨ ਸਾਡੀ ਗੱਲਬਾਤ ਦਾ 3/4 ਨਾਲੋਂ ਵਧੇਰੇ ਭਾਗ ਕਿਸੇ ਨਾ ਕਿਸੇ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਹੁੰਦਾ ਹੈ ਧਰਮ ਜਥੇਬੰਦੀਆਂ ਪਾਰਟੀਆਂ ਕੰਪਨੀਆਂ ਆਦਿ ਸਮੂਹਕ ਨਫ਼ਰਤ ਕਰਨ ਦਾ ਉਹਲਾ ਪ੍ਰਦਾਨ ਕਰਦੇ ਹਨ ਜਦੋਂ ਨਫ਼ਰਤ ਤੀਬਰ ਸ਼ਬਦਾਵਲੀ ਰਹੀਂ ਪ੍ਰਗਟਾਵੇ ਦਾ ਰੂਪ ਧਾਰ ਲੈਂਦੀ ਹੈ ਤਾਂ ਉਸ ਨੂੰ ਨਿੰਦਾ ਕਹਿੰਦੇ ਹਨ ਕਿਸੇ ਵੀ ਭਾਸ਼ਾ ਵਿੱਚ ਜਦੋਂ ਧਿਆਨ ਨਾਲ ਵੇਖੀਏ ਤਾਂ ਉਸ ਵਿੱਚ ਪਿਆਰ, ਸਨੇਹ ਤੇ ਸਹਿਯੋਗ ਵਾਲੀ ਸ਼ਬਦਾਵਲੀ ਦੇ ਮੁਕਾਬਲੇ ਨਿੰਦਾ ਤੇ ਨਫ਼ਰਤ ਵਾਲੀ ਸ਼ਬਦਾਵਲੀ ਕਈ ਗੁਣਾ ਵਧੇਰੇ ਮਿਲ ਜਾਏਗੀ। ਗਾਲਾਂ ਲੋਕਾਂ ਦੀ ਆਪਣੇ ਵਿਰੋਧੀਆਂ ਪ੍ਰਤੀ ਡੂੰਗੀ ਨਫ਼ਰਤ ਅਤੇ ਬਲਤਕਾਰੀ ਰੁਚੀ ਦਾ ਸ਼ਾਬਦਿਕ ਪ੍ਰਗਟਾਵਾ ਹੁੰਦੀਆਂ ਹਨ। ਕਿਸੇ ਵੀ ਵਿਅਕਤੀ, ਪਰਿਵਾਰ ਜਾਂ ਸਮੂਹ ਲਈ ਵਿਸ਼ੇਸ਼ਣਾ ਦੀ ਵਰਤੋਂ ਪੱਖਪਾਤ ਤੋਂ ਮੁਕਤ ਹੋ ਕੇ ਕੀਤੀ ਹੀ ਨਹੀਂ ਜਾ ਸਕਦੀ। ਨਫ਼ਰਤ ਵਾਲੇ ਸ਼ਬਦਾਵਲੀ ਨੂੰ ਸੀ ਬਧੇਰੇ ਜੋਸ਼ ਨਾਲ ਉਚਾਰਦੇ ਹਾਂ ਨਿੰਦਾ ਨਾਲ ਨਫ਼ਰਤ ਨਹੀਂ ਉਪਜਦੀ ਨਫ਼ਰਤ ਨਾਲ ਨਿੰਦਾ ਉਪਜਦੀ ਹੈ ਜੇਕਰ ਜੀਵਨ ਤੇ ਅਖਬਾਰਾਂ ਵਿੱਚੋਂ ਨਫ਼ਰਤ ਘਟ ਦਿੱਤੀ ਜਾਏ ਤਾਂ ਬਹੁ ਗਿਣਤੀ ਲਈ ਜਿਉਣਾ ਇੱਕ ਮੁਸੀਬਤ ਬਣ ਜਾਏਗੀ ਸਭ ਪ੍ਰਕਾਰ ਦੇ ਵਿਰੋਧ ਨਫ਼ਰਤ ਦੀ ਭਾਵਨਾ ਤੋਂ ਹੀ ਸ਼ਕਤੀ ਪ੍ਰਾਪਤ ਕਰਦੇ ਹਨ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਨਫ਼ਰਤ ਵਿੱਚ ਰਸ ਕਿੱਥੋਂ ਤੇ ਕਿਵੇਂ ਉਪਜਦਾ ਹੈ ਵਿਸ਼ਾਲ ਦ੍ਰਿਸ਼ਟੀ ਨਾਲ ਸੋਚਿਆ ਜਾਏ ਤਾਂ ਅਸੀਂ ਸਾਰੇ ਕਿਸੇ ਨਾ ਕਿਸੇ ਪੱਖੋਂ ਥੋੜੇ ਹੋਣ ਕਾਰਨ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਾਂ ਸੋ ਸਾਡੇ ਲਈ ਕਿਸੇ ਨੂੰ ਚੰਗੇ ਰਾਤੇ ਉੱਚੇਰਾ ਮੰਨਣਾ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਅਸੀਂ ਹਰ ਸਮੇਂ ਆਪਣੇ ਆਪ ਨੂੰ ਆਪਣੇ ਨਾਲ ਸੰਬੰਧਿਤ ਵਿਅਕਤੀਆਂ ਨਾਲ ਤੋਲਦੇ ਮਾਪਦੇ ਰਹਿੰਦੇ ਹਾਂ ਦੂਜਿਆਂ ਨਾਲ ਵਿਚਰਦੇ ਹੋਏ ਅਸੀਂ ਦੋ ਟੰਗਾਂ ਦੀ ਵਰਤੋਂ ਕਰ ਸਕਦੇ ਹਾਂ ਦੂਜੇ ਦੇ ਬਰਾਬਰ ਜਾਂ ਉਸ ਤੋਂ ਉੱਚਾ ਉੱਠਣ ਲਈ ਭਰਪੂਰ ਮਿਹਨਤ ਕਰੀਏ ਜਾਂਦੇ ਅਸਲੀ ਦੇ ਝੂਠੇ ਦੋਸ਼ਾਂ ਉਗਣਾ ਦਾ ਪ੍ਰਚਾਰ ਕਰਕੇ ਉਹਨੂੰ ਆਪਣੇ ਨਾਲ ਉਨਨੀਵਾ ਸਾਬਤ ਕਰੀਏ ਮਨੁੱਖ ਦਾ ਮਨ ਉਚਾਣਾ ਵੱਲ ਜਾਣ ਦੀ ਥਾਂ ਨਿਵਾਣਾ ਵੱਲ ਔਖੀਆਂ ਮੁਹਮਾਨੀਆਂ ਥਾ ਸੌਖੀਆਂ ਜਿੱਤਾਂ ਮਲ ਦੌੜਦਾ ਅਸੀਂ ਪਹਿਲਾ ਟੰਗ त्याग ਕੇ ਦੂਜਾ ਟੰਗ ਬਣਾ ਲੈਂਦੇ ਆ ਤੇ ਦੂਜੀ ਧਿਰ ਨੂੰ ਨਿੰਦ ਕੇ ਆਪਣੇ ਚੰਗੇ ਹੋਣ ਦਾ ਭਰਮ ਪਾਲਦੇ ਆ ਸਾਡਾ ਜੀਵਨ ਤਰਕ ਵਿਵੇਕ ਤੇ ਬੁੱਧੀ ਦੇ ਆਸਰੇ ਨਹੀਂ ਸਗੋਂ ਭਰਮਾਂ ਤੇ ਭੁਲੇਖਿਆਂ ਦੇ ਆਸਰੇ ਚੱਲਦਾ ਬੋਤਲੂ ਆਪਣੀਆਂ ਤੰਗਾਂ ਤੇ ਭਾਵਨਾਵਾਂ ਦੇ ਸੰਗਣੇ ਰੂਪ ਨੂੰ ਤਰਕ ਸਮਝਣ ਦਾ ਬੁਲੇਖਾ ਖਾ ਜਾਂਦੇ ਹਨ ਜੇ ਕਿਸੇ ਖੇਤਰ ਵਿੱਚ ਦੋਵੇਂ ਵਿਰੋਧੀ ਭੈੜੇ ਹਨ ਤਾਂ ਦੋਵੇਂ ਦੂਜੀ ਧਿਰ ਨੂੰ ਆਪਣੇ ਨਾਲੋਂ ਵਡੇਰੇ ਭੈੜੀ ਸਿੱਧ ਕਰਨਗੇ ਸਮਾਜ ਵਿੱਚ ਝੂਠ ਬੇਈਮਾਨੀ ਆਦਿ ਚੱਲਣ ਦਾ ਕਾਰਨ ਹੀ ਇਹ ਹੈ ਕਿ ਹਰ ਬੇਈਮਾਨ ਨੇ ਆਪਣੇ ਸਾਹਮਣੇ ਇੱਕ ਵਡੇਰਾ ਬੇਈਮਾਨ ਮਿੱਥਿਆ ਹੋਇਆ ਜਿਸ ਦਾ ਧਿਆਨ ਕਰਕੇ ਉਹ ਆਪਣੇ ਆਪ ਨੂੰ ਤਰਵਾਸ ਦਿੰਦਾ ਹੈ ਕਿ ਉਸ ਜਿੰਨਾ ਬੇਈਮਾਨਤਾ ਨਹੀਂ ਨਫ਼ਰਤ ਵਿੱਚੋਂ ਪ੍ਰਾਪਤ ਹੋਣ ਵਾਲੇ ਰਸਤਾ ਦੂਜਾ ਸਰੋਤ ਆਪਣੇ ਔਗੁਣਾਂ ਨੂੰ ਛੁਪਾਣਾ ਤੇ ਇਹਨਾਂ ਦਾ ਦੋਸ਼ ਦੂਜਿਆਂ ਤੇ ਮੜਨਾ ਹੁੰਦਾ ਹੈ। ਅਸੀਂ ਆਪਣੀਆਂ ਘਾਟਾਂ ਦਾ ਦੋਸ਼ ਆਪਣੇ ਸਿਰ ਲੈਣ ਦੀ ਥਾਂ ਆਪਣੇ ਮਾਪਿਆਂ, ਅਧਿਆਪਕਾਂ, ਸਹਿਕਰਮੀਆਂ, ਸਮਾਜਿਕ ਆਰਥਿਕ ਹਾਲਤਾਂ ਆਦਿ ਦੇ ਸਿਰ ਮੜ ਕੇ ਆਪਣੇ ਆਪ ਨੂੰ ਦੋਸ਼ ਮੁਕਤ ਸਮਝਣ ਲੱਗ ਪੈਂਦੇ ਹਾਂ। ਮਨੁੱਖੀ ਮਨ ਦੀ ਇਹ ਬੜੀ ਸੂਖਮ ਤਰਕੀਬ ਹੈ ਕਿ ਅਸੀਂ ਔਗਣ ਵੀ ਨਹੀਂ ਤਿਆਗਦੇ ਤੇ ਆਪਣੇ ਆਪ ਨੂੰ ਔਗਣ ਭਰਿਆ ਵੀ ਨਹੀਂ ਮੰਨਦੇ। ਹੁੰਦੇ ਹੁੰਦੇ ਸਾਨੂੰ ਆਪਣੇ ਆਗੁਣ ਦਿਸਣ ਹੀ ਬੰਦ ਹੋ ਜਾਂਦੇ ਹਨ ਤੇ ਦੂਜੇ ਸੁਭਾਵਕ ਹੀ ਸਾਡੀ ਨਫ਼ਰਤ ਦਾ ਨਿਸ਼ਾਨਾ ਹੋ ਨਿਬੜਦੇ ਹਨ ਅਸੀਂ ਆਪ ਸਾਫ਼ ਕੱਪੜੇ ਪਾਉਣ ਦੀ ਥਾਂ ਦੂਜਿਆਂ ਦੇ ਕੱਪੜਿਆਂ ਤੇ ਦੂਜਿਆਂ ਦੇ ਛਿੱਟੇ ਪਾ ਕੇ ਉਹਨਾਂ ਦੇ ਕੱਪੜਿਆਂ ਸਮੇਤ ਉਹਨਾਂ ਦੇ ਨਾਂ ਨੂੰ ਮੈਲਾ ਕਰ ਦਿੰਦੇ ਹਾਂ ਅਦਾਲਤਾਂ ਜੇਲ੍ਹਾਂਦ ਵਿੱਚ ਮੁਜਰਮ ਇਸ ਤਰਕੀਬ ਨੂੰ ਆਮ ਵਰਤਦੇ ਹਨ ਤੇ ਸਿੱਧ ਕਰਨ ਦਾ ਯਤਨ ਕਰਦੇ ਹਨ ਕਿ ਕਸੂਰ ਉਹਨਾਂ ਦਾ ਨਹੀਂ ਪ੍ਰਸਥਿਤੀਆਂ ਤੇ ਸਮਾਜ ਦਾ ਹੈ निंदा ਤੇ ਨਫਰਤ ਦਾ ਤੀਜਾ ਸਰੋਤ ਲੋਭ ਬਿਰਤੀ ਹੈ ਲੋਭ ਤੇ ਲਾਲਚ ਉਹਨਾਂ ਵਸਤਾਂ ਜੋ ਵਰਤਾਰਿਆਂ ਸੰਬੰਧੀ ਹੁੰਦਾ ਹੈ ਜਿਨ੍ਹਾਂ ਦੀ ਮੰਗ ਵਧੇਰੀ ਹੋਵੇ ਤੇ ਪੂਰਤੀ ਦੀਆਂ ਸੰਭਾਵਨਾਵਾਂ ਘੱਟ ਹੋਣ ਲੋਭ ਤੇ ਲਾਲਚ ਵਸ ਨਫਰਤ ਸਮੁੱਚੀ ਮਾਨਵ ਜਾਤੀ ਦਾ ਸਾਂਝਾ ਲੱਛਣ ਹੈ ਨਫਰਤ ਦਾ ਇੱਕ ਹੋਰ ਸਰਵਵਿਆਪਕ ਕਾਰਨ ਸਾਡੀ ਕਾਮਪੁਖ ਹੈ ਭੋਜਨ ਦੀਆਂ ਲੋੜਾਂ ਪੂਰੀਆਂ ਹੋ ਜਾਣ ਉਪਰੰਤ ਉਹਨੂੰ ਕਾਮਪੁਖ ਦੀ ਪੂਰਤੀ ਲਈ ਤੰਗਦਾ ਹੈ ਕਾਮਪੁਖ ਤੋਂ ਮੁਕਤ ਹੋਣ ਜਾਂ ਇਸ ਤੋਂ ਉੱਚੇ ਉੱਠਣ ਦਾ ਯਤਨ ਤਾਂ ਅਸੀਂ ਸਾਰੇ ਕਰਦੇ ਆਂ ਪਰ ਉਬਰਣ ਦੀ ਥਾਂ ਇਸ ਵਿੱਚ ਡੁੱंगे ਤਸਦੇ ਜਾਂਦੇ ਆਂ ਆਪਣੇ ਬੇਕਾਬੂ ਕਾਮਪੁਖ ਨੂੰ ਯੋਗ ਸਾਬਤ ਕਰਨ ਵਾਸਤੇ ਅਸੀਂ ਮਹਾਪੁਰਸ਼ਾਂ ਤੇ ਦੇਵਤਿਆਂ ਨਾਲ ਵੀ ਅਜਿਹੀਆਂ ਅਨੇਕਾਂ ਕਹਾਣੀਆਂ ਜੋੜ ਲਈਆਂ ਹਨ ਜਿਨ੍ਹਾਂ ਤੋਂ ਭਲੀ ਭਾਂਤ ਸਾਬਤ ਹੋ ਜਾਏ ਕਿ ਕਾਮਪੁਖ ਤੋਂ ਕਿਸੇ ਵੀ ਹਾਲਤ 'ਚ ਮੁਕਤ ਨਹੀਂ ਹੋਇਆ ਜਾ ਸਕਦਾ ਕਾਮ ਦੀ ਇੱਛਾ ਵਿੱਚੋਂ ਦੂਜੇ ਦੇ ਦੂਜੇ ਤੇ ਕਬਜ਼ੇ ਦੀ ਭਾਵਨਾ ਉਪਜਦੀ ਹੈ ਤੇ ਦੂਜੀ ਧਿਰ ਨੂੰ ਆਪਣੇ ਤੱਕ ਸੀਮਿਤ ਕਰਨ ਲਈ ਅਸੀਂ ਸੱਚੀ ਝੂਠੀ ਯੋਗ ਯੋਗ ਹਰ ਪ੍ਰਕਾਰ ਦੀ ਵਿਧੀ ਦੀ ਵਰਤੋਂ ਕਰਦੇ ਹਾਂ ਇਸ ਉਦੇਸ਼ ਦੀ ਪ੍ਰਾਪਤੀ ਲਈ ਅਨੇਕਾਂ ਵਿਗਨ ਪੈੰਦੇ ਤੇ ਪਾਏ ਜਾਂਦੇ ਹਨ ਤੇ ਨਫ਼ਰਤਾਂ ਦਾ ਇੱਕ ਸਿਲਸਿਲਾ ਆਰੰਭ ਹੋ ਜਾਂਦਾ ਹੈ ਜਿਹੜਾ ਬਲਦਕਾਰ ਤੇ ਕਤਲ ਜਈਆਂ ਘਟਨਾਵਾਂ ਵਿੱਚ ਪ੍ਰਗਟ ਹੁੰਦਾ ਹੈ ਨਫ਼ਰਤ ਨਿੰਦਾ ਤੇ ਗੁੱਸੇ ਨੂੰ ਆਪਣੀ ਮਰਦਾਨਗੀ ਅਣਖ ਸਵੈਮਾਨ ਆਦਿ ਪਛਾਣ ਬਣਾ ਕੇ ਅਸੀਂ ਅਮਨ ਚੈਨ ਤਾਂ ਗਵਾਉਂਦੇ ਹਾਂ ਅਸੀਂ ਆਪਣੀ ਹੋਂਮੇ ਨੂੰ ਵੀ ਇੰਨੀ ਵਧਾ ਲੈਂਦੇ ਆ ਕਿ ਮਾਫ ਕਰਨਾ ਜਾਂ ਨਿਮਰ ਹੋਣਾ ਸਾਨੂੰ ਆਪਣੀ ਹਾਰ ਪ੍ਰਤੀਤ ਹੋਣ ਲੱਗ ਪੈਂਦਾ ਹੈ ਬੜੀ देर ਮਗਰੋਂ ਹੀ ਸਮਝ ਆਉਂਦੀ ਹੈ ਕਿ ਅਸੀਂ ਆਪਣਾ ਕਿੰਨਾ ਸਮਾਂ ਸ਼ਕਤੀ ਤੇ ਵਸੀਲੇ ਨਫ਼ਰਤ ਜਈ ਅਣੂ ਭਜਾਉ ਅਰਥੀਨ ਤੇ ਭੈੜੇ ਕਾਰਜ ਵਿੱਚ ਨਸ਼ਟ ਕਰ ਦਿੰਦੇ ਹਾਂ ਇਸੇ ਕਰਕੇ ਕਹਿੰਦੇ ਹੰਮ ਕਿ ਹਰ ਨਫ਼ਰਤੇ ਹਰ ਸਾੜੇ ਦਾ ਅੰਤ ਪਛਤਾਵੇ ਵਿੱਚ ਹੁੰਦਾ ਹੈ ਨਿਰਸੰਦੇਹ ਜਦੋਂ ਜੀਵਨ ਦੇ ਉੱਚੇ ਆਦਰਸ਼ ਤੇ ਉੱਚੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦਾ ਤਨਫਰਤ ਜੈ ਜਜ਼ਬੇ ਬੜੀ ਨੀਵੀਂ ਰਹਿ ਜਾਂਦੇ ਹਨ ਕਿਸੇ ਕਲਾ ਦੇ ਲੜ ਲੱਗੇ ਜਾਂ ਸਾਹਿਤ ਪੜਨ ਨਾਲ ਸਾਨੂੰ ਸੰਸਾਰ ਬਧੇਰੇ ਸਾਫ਼ ਦਿਖਾਈ ਦੇਣ ਦੇ ਨਾਲ ਨਾਲ ਸਾਡੀ ਤਸੱਲੀ ਤੇ ਪ੍ਰਸੰਤਾ ਵੀ ਵੱਧ ਜਾਂਦੀ ਹੈ ਅਸੀਂ ਆਪਣੇ ਪਰਿਵਾਰ ਦੀ ਥਾਂ ਸਮੁੱਚੇ ਸਮਾਜ ਤੇ ਸੰਸਾਰ ਬਾਰੇ ਸੋਚਣ ਲੱਗ ਪੈਂਦੇ ਹਾਂ ਕੇਵਲ ਆਪਣੇ ਪਰਿਵਾਰ ਬਾਰੇ ਸੋਚਣ ਨਾਲ ਦ੍ਰਿਸ਼ਟੀ ਸੰਕਿਰਣ ਹੋ ਜਾਂਦੀ ਹੈ ਜਦੋਂ ਕਿ ਸਮਾਜ ਤੇ ਸੰਸਾਰ ਬਾਰੇ ਸੋਚਣ ਨਾਲ ਸਾਡਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਤੇ ਸਾਡਾ ਮਨ ਪ੍ਰਸੰਨਤਾ ਅਨੁਭਵ ਕਰਦਾ ਹੈ। ਪ੍ਰਸੰਤਾ ਦਾ ਪ੍ਰਮੁੱਖ ਸਰੋਤ ਵਿਅਕਤੀ ਦਾ ਆਪਣਾ ਘਰ ਤੇ ਪਰਿਵਾਰ ਹੁੰਦਾ ਹੈ। ਹੋਰ ਭਾਵੇਂ ਉਹ ਕਿਸੇ ਲਈ ਨਾ ਵੀ ਹੋਵੇ ਪਰ ਆਪਣੇ ਬੱਚਿਆਂ ਦੀ ਪ੍ਰੇਰਣਾ ਸਰੋਤਾਂ ਬਣ ਸਕਦਾ ਹੈ। ਭੁੱਲਣਾ ਨਹੀਂ ਚਾਹੀਦਾ ਕਿ ਜੇ ਬੱਚਿਆਂ ਦੀ ਅਲੋਚਨਾ ਹੀ ਕਰਦੇ ਰਹੋਗੇ ਤਾਂ ਉਹ ਵੀ ਸਾਰਾ ਸਮਾਂ ਦੂਜਿਆਂ ਨੂੰ ਭੰਡਣ ਵਿੱਚ ਹੀ ਗੁਜ਼ਾਰ ਦੇਣਗੇ। ਜੇ ਉਹਨਾਂ ਦੀਆਂ ਸੁਭਾਵਿਕ ਭਾਵਨਾਵਾਂ ਦਾ ਵਿਰੋਧ ਕਰੋਗੇ ਤਾਂ ਉਹ ਹਿੰਸਕ ਹੋਰ ਨਿਪਟਣਗੇ। ਜੇ ਉਹਨਾਂ ਨੂੰ ਮਾਊਂ ਬਿੱਲੀਆਂ ਤੇ ਪੁੱਤਾਂ ਦੇ ਡਰ ਪਾਉਗੇ ਤਾਂ ਹਰ ਚੀਜ਼ ਤੋਂ ਡਰਨਗੇ ਜੇ ਉਹਨਾਂ ਨੂੰ ਆਪਣੀ ਗੋਦੀ ਵਿੱਚੋਂ ਹੀ ਨਹੀਂ ਲਾਉਗੇ ਤਾਂ ਨਿੱਕੀਆਂ ਨਿੱਕੀਆਂ ਸਫਲਤਾਵਾਂ ਤੇ ਹੀ ਢੇਰੀ ਟਾ ਬੈਠਣਗੇ ਜੇ ਉਹਨਾਂ ਦਾ ਮੁਖੌਲ ਉਡਾਵਗੇ ਤਾਂ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਲੁਕਣ ਲੱਗ ਪੈਣਗੇ ਜੇ ਉਹਨਾਂ ਵਿੱਚੋਂ ਸਾੜਾ ਤੇ ਨਫ਼ਰਤ ਨਹੀਂ ਕੱਢੋਗੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਸੰਕੀਰਣ ਹੋ ਜਾਏਗਾ ਜੇ ਉਹਨਾਂ ਨੂੰ ਹਰ ਵੇਲੇ ਸ਼ਰਮਸਾਰ ਕਰਦੇ ਰਹੋਗੇ ਤਾਂ ਕਦੇ ਵੀ ਹੀਣ ਭਾਵਨਾ ਤੋਂ ਮੁਕਤ ਨਹੀਂ ਹੋ ਸਕਣਗੇ ਪਰ ਜੇ ਤੁਸੀਂ ਉਹਨਾਂ ਨਾਲ ਸਬਰ ਨਾਲ ਪੇਸ਼ ਆਉਗੇ ਤਾਂ ਉਹ ਧੀਰਜवान ਹੋ ਨਿਭਣਗੇ ਜੇ ਉਹਨਾਂ 'ਚ ਹੌਸਲਾ ਤੇ ਆਤਮ ਵਿਸ਼ਵਾਸ ਭਰੋਗੇ ਤਾਂ ਉਹ ਸੰਭਵ ਨੂੰ ਸੰਭਵ ਕਰ ਦਿਖਾਉਣਗੇ ਜੇ ਉਹਨਾਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰੋਗੇ ਤਾਂ ਉਹਨਾਂ ਵਿੱਚ ਦੂਜਿਆਂ ਦੇ ਗੁਣਾਂ ਨੂੰ ਸਲਾਉਣ ਦੀ ਦਲੇਰੀ ਉੱਕੇਗੀ ਜੇ ਉਹਨਾਂ ਨੂੰ ਉਹਨਾਂ ਦੀਆਂ ਘਾਟਾਂ ਸਹਿਤ ਪ੍ਰਵਾਨ ਕਰੋਗੇ ਤਾਂ ਉਹਨਾਂ ਨੂੰ ਵੀ ਦੂਜਿਆਂ ਨਾਲ ਰਹਿਣ ਤੇ ਵਸਣ ਦੀ ਜਾਚ ਆ ਜਾਏਗੀ ਜੇ ਉਹਨਾਂ ਨਾਲ ਪਿਆਰ ਤੇ ਸਨੇਹ ਨਾਲ ਵਰਤੋਗੇ ਤਾਂ ਸਾਰੇ ਸੰਸਾਰ ਨੂੰ ਆਪਣਾ ਸਮਝਣਗੇ ਜੇ ਉਹਨਾਂ ਨੂੰ ਇਮਾਨਦਾਰੀ ਤੇ ਵਫਾਦਾਰੀ ਸਿਖਾਈ ਜਾਏਗੀ ਤਾਂ ਉਹ ਸੱਚ ਤੇ ਇਨਸਾਫ ਦੀ ਹਾਮੀ ਹੋਰ ਨਿਭਣਗੇ ਜੇ ਉਹਨਾਂ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕੀਤੀ ਜਾਏਗੀ ਤਾਂ ਉਹ ਨਿਆਸਰਿਆਂ ਤੇ ਨਿਊਟਿਆਂ ਦੀ ਢਾਲ ਬਣਨਗੇ ਜੇ ਉਹਨਾਂ ਨੂੰ ਸਰਬੱਤ ਦੇ ਭਲੇ ਦਾ ਸਬਕ ਪੜਾਇਆ ਜਾਏਗਾ ਤਾਂ ਦੂਜਿਆਂ ਪ੍ਰਤੀ ਨਫ਼ਰਤ ਅਤੇ ਸਾੜੇ ਦੀ ਭਾਵਨਾ ਤੋਂ ਮੁਕਤ ਹੋ ਜਾਣਗੇ ਤੇ ਉਹ ਪਰਸੰਨ ਇਨਸਾਨ ਬਣ ਜਾਣਗੇ ਪਰ ਸੰਵਿਅਕਤੀ ਨੂੰ ਕਦੇ ਵੀ ਨਿੰਦਾ ਕਰਨ ਲਾਟਰੀ ਪਾਉਣ ਜਾਂ ਜੂਆ ਖੇਡਣ ਜਾਂ ਕਿਸੇ ਤੋਂ ਕੁਝ ਖੋਣ ਦਾ ਖਿਆਲ ਹੀ ਨਹੀਂ ਆਉਂਦਾ ਨਫਰਤ ਤੋਂ ਮੁਕਤ ਹੋਣ ਲਈ ਜੀਵਨ ਦੇ ਉੱਚੇ ਆਦਰਸ਼ ਉਸਾਰਨੇ ਪੈਣਗੇ ਤੇ ਸੁੱਚੇ ਉਦੇਸ਼ ਮਿੱਥਨੇ ਪੈਣਗੇ ਇਸ ਸਬੰਧ ਵਿੱਚ ਸਾਹੇਦ ਸਹਿਯੋਗੀ ਹੋ ਸਕਦਾ ਹੈ ਸਾਹੇ ਦਾ ਸੰਬੰਧ ਆਜ਼ਾਦ ਲੋਕਾਂ ਨਾਲ ਹੁੰਦਾ ਹੈ ਨਫਰਤ ਕਰਨ ਵਾਲੇ ਗੈਰ ਜ਼ਿੰਮੇਵਾਰ ਲੋਕਾਂ ਨਾਲ ਨਹੀਂ ਜਿੱਥੇ ਹੰਕਾਰ ਹੋਏਗਾ ਉੱਥੇ ਸ਼ਿਕਾਇਤ ਅਤੇ ਨਫਰਤ ਵੀ ਹੋਵੇਗੀ ਜਿੱਥੇ ਹੰਕਾਰ ਨਹੀਂ ਉੱਥੇ ਧੰਨਵਾਦ ਹੋਏਗਾ 21ਵੀਂ ਸਦੀ ਵਿੱਚ ਨਫ਼ਰਤੀ ਵਾਤਾਵਰਨ ਵਿੱਚ ਜਿਉਣਾ ਆਪਣੇ ਆਪ ਵਿੱਚ ਇੱਕ ਬਿਮਾਰੀ ਹੋਏਗੀ ਸੋ ਧੰਨਵਾਦ ਦੀ ਬਿਰਤੀ ਤੋਂ ਬਿਨਾ ਮਨੁੱਖ ਵੱਡੇ ਤੇ ਖੁੱਲੇ ਘਰਾਂ ਵਿੱਚ ਵੀ ਕੈਦ ਹੀ ਭੁਗਤਣਗੇ ਜੇਕਰ ਲਾਇਬ੍ਰੇਰੀਆਂ ਦਾ ਆਕਾਰ ਤੇ ਮਹੱਤਵ ਘਟਦਾ ਗਿਆ ਤਾਂ ਉਸੇ ਅਨੁਪਾਤ ਵਿੱਚ ਹਸਪਤਾਲਾਂ, ਪਾਗਲਖਾਨਿਆਂ ਤੇ ਜੇਲ੍ਹਾਂ ਦਾ ਖੇਤਰਫਲ ਫੈਲਦਾ ਜਾਏਗਾ ਧੰਨਵਾਦ ਦੀ ਬਿਰਤੀ ਤੋਂ ਬਿਨਾ ਸ਼ਰਧਾਵਾਨ ਨਹੀਂ ਹੋਇਆ ਜਾ ਸਕਦਾ ਸ਼ਰਧਾਵਾਨ ਹੋਏ ਬਿਨਾ ਅੰਦਰਲੀ ਖੁਸ਼ੀ ਨੂੰ ਨਹੀਂ ਮਾਣਿਆ ਜਾ ਸਕਦਾ ਮਨੁੱਖ ਹੀ ਪਰਮਾਤਮਾ ਨੂੰ ਨਹੀਂ ਖੋਜ ਰਿਹਾ ਪਰਮਾਤਮਾ ਵੀ ਮਨੁੱਖ ਨੂੰ ਖੋਜ ਰਿਹਾ ਹੈ ਨਫ਼ਰਤ ਨੂੰ ਜੇ ਬਹੁਤ ਮਤ ਦਾ ਸਮਰਥਨ ਮਿਲ ਜਾਵੇ ਤਾਂ ਵੀ ਇਹ ਨਫ਼ਰਤ ਹੀ ਰਹਿੰਦੀ ਹੈ ਨਫ਼ਰਤ ਕਰਨ ਵਾਲ ਅਸੀਂ ਕਿਧਰੇ ਨਹੀਂ ਪਹੁੰਚਦੇ ਸਭ ਜਿੱਥੇ ਹੁੰਦੇ ਆ ਉਥੋਂ ਤਿਲਕਦੇ ਰਹਿੰਦੇ ਆ ਜਿਨ੍ਹਾਂ ਖੂਹਾਂ ਦੇ ਪਾਣੀ ਖਾਰੇ ਹੁੰਦੇ ਹਨ ਉਹ ਕਦੇ ਪੰਗਠ ਨਹੀਂ ਬਣਦੇ ਉਹ ਕਦੇ ਕਿਸੇ ਦੀ ਪਿਆਸ ਨਹੀਂ बुझाਉਂਦੇ ਧੰਨਵਾਦ ਲੈ ਕੇ ਨਜਾਇਜ਼ ਰਿਸ਼ਤਿਆਂ ਦੀ ਵਿਆਖਿਆ ਨਜਾਇਜ਼ ਰਿਸ਼ਤੇ ਪਾਲਣੇ ਹੋਈ ਹਨ ਜਿਵੇਂ ਕੋਈ ਆਪਣੇ ਘਰ ਨੂੰ ਅੱਗ ਲਾ ਕੇ ਕਿਸੇ ਹੋਰ ਦੇ ਘਰ ਰੌਸ਼ਨੀ ਕਰ ਰਿਹਾ ਹੋਵੇ ਜਨ ਜਿਵੇਂ ਕੋਈ ਆਪਣੇਆਂ ਨੂੰ ਪਿਆਸੇ ਰੱਖ ਕੇ ਕਿਸੇ ਹੋਰ ਲਈ ਛੱਬੀ ਲਾਰਿਆ ਹੋਵੇ ਜਨ ਜਿਵੇਂ ਕੋਈ ਪੀਂਗ ਆਪਣੇ ਵੇੜੇ 'ਚ ਪਾਵੇ ਤੇ ਹੁਲਾਰਾ ਕਿਸੇ ਹੋਰ ਪੀਂਗ ਨੂੰ ਦੇਵੇ ਜਿਵੇਂ ਅਸਲੀ ਸਿੱਕੇਆਂ ਤੋਂ ਬਿਨਾ ਖੋਟੇ ਸਿੱਕੇ ਨਹੀਂ ਚੱਲ ਸਕਦੇ ਓਵੇਂ ਹੀ ਨਜਾਇਜ਼ ਰਿਸ਼ਤੇ ਜਾਇਜ਼ ਰਿਸ਼ਤਿਆਂ ਦੀ ਆੜ 'ਚ ਹੀ ਪਲਦੇ ਹਨ ਸਾਂਝੀ ਟੱਬਰਦਾਰੀ ਦੇ ਟੁੱਟਣ ਨਾਲ ਰਿਸ਼ਤਿਆਂ ਸੰਬੰਧੀ ਨਿਗਰਾਨੀ ਘਟ ਗਈ ਹੈ ਤੇ ਲਾਪਰਵਾਹੀ ਤੇ ਗੈਰ ਜ਼ਿੰਮੇਵਾਰੀ ਵੱਧ ਗਈ ਹੈ ਛੋਟੀਆਂ ਥਾਵਾਂ ਤੇ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਨ ਸੋ ਨਾਜਾਇਜ਼ ਰਿਸ਼ਤਿਆਂ ਦੇ ਉਸਰਨ ਦੀਆਂ ਬਹੁਤੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ ਅਜਈਆਂ ਥਾਵਾਂ ਤੇ ਬਹੁਤੇ ਨਾਜਾਇਜ਼ ਰਿਸ਼ਤੇ ਸਾਂਝੇ ਘਰ ਦੀ ਜੀਆਂ ਵਿਚਕਾਰ ਤੇ ਘਰਾਂ ਦੇ ਅੰਦਰ ਹੀ ਉਸਰਦੇ ਹਨ ਹੁਣ ਜੀਵਨ ਦਾ ਸ਼ਹਿਰੀਕਰਨ ਹੋਣ ਕਾਰਨ ਪਿੰਡ ਕਸਬੇ ਤੇ ਕਸਬੇ ਸ਼ਹਿਰ ਬਣ ਗਏ ਹਨ ਸੋ ਨਾਜਾਇਜ਼ ਰਿਸ਼ਤੇ ਪਾਲਣ ਲਈ ਸ਼ਹਿਰ ਸ਼ਹਿਰਾਂ ਤੇ ਸਾਰੀਆਂ ਸਹੂਲਤਾਂ ਸਿੱਝੀ ਪ੍ਰਾਪਤ ਹੋ ਜਾਂਦੀਆਂ ਹਨ ਅਜੋਕਾ ਮਨੁੱਖ ਹੁਣ ਜੀਵਨ ਦੀਆਂ ਸਾਦੀਆਂ ਸਿੱਧੀਆਂ ਤੇ ਸਧਾਰਨ ਖੁਸ਼ੀਆਂ ਤੇ ਤਸੱਲੀਆਂ ਨਾਲ ਪ੍ਰਸੰਨ ਨਹੀਂ ਹੁੰਦਾ ਹੁਣ ਲੋਕ ਘਰ ਦੀ ਸਾਦੀ ਪਰ ਸਦਾ ਬਾਹਰੀ ਢਾਲ ਰੋਟੀ ਨਾਲ ਸੰਤੁਸ਼ਟ ਨਹੀਂ ਹੁੰਦੇ ਉਹਨਾਂ ਨੂੰ ਬਾਹਰ ਮਸਾਲੇਦਾਰ ਚਾਟ ਖਾਣ ਤੇ ਨਿਤ ਨਵੇਂ ਪਕਵਾਨ ਪਰਖਣ ਦੀ ਆਦਤ ਪੈ ਗਈ ਹੈ ਤੇ ਪੈ ਰਹੀ ਹੈ ਸੰਚਾਰ ਦੀ ਆਵਾਜਾ ਇਹ ਨਵੇਂ ਸਾਧਨਾਂ ਜੈਸ ਰਿਸ਼ਤਿਆਂ ਦੇ ਉਸਾਰਣ ਚ ਸਹਾਇ ਹੋ ਰਹੇ ਹਨ ਭਾਰਤ ਜੈ ਦੇਸ਼ ਚ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਖੁੱਲਮ ਖੁੱਲਾ ਪਿਆਰ ਕਰਨਾ ਸੌਖਾ ਨਹੀਂ ਪ੍ਰੇਮ ਹੋ ਜਾਣ ਦੀ ਸਥਿਤੀ ਚ ਸ਼ਬਦਾਂ ਨਾਲੋਂ ਸੰਕੇਤ ਵਧੇਰੇ ਮਹੱਤਵਪੂਰਨ ਹੋ ਜਾਂਦੇ ਹਨ ਹੁਣ ਜਦੋਂ ਪੁਰਸ਼ਾਂ ਤੇ ਇਸਤਰੀਆਂ ਦੋਵਾਂ ਦਾ ਘਰੋਂ ਬਾਹਰ ਰਹਿਣ ਦਾ ਸਮਾਂ ਵੱਧ ਰਿਹਾ ਹੈ ਉਹਨਾਂ ਦੇ ਆਪਸ ਚ ਬਾਹਰ ਮਿਲਣ ਦੀਆਂ ਸੰਭਾਵਨਾਵਾਂ ਤੇ ਅਵਸਰ ਵੀ ਵੱਧ ਰਹੇ ਹਨ ਅਜੋਕੇ ਮਨੁੱਖ ਕੋਲ ਸਾਧਨ ਹੀ ਨਹੀਂ ਵੱਧ ਗਏ ਉਸ ਕੋਲ ਸਭ ਕੁਝ ਵਿਅੰਤਨ ਦੀ ਯੋਗਤਾ ਵੀ ਵੱਧ ਗਈ ਹੈ ਇਸ ਬਦਲੀ ਹੋਈ ਹਾਲਤ ਦਾ ਹੀ ਨਤੀਜਾ ਹੈ ਕਿ ਹੁਣ ਹਰ ਕੋਈ ਕਿਸੇ ਹੋਰ ਨੂੰ ਡੀਕ ਰਿਹਾ ਹੈ ਟਿੱਬੇ ਟੋਇਆਂ ਨੂੰ ਤੇ ਟੋਏ ਟਿੱਬਿਆਂ ਨੂੰ ਲੱਭ ਰਿਹਾ ਹੈ ਇਸ ਸੰਸਾਰ 'ਚ ਕਿਸੇ ਨੂੰ ਕਦੇ ਵੀ ਸੰਪੂਰਨ ਜਹਾਨ ਨਹੀਂ ਮਿਲਦਾ ਕਿਆਂ ਨੂੰ ਤੀਰ ਮਿਲ ਜਾਂਦਾ ਹੈ ਕਮਾਨ ਨਹੀਂ ਮਿਲਦੀ ਜ਼ਮੀਨ ਮਿਲ ਜਾਂਦੀ ਹੈ ਅਸਮਾਨ ਨਹੀਂ ਮਿਲਦਾ ਇਸਤਰੀ ਚਾਹੁੰਦੀ ਹੈ ਕਿ ਉਹਦੇ ਗੁਣਾਂ ਦੀ ਕਦਰ ਹੋਵੇ ਪਰ ਲੋਕ ਉਹਦੇ ਸਰੀਰ ਤੋਂ ਅੱਗੇ ਵੇਖਦੇ ਹੀ ਨਹੀਂ। ਇਸਤਰੀ ਲਈ ਬੇਜੋੜ ਵਿਆਹ ਦਾ ਸੰਤਾਪ ਉਹ ਜਿਹਾ ਹੀ ਹੁੰਦਾ ਹੈ ਜਿਹੋ ਜਾਂ ਸੰਤਾਪ ਪੁਰਸ਼ ਨੂੰ ਆਪਣੀ ਕੱਚੀ ਨੌਕਰੀ ਛੱਡਾਉਣਾ ਪੈਂਦਾ ਹੈ। ਨਾ ਜਾਇਜ਼ ਰਿਸ਼ਤੇ ਵਾਸਤਵ ਚ ਰਹਿ ਗਈਆਂ ਘਾਟਾਂ ਨੂੰ ਪੂਰਨ ਦਾ ਹੀ ਇੱਕ ਪ੍ਰਕਾਰ ਦਾ ਉਪਰਾਲਾ ਹੁੰਦੇ ਹਨ। ਜਿਨ੍ਹਾਂ ਲਈ ਹਾਰ ਨੂੰ ਜਿੱਤ ਤੇ ਅਸਫਲਤਾ ਨੂੰ ਅਸਫਲਤਾ ਨੂੰ ਪ੍ਰਾਪਤੀ ਚ ਉੰਤਾਨ ਦਾ ਯਤਨ ਕੀਤਾ ਜਾਂਦਾ ਹੈ ਇਹ ਯਤਨ ਇੱਕ ਯਤਨ ਹੀ ਰਹਿੰਦਾ ਹੈ ਕਿਉਂਕਿ ਅਜੇ ਯਤਨ ਤੋਂ ਕਿਆਸੀ ਹੋਈ تسਲੀ ਨਹੀਂ ਮਿਲਦੀ ਨਾ ਜਾਇਜ਼ ਰਿਸ਼ਤੇ ਦੇ ਮੁੱਢ 'ਚ ਇਸਤਰੀ ਤੇ ਪੁਰਸ਼ ਦੋਹਾਂ 'ਚ ਜਿੱਤ ਦੀ ਭਾਵਨਾ ਜਾਗਦੀ ਹੈ ਹੋਮੇ ਪ੍ਰਫੁੱਲਤ ਹੁੰਦੀ ਹੈ ਤੇ ਵੱਡੀ ਪ੍ਰਾਪਤੀ ਤੇ ਸਫਲਤਾ ਦਾ ਭਰਮ ਉਪਜਦਾ ਹੈ ਜਿਹੜਾ ਸਮੇਂ ਦੇ ਬੀਤਣ ਨਾਲ ਸੁਗੜਦਾ ਹੀ ਨਹੀਂ ਸਕੋ ਫਿੱਕਾ ਵੀ ਪੈ ਜਾਂਦਾ ਹੈ ਨਜਾਇਜ਼ ਰਿਸ਼ਤੇ ਮਾਨ ਕਰਨ ਯੋਗ ਤੇ ਹੰਡ ਅਨਸਾਰ ਨਹੀਂ ਹੁੰਦੇ ਜਿਹੜੇ ਇਸਤਰੀਆਂ ਤੇ ਪੁਰਸ਼ ਵਿਆਹ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਧੋਖਾ ਕਰਦੇ ਹਨ ਉਹ ਵਿਆਹ ਉਪਰੰਤ ਵੀ ਧੋਖੇ ਵਾਲੀ ਹੀ ਵਿਧੀ ਅਪਣਾਉਂਦੇ ਹਨ ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਚਲਾਕੀਆਂ ਚੁਸਤੀਆਂ ਤੇ ਹੇਰਾਫੇਰੀ ਦੀ ਆਦਤ ਆਦਤਾਂ ਪੈ ਜਾਂਦੀਆਂ ਹਨ ਵਿਆਹ ਉਪਰੰਤ ਉਹਨਾਂ ਦੀਆਂ ਅਜਿਹੀਆਂ ਆਦਤਾਂ ਹੋਰ ਨਵੇਂ ਰੂਪ ਧਾਰ ਲੈਂਦੀਆਂ ਹਨ ਧੋਖੇਬਾਜ਼ ਦਾ ਵਿਵਹਾਰ ਉਹਨਾਂ ਪ੍ਰਤੀ ਵੀ ਧੋਖੇ ਵਾਲਾ ਹੁੰਦਾ ਹੈ ਜਿਨਾ ਪ੍ਰਤੀ ਵਫਾਦਾਰੀ ਦੀ ਉਸ ਤੋਂ ਸਭ ਤੋਂ ਵੱਧ ਆਸ ਕੀਤੀ ਜਾਂਦੀ ਹੈ ਜਿਵੇਂ ਨਸ਼ਿਆਂ ਤੋਂ ਥੋੜੇ ਹੋਏ ਇੱਕ ਪੁੱਤਰ ਨੇ ਆਪਣੀ ਮਾਂ ਨੂੰ ਕਿਹਾ ਕਿ ਉਹਦੇ ਕਾਂਟੇ ਮੈਲੇ ਲੱਗਦੇ ਹਨ ਉਹ ਲਾਹ ਦੇਵੇ ਤਾਂ ਜੋ ਧੋ ਦੇਵੇ ਧੋਣ ਦੇ ਪਾਜੋ ਉਹਨੇ ਕੈਂਚੀ ਨਾਲ ਥੋੜਾ ਜਿਹਾ ਸੋਨਾ ਲਾ ਲਿਆ ਨਜਾਇਜ਼ ਰਿਸ਼ਤਿਆਂ ਵਿੱਚ ਵੀ ਐਵੇਂ ਹੀ ਵਾਪਰਦਾ ਹੈ ਜੇ ਕਿਸੇ ਦੀ ਕਲਪਨਾ ਕੋ ਰਾਹੀ ਪਈ ਹੁੰਦੀ ਹੈ ਸਾਡੀ ਸੋਚਣੀ ਵੀ દિਸ਼ਾਹੀਣ ਤੇ ਆਪਣੀ ਚੂਲ ਤੋਂ ਔਖੜੀ ਹੋਈ ਹੋਏਗੀ ਆਪਣੀ ਸੋਚਣੀ ਨੂੰ ਟਿਕਾਣੇ ਰੱਖਣ ਲਈ ਨਾ ਕੇਵਲ ਉੱਚਾਦਰਸ਼ਾਂ ਤੇ ਉਦੇਸ਼ਾਂ ਦੀ ਲੋੜ ਹੁੰਦੀ ਹੈ ਸਗੋਂ ਆਪਣੀ ਮੈਂ ਨੂੰ ਵੀ ਕਾਬੂ ਵਿੱਚ ਰੱਖਣਾ ਹੁੰਦਾ ਹੈ ਜਿਹੋ ਜੇ ਸਾਡੇ ਵਿਚਾਰ ਹੁੰਦੇ ਹਨ ਉਹ ਜਿਹੀ ਸਾਡੀ ਮੈਂ ਹੁੰਦੀ ਹੈ ਜਿਹੋ ਜੀ ਸਾਡੀ ਮੈਂ ਹੁੰਦੀ ਹੈ ਉਹ ਜਿਹਾ ਸਾਡਾ ਸੰਸਾਰ ਹੁੰਦਾ ਹੈ ਜੇ ਮਨ ਚਿੱਤ ਟਿਕਾਣੇ ਨਾ ਹੋਵੇ ਤਾਂ ਚੰਨ ਤਾਰੇ ਵੀ ਇੰਜ ਦਿਸਦੇ ਹਨ ਜਿਵੇਂ ਘਬਰਾਏ ਹੋਏ ਇੱਧਰ ਉੱਧਰ ਦੌੜ ਰਹੇ ਹੋ ਆਪਣੀ ਸੋਚ ਨੂੰ ਟਿਕਾਣੇ ਰੱਖੇ ਬਿਨਾਂ ਰਿਸ਼ਤੇ ਅੰਜ ਨਿੱਗ ਨਹੀਂ ਉਪਜਾਇਆ ਜਾ ਸਕਦਾ ਨਜਾਇਜ਼ ਰਿਸ਼ਤੇ ਸਰੀਰਾਂ ਦੀ ਠੰਡੀ ਸੰਗ ਮਰਮਰ ਵਿੱਚ ਨਿੱਗ ਉਪਜਾਉਣ ਦਾ ਵਿਅਰਥ ਉਪਰਾਲਾ ਹੁੰਦੇ ਹਨ ਹਰ ਸਮਾਜ ਵਿੱਚ ਨਜਾਇਜ਼ ਰਿਸ਼ਤੇ ਇੱਕ ਸਰੀਰ ਵੱਲੋਂ ਦੂਜੇ ਸਰੀਰ ਦੀ ਸਰੀਰਕ ਸੇਵਾ ਤੋਂ ਅੱਗੇ ਨਹੀਂ ਜਾਂਦੇ ਇਹਨਾਂ ਰਿਸ਼ਤਿਆਂ ਦਾ ਕੋਈ ਨਾਂ ਨਹੀਂ ਹੁੰਦਾ ਅਸੀਂ ਘਰ ਵਿੱਚ ਭੋਜਨ ਨੂੰ ਸਹਿਜ ਨਾਲ ਖਾਂਦੇ ਹਾਂ ਘਰ ਤੋਂ ਬਾਹਰ ਕਿਧਰੇ ਵੀ ਭੋਜਨ ਖਾਣ ਸਮੇਂ ਅਸੀਂ ਤੇਜ਼ੀ ਨਾਲ ਤੇ ਕਾਲੀ ਨਾਲ ਖਾਂਦੇ ਹਾਂ ਇਵੇਂ ਨਜਾਇਜ਼ ਰਿਸ਼ਤਿਆਂ ਨਾਲ ਵਾਪਰਦਾ ਹੈ ਇਹਨਾਂ ਰਿਸ਼ਤਿਆਂ ਦੀ ਟੋਰ ਸਹਿਜ ਨਹੀਂ ਹੁੰਦੀ ਦੋਵੇਂ ਤਰਾਈਕ ਦੁਜੇ ਨੂੰ ਲੁੱਟਣ ਦੀ ਕਾਲ ਵਿੱਚ ਤੇ ਜਿੱਤਣ ਦੇ ਭਰਮ ਵਿੱਚ ਹਾਰਦੀਆਂ ਜਾਂਦੀਆਂ ਵੇਖਿਆ ਗਿਆ ਕਿ ਨਜਾਇਜ਼ ਰਿਸ਼ਤਿਆਂ ਦੀ ਸ਼ਿੱਦਤ ਦਾ ਕਾਰਜਕਾਲ 6 ਮਹੀਨਿਆਂ ਤੋਂ ਵੱਧ ਨਹੀਂ ਹੁੰਦਾ ਇਹ ਸੁਪਰਾਂਤ ਰਿਸ਼ਤੇ ਅਨੁਜੀਵਿਆ ਨਹੀਂ ਜਾਂਦਾ। ਵਾਧੂ ਬੋਝ ਵਾਂਗ ਢੋਇਆ ਜਾਂਦਾ ਹੈ ਤੇ ਉਤਸ਼ਾਹ ਦੀ ਥਾਂ ਅਕੇਵਾ ਪਸਰਨ ਲੱਗ ਪੈਂਦਾ ਹੈ। ਪ੍ਰਸ਼ਨ ਉੱਠਦਾ ਹੈ ਕਿ ਨਜਾਇਜ਼ ਰਿਸ਼ਤੇ ਉੱਸਰ ਦੇ ਕਿਉਂ ਹਨ? ਕਈ ਉੱਤਰ ਦਿੱਤੇ ਜਾ ਸਕਦੇ ਹਨ ਪਰ ਬੁਨਿਆਦੀ ਕਾਰਨ ਇਹ ਹੈ ਕਿ ਸਮਾਜ ਦੀ ਉਸ ਸਾਰੀ ਮਨੁੱਖ ਦੇ ਖੁੱਲੇ ਵਿਹਾਰ ਤੇ ਰੋਕਾਂ ਲਾ ਕੇ ਕੀਤੀ ਗਈ ਹੈ। ਰੋਕਾਂ ਕਾਰਨ ਮਨੁੱਖ ਵਿੱਚੋਂ ਬਾਗੀ ਰੁਚੀ ਪੂਰੀ ਤਰ੍ਹਾਂ ਖਾਰਜ ਨਹੀਂ ਹੁੰਦੀ। ਸਮਾਜਿਕ ਨਿਯਮਾਂ ਨੂੰ ਉਲੰਘ ਕੇ ਜਨਮਸ਼ੀਆ ਦਾ ਆਪਨਾ ਹਕੇ ਮਨੁੱਖ ਸਮਾਜ ਦੇ ਉਸ ਰਨ ਤੋਂ ਪਹਿਲਾਂ ਦੇ ਬੰਧਨ ਮੁਕਤ ਵਾਤਾਵਰਨ ਵਿੱਚ ਵਿਚਰਨਾ ਚਾਹੁੰਦਾ ਹੈ ਇਹ ਹਰ ਸਮਾਜ ਦੇ ਮਨੁੱਖ ਦੀ ਸਦੀਵੀ ਸਮੱਸਿਆ ਹੈ ਜਿਉਂ-ਜਿਉਂ ਮਨੁੱਖ ਦੇ ਦਿਮਾਗ ਦਾ ਵਿਕਾਸ ਹੁੰਦਾ ਗਿਆ ਹੈ ਤਿਉਂ-ਤਿਉਂ ਕੰਮ ਕਿਤੇ ਵੀ ਬਦਲਦੇ ਗਏ ਹਨ ਤੇ ਮਨੁੱਖ ਦੇ ਬਾਗੀ ਵਿਹਾਰ ਦੀ ਪ੍ਰਕਟਾਵੀ ਵੀ ਬਦਲਦੇ ਗਏ ਹਨ ਕਿਉਂਕਿ ਸਮਾਜ ਦੀਆਂ ਸਭ ਤੋਂ ਵਧੇਰੇ ਤੇ ਸਭ ਤੋਂ ਵੱਧ ਕਰੜੀਆਂ ਰੋਕਾਂ ਉਹਦੇ ਸੰਬੋਗੀ ਸਬੰਧਾਂ ਬਾਰੇ ਹਨ ਸੋ ਮਨੁੱਖ ਦੇ ਇਸ ਖੇਤਰ ਵਿੱਚਲੇ ਵਿਹਾਰ ਨੂੰ ਅਜੇ ਤੱਕ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਨਹੀਂ ਲਿਆਂਦਾ ਜਾ ਸਕਿਆ ਲੰਮਾ عرصਾ ਮਨੁੱਖ ਭੁੱਖ ਦੀ ਸਮੱਸਿਆ ਨਾਲ ਜੂਝਦਾ ਰਿਹਾ ਹੈ ਅਤੇ ਇਸ ਸਮੱਸਿਆ ਮਨੁੱਖ ਨੇ ਲਗਭਗ ਹੱਲ ਕਰ ਲਈ ਹੈ ਹੁਣ ਮਨੁੱਖ ਨੂੰ ਭੁੱਖ ਨਾਲ ਮਰਨ ਦਾ ਡਰ ਨਹੀਂ ਰਿਹਾ ਸੋ ਉਸ ਵਿੱਚ ਕਾਮ ਦੀਆਂ ਨਵੀਆਂ ਭੁੱਖਾਂ ਜਨਤ ਪਈਆਂ ਹਨ ਜਦੋਂ ਮਨੁੱਖ ਵਿੱਚ ਭੁੱਖ ਤੇ ਕਾਮ ਦੋਵੇਂ ਸ਼ਾਂਤ ਹੋ ਜਾਂਦੇ ਹਨ ਤਾਂ ਪ੍ਰਸਿੱਧੀ ਤੇ ਪ੍ਰਸ਼ੰਸਾ ਦੀਆਂ ਭੁੱਖਾਂ ਜਾਗ ਪੈਂਦੀਆਂ ਹਨ ਪ੍ਰਸ਼ੰਸਾ ਦੀ ਭੁੱਖ ਸ਼ਾਂਤ ਹੋਣ ਉਪਰੰਤ ਰਾਜਨੀਤਿਕ ਸ਼ਕਤੀ ਤੇ ਮਾਨਤਾ ਦੀ ਭੁੱਖ ਜਾਗ ਪੈਂਦੀ ਹੈ ਮਨੁੱਖ ਦਾ ਇਹ ਦੁਰਭਾਗ ਹੈ ਕਿ ਆਤਮਕ ਅਨੁਭਵ ਉਸ ਨੂੰ ਖਿੱਚ ਨਹੀਂ ਪਾ ਰਿਹਾ ਇਸ ਅਨੁਭਵ ਵਿੱਚ ਸਭ ਪ੍ਰਕਾਰ ਦੀਆਂ ਭੁੱਖਾਂ ਲੋਪ ਹੋ ਜਾਂਦੀਆਂ ਹਨ ਇੱਕ ਦੁਰਭਾਗ ਇਹ ਵੀ ਹੈ ਕਿ ajo ka manuka aatmik chole da ਅਖੰਡ ਰੱਜ ਕੇ ਵਾਸਤ ਵਿੱਚ ਭੋਜਨ ਕਾਮ ਤੇ ਪ੍ਰਸ਼ੰਸਾ ਦੀ ਭੁੱਖ 'ਚ ਉਲਝਿਆ ਹੋਇਆ ਹੈ ਜਿਨ੍ਹਾਂ ਨੇ ਦੂਜਿਆਂ ਲਈ ਉਦਾਹਰਣ ਪੜਨਾ ਸੀ ਉਹ ਆਪਸ 'ਤੋਂ ਵੱਧ ਗੁੱਤੇ ਖਾ ਰਹੇ ਹਨ ਹਰ ਪੀੜੀ ਦੇ ਨੈਤਿਕ ਕਸੂਲ ਹੀ ਵakre ਨਹੀਂ ਹੁੰਦੇ ਹਰ ਪੀੜੀ ਦਾ ਨੈਤਿਕਤਾ ਪ੍ਰਤੀ ਦ੍ਰਿਸ਼ਟੀਕੋਣ ਵੀ ਵਕਰਾ ਹੁੰਦਾ ਹੈ ਇੱਕ ਪੀੜੀ ਦੀ ਅਸ਼ਲੀਲਤਾ ਅਗਲੇਰੀ ਪੀੜੀ ਲਈ ਪਰਵਾਨਤ ਅਤੇ ਪ੍ਰਚਲਿਤ ਫੈਸ਼ਨ ਬਣ ਜਾਂਦੀ ਹੈ ਸਮਾਜ ਤੇ ਖੇਤਰ ਕੋਈ ਹੋਵੇ ਗਲਤ ਰਾਹਾਂ ਤੋਂ ਲੰਘ ਲੰਘ ਕੇ ਕਦੇ ਵੀ ਸਹੀ ਮੰਜ਼ਿਲ ਤੇ ਨਹੀਂ ਪਹੁੰਚਿਆ ਜਾ ਸਕਦਾ ਕਿਸੇ ਫੌਜ ਦੀ ਸ਼ਕਤੀ ਲੜਾਈ ਜਿੱਤਣ ਵਿੱਚ ਨਹੀਂ ਹੁੰਦੀ ਸਗੋਂ ਸ਼ਾਂਤੀ ਬਣਾਈ ਰੱਖਣ ਚੁੰਦੀ ਹੈ ਪਤੀ ਪਤਨੀ ਦੀ ਸ਼ਕਤੀ ਨਵੇਂ ਰਿਸ਼ਤੇ ਉਸਾਰਨ ਚ ਨਹੀਂ ਹੁੰਦੀ ਸਗੋਂ ਆਪਸੀ ਰਿਸ਼ਤੇ ਨੂੰ ਹੋਰ ਡੂੰਘਾ ਤੇ ਵਿਸ਼ਾਲ ਕਰਨ ਚੁੰਦੀ ਹੈ ਸੁੱਖ ਤਾਂ ਸਾਨੂੰ ਉਦੋਂ ਮਿਲਦਾ ਹੈ ਜਦੋਂ ਸਾਨੂੰ ਸਮਝਣ ਵਾਲਾ ਕੋਈ ਮਿਲ ਜਾਂਦਾ ਹੈ ਜਿਦੀ ਹਾਜ਼ਰੀ ਚ ਅਸੀਂ ਆਪਣੇ ਆਪ ਨੂੰ ਆਜ਼ਾਦ ਸਮਝਦੇ ਹਾਂ ਆਜ਼ਾਦੀ ਦੀਆਂ ਕੁਝ پابੰਦੀਆਂ ਹੁੰਦੀਆਂ ਹਨ ਜਿਹੜੇ ਇਹਨਾਂ پابੰਦੀਆਂ ਨੂੰ ਅਪਣਾ ਲੈਂਦੇ ਹਨ ਸਹੀ ਅਰਥਾਂ 'ਚ ਉਹੀ ਆਜ਼ਾਦ ਹੁੰਦੇ ਹਨ ਸਾਡਾ ਸਮਾਜ ਹੁਣ ਵਿਆਹ ਤੋਂ ਪਹਿਲਾਂ ਅਣਵਿਆਹੀਆਂ ਦੋਵੇਂ ਤਰ੍ਹਾਂ ਦੇ ਸਬੰਧਾਂ ਨੂੰ ਕਿਸੇ ਹੱਦ ਤੱਕ ਸਵੀਕਾਰ ਕਰਨ ਲੱਗ ਪਿਆ ਹੈ ਪਰ ਵਿਆਹ ਉਪਰੰਤ ਵਿਆਹ ਤੋਂ ਬਾਹਰ ਦੇ ਸਬੰਧ ਭਾਵੇਂ ਪ੍ਰਚਲਿਤ ਹੋ ਗਏ ਹਨ ਪਰ ਇਹਨਾਂ ਦੀ ਪ੍ਰਵਾਨਗੀ ਅਜੇ ਪ੍ਰਚਲਿਤ ਨਹੀਂ ਹੋਈ ਕੋਈ ਸਬੰਧ ਨਜਾਇਜ਼ ਬਣਦਾ ਹੀ ਤਾਂ ਹੈ ਜੋ ਦੇ ਸਮਾਨੰਤਰ ਜਾਇਜ਼ ਬੰਧ ਵਿਕੇ ਸੀ 40 ਤੱਕ ਹੋਏ ਨਜਾਇਜ਼ ਸੰਬੰਧਾਂ ਦੀ ਪਰਵਾਨਗੀ ਨਾ ਮਿਲਣ ਦਾ ਕਾਰਨ ਇਹ ਹੈ ਕਿ ਅਜੇ ਸੰਬੰਧ ਜਾਇਜ਼ ਸੰਬੰਧਾਂ ਲਈ ਖਤਰਾ ਤੇ ਸੰਕਟ ਪਜਾਉਂਦੇ ਹਨ ਤੇ ਅਕਸਰ ਤਲਾਕ ਦੇ ਮੁਕਦਮੇ ਦਾ ਰੂਪ ਧਾਰ ਲੈਂਦੇ ਹਨ ਨਜਾਇਜ਼ ਸੰਬੰਧਾਂ ਦਾ ਇੱਕ ਪੱਖ ਇਹ ਵੀ ਹੈ ਕਿ ਇਹ ਪਤੀ ਪਤਨੀ ਦੇ ਜਾਇਜ਼ ਸੰਬੰਧਾਂ ਦੇ ਵਿਪਰੀਤ ਜ਼ਿੰਮੇਵਾਰੀ ਦੀ ਪਵਨਾ ਤੋਂ ਮੁਕਤ ਹੁੰਦੇ ਹਨ ਸਮਾਜ ਵਿੱਚ ਬੇਸਵਾਪਣ ਦੀ ਨਿੰਦਾ ਵੀ ਇਸੇ ਪਰ ਇਸੇ ਆਧਾਰ ਤੇ ਹੁੰਦੀ ਹੈ ਕਿ ਵਿਵਸਵਾ ਪੋਣੇ ਵਿੱਚ ਸੰਭੋਗ ਦਾ ਉਦੇਸ਼ ਸੰਤਾਨ ਪ੍ਰਾਪਤੀ ਨਹੀਂ ਹੁੰਦਾ ਤੇ ਨਾ ਹੀ ਇਹ ਰਿਸ਼ਤਾ ਜ਼ਿੰਮੇਵਾਰੀ ਦੀ ਭਾਵਨਾ ਤੋਂ ਘਿਰਿਆਤ ਹੁੰਦਾ ਹੈ। ਜੈਸ ਸੰਬੰਧਾਂ ਦੀ ਨਿੰਦਾ ਵੀ ਇਸੇ ਪਰ ਇਸੇ ਆਧਾਰ ਤੇ ਹੁੰਦੀ ਹੈ। ਕਿਉਂਕਿ ਜੈਸ ਸੰਬੰਧਾਂ ਲਈ ਨਾ ਕੇਵਲ ਸੰਕਟ ਉਸਾਰ ਦੇ ਹਨ ਸਗੋਂ ਜੈਸ ਸੰਬੰਧਾਂ ਦੇ ਮਹੱਤਵ ਨੂੰ ਵੀ ਘਟਾਉਂਦੇ ਹਨ। ਵੇਖਿਆ ਗਿਆ ਹੈ ਕਜੇਵੇਂ ਜਵੇਂ ਨਾਜਾਇਜ਼ ਸਬੰਧ ਉਸਰਦੇ ਹਨ ਤੇ ਉਹ ਤੇ ਉਹਨਾਂ ਵਿੱਚ ਤੇ ਉਹਨਾਂ ਕਾਰਨ ਭੈੜੇ ਤੇ ਪਰਵਾਨ ਵਿਹਾਰ ਦੀਆਂ ਨਵੀਆਂ ਬਣਗੀਆਂ ਵੀ ਉੱਭਰਦੀਆਂ ਹਨ ਨਾਜਾਇਜ਼ ਸਬੰਧ ਨਾਜਾਇਜ਼ ਬਣਦੇ ਹੀ ਤਾਂ ਹਨ ਜੇ ਆਮ ਕਰਕੇ ਦੋਵੇਂ ਤੇ ਘੱਟੋ ਘੱਟ ਇੱਕ ਤੇ ਰਿਬਿਆਹੀ ਹੋਈ ਹੋਵੇ ਨਾਜਾਇਜ਼ ਸਬੰਧ ਉਸਰਨ ਦੀ ਸਥਿਤੀ ਵਿੱਚ ਇੱਕ ਇਸਤਰੀ ਦੇ ਨਾਜਾਇਜ਼ ਸਬੰਧ ਕਿਸੇ ਇੱਕ ਪੁਰਸ਼ ਤੱਕ ਜਾਂ ਕਿਸੇ ਪੁਰਸ਼ ਦੇ ਨਾਜਾਇਜ਼ ਸਬੰਧ ਕਿ ਸੇ ਇਕ ਸਤਰੀ ਤੱਕ ਸੀਮਤ ਨਹੀਂ ਰਹਿੰਦੇ ਇਹਨਾਂ ਦਾ ਇੱਕ ਸਿਲਸਿਲਾ ਚੱਲ ਪੈਂਦਾ ਹੈ ਤੇ ਨਸ਼ੇ ਕਾਰਨ ਜਾਂ ਜੂਆ ਖੇਡਣ ਦਾ ਦੂਜਿਆਂ ਨੂੰ ਠੱਗਣ ਜਈਆਂ ਭੈੜੀਆਂ ਆਦਤਾਂ ਨਾਲ ਰਲਦੀਆਂ ਜਾਂਦੀਆਂ ਹਨ ਤੇ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਅੱਗੇ ਤਾਂ ਜਾਇਆ ਜਾ ਸਕਦਾ ਪਰ ਪਿੱਛੇ ਮੁੜਨ ਦੇ ਰਾਹ ਬੰਦ ਹੋ ਜਾਂਦੇ ਜੇਕਰ ਨਜਾਇਜ਼ ਸੰਬੰਧ ਚੜ੍ਹਦੀ ਅਵਸਥਾ 'ਚ ਹੋ ਤਾਂ ਇਸਤਰੀ ਵੱਲੋਂ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਪਤੀ ਜਾਂ ਆਪਣੇ ਬੱਚਿਆਂ ਦਾ ਕਤਲ ਕਰਨ ਜਾਂ ਪੁਰਸ਼ ਵੱਲੋਂ ਆਪਣੀ ਪ੍ਰੇਮਿਕਾ ਨਾਲ ਰਲ ਕੇ ਆਪਣੀ ਪਤਨੀ ਨੂੰ ਮਾਰ ਦੇਣ ਦੀਆਂ ਵਾਰਦਾਤਾਂ ਵੀ ਵਾਪਰਦੀਆਂ ਹਨ ਮੁਸ਼ਕਲ ਉਦੋਂ ਪੈਦਾ ਹੁੰਦੀ ਹੈ ਜਦੋਂ ਨਜਾਇਜ਼ ਸਬੰਧ ਉਸਰਾਂ ਉਪਰੰਤ ਇਸਤਰੀ ਜਾਂ ਪੁਰਸ਼ ਇੱਕ ਦੂਜੇ ਨੂੰ ਤਿਆਗ ਕੇ ਕਿਸੇ ਹੋਰ ਨਾਲ ਨਜਾਇਜ਼ ਰਿਸ਼ਤਾ ਉਸਾਰਨ ਦਾ ਯਤਨ ਕਰਦੇ ਹਨ ਜੇ ਪ੍ਰੇਮਿਕਾ ਕਿਸੇ ਹੋਰ ਨਾਲ ਵਿਆਹ ਕਰਵਾ ਲਏ ਤਾਂ ਪ੍ਰੇਮੀ ਸਹਿ ਲੈਂਦਾ ਹੈ ਪਰ ਜੇ ਉਹ ਕਿਸੇ ਹੋਰ ਨਾਲ ਪ੍ਰੇਮ ਸਬੰਧ ਉਹ ਸਾਰੇ ਤਾਂ ਪ੍ਰੇਮੀ ਸੈਨ ਨਹੀਂ ਕਰੇਗਾ ਅਜੇ ਸਥਿਤੀ ਚਟਪਟ ਨਹੀਂ ਵਾਪਰਦੀ ਪਰ ਜਦੋਂ ਵਾਪਰਦੀ ਹੈ ਤਾਂ ਅਸਹਿ ਹੋ ਜਾਂਦੀ ਹੈ ਤੇ ਹਾਰੀ ਹੋਈ ਧਿਰ ਨੇ ਜੀਵਨ ਦੀਆਂ ਜਿੰਨੀਆਂ ਗਾਲਾਂ ਸੁਣੀਆਂ ਹੁੰਦੀਆਂ ਹਨ ਉਹ ਸਾਰੀਆਂ ਕੱਢ ਦਿੱਤੀਆਂ ਜਾਂਦੀਆਂ ਹਨ ਪੱਥਰ ਟੁੱਟਦਾ ਤਾਂ ਅਖੀਰਲੀ ਸੱਟ ਨਾਲ ਹੈ ਪਰ ਅਖੀਰਲੀ ਸੱਟ ਤੋਂ ਮਾਰੀਆਂ ਪਹਿਲੀਆਂ ਸੱਟਾਂ ਬੇਕਾਰ ਨਹੀਂ ਜਾਂਦੀਆਂ ਜਿੱਥੇ ਕਾਮੁਕ ਸ਼ਕਤੀ ਦਾ ਬੋਲਬਾਲਾ ਹੋਵੇ ਉੱਥੇ اخਲਾਕੀ ਸੰਜਮ ਦੀ ਵਾਹ ਨਹੀਂ ਚਲਦੀ ਅਜਿਹੀ ਸਥਿਤੀ ਵਿੱਚ ਪੁਰਸ਼ ਤੇ ਔਰਤ ਦੋਵੇਂ ਵਕਰ-ਵਕਰ ਵਿਹਾਰ ਪ੍ਰਗਟਾਉਂਦੇ ਹਨ ਪੁਰਸ਼ ਦੇ ਮੁਕਾਬਲੇ ਔਰਤ ਚ ਦੁਖੀ ਤੇ ਉਦਾਸ ਹੋਣ ਦੀ ਸ਼ਕਤੀ ਤੇ ਸਮਰੱਥਾ ਵਧੇਰੇ ਹੁੰਦੀ ਹੈ ਪਰ ਇਸਤਰੀ ਕੋਲ ਪਛਤਾਵਾ ਕਰਨ ਦੀ ਸ਼ਕਤੀ ਪੁਰਸ਼ ਦੇ ਮੁਕਾਬਲੇ ਘੱਟ ਹੁੰਦੀ ਹੈ ਮਾੜਾ ਕੰਮ ਕਰਕੇ ਪੁਰਸ਼ ਅਕਸਰ ਪਛਤਾਉਂਦਾ ਹੈ ਜਦੋਂ ਕਿ ਇਸਤਰੀ ਅਕਸਰ ਦੁਖੀ ਹੁੰਦੀ ਹੈ ਪੁਰਸ਼ ਬਦਲਾ ਲੈਣ ਬਾਰੇ ਤੇ స్త్రీ ਆਤਮਕਾਤ ਕਰਨ ਬਾਰੇ ਸੋਚਣ ਲੱਗ ਪੈਂਦੀ ਹੈ। ਭਾਵੇਂ ਇਸਤਰੀਆਂ ਤੇ ਸਮਾਜਿਕ ਦਬਾਅ ਵਧੇਰੇ ਤੇ ਰੋਕਾਂ ਦੇਖ ਹੁੰਦੀਆਂ ਹਨ ਪਰ ਉਹਨਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਗੁਪਤ ਤੇ ਲੁਕਵੇਂ ਵਿਹਾਰ ਦੀ ਯੋਗਤਾ ਵਧੇਰੇ ਹੁੰਦੀ ਹੈ। ਸਮੁੱਚੇ ਰੂਪ ਵਿੱਚ اخلاق, ਇੱਜ਼ਤ ਤੇ ਅਣਖ ਦੇ ਪੱਖੋਂ ਇਸਤਰੀਆਂ ਦੇ ਮੁਕਾਬਲੇ ਪੁਰਸ਼ ਵਧੇਰੇ ਸੁਚੇਤ ਹੁੰਦੇ ਹਨ। ਇਸੇ ਕਰਕੇ ਪੁਰਸ਼ਾਂ ਦੇ ਪ੍ਰਤੀਕਰਮ ਵਧੇਰੇ ਸ਼ਕਤੀਸ਼ਾਲੀ ਇਨਸਕਤੇ ਵਿਨਾਸ਼ਕਾਰੀ ਹੁੰਦੇ ਹਨ ਸਾਡੇ ਸਮਾਜ ਵਿੱਚ ਕਾਮੀ ਆਵਾਰਾ ਇਸਤਰੀ ਤੇ ਗੈਰ ਜ਼ਿੰਮੇਵਾਰ ਸ਼ਰਾਬੀ ਪੁਰਸ਼ ਦਾ ਦਰਜਾ ਲਗਭਗ ਬਰਾਬਰ ਬਰਾਬਰ ਹੈ ਜਦੋਂ ਕੋਈ ਇਸਤਰੀ ਅਚਾਨਕ ਆਪਣੀ ਉਮਰ ਤੋਂ ਘੱਟ ਉਮਰ ਵਾਲੇ ਕੱਪੜੇ ਪਾਉਣ ਲੱਗ ਪਵੇ ਤੇ ਪੁਰਸ਼ ਅਚਾਨਕ ਨਵੇਂ ਖਰਚੇ ਕਰਨ ਲੱਗ ਪਵੇ ਤੇ ਛੁਪੇ ਹੋਏ ਸੁਨੇਹਿਆਂ ਵਾਲੇ ਤੋਹਫੇ ਖਰੀਦਣ ਲੱਗ ਪਵੇ ਤਾਂ ਅਜਿਹੇ ਵਿਹਾਰ ਵਿੱਚੋਂ ਕਿਸੇ ਨਜਾਇਜ਼ ਰਿਸ਼ਤੇ ਦੇ ਉਸਰਨ ਦੇ ਸੰਕੇਤ ਮਿਲਣ ਲੱਗ ਪੈਂਦੇ ਹਨ ਇਸਤਰੀਆਂ ਪੁਰਸ਼ਾਂ ਦੇ ਮੇਲ-ਜੋਲ ਦੀਆਂ ਸੰਭਾਵਨਾਵਾਂ ਵਧ ਵਧਨ ਕਰਕੇ ਨਜਾਇਜ਼ ਰਿਸ਼ਤੇ ਉਸਰਨ ਦੇ ਅਵਸਰ ਵਧ ਗਏ ਹਨ ਜਿਵੇਂ ਜਸੂਸ ਦੀ ਸ਼ਕਤੀ ਗੁਪਤ ਰਹਿਣ ਵਿੱਚ ਹੁੰਦੀ ਹੈ ਉਵੇਂ ਹੀ ਨਜਾਇਜ਼ ਰਿਸ਼ਤੇ ਉਹਨਾਂ ਚਿਹਰੇ ਚੰਗੇ ਲੱਗਦੇ ਹਨ ਜਿਨ੍ਹਾਂ ਚਿਹਰੇ ਗੁਪਤ ਰਹਿਣ ਹਰ ਔਰਤ ਦੀ ਕੋਈ ਨਾ ਕੋਈ ਸਹੇਲੀ ਤੇ ਹਰ ਪੁਰਸ਼ ਦਾ ਕੋਈ ਨਾ ਕੋਈ ਦੋਸਤ ਹੁੰਦਾ ਨਜਾਇਜ਼ ਸੰਬੰਧ ਸਾਰੇ ਤਾਂ ਆਪਣੀ ਹਿੰਮਤ ਨਾਲ ਜਾਂਦੇ ਹਨ ਪਰ ਉਸਰਨ ਉਪਰੰਤ ਸਹਿਯੇ ਜਾਂ ਦੋਸਤ ਦੀਆਂ ਸੇਵਾਵਾਂ ਸਬੰਧਾਂ ਨੂੰ ਬਣਾਈ ਰੱਖਣ ਲਈ ਵਰਤੀਆਂ ਜਾਂਦੀਆਂ ਹਨ ਖਾਣ ਪੀਣ ਤੇ ਬੋਲ ਚੱਲ ਦਾ ਪੱਧਰ ਬਦਲਣ ਨਾਲ ਇਹਨਾਂ ਸਹਾਇਕ ਧਿਰਾਂ ਨੂੰ ਵੀ ਨਵੇਂ ਸਬੰਧਾਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਹਰ ਕਿਸੇ ਨੂੰ ਖਤਰੇ ਵਾਲੀ ਸਥਿਤੀ ਵਿੱਚ ਵਿਚਰਨ ਤੇ ਨਵੇਂ ਪ੍ਰਯੋਗ ਕਰਨ ਦਾ ਆਨੰਦ ਆਉਂਦਾ ਜਿਵੇਂ ਭੋਜਨ ਵਿੱਚ ਚਟਨੀ ਆਚਾਰ ਜਾਂ ਪਾਪੜ ਦੀ ਲੋੜ ਤਾਂ ਹੀ ਪੈਂਦੀ ਹੈ ਜਦੋਂ ਸਾਦਾ ਭੋਜਨ ਸਾਨੂੰ ਪ੍ਰਭਾਵਿਤ ਨਹੀਂ ਕਰਦਾ ਇਹ ਜਦੋਂ ਸਦਾਰਨ ਤੇ ਦੋਹਰਾਉਵਾਦੀ ਸਬੰਧਾਂ 'ਚ ਖੇਚ ਨਹੀਂ ਰਹਿੰਦੇ ਤਾਂ ਹੀ ਨਵੇਂ ਸਬੰਧوں ਸਾਰਨ ਦੀ ਲਾਲਸਾ ਉਪਜਦੀ ਹੈ ਸੈਰ ਸੁਪਟੇ ਲਈ ਜਾਣ ਵਾਲੀਆਂ ਥਾਵਾਂ ਤੇ ਭੋਜਨ ਕਰਕੇ ਨਵੇਂ ਲੋਕਾਂ ਨੂੰ ਮਿਲਣ ਨਵੇਂ ਪਹਿਰਾਵੇ ਪਹਿਨਣ ਆਦੀ ਇੱਛਾ ਨਵਿੰਤਾ ਪ੍ਰਤੀ ਤਾਂਗ ਦੀ ਸਦੀਵੀ ਮੂਲ ਪ੍ਰਵਿਰਤੀ ਵਿੱਚੋਂ ਜਨਮਦੀ ਹੈ ਉਦਾਹਰਨ ਵਜੋਂ ਜਿਹੜੀਆਂ ਜਿਹੜੀ ਇਸਤਰੀ ਦੁਪਹਿਰੇ 2 ਵਜੇ ਤੱਕ ਨਹਾਉਂਦੀ ਨਹੀਂ ਜਦ ਜਿਹੜਾ ਪੁਰਸ਼ ਘਰਵਲ ਧਿਆਨ ਹੀ ਨਹੀਂ ਦਿੰਦਾ ਉਥੇ ਇੱਕ ਦੂਜੇ ਪ੍ਰਤੀ ਉਪਰਾਮਤਾ ਉਪਜਣੀ ਸੁਭਾਵਕ ਹੈ ਇਹ ਉਪਰਾਮਤਾ ਹੀ ਨਵੇਂ ਪ੍ਰਯੋਗ ਕਰਨ ਲਈ ਪ੍ਰੇਰਣਾ ਸ਼ਕਤੀ ਬਣ ਜਾਂਦੀ ਹੈ ਅਜੋਕੀਆਂ ਸਾਰੀਆਂ ਫਿਲਮਾਂ ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਸਾਹਿਤਿਕ ਕਿਰਤਾਂ ਆਦਿ ਲਈ ਜਾਇਸ ਸੰਬੰਧ ਕੋਈ ੜਤ ਨਹੀਂ ਰੱਖਦੇ ਇਹਨਾਂ ਪ੍ਰੋਗਰਾਮਾਂ ਤੇ ਕਿਰਤਾਂ ਦਾ ਵਿਸ਼ਾ ਅਸਾਧਾਰਨ ਜਾਂ ਨਾਜਾਇਜ਼ ਸੰਬੰਧ ਹੀ ਹੋ ਸਕਦੇ ਹਨ ਸਧਾਰਨ ਵਿਅਕਤੀ ਲਈ ਵੀ ਸਧਾਰਨ ਗੱਲਾਂ ਦਿਲਚਸਪ ਨਹੀਂ ਰਹੀਆਂ ਲੋਕ ਪੜ੍ਹ ਲਿਖ ਕੇ ਜਟਿਲ ਤੇ ਗੁੰਝਲਦਾਰ ਹੋ ਗਏ ਹਨ ਉਹਨਾਂ ਨੂੰ ਜੀਵਨ ਦੀਆਂ ਸਧਾਰਨ ਖੁਸ਼ੀਆਂ ਵਿੱਚ ਤਸੱਲੀ ਨਹੀਂ ਮਿਲਦੀ ਉਹ ਗੁੰਝਲਦਾਰ ਹੋਏ ਬਿਨਾ ਪ੍ਰਸੰਨ ਨਹੀਂ ਹੁੰਦੇ ਨਾਜਾਇਜ਼ ਰਿਸ਼ਤਿਆਂ ਦੀਆਂ ਗੁੰਝਲਾਂ ਬਾਰੇ ਪੜਨਾ ਤੇ ਅਜੇ ਰਿਸ਼ਤਿਆਂ ਨੂੰ ਸਾਰਨਾ ਇੱਕ ਪ੍ਰਕਾਰ ਦਾ ਖੇਡ ਵਰਗਾ ਮਨਕਰਚਾਵਾ ਬਣ ਗਿਆ ਹੈ ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਏ ਤਾਂ ਕੁਦਰਤ ਕੇਵਲ ਇੱਕ ਹੀ ਰਿਸ਼ਤੇ ਇਸਤਰੀ ਪੁਰਸ਼ ਜਾਂ ਨਰ ਮਾਦਾ ਦੇ ਰਿਸ਼ਤੇ ਨੂੰ ਹੀ ਪਛਾਣਦੇ ਹਨ ਬਾਕੀ ਸਾਰੇ ਰਿਸ਼ਤੇ ਸਮਾਜ ਵੱਲੋਂ ਸਾਰੇ ਗਏ ਹਨ ਅਤ੍ਰਿਪਤ ਮਨੁੱਖ ਕੁਦਰਤੀ ਰਿਸ਼ਤੇ ਲਈ ਤਾਂਘਦਾ ਹੈ ਕਿਉਂਕਿ ਸਮਾਜਿਕ ਰਿਸ਼ਤੇ ਉਸ ਲਈ ਬੋਝ ਬਣ ਜਾਂਦੇ ਹਨ ਜਦੋਂ ਜੀਵਨ ਦੇ ਹਰ ਖੇਤਰ 'ਚ ਵੰਨ ਸੁਵੰਤਾ ਫੈਲ ਰਹੀ ਹੈ ਤਾਂ ਰਿਸ਼ਤਿਆਂ ਵਿੱਚ ਵੀ ਵੰਨ ਸੁਵੰਤਾ ਦਾ ਆਉਣਾ ਸੁਭਾਵਕ ਹੈ ਗਰਭ ਨਿਰੋਧਕ ਵਿਧੀਆਂ ਨੇ ਵੀ ਨਜਾਇਜ਼ ਰਿਸ਼ਤਿਆਂ ਦੀ ਉਸਾਰੀ ਨੂੰ ਉਤਸ਼ਾਹ ਦਿੱਤਾ ਹੈ ਕਿ ਵਿਗਿਆਨ ਦੇ ਪਰਬਾਵ ਦੇ 因 ਹਰ ਵਿਅਕਤੀ ਵਿੱਚ ਨਵੇਂ-ਨਵੇਂ ਪ੍ਰਯੋਗ ਕਰਨ ਦੀ ਵੀ ਮਰਤੀ ਬਲਵਾਨ ਹੋਈ ਹੈ। ਹਰ ਕਿਸੇ ਦੀ ਮੁਢਲੀ ਦਿਲਚਸਪੀ ਆਪਣੇ ਸਰੀਰ ਵਿੱਚ ਹੀ ਹੁੰਦੀ ਹੈ। ਸੋ ਉਸ ਵਿੱਚ ਆਪਣੇ ਸਰੀਰ ਨੂੰ ਦੂਜਿਆਂ ਦੇ ਸਰੀਰ ਨਾਲ ਮਾਪਣਾ, ਤੋਲਣਾ ਨਾ ਕੇਵਲ ਖੇਚ ਪਾਉਂਦਾ ਸਗੋਈ ਯਤਨ ਨਵੇਂ ਅਨੁਭਵ ਪ੍ਰਾਪਤ ਕਰਨ ਵਿੱਚ ਵੀ ਸਹਾਇੀ ਹੁੰਦਾ ਹੈ। ਜਦੋਂ ਕਿਸੇ ਕੋਲ ਨਵੇਂ ਅਨੁਭਵ ਇਕੱਤਰ ਹੋ ਜਾਂਦੇ ਹਨ ਤਾਂ ਹੀ ਉਹ ਕਲਾਕਾਰ ਜਾਂ ਕਵੀ ਜਾਂ ਸਾਹਿਤਕਾਰ ਬਣਦਾ ਹੈ। ਹਰ ਕਿਸੇ ਨਾਲ ਕਲਾਕਾਰ ਬਣਦੀ ਸੁਭਾਅਕ ਇੱਛਾ ਹੁੰਦੀ ਹੈ। ਕਲਾ ਜਾਂ ਸਾਹਿਦ ਦੀ ਦ੍ਰਿਸ਼ਟੀ ਤੋਂ ਇੱਕ ਪੁਰਸ਼ ਇੱਕ ਇਸਤਰੀ ਦੇ ਪਤੀ-ਪਤਨੀ ਵਾਲੇ ਸਬੰਧ ਕਲਾ ਦੇ ਵਿਕਾਸ ਲਈ ਰੁਕਾਵਟ ਬਣ ਜਾਂਦੇ ਹਨ। ਇਸੇ ਕਾਰਨ ਕਲਾਕਾਰ ਇਸਤਰੀ-ਪੁਰਸ਼ ਦੇ ਪਤੀ-ਪਤਨੀ ਵਾਲੇ ਸਬੰਧ ਸੁਖਾਵੇ ਨਹੀਂ ਹੁੰਦੇ ਕਿਉਂਕਿ ਕਲਾਕਾਰਾਂ ਵਿੱਚ ਨਵੇਂ ਅਨੁਭਵਾਂ ਲਈ ਤੀਬਰ ਤਾਂਘ ਹੁੰਦੀ ਹੈ। ਕੋਈ ਵੀ ਸਿਆਣਾ ਪੁਰਸ਼ ਇੱਕ ਇਸਤਰੀ ਨਾਲ ਤੇ ਕੋਈ ਵੀ ਸੋਹਣੀ ਇਸਤਰੀ ਇੱਕ ਪੁਰਸ਼ ਨਾਲ ਸੰਤੁਸ਼ਟ ਨਹੀਂ ਹੁੰਦੀ ਯੂਰਪ ਵਿੱਚ ਨਜਾਇਜ਼ ਸਬੰਧਾਂ ਦਾ ਪਤਾ ਲੱਗ ਜਾਣ ਤੇ ਵੱਧ ਤੋਂ ਵੱਧ ਤਲਾਕ ਵਾਪਰਦਾ ਜਦੋਂ ਕਿ ਏਸ਼ੀਆਨ ਦੇਸ਼ਾਂ ਵਿੱਚ ਕਤਲ ਵੀ ਹੁੰਦੇ ਹਨ ਪ੍ਰੇਮੀ ਜਾਂ ਪ੍ਰੇਮਿਕਾ ਦਾ ਕਤਲ ਅਕਸਰ ਉਹੀ ਕਰਦੇ ਹਨ ਜਿਨ੍ਹਾਂ ਦੇ ਨਜਾਇਜ਼ ਸਰੀਰਕ ਸਬੰਧ ਉੱਤਰ ਚੁੱਕੇ ਹੁੰਦੇ ਹਨ ਪਰ ਇੱਕ ਧਿਰ ਦਾ ਦੂਜੀ ਧਿਰ 'ਤੇ ਵਿਸ਼ਵਾਸ ਮੁੱਕ ਚੁੱਕਾ ਹੁੰਦਾ ਹੈ ਬਲਾਤਕਾਰ ਅਕਸਰ ਬਦਲਾ ਲੈਣ ਦੀ ਭਾਵਨਾ ਤੋਂ ਪ੍ਰੇਰਿਤ ਹੁੰਦਾ ਹੈ। ਨਜਾਇਜ਼ ਸਬੰਧਾਂ ਵਿੱਚ ਜਦੋਂ ਇੱਕ ਧਿਰ ਦਾ ਕਤਲ ਹੋ ਜਾਂਦਾ ਹੈ ਤਾਂ ਇਸ ਕਤਲ ਦੀ ਗੁੱਥੀ ਪੁਲਿਸ ਲਈ ਸੁਲਝਾਣੀ ਔਖੀ ਨਹੀਂ ਹੁੰਦੀ। ਜਦੋਂ ਕਾਤਲ ਫੜ ਲਿਆ ਜਾਂਦਾ ਹੈ ਤਾਂ ਉਹਦਾ ਮੋਢਲਾ ਵਿਹਾਰ ਇਸ ਕਤਲ ਨੂੰ ਜਾਇਜ਼ ਠਹਿਰਾਉਣ ਵਾਲਾ ਹੁੰਦਾ ਹੈ ਤੇ ਕਾਤਲ ਤੇ ਰ ਆਪਣੀ ਅਣਖ, ਆਪਣੇ ਸਵੈਮਾਨ ਤੇ ਆਪਣੀ ਬੇਇੱਜ਼ਤੀ ਨੂੰ ਆਧਾਰ ਬਣਾ ਕੇ ਆਪਣੇ ਅਮਲ ਨੂੰ ਸਹੀ ਘਰਾਰ ਦਿੰਦੀ ਹੈ। ਏਸ਼ੀਅਨ ਦੇਸ਼ਾਂ ਵਿੱਚ ਇਸਤਰੀ-ਪੁਰਸ਼ ਦੀ ਸਥਿਤੀ ਯੂਰਪੀਅਨ ਦੇਸ਼ਾਂ ਨਾਲੋਂ ਪਿੱਛੇ ਹੈ। ਏਸ਼ੀਅਨ ਦੇਸ਼ਾਂ ਦੀ ਇਸਤਰੀ ਦੇ ਮੁਕਾਬਲੇ ਯੂਰਪੀਅਨ ਇਸਤਰੀ ਵਧੇਰੇ ਸੁਚੇਤ, ਦਲੇਰਤੀ ਆਪਣੇ ਸੰਬੰਧੀ ਫੈਸਲੇ ਆਪ ਕਰਨ ਦੀ ਯੋਗਤਾ ਤੇ ਸਮਰੱਥਾ ਰੱਖਦੀ ਹੈ। ਏਸ਼ੀਅਨ ਦੇਸ਼ਾਂ ਵਿੱਚ ਪੁਰਸ਼ਾਂ ਦਾ ਸਮਾਜਿਕ ਮਹੱਤਵ ਇਸਤਰੀਆਂ ਦੇ ਮੁਕਾਬਲੇ ਵਧੇਰੇ ਹੈ। ਇਨ੍ਹਾਂ ਦੇਸ਼ਾਂ ਵਿੱਚ ਜਦੋਂ ਨਜਾਇਜ਼ ਸਬੰਧ ਉੱसरਦੇ ਹਨ ਤਾਂ ਇਨ੍ਹਾਂ ਵਿੱਚ ਇਸਤਰੀ ਦਾ ਸ਼ੋਸ਼ਣ ਵਧੇਰੇ ਹੁੰਦਾ ਹੈ। ਇਸੇ ਦੇ ਸ਼ਾਮ ਵਿੱਚ ਇਸ ਸ਼੍ਰੀ ਦੀ ਜ਼ਿੰਦਗੀ ਵਿਸ਼ਵਾਸਪਾਤਰ ਤੇ ਵਿਸ਼ਵਾਸ ਘਾਤੀ ਰਿਸ਼ਤੇ ਆ ਵਿਚਾਰ ਵਿਚਰਦੀ ਹੈ ਇਸਤਰੀ ਆਪਣੇ ਵਿਸ਼ਵਾਸਪਾਤਰ ਨਾਲ ਇਕ ਲਾਪੇ ਵਿੱਚ ਵੀ ਵਿਚਰ ਸਕਦੀ ਹੈ ਪਰ ਵਿਸ਼ਵਾਸ ਘਾਤੀ ਨਾਲ ਭੀੜ ਵਿੱਚ ਵਿਚਰਨਾ ਵੀ ਉਸ ਲਈ ਸੰਭਵ ਨਹੀਂ ਹੁੰਦਾ ਪਿਆਰ ਤੇ ਵਿਆਹ ਵਰਗੇ ਜੈਸ ਰਿਸ਼ਤੇ ਨੂੰ ਸਾਰਨ ਦੀ ਵੀ ਪਹਿਲ ਤੇ ਕਾਲ ਪੁਰਸ਼ ਕਰ ਪਰ ਹਰ ਰਿਸ਼ਤੇ ਨੂੰ ਬਣਾਈ ਰੱਖਣ ਲਈ ਮਿਹਨਤ ਵਧੇਰੇ ਇਸਤਰੀ ਕਰਦੀ ਹੈ रिश्ते दी पखियाई ते सदिवता इसरे दा उद्देश्य हुंदी है आजकल कुछ नवा ਕਰਨ ਦਾ पागलपन ਹਰ ਕਿਸੇ ਤੇ ਸਵਾਰ ਹੈ ਮਨੁੱਖ ਦਾ ਦੁਖਾਂਤ ਇਹ ਹੈ ਕਿ ਉਹ ਆਪਣੇ ਆਪ ਨੂੰ ਨਿਰਪੱਖ ਹੋ ਕੇ ਕਦੇ ਨਹੀਂ ਵੇਖਦਾ ਕੋਈ ਵਿਅਕਤੀ ਜਿੰਨਾ ਵਧੇਰੇ ਬੇਈਮਾਨ ਹੁੰਦਾ ਹੈ ਉਹਦੀ ਉਨੀ ਹੀ ਵਧੇਰੇ ਇੱਛਾ ਹੁੰਦੀ ਹੈ ਕਿ ਉਹਦੀ ਪਤਨੀ ਇਮਾਨਦਾਰ ਤੇ ਸੁਹਿਰਦ ਹੋਵੇ ਕਿਸੇ ਹੋਰ ਨੂੰ ਜਿੱਤਣ ਦੀ ਭਾਵਨਾ ਵਾਲਾ ਵਿਅਕਤੀ ਅੰਦਰੋਂ ਕਿਧਰੇ ਪਹਿਲਾਂ ਹੀ ਹਾਰਿਆ ਹੋਇਆ ਹੁੰਦਾ ਹੈ ਕਿਸ ਨੇ ਪੁੱਛਿਆ ਹੈ ਕੀ ਲੱਭਦਾ ਹੈ ਨਾ ਕੀ ਲੱਭਦਾ ਹੈ ਇਹਨਾਂ ਨਜਾਇਜ਼ ਸਬੰਧਾਂ ਵਿੱਚੋਂ ਉੱਤਰ ਦਿੱਤਾ ਜਾ ਸਕਦਾ ਹੈ ਕੀ ਲੱਭਦਾ ਹੈ ਬੱਚੇ ਨੂੰ ਸ਼ਰਾਰਤਾਂ ਕਰਕੇ ਕੀ ਲੱਭਦਾ ਹੈ ਸਮਾਜਿਕ ਨਿਯਮਾਂ ਨੂੰ ਉਲੰਘਣ ਨਾਲ ਕੀ ਲੱਭਦਾ ਹੈ ਸ਼ਰਾਬੀ ਨੂੰ ਸ਼ਰਾਬ ਵਿੱਚੋਂ ਜੂਏਬਾਜ਼ ਨੂੰ ਜੂਏ ਵਿੱਚੋਂ ਸਮਗਲਰ ਨੂੰ ਸਮਗਲਿੰਗ ਵੇਚੋਂ ਸਪਸ਼ਟ ਹੈ ਕਿ ਮਨੁੱਖ ਦੀਆਂ ਅੰਤਰੀਵ ਤੰਗਾਂ ਦੇ ਉੱਤਰ ਭਾਰਤਿਕ ਮੁਹਾਵਰੇ 'ਚ ਨਹੀਂ ਦਿੱਤੇ ਜਾ ਸਕਦੇ ਜਦੋਂ ਤੰਗ ਆਉਂਵੇ ਵਿਵੇਕ ਤੋਂ ਵਧੇਰੇ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ ਤਾਂ ਇਹ ਆਪਣਾ ਨਵਿਕਲਾ ਤਰਕ ਸਿਰਜ ਲੈਂਦੀਆਂ ਹਨ ਮਨੁੱਖ ਦਾ ਕਾਮੁਕ ਵਿਹਾਰ ਮਨੁੱਖ ਦੀ ਬੁੱਧੀ ਦੇ ਅਧੀਨ ਨਹੀਂ ਹੈ ਹਰ ਬੈਂਕ ਤੋਂ ਇੱਕੋ ਪ੍ਰਕਾਰ ਦੇ ਨੋਟ ਮਿਲਦੇ ਹਨ ਅੰਤਰ ਨੋਟਾਂ 'ਚ ਨਹੀਂ ਹੁੰਦਾ ਬੈਂਕ 'ਚ ਹੁੰਦਾ ਅਸੀਂ ਬਦਲ ਕੇ ਕੱਪੜੇ ਕਿਉਂ ਪਾਉਂਦੇ ਹਾਂ ਆਨੰਦ ਕੱਪੜਿਆਂ 'ਚ ਨਹੀਂ ਹੁੰਦਾ ਬਦਲ ਕੇ ਪਾਉਣ ਵਿੱਚ ਹੁੰਦਾ ਪਹਿਲਾਂ ਮਨੁੱਖ ਤੇ ਸਮਾਜਿਕ ਦਬਾਵ ਵਧੇਰੇ ਸਨ ਸੰਗੀ ਤੇ ਮਾੜੇ ਵਿਹਾਰ ਦੀ ਵਨ ਸਪਸ਼ਟ ਸੀ ਸਮਾਜ چھوٹਾ ਸੀ ਰਿਸ਼ਤੇ ਸਪਸ਼ਟ ਸਨ ਨੈਤਿਕ ਨੀਮ ਕਰੜੇ ਸਨ ਜਿਹੜੇ ਨਜਾਇਜ਼ ਰਿਸ਼ਤਿਆਂ ਨੂੰ ਰੋਕਦੇ ਸਨ ਹੁਣ ਆਰਥਿਕ ਸਥਿ ਸ਼ਕਤੀਵਧਨ ਨਾਲ ਸਮਾਜਿਕ ਅਪਰਵਾਨਗੀ ਦਾ ਡਰ ਨਹੀਂ ਰਿਹਾ ਸੋ ਸਾਡੇ ਵਿਹਾਰ ਵਿੱਚ ਵੀ ਲਾਪਰਵਾਹੀ ਆ ਗਈ ਜੀ ਜਦੋਂ ਇੱਕ ਡਾਕਟਰ ਸਿਗਰਟ ਪੀਂਦਾ ਹੈ ਤਾਂ ਇਸੇਆਣ ਵੀ ਹੋਣੇ ਗਿਆਨ ਦੀ ਇੱਕ ਉਦਾਹਰਨ ਬਣ ਜਾਂਦੀ ਹੈ ਕਿਕ ਜਨਾਂ ਨੇ ਦੂਜੀਆਂ ਦੀ ਉਦਾਹਰਨਾਂ ਸਿਰਜਣੀਆਂ ਸਨ ਉਹ ਆਪ ਕੁਰਾਹੇ ਪਏ ਹੋਏ ਹਨ ਕਸ਼ਟੋਨਾ ਕੰਮਾਂ ਤੇ ਹੀ ਦੇਹੀ ਹੁੰਦੇ ਹਨ ਜਿਨ੍ਹਾਂ ਨੂੰ ਸਮਾਜ ਪਰਵਾਨਗੀ ਦੀ ਨਜ਼ਰੀ ਨਾਲ ਨਹੀਂ ਵੇਖਦਾ ਪਰ ਹੁਣ ਤਾਂ ਕਿਸੇ ਨੂੰ ਸਮਾਜ ਦੀ ਪਰਵਾਹੀ ਨਹੀਂ ਵਪਾਰ ਦੀ ਦ੍ਰਿਸ਼ਟੀ ਤੋਂ ਜਾਇਜ਼ ਸਬੰਧਾਂ ਦੇ ਮੁਕਾਬਲੇ ਨਜਾਇਜ਼ ਸਬੰਧ ਬਧੇਰੇ ਲਾਭਕਾਰੀ ਹਨ ਕਈ ਕੈਫੇ ਹੋਟਲ ਸਿਨੇਮੇ ਦੇ ਥਾਵਾਂ ਜੀਆਂ ਹਨ ਜਿਹੜੀਆਂ ਨਜਾਇਜ਼ ਸਬੰਧਾਂ ਦੇ ਸੰਦਰਭ ਵਿੱਚ ਹੀ ਸਾਰਥਕ ਹੁਣ ਅੱਖ ਦੇ ਬੀਜਾਂ ਨੂੰ ਪਿੱਪੜਾਂ ਦੇ ਸੁਪਨੇ ਆਉਣ ਲੱਗ ਪਏ ਹਨ ਜੋਕੇ ਸਮਾਂ ਵਿੱਚ ਨੋਟਾਂ ਦੀ ਗਿਣਤੀ ਤੇ ਗਰਮੀ ਵਧ ਗਈ ਹੈ ਜਜ਼ਬਾਤਾਂ ਅਤੇ ਅਹਿਸਾਸਾਂ ਦਾ ਨਿਗ ਨਹੀਂ ਰਿਹਾ ਟੈਲੀਵਿਜ਼ਨ ਨੇ ਇਸਤਰੀ ਨੂੰ ਭਾਰਿਆ ਹੀ ਨਹੀਂ ਉਹਨੂੰ ਚੰਗੇ ਤੇ ਮਾੜੇ ਦੋਵਾਂ ਤੰਗਾਂ ਨਾਲ ਆਪ ਪਰਖਟੌਂਦੇ ਅਫਸਰ ਵੀ ਦਿੱਤੇ ਹਨ ਰਿਸ਼ਤੇ ਕੱਪੜਿਆਂ ਵਾਂਗ ਹੋ ਗਏ ਹਨ ਫੈਸ਼ਨ ਪੁਰਾਣਾ ਹੋ ਜਾਂਦਾ ਹੈ ਇਹ ਸਾਡੇ ਸੰਭੂ ਤਬੱਤ ਜਾਂਦੇ ਹਨ ਇਸ ਸੰਭੇਤਾ ਜਾਂਦੇ ਹਨ ਪਹਿਨੇ ਨਹੀਂ ਜਾਂਦੇ ਕਈ ਕਪੜੇ ਭਾਰੇ ਤੇ ਪੁਰਾਣੇ ਪ੍ਰਤੀਤ ਹੋਣ ਲੱਗ ਪੈਂਦੇ ਹਨ ਕੱਚੇ ਘੜਿਆਂ ਚ ਪੱਕੇ ਰਿਸ਼ਤੇ ਨੂੰ ਚੁੱਕਣ ਦੀ ਸਮਰੱਥਾ ਨਹੀਂ ਹੁੰਦੀ ਇਸਤਰੀ ਦੇ ਗਿਲੇ ਸ਼ਿਕਵੇ ਵੱਧ ਗਏ ਹਨ ਜਿਵੇਂ ਸਰੀਰ ਨਾਪਣ ਵਾਲੇ ਕਈ ਮਿਲਦੇ ਹਨ ਰੂਹ ਨੂੰ ਤੋਲਣ ਵਾਲਾ ਕੋਈ ਨਹੀਂ ਮਿਲਦਾ ਇਨਸਾਨੀ ਜਾਮਾਂ ਤਾਂ ਮਿਲਿਆ ਪਰ ਔਰਤ ਪਰ ਔਰਤ ਦਾ ਮਿਲਿਆ ਅਸੀਂ ਸਾਰੇ ਆਪਣੇ ਆਪਣੇ ਸਰੀਰਾਂ ਵਿੱਚ ਉਮਰ ਕੈ ਭੁਗਤ ਰਹੇ ਹਾਂ ਤੇ ਆਪਣੇ ਸਰੀਰਾਂ ਦੀ ਸੁਰੰਗ ਚ ਸ਼ੋਰ ਪਾ ਰਹੇ ਆਂ ਵਿਛੋੜੇ ਦਾ ਡਰ ਸਾਰੇ ਬੰਧਨ ਪਰਵਾਨ ਕਰਵਾਉਂਦਾ ਪਰ ਸ਼ਿਕਵੇ ਸ਼ਿਕਾਇਤਾਂ ਕਿਸੇ ਦੀਆਂ ਨਹੀਂ ਮੁੱਕਦੀਆਂ ਇਸਤਰੀ ਕਹਿੰਦੀ ਹੈ ਮੈਨੂੰ ਭੁੱਖ ਦੀ ਨਹੀਂ ਛਾਂ ਦੀ ਲੋੜ ਹੈ ਰੁੱਖ ਤਾਂ ਮੇਰੇ ਵਿਹੜੇ ਵਿੱਚ ਵੀ ਹੈ ਪਰ ਉਹਦੀ ਛਾਂ ਨਹੀਂ ਮੈਨੂੰ ਫੁੱਲਾਂ ਦੀ ਨਹੀਂ ਖੁਸ਼ਬੂ ਦੀ ਲੋੜ ਹੈ ਫੁੱਲ ਤਾਂ ਪਲਾਸਟਿਕ ਦੇ ਵੀ ਮਿਲ ਜਾਂਦੇ ਹਨ ਮੈਨੂੰ ਮਰਦ ਦੀ ਨਹੀਂ ਹਮਦਰਦ ਦੀ ਲੋੜ ਹੈ पर हमदर्द अंत ਵਿੱਚ ਮਰਦ ਹੋ ਨਿਬੜਦਾ ਹੈ ਘਰ ਬਾਰੇ ਇਸਤਰੀ ਕਹਿੰਦੀ ਹੈ ਦੂਰੋਂ ਉਹ ਥਾਂ ਘਰ ਵਾਂਗ ਨਜ਼ਰ ਆਉਂਦੀ ਸੀ ਨੇੜੇ ਜਾ ਕੇ ਵੇਖਿਆ ਤਾਂ ਕੇਵਲ ਚਾਰ ਦੁਵਾਰੀ ਹੀ ਸੀ ਹੁਣ ਜਦੋਂ ਰਿਸ਼ਤਿਆਂ ਦੀ ਵਿਆਕਰਣ ਵਿੱਚ ਕਿਸੇ ਦੀ ਦਿਲਚਸਪੀ ਨਹੀਂ ਰਹੀ ਹਰ ਕੋਈ ਅੱਖਾਂ ਦੇ ਬੋਝੇ ਵਿੱਚੋਂ ਸੁਪਨੇ ਚੋਰੀ ਹੋ ਜਾਣ ਦੀ ਦੁਹਾਈ ਪਾ ਰਿਹਾ ਹੈ ਤੇ ਲੁੱਟੇ ਜਾਣ ਤੇ ਲੁੱਟਣ ਦੀ ਬੋਲੀ ਚ ਬੋਲ ਰਿਹਾ ਹੈ ਸਾਡੀ ਸਮੁੱਚੀ ਸਮਾਜਿਕ ਉਸਾਰੀ ਸਾਡੇ ਰਿਸ਼ਤੇ ਰਿਸ਼ਤਿਆਂ ਦੀ ਪਵਿੱਤਰਤਾ ਅੱਜ ਦੇ ਉਸਾਰੀ ਗਰੀਬ ਆਰਥਿਕਤਾ ਦੇ ਸੰਦਰਭ ਵਿੱਚ ਹੋਈ ਹੈ ਹੁਣ ਖੁਸ਼ਹਾਲੀ ਕਾਰਨ ਜਦੋਂ ਆਰਥਿਕਤਾ ਦਾ ਆਧਾਰ ਬਦਲ ਗਿਆ ਹੈ ਤਾਂ ਰਿਸ਼ਤਿਆਂ ਦੀ ਰਵਾਇਤੀ ਪਵਿੱਤਰਤਾ ਬਣਾਈ ਰੱਖਣੀ ਚੜੀ ਆਉਂਦੀ ਪਰਵਰਤਨ ਦੀ ਚੜੀ ਆਉਂਦੀ ਪਰਵਰਤਨ ਦੀ ਹਨੇਰੀ ਸਾਹਮਣੇ ਲਗਭਗ ਅਸੰਭਵ ਹੋ ਗਈ ਹੈ ਸਥਿਤੀ ਦੀ ਗੰਭੀਰਤਾ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਸਥਿਤੀ ਬੜੀ ਗੰਭੀਰ ਹੈ ਗੰਭੀਰ ਉਪਰਾਲੇ ਕੀਤੇ ਬਿਨਾ ਸਥਿਤੀ 'ਚ ਕਿਸੇ ਕਿਸਮ ਦਾ ਸੁਧਾਰ ਨਹੀਂ ਆਪਰੇਗਾ। ਖੋਟੇ ਸਿੱਕਿਆਂ ਨਾਲ ਲੰਮਾ ਅਰਸਾ guzara ਨਹੀਂ ਕੀਤਾ ਜਾ ਸਕਦਾ। ਧੰਨਵਾਦ।